लोक विरासत अकैडमी अते पंजाब कॉमर्स अते मैनेजमेंट एसोसिएशन वालों अज दे इस प्रोग्राम दे विच जुड़ियां नामवर शख्सियतां दा हार्दिक स्वागत है। अज दा दिहाड़ा साडे लई बहुत महत्वपूर्ण है क्योंकि अज असी लोक कवि संत राम उदासी जी दा जन्म दिहाड़ा मनाउण दे वल वध रहे हां। संत राम उदासी जी एक बहुत ही महान दार्शनिक कवि अते गीतकार सन। उन्होंने अपनी जिंदगी दे विच बहुत सारिया अजिहां लिखतां साडे सामने रखियां जिन्हां ने समाज दे जो नक्के सन उन्हां नूं मोड़न दी यतन कीता। संत राम उदासी जी दी याद दे विच अज असी कवि दरबार अते बहुत सारे लोक गायकां नूं ढाडी जत्थियां नूं वी नाल जोड़ रहे हां तां को तां जो उन्हां दीआं लिखतां उन्हां दे गीतां दे बारे चर्चा हो सके और नाल दी नाल ਸਾਡੇ ਕਵੀ ਜੋ ਅੱਜ ਦੇ ਸੰਦਰਭ ਵਿੱਚ ਆਪਣੀਆਂ ਲਿਖਤਾਂ ਸਮਾਜ ਦੇ ਸਾਹਮਣੇ ਰੱਖ ਰਹੇ ਹੈ ਉਹਨਾਂ ਨੂੰ ਪੇਸ਼ ਕਰ ਸਕਣ। ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਧੰਨਵਾਦ ਕਰਦਾ ਗੁਰਭਜਨ ਗਿੱਲ ਜੀ ਦਾ ਜਿਹੜੇ ਹਮੇਸ਼ਾ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦੇ ਵੱਲ ਸਾਨੂੰ ਉਚੇਚ ਤੌਰ 'ਤੇ ਉਤਸ਼ਾਹਿਤ ਕਰਦੇ ਰਹਿੰਦੇ ਨੇ ਔਰ ਇਹ ਬਹੁਤ ਜ਼ਰੂਰੀ ਵੀ ਹੈ ਕਿਉਂਕਿ ਸਾਡੀ ਅੱਜ ਦੀ ਵਿਰਾਸਤ ਜੇ ਅੱਗੇ ਅਸੀਂ ਤੋਰਨੀ ਹੈ ਜੇ ਅਸੀਂ ਉਹਨਾਂ ਦਾਰਸ਼ਨਿਕਤਾ ਦਾ ਜਾਂ ਸਾਡੇ ਕਵੀਆਂ ਦਾ ਜਾਂ ਸਾਡੇ ਢਾਡੀ ਜੱਥਿਆਂ ਦਾ ਜਿਨ੍ਹਾਂ ਨੇ ਸਾਡੇ ਸਮਾਜ ਦੇ ਵਿੱਚ ਵੱਡੀਆਂ ਲੜਾਈਆਂ ਲੜੀਆਂ ਔਰ ਸਾਹਿਤਕਾਰਾਂ ਦਾ ਇੱਕ ਅਹਿਮ ਰੋਲ ਹੁੰਦਾ ਹਰ ਸਮਾਜ ਦੇ ਵਿੱਚ ਜਦ ਤੱਕ ਅਸੀਂ ਇਹ ਸਭ ਕੁਝ ਆਉਣ ਵਾਲੀਆਂ ਪੀੜ੍ਹੀਆਂ ਵੱਲ ਨਹੀਂ ਪਹੁੰਚਾਵਾਂਗੇ ਸ਼ਾਇਦ ਅਸੀਂ ਸਫਲ ਨਹੀਂ ਹੋ ਸਕਦੇ ਔਰ ਇੱਕ ਨਰੋਏ ਸਮਾਜ ਦੀ ਕਲਪਨਾ ਵੀ ਨਹੀਂ ਕਰ ਸਕਦੇ। ਸੋ ਮੈਂ ਬਹੁਤ ਧੰਨਵਾਦ ਕਰਦਾ ਗੁਰਭਜਨ ਗਿੱਲ ਜੀ ਦਾ ਜਿਹੜਾ ਹਮੇਸ਼ਾ ਸਾਡੇ ਵਾਸਤੇ ਇੱਕ ਬਹੁਤ ਚਾਨਣ ਮੁਨਾਰਾ ਬਣ ਕੇ ਸਾਹਮਣੇ ਆਉਂਦੇ ਨੇ ਔਰ ਹਮੇਸ਼ਾ ਕੋਸ਼ਿਸ਼ ਕਰਦੇ ਰਹਿੰਦੇ ਨੇ ਕਿ ਇਸ ਵਿਰਾਸਤ ਨੂੰ ਕਿਸੇ ਤਰੀਕੇ ਦੇ ਨਾਲ ਸੰਭਾਲਿਆ ਜਾ ਸਕੇ। ਸੋ ਅੱਜ ਦੇ ਪ੍ਰੋਗਰਾਮ ਦੀ ਪ੍ਰਧਾਨਗੀ ਕਰ ਰਹੇ ਡਾਕਟਰ ਐਸ ਪੀ ਸਿੰਘ ਜੀ, ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਔਰ ਮੁੱਖ ਭਾਸ਼ਣ ਲਈ ਸਾਡੇ ਵਿੱਚ ਸ਼ਾਮਿਲ ਹੋਏ ਡਾਕਟਰ ਹਰਿੰਦਰ ਕੌਰ ਸੋਹਲ ਜੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ, ਇਸੇ ਤਰ੍ਹਾਂ ਅਜਮੇਰ ਸਿੱਧੂ ਜੀ ਔਰ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਸੁਖਵਿੰਦਰ ਕੰਬੋਜ ਜੀ ਔਰ ਸਾਡੇ ਗੁਰਦਾਸਪੁਰ ਦਾ ਬਹੁਤ ਹੀ ਹੋਣਹਾਰ ਗਾਇਕ ਵੀ ਹੈ ਔਰ ਸਾਡਾ ਸਮਕਾਲੀ ਵੀ ਹੈ। ਜਦੋਂ ਅਸੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਪੜ੍ਹਿਆ ਕਰਦੇ ਸੀ, ਜਸਬੀਰ ਜੱਸੀ ਲੋਕ ਗਾਇਕ ਸਾਡੇ ਪੰਜਾਬ ਦਾ, ਉਹ ਵੀ ਸਾਡੇ ਵਿਚਕਾਰ ਸ਼ਾਮਿਲ ਹੈ। ਇਸ ਤੋਂ ਇਲਾਵਾ ਮੈਂ ਸਵਾਗਤ ਕਰਦਾ ਬੂਟਾ ਸਿੰਘ ਚੌਹਾਨ ਜੀ ਦਾ, ਗੁਰਚਰਨ ਕੋਚਰ ਜੀ ਦਾ, ਡਾਕਟਰ ਦਵਿੰਦਰ ਦਿਲਰੂਪ ਜੀ ਦਾ, ਦਲਜਿੰਦਰ ਰਹਿਲ ਜੀ, ਤ੍ਰਿਲੋਚਨ ਲੋਚੀ ਜੀ, ਮਨਜਿੰਦਰ ਧਨੋਆ ਜੀ, ਅਮਰਜੀਤ ਸ਼ੇਰਪੁਰੀ ਜੀ, ਰਵੀਦੀਪ ਰਵੀ ਜੀ ਔਰ ਕਰਮਜੀਤ ਗਰੇਵਾਲ ਜੀ, ਜਿਨ੍ਹਾਂ ਨੇ ਵਿਸ਼ੇਸ਼ ਤੌਰ 'ਤੇ ਅੱਜ ਸਾਡੇ ਇਸ ਸਮਾਗਮ ਦੇ ਵਿੱਚ ਪਹੁੰਚ ਕੇ ਔਰ ਸ਼ਾਮਿਲ ਹੋ ਕੇ ਸਾਡਾ ਸਾਰਿਆਂ ਦਾ ਮਾਣ ਵਧਾਇਆ ਔਰ ਇੱਕ ਸ਼ਰਧਾਂਜਲੀ ਭੇਟ ਕਰਨ ਲਈ ਅਸੀਂ ਇਕੱਠੇ ਹੋਏ ਹਾਂ ਸੰਤ ਰਾਮ ਉਦਾਸੀ ਜੀ ਨੂੰ। ਇਸੇ ਤਰ੍ਹਾਂ ਮੈਂ ਬਹੁਤ ਸਾਰੇ ਕਲਾਕਾਰ ਜਿਨ੍ਹਾਂ ਵਿੱਚ ਸ਼ਿੰਗਾਰਾ ਸਿੰਘ ਚਾਹਲ ਜੀ, ਵਿਜੇ ਯਮਲਾ ਜੱਟ ਜੀ, ਰਾਮ ਸਿੰਘ ਲਵੇਲਾ ਜੀ, ਸੁਭਾਸ਼ ਦੁੱਗਲ ਜੀ, ਡਾਕਟਰ ਸੰਪੂਰਨ ਸਿੰਘ ਜੀ, ਡਾਕਟਰ ਅਮਨਦੀਪ ਸਿੰਘ ਜੀ ਅਤੇ ਡਾਕਟਰ ਦਰਸ਼ਨ ਸਿੰਘ ਗੁਰੂ, ਜਿਹੜੇ ਵਿਸ਼ੇਸ਼ ਤੌਰ 'ਤੇ ਕਲਾਕਾਰ ਸਾਡੇ ਵਿਚਕਾਰ ਸ਼ਾਮਿਲ ਹੋਏ ਹੈ, ਉਹਨਾਂ ਦਾ ਵੀ ਹਾਰਦਿਕ ਸਵਾਗਤ ਹੈ। ਔਰ ਮੈਨੂੰ ਲੱਗਦਾ ਕਿ ਅੱਜ ਦਾ ਪ੍ਰੋਗਰਾਮ ਜਿਹੜਾ ਹੈ ਉਹ ਆਪਣੇ ਆਪ ਦੇ ਵਿੱਚ ਇਤਿਹਾਸਿਕ ਹੈ। ਇਸ ਕਰਕੇ ਇਤਿਹਾਸਿਕ ਹੈ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਨਾ ਸਿਰਫ ਸਾਹਿਤਕਾਰ ਔਰ ਵਿਵੇਚਨਾਕਾਰ ਸਾਡੇ ਵਿਚਕਾਰ ਜੁੜੇ ਹੈ, ਨਾਲ ਦੀ ਨਾਲ ਲੋਕ ਗਾਇਕ, ਲੋਕ ਕਵੀ ਅਤੇ ਨਾਲ ਦੀ ਨਾਲ ਬਹੁਤ ਸਾਰੇ ਕਲਾਕਾਰ ਵੀ ਸੰਤ ਰਾਮ ਉਦਾਸੀ ਜੀ ਨੂੰ ਆਪਣੀ ਸ਼ਰਧਾਂਜਲੀ ਭੇਟ ਕਰਨ ਵਾਸਤੇ ਅੱਜ ਸ਼ਾਮਿਲ ਹੈ। ਔਰ ਮੈਂ ਪੰਜਾਬ ਕਾਮਰਸ ਅਤੇ ਮੈਨੇਜਮੈਂਟ ਐਸੋਸੀਏਸ਼ਨ ਦੇ ਪ੍ਰਧਾਨ ਹੋਣ ਦੇ ਨਾਤੇ ਅਤੇ ਡਾਕਟਰ ਗੁਰਭਜਨ ਗਿੱਲ ਜੀ ਵੱਲੋਂ ਲੋਕ ਵਿਰਾਸਤ ਅਕਾਦਮੀ ਵੱਲੋਂ ਆਪ ਸਭ ਦਾ ਹਾਰਦਿਕ ਸਵਾਗਤ ਕਰਦਾ। ਔਰ ਮੈਂ ਹੁਣ ਬੇਨਤੀ ਕਰਦਾ ਗੁਰਭਜਨ ਗਿੱਲ ਜੀ ਨੂੰ ਅਤੇ ਉਹ ਸਵਾਗਤ ਦੇ ਵਿੱਚ ਔਰ ਕੁਛ ਜਿਹੜੇ ਆਰੰਭਿਕ ਸ਼ਬਦ ਨੇ ਉਹ ਇਸ ਸਮਾਗਮ ਦੇ ਲਈ ਕਹਿਣ। ਡਾਕਟਰ ਗੁਰਭਜਨ ਗਿੱਲ ਜੀ, ਸਾਡੀ ਧਰਤੀ ਦੇ ਪ੍ਰਮੁੱਖ ਲੋਕ ਕਵੀ, ਧਰਤੀ ਦੀਆਂ ਪੀੜਾਂ ਦੇ ਦੱਸਣਹਾਰੇ ਸੰਤ ਰਾਮ ਉਦਾਸੀ ਜੀ ਦੀ ਯਾਦ ਵਿੱਚ ਉਹਨਾਂ ਦੇ ਜਨਮ ਦਿਹਾੜੇ 'ਤੇ ਅਸੀਂ ਦੋਸਤੋ ਅੱਜ ਮਿਲ ਬੈਠੇ ਹਾਂ। ਔਰ ਮਿਲਣ ਵਾਲਿਆਂ ਦੇ ਵਿੱਚ ਮੇਰੇ ਗੁਰੂਦੇਵ ਡਾਕਟਰ ਐਸ ਪੀ ਸਿੰਘ ਜੀ, ਸਾਡੇ ਵਿਦਵਾਨ ਬੇਟੀ ਡਾਕਟਰ ਹਰਿੰਦਰ ਕੌਰ ਸੋਹਲ, ਜਿਨ੍ਹਾਂ ਨੇ ਗੁਰੂ ਨਾਨਕ ਯੂਨੀਵਰਸਿਟੀ 'ਚ ਹੁਣੇ ਹੀ ਕਾਰਜਭਾਰ ਸੰਭਾਲਿਆ, ਇਸੇ ਤਰ੍ਹਾਂ ਨਾਲ ਹੀ ਜਿਨ੍ਹਾਂ ਨੇ ਸੰਤ ਰਾਮ ਉਦਾਸੀ ਹੋਰਾਂ ਬਾਰੇ ਆਲੋਚਨਾਤਮਕ ਟਿੱਪਣੀਆਂ ਵਾਲੀ ਪੁਸਤਕ ਵੀ ਕਣ ਕਣ ਕ੍ਰਾਂਤੀ ਵੀ ਪਬਲਿਸ਼ ਕੀਤੀ, ਔਰ ਨਾਲ ਦੀ ਨਾਲ ਉਹਨਾਂ ਦੀ ਸਮੁੱਚੀ ਸ਼ਾਇਰੀ ਨੂੰ ਵੀ ਉਹਨਾਂ ਦੀ ਬੇਟੀ ਇਕਬਾਲ ਕੌਰ ਉਦਾਸੀ ਦੇ ਨਾਲ ਮਿਲ ਕੇ ਚੇਤਨਾ ਪ੍ਰਕਾਸ਼ਨ ਵਾਸਤੇ
ਸੰਤਨਾ ਮੁਦਾਸੀ ਸ਼ਖਸੀਅਤ ਅਤੇ ਸਮੁੱਚੀ ਰਚਨਾ ਵੀ ਪ੍ਰਕਾਸ਼ਿਤ ਕੀਤੀ ਹੈ। ਸੰਪਾਦਕ ਰਾਗ ਮੈਗਜ਼ੀਨ ਨੇ ਉਹ ਅਜਮੇਰ ਸਿੰਘ ਸਿੱਧੂ ਉਹਨਾਂ ਦਾ ਵੀ ਮੈਂ ਸਵਾਗਤ ਕਰਦਾ। ਸ਼ਾਇਰ ਦੋਸਤ ਔਰ ਅੱਜ ਦੇ ਗਾਇਕ ਦੋਸਤ ਜਿਨ੍ਹਾਂ ਦੇ ਵਿੱਚ ਸਾਡਾ ਮੁੱਖ ਮਹਿਮਾਨ ਜਸਵੀਰ ਜੱਸੀ ਹੈ, ਜਿਸ ਨੇ ਸੰਤਰਾ ਮੁਦਾਸੀ ਹੋਰਾਂ ਦੇ ਕਲਾਮ ਨੂੰ ਇੰਨੇ ਖੂਬਸੂਰਤ ਅੰਦਾਜ਼ 'ਚ ਵਾਰ ਵਾਰ ਪੇਸ਼ ਕੀਤਾ ਕਿ ਉਸ ਨੂੰ ਵਪਾਰਕ ਬਿਰਤੀ ਦੇ ਗਵੱਈਏ ਤੋਂ ਇਲਾਵਾ ਇਹ ਸਨਮਾਨ ਹਾਸਲ ਹੋ ਗਿਆ ਕਿ ਉਹ ਲੋਕ ਸ਼ਾਇਰੀ ਨੂੰ ਵੀ ਪ੍ਰਵਾਨ ਕਰਕੇ ਆਪਣੇ ਕੰਠ ਨਾਲ ਸੁਹਾ ਕੇ ਲੋਕਾਂ ਤੱਕ ਲੈ ਕੇ ਜਾਣ ਦੇ ਸਮਰੱਥ ਬੰਦਾ ਹੈ। ਸ਼ਿੰਗਾਰਾ ਸਿੰਘ ਚਾਹਲ ਉਹ ਸੱਜਣ ਹੈ ਮੇਰਾ ਸੰਗਰੂਰ ਚ ਵਸਦਾ, ਜਿਸ ਨੇ ਸੰਤ ਮੁਰਾਸੀ ਹੋਰਾਂ ਦੀਆਂ ਲਗਭਗ 5 ਆਡੀਓ ਕੈਸੇਟਸ ਉਹਨਾਂ ਵਕਤਾਂ 'ਚ ਰਿਕਾਰਡ ਕੀਤੀਆਂ ਜਦੋਂ ਅਜੇ ਇਸ ਗੱਲ ਦਾ ਰਿਵਾਜ਼ ਨਹੀਂ ਸੀ ਹੁੰਦਾ ਕਿ ਅਦਬੀ ਸਾਹਿਤ ਨੂੰ ਵੀ ਇਸ ਤਰ੍ਹਾਂ ਰਿਕਾਰਡ ਕਰਕੇ ਲੋਕਾਂ ਦੇ ਵਿੱਚ ਲਿਜਾਇਆ ਜਾ ਸਕਦਾ ਹੈ। ਮੇਰਾ ਖਿਆਲ ਹੈ ਕਿ ਚੂੜੀਆਂ ਦਾ ਹੋਕਾ ਜਾਂ ਤੁਮਕ ਦਰੀ ਵੇ ਸੂਰਜਾ ਕਮੀਆਂ ਦੇ ਵਿਹੜੇ ਜਾਂ ਹੋਰ ਜਿਹੜੇ ਗੀਤ ਨੇ ਸ਼ਾਇਦ ਇੰਨੀ ਬੁਲੰਦ ਆਵਾਜ਼ ਦੇ ਵਿੱਚ ਨਾ ਪੜ ਸਕਦੇ ਲੋਕਾਂ ਤੱਕ ਜੇ ਉਹਨਾਂ ਵਕਤਾਂ ਦੇ ਵਿੱਚ ਸ਼ਿੰਗਾਰਾ ਸਿੰਘ ਚਾਹਲ ਔਰ ਜਰਨੈਲ ਸਿੰਘ ਘੁਮਾਣ ਹਿੰਮਤ ਨਾ ਕਰਦੇ। ਜਰਨੈਲ ਤੇ ਸ਼ਿੰਗਾਰਾ ਸਿੰਘ ਦੀ ਸਾਂਝੀ ਹਿੰਮਤ ਨੇ 5 ਆਡੀਓ ਕੈਸੇਟਸ ਪ੍ਰੋਡਿਊਸ ਕੀਤੀਆਂ ਉਦੋਂ। ਇਸ ਤੋਂ ਇਲਾਵਾ ਸੁਭਾਸ਼ ਦੁੱਗਲ ਜਿਹੜਾ ਮੇਰਾ ਨਿੱਕਾ ਵੀਰ ਹੈ, APJ ਕਾਲਜ ਜਲੰਧਰ ਦੇ ਵਿੱਚ ਪੜ੍ਹਾਉਂਦਾ ਰਿਹਾ, ਮਿਊਜ਼ਿਕ ਦਾ ਸੰਗੀਤ ਦਾ ਅਧਿਆਪਕ ਰਿਹਾ। ਇਸੇ ਤਰ੍ਹਾਂ ਦੇ ਨਾਲ ਹੀ ਸਾਡਾ ਰਾਮ ਸਿੰਘ ਅਲਵੇਲਾ ਤੇ ਟੱਲੇਵਾਲੀਆ ਕਵੀਸ਼ਰੀ ਜਥਾ, ਜਿਸ 'ਚ ਮੇਰਾ ਵੱਡਾ ਵੀਰ ਸੰਪੂਰਨ ਸਿੰਘ, ਬੇਟਾ ਅਮਨਦੀਪ ਤੇ ਨਿੱਕਾ ਵੀਰ ਦਰਸ਼ਨ ਗੁਰੂ ਸ਼ਾਮਿਲ ਹੈ, ਉਹਨਾਂ ਨੇ ਵੀ ਇੱਛਾ ਜ਼ਾਹਰ ਕੀਤੀ ਕਿ ਅਸੀਂ ਸ਼ਾਇਰੀ ਨਹੀਂ ਸਗੋਂ ਉਦਾਸੀ ਹੋਰਾਂ ਦੇ ਕਲਾਮ ਨੂੰ ਕਵੀਸ਼ਰੀ ਪਰੰਪਰਾ ਦੇ ਅਧੀਨ ਪੇਸ਼ ਕਰਕੇ ਖੁਸ਼ੀ ਲਵਾਂਗੇ। ਦੋਸਤੋ, ਸੰਤਨ ਉਦਾਸੀ ਦਾ ਅੱਜ ਦੇ ਦਿਹਾੜੇ ਜਨਮ ਹੋਇਆ ਸੀ 20 ਅਪ੍ਰੈਲ ਨੂੰ 1939 ਨੂੰ। ਬਹੁਤ ਥੋੜ੍ਹੀ ਜ਼ਿੰਦਗੀ ਲਿਖਾ ਕੇ ਆਇਆ ਸੀ ਭਰਾ ਸਾਡਾ। 6 ਨਵੰਬਰ 1986 ਨੂੰ ਉਹ ਸਾਨੂੰ ਅਲਵਿਦਾ ਕਹਿ ਗਿਆ, ਪਰ ਜਿੰਨਾ ਚਿਰ ਉਹ ਜਗਿਆ ਮਗਿਆ ਉਹ ਰੋਸ਼ਨੀ ਦਾ ਐਸਾ ਮੀਨਾਰ ਬਣ ਗਿਆ ਸੀ ਕਿ ਜਿੱਥੇ ਸੰਤਨ ਉਦਾਸੀ ਜਾਂਦਾ ਸੀ ਉੱਥੇ ਉੱਥੇ ਹੀ ਉਹ ਆਪਣੇ ਸ਼ਬਦ ਦੀ, ਆਪਣੇ ਲੋਕ ਪੱਖੀ ਸੋਚਧਾਰਾ ਦੀ ਨਾਲ ਦੀ ਨਾਲ ਉਹ ਐਸੀ ਕਰਦਾ ਸੀ ਪ੍ਰਜਵਲਿਤ ਪੂਰੀ ਜੋਤ ਕਿ ਲੋਕ ਪਰੇਸ਼ਾਨ ਹੋ ਜਾਂਦੇ ਸੀ ਕਿ ਆਵਾਜ਼ ਆਉਂਦੀ ਕਿੱਥੋਂ। ਇੰਝ ਲੱਗਦਾ ਸੀ ਧਰਤੀ ਗਾ ਰਹੀ ਹੈ ਤੇ ਅੰਬਰ ਸੁਣ ਰਿਹਾ ਹੈ, ਵਿੱਚ ਵਿਚਾਲੇ ਬੰਦੇ ਜਿਹੜੇ ਸੀ ਉਹ ਸਾਹ ਰੋਕ ਕੇ ਸੁਣਦੇ ਸੀ। ਔਰ ਮੇਰਾ ਖਿਆਲ ਹੈ ਕਿ ਸ਼ਾਇਦ ਹੀ ਕਿਸੇ ਵਿਅਕਤੀ ਵਿਸ਼ੇਸ਼ ਨੂੰ, ਜਿਵੇਂ ਮੈਂ ਹਾਜ਼ਰ ਹਾਂ ਤੁਹਾਡੇ ਸਾਹਮਣੇ, ਇਹ ਸਨਮਾਨ ਹਾਸਲ ਹੋਇਆ ਹੋਵੇ ਕਿ ਲਗਭਗ 15 ਵਾਰ ਸੰਤਨ ਉਦਾਸੀ ਹੋਰਾਂ ਨੂੰ ਅਸੀਂ ਆਪਣੇ ਵੱਖ ਵੱਖ ਕਾਲਜਾਂ 'ਚ, ਭਾਵੇਂ ਉਹ ਲਾਜਪਤ ਰਾਏ ਮੈਮੋਰੀਅਲ ਕਾਲਜ ਜਗਰਾਉਂ ਸੀ ਜਿੱਥੇ ਮੈਂ ਪੜ੍ਹਾਉਂਦਾ ਰਿਹਾ, ਜਾਂ ਉਹ ਗੁਰੂ ਨਾਨਕ ਨੈਸ਼ਨਲ ਕਾਲਜ ਦੁਰਾਹਾ ਸੀ, ਜਾਂ ਜਿੱਥੇ ਮੈਂ ਬਾਅਦ 'ਚ 30 ਸਾਲ ਨੌਕਰੀ ਕੀਤੀ 1986 ਤੱਕ, ਭਾਵੇਂ ਸਾਲ ਤਾਂ 3 ਹੀ ਬਣਦੇ ਸੀ ਪਰ 3 ਸਾਲਾਂ ਦੇ ਵਿੱਚ ਹੀ ਉਹ ਸਾਡੇ ਕੋਲ ਘੱਟੋ ਘੱਟ 18-19 ਵਾਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਆਏ। ਉਹਨਾਂ ਦੇ ਕਲਾਮ ਨੂੰ ਜਦੋਂ ਵੀ ਚੇਤੇ ਕਰਦੇ ਹਾਂ ਤਾਂ ਉਹਨਾਂ ਗੀਤਾਂ ਦਾ ਮੈਂ ਹਵਾਲਾ ਬਿਲਕੁਲ ਨਹੀਂ ਦਿਆਂਗਾ ਜਿਹੜੇ ਗੀਤਾਂ ਨੂੰ ਵਾਰ ਵਾਰ ਸਾਰੀ ਦੁਨੀਆ ਚੇਤੇ ਕਰਦੀ ਹੈ, ਭਾਵੇਂ ਉਹ ਗੜ ਲੱਗ ਕੇ ਸੀਰੀ ਦੇ ਜੱਟ ਰੋਵੇ, ਬੋਲਾਂ ਵਿੱਚੋਂ ਨੀਰ ਵਗਿਆ, ਲਿਆ ਤੰਗੜੀ ਨਸੀਬਾਂ ਨੂੰ ਫਰੋਲੀ ਉਹ ਤੂੜੀ ਵਿੱਚੋਂ ਪੁੱਤ ਜੱਗਿਆ, ਜਾਂ ਤੂੰ ਮਜ਼ਦੂਰ ਤੇ ਤੇਰੀ ਵਿੱਥਿਆ ਵੀ ਮਜ਼ਦੂਰ ਹੈ, ਇਹ ਕੋਈ ਗੱਲ ਨਵੀਂ ਨਾ ਤੇਰੇ ਸੁਣਨ ਸੁਣਾਉਣ ਨੂੰ, ਜਦ ਤੂੰ ਬਾਲਮੀਕ ਸੀ ਪਹਿਲੀ ਕਵਿਤਾ ਤੂੰ ਲਿਖਤੀ, ਵੇਲੜ ਭੜਵਿਆਂ ਦੇ ਤੂੰ ਐਵੇਂ ਚਿੱਤ ਪਰਚਾਉਣ ਨੂੰ, ਤੇਰੇ ਮਿੱਠੂ ਦੀ ਤਾਂ ਜਾਏ ਤਰਾਗੀ ਢਿਲਕਦੀ, ਵਹੁਟੀ ਤੇਰੀ ਜਾਂਦੀ ਬੰਗਲੀ ਬਾਲ ਖਡਾਉਣ ਨੂੰ। ਮੇਰਾ ਖਿਆਲ ਹੈ ਕਿ ਇੰਨਾ ਪੀੜਾਂ ਪਰੁਚਿਆ ਕਲਾਮ ਸ਼ਾਇਦ ਹੀ ਕਿਸੇ ਸ਼ਾਇਰ ਨੂੰ ਨਸੀਬ ਹੋਇਆ ਹੋਵੇ ਕਿ ਉਹ ਲੋਕਾਂ ਦੇ ਵਿੱਚ ਆਪਣੀ ਗੱਲ ਇਸ ਅੰਦਾਜ਼ 'ਚ ਆਖੇ ਕਿ ਲੋਕਾਂ ਨੂੰ ਲੱਗੇ ਗੱਲ ਤਾਂ ਸਾਡੀ ਸੀ, ਕਾਰੇ ਸੰਤਰਾ ਉਦਾਸੀ ਰਿਹਾ। ਸੋ ਆਪਣੇ ਬੱਚਿਆਂ ਨੂੰ ਵੀ ਉਸਨੇ ਕੰਠ ਦੇ ਪ੍ਰੀਖਿਆ ਦੇ ਪਾਸ ਕਰਨ ਦੇ ਰਾਹ ਤੋਰਿਆ, ਧੀਆਂ ਪੁੱਤਰ ਸਾਰਾ ਪਰਿਵਾਰ ਹੀ ਜਦੋਂ ਉਦਾਸੀ ਹੋਰਾਂ ਦਾ ਕਲਾਮ ਅੱਜ ਵੀ ਸੁਣਾਉਂਦਾ ਤਾਂ ਲੱਗਦਾ ਕਿ ਉਦਾਸੀ ਸਮਰਥਕ ਸਾਡੇ ਸਾਹਮਣੇ ਹਾਜ਼ਰ ਨੇ। ਸੰਤਰਾ ਉਦਾਸੀ ਦੀ ਮੌਤ ਬੜੀ ਦੁਖਦਾਈ ਸੀ ਸਾਡੇ ਵਾਸਤੇ, ਪਤਾ ਹੀ ਨਾ ਲੱਗੇ ਕਿ ਬੰਦਾ ਕਿੱਥੇ ਗਿਆ, ਤੇ ਮਨਵਾੜ ਸਟੇਸ਼ਨ ਦੇ ਨੇੜੇ ਜਦੋਂ ਉਸਨੂੰ ਲਾਵਾਰਸ ਕਹਿ ਕੇ ਉਸਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ, ਤੇ ਇਹਨੂੰ ਵੱਡੀ ਪੀੜ ਸ਼ਾਇਦ ਪੰਜਾਬੀਆਂ ਵਾਸਤੇ ਨਹੀਂ ਹੋ ਸਕਦੀ ਕਿ ਸਾਡਾ ਲੋਕ ਗਾਇਕ, ਲੋਕ ਨਾਇਕ ਔਰ ਲੋਕ ਸ਼ਾਇਰ ਇਸ ਤਰ੍ਹਾਂ ਜਾਵੇ ਕਿ ਸੁਸਾਇਟੀ ਨੂੰ ਪਤਾ ਵੀ ਨਾ ਹੋਵੇ ਕਿ ਸਾਡਾ ਏਡਾ ਵੱਡਾ ਸੂਰਜ ਅਸਤ ਹੋ ਗਿਆ। ਮੈਨੂੰ ਲੱਗਦਾ ਕਿ ਸਾਡੇ ਵਾਸਤੇ ਇਹ ਜਿਹੜਾ ਇੱਕ ਬੁਝਾਰਤ ਵਰਗਾ ਉਸਦਾ ਜਾਣਾ ਆ, ਉਹ ਸਾਡੇ ਵਾਸਤੇ ਪ੍ਰੇਰਕ ਵੀ ਬਣਿਆ ਕਿ ਅਸੀਂ ਆਪਣੇ ਸ਼ਾਇਰਾਂ ਨੂੰ, ਆਪਣੇ ਵੱਡਿਆਂ ਨੂੰ, ਆਪਣਿਆਂ ਨਾਇਕਾਂ ਨੂੰ, ਉਹਨਾਂ ਨੂੰ ਸੰਭਾਲਣ ਦੇ ਰਾਹ ਵੀ ਤੁਰੀਏ
ਸੰਭਾਲਣਾ ਸਿਰਫ ਇਹ ਨਹੀਂ ਹੁੰਦਾ ਕਿ ਉਹਨਾਂ ਨੂੰ ਅਸੀਂ ਪਰਵਰਿਸ਼ ਦੇਈਏ ਜਿਹੜੀ ਉਹਨਾਂ ਨੂੰ ਸੁਸਾਇਟੀ ਖਾਣ ਪੀਣ ਦੀ ਦਿੰਦੀ ਹੈ, ਪਹਿਨਣ ਪਛਿਰਨ ਦੀ ਦਿੰਦੀ ਹੈ। ਉਸ ਤੋਂ ਇਲਾਵਾ ਸਾਂਭਣਾ ਇਹ ਵੀ ਲਾਜ਼ਮੀ ਹੁੰਦਾ ਕਿ ਅਸੀਂ ਉਹਨਾਂ ਦੀ ਯਾਦ ਵਿੱਚ ਕੋਈ ਨਾ ਕੋਈ ਐਸੀ ਸਰਗਰਮੀ ਲਗਾਤਾਰ ਕਰਦੇ ਰਹੀਏ ਕਿ ਲੋਕਾਂ ਨੂੰ ਯਾਦ ਰਵੇ ਕਿ ਸੰਤ ਰਮਦਾਸੀ ਜਿਹਨਾਂ ਦਾ ਨਾਂ ਲੈ ਰਹੇ ਹਾਂ, ਉਹਨਾਂ ਦਾ ਕਲਾਮ ਕੀ ਸੀ, ਉਹਨਾਂ ਬਾਰੇ ਉਸ ਵਕਤ ਦੇ ਜਿਹੜੇ ਕ੍ਰਿਟਿਕਸ ਨੇ ਉਹ ਕੀ ਫੀਲ ਕਰਦੇ ਮਹਿਸੂਸ ਕਰਦੇ ਸੀ, ਕਿ ਯੂਨੀਵਰਸਿਟੀਆਂ ਦੇ ਵਿੱਚ ਕਾਲਜਸ ਦੇ ਵਿੱਚ ਕੀ ਉਸ ਦੀ ਕੋਈ ਅਕੈਡਮਿਕ ਉਸ ਦੀ ਕੋਈ ਮਿਆਰ ਦੀ ਕੋਈ ਪਰਖ ਪ੍ਰੀਖਿਆ ਹੋਈ ਹੈ ਕਿ ਨਹੀਂ ਹੋਈ। ਔਰ ਮੈਨੂੰ ਬੜੀ ਖੁਸ਼ੀ ਹੋਈ ਕਿ ਦੋ ਯੂਨੀਵਰਸਿਟੀਆਂ ਦੇ ਵਿੱਚ ਦੋ ਵੱਡੇ ਵਿਦਵਾਨਾਂ ਨੇ ਮੈਨੂੰ ਇਸ ਗੱਲ ਦੀ ਟੈਲੀਫੋਨ ਕਰਕੇ ਦਿੱਤੀ ਪ੍ਰੇਰਣਾ ਕਿ ਭਾਅ ਜੀ ਸਾਨੂੰ ਸੱਚੀ ਗੱਲ ਹੈ, ਜਦੋਂ ਫੋਲਾ ਫਾਲੀ ਕੀਤੀ ਹੈ ਤਾਂ ਪਤਾ ਲੱਗਿਆ ਕਿ ਹੁਣ ਤੱਕ ਸੰਤ ਰਮਦਾਸੀ ਹੋਰਾਂ ਬਾਰੇ PhD ਦਾ ਇੱਕ ਵੀ ਕੰਮ ਉਹਨਾਂ ਵਰਥਵਾਈਲ ਨਹੀਂ ਹੋਇਆ ਜਿਸ ਕਿਸਮ ਦਾ ਉਹਨਾਂ ਬਾਰੇ ਕਰਨਾ ਬਣਦਾ। ਔਰ ਉਹ ਇਕਰਾਰ ਡਾਕਟਰ ਨਰੇਸ਼ ਨੇ ਮੈਨੂੰ ਕੀਤਾ ਧਰਮਸ਼ਾਲਾ ਸੈਂਟਰਲ ਯੂਨੀਵਰਸਿਟੀ ਤੋਂ। ਔਰ ਸਾਡੀ ਅੱਜ ਦੀ ਮੁੱਖ ਬੁਲਾਰਾ ਜਿਹੜੀ ਬੇਟੀ ਹੈ ਸਾਡੀ ਡਾਕਟਰ ਹਰਿੰਦਰ ਕੌਰ ਸੋਹਲ, ਉਸਨੇ ਵੀ ਇਕਰਾਰ ਕੀਤਾ ਕਿ ਮੈਂ ਵੀ ਕੋਸ਼ਿਸ਼ ਕਰਾਂਗੀ ਕਿ ਨੇੜ ਭਵਿੱਖ ਦੇ ਵਿੱਚ ਸੰਤ ਰਮਦਾਸੀ ਹੋਰਾਂ ਦੀ ਸ਼ਾਇਰੀ ਬਾਰੇ ਕੋਈ ਐਸੀ ਨਿੱਠਵੀਂ ਡਿਸਕਸ਼ਨ ਐਸੀ ਤੋਰੀ ਜਾਵੇ ਗੱਲ ਅੱਗੇ ਰਿਸਰਚ ਦੇ ਪੱਧਰ ਤੇ ਕਿ ਉਹ ਸਰਬ ਸਮਿਆਂ ਵਾਸਤੇ ਸਾਰਥਕ ਹੋਵੇ। ਦੋਸਤੋ, ਅਸੀਂ ਸਾਰੇ ਹੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਸ ਪੰਜਾਬ ਨੂੰ, ਇਸ ਧਰਤੀ ਨੂੰ ਜਿਸ ਕਿਸਮ ਦੀ ਸਾਨੂੰ ਮਿਲੀ ਸੀ ਉਸ ਤੋਂ ਚੰਗੀ ਬਣਾਉਣ ਦੇ ਆਹਰ 'ਚ, ਚਾਹੇ ਉਹ ਖੇਤ ਮਜ਼ਦੂਰ ਹੋਣ, ਚਾਹੇ ਉਹ ਖੇਤੀ ਕਰਦੇ ਕਿਸਾਨ ਹੋਣ, ਚਾਹੇ ਵਪਾਰੀ ਹੋਣ, ਅਧਿਆਪਕ ਹੋਣ, ਸੱਭਿਆਚਾਰਕ ਕਾਮੇ ਹੋਣ, ਸਾਰਿਆਂ ਦਾ ਹੀ ਮਿਸ਼ਨ ਇੱਕੋ ਇੱਕ ਹੀ ਹੈ ਕਿ ਜ਼ਿੰਦਗੀ ਜਿਹੋ ਜਿਹੀ ਉਸ ਦਿਨ ਜਿਸ ਦਿਨ ਧਰਤੀ 'ਤੇ ਆਏ ਸਾਂ ਉਹੋ ਜਿਹੀ ਮਿਲੀ ਸੀ, ਉਸ ਕਿਸਮ ਤੋਂ ਬੈਟਰ ਹੋਵੇ ਜਦੋਂ ਅਸੀਂ ਸੰਸਾਰ ਨੂੰ ਛੱਡ ਕੇ ਜਾਈਏ। ਅੱਜ ਜਦੋਂ ਸਾਡੇ ਕਿਸਾਨ ਵੀਰ ਪਿਛਲੇ ਲਗਭਗ 4.5 ਮਹੀਨਿਆਂ ਤੋਂ ਸਿੰਘੂ ਬਾਰਡਰ 'ਤੇ, ਟਿਕਰੀ ਬਾਰਡਰ 'ਤੇ ਵਾਰ ਵਾਰ ਸਤਰ ਗਾਉਂਦੇ ਨੇ ਸੰਤ ਰਮਦਾਸੀ ਦੀ ਕਿ ਉੱਠ ਕਿਰਤੀਆ ਉੱਠ ਵੇ, ਉੱਠਣ ਦਾ ਵੇਲਾ, ਜੜ ਵੈਰੀ ਦੀ ਪੁੱਟ ਵੇ, ਪੁੱਟਣ ਦਾ ਵੇਲਾ, ਜਾਂ ਕਹਿਣਾ ਆਖਣਾ ਸਮੇਂ ਦੀ ਸਰਕਾਰ ਨੂੰ ਕਹਿਣੇ ਸਾਡਾ ਦੇਸ਼ ਨਾ ਧਰੇ, ਉਹਦੇ ਬੋਲ ਜਦੋਂ ਕੰਮ ਆਉਂਦੇ ਨੇ ਤਾਂ ਮੈਨੂੰ ਇੰਝ ਲੱਗਦਾ ਕਿ ਜਿਹਨਾਂ ਕੋਲ ਮਿਜ਼ਾਈਲਾਂ ਨੇ, ਜਿਹਨਾਂ ਦੇ ਕੋਲ ਹਥਿਆਰ ਨੇ, ਜਿਹਨਾਂ ਦੇ ਕੋਲ ਟੈਂਕ ਨੇ, ਤੋਪਾਂ ਨੇ, ਉਹਨਾਂ ਨੂੰ ਮਾਰਨ ਦੇ ਵਾਸਤੇ ਅੱਗੇ ਇੱਕ ਐਸਾ ਸ਼ਾਇਰ ਖੜਾ ਜਿਹੜਾ ਫਿਜ਼ੀਕਲੀ ਸਰੀਰਕ ਰੂਪ ਸਾਡੇ 'ਚ ਹਾਜ਼ਰ ਨਹੀਂ, ਪਰ ਉਹ ਪੂਰੇ ਆਪਣੇ ਅਸਲੇ ਸਮੇਤ ਉਹਨਾਂ ਸਧਾਰਨ ਲੋਕਾਂ ਦੇ ਹੱਥਾਂ 'ਚ, ਗਲਿਆਂ 'ਚ, ਕੰਠਾਂ 'ਚ ਹਾਜ਼ਰ ਹੈ ਜਿਹੜਾ ਆਪਣੀ ਗੱਲ ਕਹਿ ਕੇ ਉਹਨਾਂ ਨੂੰ ਭੈ ਪੀਤ ਕਰਦਾ। ਇਹ ਗੱਲ ਕੋਈ ਨਿੱਕੀ ਨਹੀਂ ਹੁੰਦੀ ਕਿਸੇ ਸ਼ਾਇਰ ਵਾਸਤੇ ਕਿ ਉਸ 'ਤੇ ਸ਼ਬਦ ਜਿਹੜੇ ਨੇ ਬਾਣ ਬਣ ਜਾਣ। ਸੰਤ ਰਮਦਾਸੀ ਨੂੰ ਇਹ ਮਾਣ ਹੈ, ਭਾਵੇਂ ਲਹੂ ਭਿੱਜੇ ਬੋਲ ਸੀ, ਚਾਹੇ ਸੈਨਤਾਂ ਸੀ, ਚਾਹੇ ਚਨੁਕਰੀਆਂ ਸਿੱਖਾਂ ਸੀ, ਜਾਂ ਸਮੁੱਚਾ ਕਲਾਮ ਜਿਹੜਾ ਚੇਤਨਾ ਪ੍ਰਕਾਸ਼ਨ ਵੱਲੋਂ ਛਾਪਿਆ ਗਿਆ ਲੁਧਿਆਣਾ ਵੱਲੋਂ, ਉਹ ਸਾਰਾ ਹੀ ਸਾਬਤ ਕਰਦਾ ਕਿ ਇਹ ਸ਼ਬਦ ਬਾਣ ਜਿਹੜੇ ਨੇ ਉਹ ਸਾਡੇ ਵਾਸਤੇ ਇੱਕ ਬਹੁਤ ਵੱਡਾ ਹਥਿਆਰ ਨੇ। ਔਰ ਇਸ ਧਰਤੀ ਨੇ ਹਮੇਸ਼ਾ ਸ਼ਬਦ ਨੂੰ ਹਥਿਆਰ ਵਾਂਗ ਵਰਤਿਆ। ਈਵਨ ਬਾਬਾ ਫਰੀਦ ਤੋਂ ਲੈ ਕੇ ਸਾਡੀ ਹੁਣ ਤੱਕ ਦੀ ਜਿਹੜੀ ਲੋਕ ਪਰੰਪਰਾ ਵੀ ਹੈ, ਧਰਮ ਦੀ ਪਰੰਪਰਾ ਵੀ ਹੈ, ਉਸ ਵਿੱਚ ਅਜੇ ਰਾਤ ਹੀ ਮੈਂ ਆਪਣੀ ਸਰਦਾਰਨੀ ਨਾਲ ਗੱਲ ਕਰ ਰਿਹਾ ਸੀ ਕਿ ਕਿਹੜੀ ਕੌਮ ਹੋਏਗੀ ਜਿਸ ਦੇ ਸਤਿਗੁਰੂ ਸਿਰਜਕ ਹੋਣ, ਇਕੱਲੇ ਕੌਮ ਸਿਰਜਕ ਨਾ ਹੋਣ, ਸ਼ਬਦ ਸਿਰਜਕ ਵੀ ਹੋਣ, ਉਹ ਰਾਗ ਵਿਦਿਆ ਦੇ ਵੀ ਗਿਆਤਾ ਹੋਣ, ਉਹ ਯੁੱਧ ਸ਼ਸਤਰ ਸ਼ਾਸਤਰ ਦੇ ਵੀ ਗਿਆਤਾ ਹੋਣ, ਉਹ ਧਰਤੀ ਦੀ ਹਰ ਮਰਿਆਦਾ ਨੂੰ ਨਿਭਾਉਂਦੇ ਹੋਏ ਲੋਕ ਮਰਿਆਦਾ ਐਸੀ ਵਿਕਸਿਤ ਕਰਨ ਜਿਸ ਦੇ ਅਧੀਨ ਬਾਅਦ ਵਿੱਚ ਅੱਗੇ ਤੁਰ ਕੇ 20ਵੀਂ ਸਦੀ 'ਚ ਸੰਤ ਰਮਦਾਸੀ ਵਿਕਸਿਤ ਹੁੰਦਾ। ਜੋ ਦਸ਼ਮੇਸ਼ ਤੋਂ ਥਾਪੜਾ ਮੰਗਦਾ, ਜਦੋਂ ਉਹ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਪ੍ਰੇਰਣਾ ਲੈਂਦਾ, ਸ਼ਬਦ ਐਸੇ ਪਰੋਸਦਾ ਸਾਨੂੰ ਕਿ ਉਹ ਇੱਕ ਐਸੀ ਸਾਡੇ ਵਾਸਤੇ ਜਵਾਲਾ ਪ੍ਰਜਵਲਿਤ ਕਰਦਾ ਜਿਸ ਦੀ ਰੌਸ਼ਨੀ 'ਚ, ਜਿਸ ਦੇ ਨਿੱਘ ਦੇ ਵਿੱਚ ਅਸੀਂ ਠਰਦੇ ਠਰਦੇ ਵੀ ਆਮ ਇਨਸਾਨ ਵਾਂਗ ਸਿੱਧੇ ਤੌਰ ਖੜੇ ਹੋ ਜਾਂਦੇ ਹਾਂ। ਨਾਮਧਾਰੀ ਜੀਵਨ ਵਿਹਾਰ ਦੀ ਇਹ ਟੱਬਰਦਾਰੀ ਹੈ, ਸਾਰੀ ਪਰਿਵਾਰ ਇਹ ਨਾਮਧਾਰੀ ਰੰਗ ਦੇ 'ਚ ਰੰਗਿਆ ਹੋਇਆ। ਔਰ ਇਸ ਕਰਕੇ ਉਹ ਵੀ ਜਿਹੜੀ ਸਤਿਗੁਰੂ ਪ੍ਰਤਾਪ ਸਿੰਘ ਹੋਰਾਂ ਦੀ, ਉਸ ਤੋਂ ਬਾਅਦ 'ਚ ਜਿਹੜੇ ਵੀ ਵੱਖ ਵੱਖ ਸਮਿਆਂ ਦੇ ਉੱਤੇ ਉਸ ਪਰੰਪਰਾ ਦੇ ਗੁਰੂ ਰਹੇ ਨੇ, ਉਹਨਾਂ ਦੇ ਨਾਲ ਵੀ ਇਹਨਾਂ ਦਾ ਸੁਮੇਲ ਜਿਹੜਾ ਉਹ ਅੱਜ ਤੀਕ ਵੀ ਉਸੇ ਤਰ੍ਹਾਂ ਜੁੜਿਆ ਹੋਇਆ, ਭਾਵੇਂ ਇਹਨਾਂ ਦੇ ਵੱਡੇ ਵੀਰ ਗੁਰਦਾਸ ਸਿੰਘ ਘਾਰੂ ਨੇ ਜਾਂ ਨਿੱਕਾ ਵੀਰ ਗੁਰਦੇਵ ਸਿੰਘ ਕੋਇਲ ਹੈ। ਮੇਰਾ ਖਿਆਲ ਹੈ ਕਿ ਉਹ ਵੀ ਇੱਕ ਰੰਗਣ ਇਹਨਾਂ ਦੇ ਉੱਤੇ ਇਹਨਾਂ ਦੀਆਂ ਲਿਖਤਾਂ 'ਚੋਂ ਵੀ ਦਿਸਦੀ ਹੈ, ਬਹੁਤ ਸਾਰੀਆਂ ਨਜ਼ਮਾਂ ਉਹਨਾਂ ਦੀਆਂ ਐਸੀਆਂ ਜਿਹੜੀਆਂ ਉਹਨਾਂ ਦੀ ਪਰੰਪਰਾ ਨੂੰ ਵੀ ਕਰਦੀਆਂ ਨੇ, ਸਿੰਜਦੀਆਂ ਨੇ। ਸੋ ਮੈਂ ਇਹ ਗੱਲ ਤਾਂ ਦੱਸੀ ਹੈ ਕਿ ਕਿਹੜੀ ਬੈਕਗਰਾਊਂਡ 'ਚੋਂ ਬੰਦਾ ਆਉਂਦਾ ਹੈ। ਔਰ ਕੱਲ੍ਹ ਹੀ ਮੈਨੂੰ ਭੈਣੀ ਸਾਹਿਬ ਤੋਂ ਇੱਕ ਸੱਜਣ ਦਾ ਫੋਨ ਆਇਆ, ਇੱਕ ਫੋਨ ਮੈਨੂੰ ਸਿਰਸਾ ਤੋਂ ਆਇਆ ਕਿ ਅਸੀਂ ਉਹਨਾਂ ਬਾਰੇ ਗੱਲ ਕਰਨੀ ਚਾਹੁੰਦੇ ਹਾਂ, ਪਰ ਕਿਉਂਕਿ ਵਕਤ ਦੀ ਵੀ ਪਾਬੰਦੀ ਹੈ ਸਾਡੇ ਉੱਤੇ ਲੱਗੀ ਹੋਈ, ਇਸ ਕਰਕੇ ਅਸੀਂ ਉਹਨਾਂ ਨੂੰ ਨਹੀਂ ਪ੍ਰਵਾਨਗੀ ਦੇ ਸਕੇ। ਪਰ ਅਗਲੇ ਕਿਸੇ ਸੈਮੀਨਾਰ ਦੇ ਵਿੱਚ ਅਸੀਂ ਚਾਹਾਂਗੇ ਕਿ ਅਸੀਂ ਆਪਣੇ ਉਸ ਲੋਕ ਨਾਇਕ, ਲੋਕ ਸ਼ਾਇਰ ਦੇ ਬਚਪਨ ਬਾਰੇ, ਉਸ ਟੱਬਰ ਬਾਰੇ, ਉਹਨਾਂ ਦੀ ਜ਼ਿੰਦਗੀ ਦੇ ਉਸਾਰ ਬਾਰੇ ਗੱਲਾਂ ਕਰਨ ਵਾਸਤੇ ਉਹਨਾਂ ਮਿੱਤਰਾਂ ਨੂੰ ਤਿਆਰ ਕਰੀਏ, ਜਿਹੜੇ ਮਿੱਤਰ
ਮੁੱਖ ਧਾਰਾ ਦੇ ਬੁਲਾਰੇ ਨਹੀਂ ਹਨ, ਪਰ ਉਹਨਾਂ ਕੋਲ ਗੱਲ ਕਹਿਣ ਵਾਸਤੇ ਹੈਗੀ ਹੈ। ਸੋ ਮੈਨੂੰ ਲੱਗਦਾ ਕਿ ਉਹਨਾਂ ਲੋਕਾਂ ਨੂੰ ਵੀ ਰੋਪ ਇਨ ਕਰਨਾ, ਉਹਨਾਂ ਨਾਲ ਤੋਰਨਾ ਬਹੁਤ ਜ਼ਰੂਰੀ ਹੈ। ਸੋ ਮੈਂ ਅੱਜ ਖਿਮਾ ਮੰਗਾਂਗਾ ਉਹਨਾਂ ਦੋਸਤਾਂ ਤੋਂ। ਇਸੇ ਤਰ੍ਹਾਂ ਹੀ ਸੁਰਿੰਦਰ ਮੰਡ ਮੇਰੇ ਦੋਸਤ ਨੇ, ਤਲਵਾੜਾ ਦੇ ਵਿੱਚ ਗੌਰਮੈਂਟ ਕਾਲਜ ਪ੍ਰੋਫੈਸਰ ਰਹੇ ਨੇ, ਉਹਨਾਂ ਨੇ ਅੱਜ ਇੱਕ ਮੈਨੂੰ ਗੀਤ ਘੱਲਿਆ ਜਿਹੜੇ ਗੀਤ ਨੂੰ ਸੁਣ ਕੇ ਸੱਚ ਜਾਣਿਓ। ਮੈਂ 2-3-4 ਘੰਟੇ ਲਗਾਤਾਰ ਗਰਾਊਂਡ ਵਿੱਚ ਰਿਹਾ। ਉਹ ਕਹਿੰਦੇ ਮੈਂ ਕਾਲਜ ਟਾਈਮ ਤੋਂ ਲਗਾਤਾਰ ਸੰਤਰਾ ਮਦਾਸੀ ਨੂੰ ਲਗਾਤਾਰ ਗਾ ਰਿਹਾ, ਅੱਜ ਵੀ ਮੈਂ ਗੀਤ ਸੁਣਾਉਣਾ ਚਾਹੁੰਦਾ, ਪਰ ਕਿਉਂਕਿ ਅਸੀਂ ਪਲੈਨ ਕਰ ਚੁੱਕੇ ਹਾਂ, ਸਮਾਂ ਸਾਰਾ ਨਿਸ਼ਚਿਤ ਕਰ ਚੁੱਕੇ ਹਾਂ, ਸੋ ਅਸੀਂ ਆਪਣੇ ਵਿਦਵਾਨ ਦੋਸਤ ਡਾਕਟਰ ਸੁਰਿੰਦਰ ਸਿੰਘ ਮੰਡ ਹੋਰਾਂ ਨੂੰ ਵੀ ਅਗਲੀ ਵਾਰ ਲਾਜ਼ਮੀ ਇਸ 'ਚ ਰੋਪਨ ਕਰਾਂਗੇ, ਗੱਲ ਉਹਨਾਂ ਦੀ ਵੀ ਕਰਵਾਵਾਂਗੇ। ਸੋ ਮੈਂ ਬਹੁਤਾ ਗੱਲ ਨੂੰ ਇੱਥੇ ਸਮੇਟਦਿਆਂ ਹੋਇਆਂ ਸਤਿਕਾਰਯੋਗ ਡਾਕਟਰ ਐਸ ਪੀ ਸਿੰਘ ਹੋਰਾਂ ਦਾ ਸਵਾਗਤ ਕਰਦਾ ਜਿਹੜੇ ਅੱਜ ਦੀ ਪ੍ਰਧਾਨਗੀ ਕਰ ਰਹੇ ਨੇ। ਮੇਰਾ ਵੀਰ ਜਸਵੀਰ ਜੱਸੀ ਹੈ, ਸੁਖਵਿੰਦਰ ਕੰਬੋਜ ਹੈ, ਅਜਮੇਰ ਸਿੱਧੂ ਹੈ, ਸ਼ਾਇਰ ਦੋਸਤ ਨੇ, ਗਾਇਕ ਦੋਸਤ ਨੇ, ਸਾਰਿਆਂ ਦਾ ਸਵਾਗਤ ਕਰਦਾ ਹੋਇਆ ਮੈਂ ਇਹੀ ਆਖਾਂਗਾ ਕਿ ਇਹ ਜੋ ਕੁਛ ਅਸੀਂ ਕੀਤਾ ਲੋਕ ਵਿਰਾਸਤ ਅਕੈਡਮੀ ਵੱਲੋਂ, ਅਸ਼ਵਨੀ ਜੀ ਤੁਹਾਡੀ ਸੰਘ ਸਾਥ ਦੀ ਜਿਹੜੀ ਇੱਕ ਖਾਸ ਕਮਿਟਮੈਂਟ ਹੈ ਮੇਰੇ ਨਾਲ, ਇਹ ਉਹਦਾ ਪ੍ਰਤਾਪ ਹੈ। ਦੂਸਰਾ, ਇਹ ਉਸ ਜਾਂਚ ਦਾ, ਉਸ ਅੰਦਾਜ਼ ਦਾ ਵੀ ਬਹੁਤ ਵੱਡਾ ਹਿੱਸਾ ਹੈ ਜਿਹੜੀ ਸਾਨੂੰ ਡਾਕਟਰ ਐਸ ਪੀ ਸਿੰਘ ਹੋਰਾਂ ਨੇ ਉਦੋਂ ਸਿਖਾਈ ਸੀ ਜਦੋਂ ਅਜੇ ਇਸ ਗੱਲ ਦਾ ਰਿਵਾਜ਼ ਨਹੀਂ ਸੀ ਹੁੰਦਾ ਕਿ ਵਿਦਿਆਰਥੀ ਵੀ ਫੰਕਸ਼ਨ ਆਰਗਨਾਈਜ਼ ਕਰ ਸਕਦੇ ਨੇ। ਸੋ ਇਹ ਕਾਰਜ ਅਸੀਂ 1971-72 ਤੋਂ ਲਗਾਤਾਰ ਕਰਦੇ ਆ ਰਹੇ ਹਾਂ, ਔਰ ਮੈਨੂੰ ਲੱਗਦਾ ਕਿ ਸਾਨੂੰ ਚਾਹ ਚੜ ਜਾਂਦਾ ਜਿਸ ਦਿਨ ਫੰਕਸ਼ਨ ਮੁੱਕ ਜਾਂਦਾ, ਉਦੋਂ ਬਾਅਦ ਬੁਖਾਰ ਚੜ ਜਾਂਦਾ ਕਿ ਹੁਣ ਅੱਗੋਂ ਕੀ ਕਰਨਾ। ਸੋ ਇਸ ਕਰਕੇ ਇਹ ਸੁਮੇਲ ਬਣਿਆ ਰਹੇ, ਇਸ ਤਰ੍ਹਾਂ ਹੀ ਸਾਡਾ ਟੱਬਰ ਤੁਰਦਾ ਰਹੇ ਅੱਗੇ, ਇਸੇ ਚਾਹ ਤੇ ਉਮਾਹ ਦੇ ਨਾਲ ਮੈਂ ਆਪਣੀ ਗੱਲ ਉੱਤੇ ਸਮੇਟਦਾ ਹੋਇਆ ਹੁਣ ਮੈਂ ਗੁਜ਼ਾਰਿਸ਼ ਕਰਾਂਗਾ ਡਾਕਟਰ ਹਰਿੰਦਰ ਕੌਰ ਸੋਹਲ ਨੂੰ ਕਿ ਉਹ ਸੰਤ ਰਮਦਾਸੀ ਦੇ ਜੀਵਨ ਤੇ ਉਸ ਦੀ ਲੋਕਧਾਰਾ ਪਰੰਪਰਾ ਦੀ ਸ਼ਾਇਰੀ ਬਾਰੇ ਆਪਣੀ ਗੱਲ ਆਖਣ, ਕੁਝ ਗੱਲਾਂ ਹਰਿੰਦਰ ਬਾਰੇ। ਹਰਿੰਦਰ ਨੂੰ ਮੈਂ ਹੁਣ ਤੱਕ ਨਹੀਂ ਮਿਲਿਆ, ਮੈਂ ਸਿਰਫ ਉਹਦੀ ਕਿਤਾਬ ਪੜ੍ਹੀ ਸੀ ਪੰਜਾਬੀ ਲੋਕ ਸੰਗੀਤ ਵਿਭਿੰਨ ਪਸਾਰ, ਉਹਦੀ ਡਾਕਟਰੇਟ ਦਾ ਉਹ ਕੰਮ ਹੈ। ਉਹ ਪੜ੍ਹਨ ਤੋਂ ਬਾਅਦ ਮੈਨੂੰ ਇੰਝ ਲੱਗਿਆ ਕਿ ਫੀਲਡ ਵਰਕ ਕਰਕੇ ਕਿਸੇ ਧੀ ਭੈਣ ਨੇ ਇੰਨਾ ਸੋਹਣਾ ਕੰਮ ਜੇ ਕੀਤਾ ਹੋਵੇ ਤਾਂ ਉਸ ਨੂੰ ਇਸ ਤਰ੍ਹਾਂ ਦੇ ਸਮਾਗਮਾਂ ਦੇ ਵਿੱਚ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ। ਮੇਰਾ ਖਿਆਲ ਹੈ ਕਿ ਜਿੰਨੀ ਵਧੀਆ ਸ਼੍ਰੇਣੀਬੱਧ ਕਲਾਸੀਫਿਕੇਸ਼ਨ ਕਰਕੇ ਉਸਨੇ ਲੋਕ ਸੰਗੀਤ ਦੀਆਂ ਵੱਖ ਵੱਖ ਧਾਰਾਵਾਂ ਨੂੰ ਵਿਕਸਿਤ ਕੀਤਾ, ਜਾਂ ਜਿਸ ਕਿਸਮ ਦੇ ਉਹਨੇ ਵੱਖ ਵੱਖ ਸ਼ਾਇਰਾਂ ਬਾਰੇ ਆਪਣੇ ਕਮੈਂਟ ਮੇਰੇ ਨਾਲ ਟੈਲੀਫੋਨਿਕ ਵਿਚਾਰ ਵਟਾਂਦਰੇ ਦੌਰਾਨ ਕੀਤੇ ਹੋਏ ਨੇ, ਉੱਥੋਂ ਮੈਨੂੰ ਲੱਗਦਾ ਹੈ ਕਿ ਇੱਕ ਨਵੀਂ ਆਸ ਉਮੀਦ ਦੀ ਕਿਰਨ ਵਰਗੀ ਇਹ ਬੇਟੀ ਹੈ। ਔਰ ਮੈਨੂੰ ਯਕੀਨ ਹੈ ਕਿ ਗੁਰੂ ਨਾਨਕ ਯੂਨੀਵਰਸਿਟੀ 'ਚ ਉਹਦੀ ਜਿਹੜੀ ਨਵੀਂ ਪਾਰੀ ਸ਼ੁਰੂ ਹੋਈ ਹੈ, ਇਸ ਤੋਂ ਪਹਿਲਾਂ ਹਿੰਦੂ ਕਾਲਜ ਸੀਗੀ, ਉਸ ਤੋਂ ਪਹਿਲਾਂ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿੱਚ ਪੜ੍ਹਾਉਂਦੀ ਸੀ, ਔਰ ਉਹ ਪਾਰੀ ਬੜੀ ਹਿੰਮਤ ਨਾਲ ਬਹੁਤ ਅੱਗੇ ਲੈ ਕੇ ਜਾਣ ਦੀ ਲੋੜ ਹੈ ਬੱਚਾ। ਇਸ ਕਰਕੇ ਉਸ ਮਿੱਟੀ ਨੂੰ ਸਲਾਮ, ਤਰਨ ਤਾਰਨ ਦੀ ਮਿੱਟੀ ਨੂੰ ਸਲਾਮ ਜਿੱਥੇ ਜੰਮੀ ਜਾਈਏ। ਔਰ ਇੱਕ ਵੱਡੀ ਪਰੰਪਰਾ ਸਾਡੇ ਕੋਲ ਤਰਨ ਤਾਰਨ ਦੀ ਹੈ, ਭਾਈ ਸਾਹਿਬ ਭਾਈ ਮੋਹਨ ਸਿੰਘ ਵੈਦ ਤੋਂ ਲੈ ਕੇ ਸਾਡੇ ਕੋਲ ਹੈਡਮਾਸਟਰ ਮਹਿਤਾਬ ਸਿੰਘ ਜੀ ਤੋਂ ਲੈ ਕੇ ਜਿਨ੍ਹਾਂ ਦੇ ਬੇਟਿਆਂ 'ਚੋਂ ਜਗਜੀਤ ਸਿੰਘ ਆਨੰਦ ਔਰ ਪ੍ਰੀਤਮ ਸਿੰਘ ਸਫੀਰ ਬਹੁਤ ਵੱਡਾ ਨਾਂ ਨੇ, ਉਸ ਤੋਂ ਬਾਅਦ ਸੱਜਰਿਆਂ 'ਚੋਂ ਬਹੁਤ ਸਾਰੇ ਹੋਰ ਨਾਂ ਨੇ ਜਿਨ੍ਹਾਂ ਨੇ ਬਹੁਤ ਅੱਛਾ ਕੰਮ ਕੀਤਾ ਤਰਨ ਤਾਰਨ ਦੀ ਮਿੱਟੀ ਨੂੰ ਸਲਾਮ। ਅਤੇ ਨਾਲ ਲੱਗਦੇ ਹੱਥ ਜੇ ਤਰਨ ਤਾਰਨ ਤੋਂ ਮਾੜੇ ਜਿਹੇ ਪਰਾਂ ਚਲੇ ਜਾਈਏ ਤਾਂ ਅਸ਼ਵਨੀ ਭੱਲਾ ਦੇਈ ਪੱਟੀ ਨੂੰ ਵੀ ਸਲਾਮ। ਥੈਂਕ ਯੂ ਸਰ। ਸੋ ਮੈਂ ਗੁਜ਼ਾਰਿਸ਼ ਕਰਾਂਗਾ ਬੇਟੀ ਹਰਿੰਦਰ ਸੋਹਲ ਨੂੰ ਕਿ ਉਹ ਆਪਣੇ ਪ੍ਰਵਚਨ ਨੂੰ ਸ਼ੁਰੂ ਕਰੇ, ਭਾਸ਼ਣ ਨੂੰ ਸ਼ੁਰੂ ਕਰੇ, ਉਸ ਦੀਆਂ ਗੱਲਾਂ ਸਾਡੇ ਵਾਸਤੇ ਸੱਜਰੀਆਂ ਵੀ ਹੋਣਗੀਆਂ, ਮੁੱਲਵਾਨ ਵੀ ਹੋਣਗੀਆਂ। ਹਰਿੰਦਰ, ਥੈਂਕ ਯੂ ਸਰ, ਮਿਹਰਬਾਨੀ ਜੀ ਬਹੁਤ ਬਹੁਤ। ਸਾਰਿਆਂ ਨੂੰ ਮੇਰੀ ਅਦਬ ਭਰੀ ਸਤਿ ਸ੍ਰੀ ਅਕਾਲ। ਮੈਂ ਬਹੁਤ ਆਭਾਰੀ ਹਾਂ ਕਿ ਅੱਜ ਲੋਕ ਕਵੀ ਸੰਤ ਰਾਮ ਉਦਾਸੀ ਜੀ ਦੇ ਜਨਮ ਦਿਨ ਮੌਕੇ ਲੋਕ ਵਿਰਾਸਤ ਅਕੈਡਮੀ ਤੇ ਪੰਜਾਬ ਕਾਮਰਸ ਅਤੇ ਮੈਨੇਜਮੈਂਟ ਲੁਧਿਆਣਾ ਨੇ ਮੈਨੂੰ ਇਮਾਨ ਬਖਸ਼ਿਆ ਕਿ ਮੈਂ ਆਪਣੇ ਕੁਝ ਅਲਫਾਜ਼ ਤੁਹਾਡੇ ਨਾਲ ਸਾਂਝੇ ਕਰ ਸਕਾਂ। ਮੇਰੇ ਲਈ ਬਹੁਤ ਹੀ ਮਾਣ ਦੀ ਗੱਲ ਹੈ ਕਿ ਅੱਜ ਡਾਕਟਰ ਐਸ ਪੀ ਸਿੰਘ ਦੇ ਸਾਹਮਣੇ ਮੈਂ ਆਪਣੀ ਗੱਲ ਕਹਿ ਰਹੀ ਹਾਂ, ਔਰ ਕਿਸੇ ਟਾਈਮ 2000 ਜਾਂ 2001 ਵਿੱਚ ਇਹਨਾਂ ਨੇ ਮੈਨੂੰ ਯੂਨੀਵਰਸਿਟੀ ਵਿੱਚ ਪ੍ਰਵਾਸੀ ਪੰਜਾਬੀ ਸਾਹਿਤ ਦਾ ਪੇਪਰ ਪੜ੍ਹਾਇਆ ਸੀਗਾ ਤੇ ਮੈਨੂੰ ਲੱਗਦਾ ਕਿ ਮੈਂ ਇਹਨਾਂ ਕੋਲ ਬਹੁਤ ਕੁਝ ਸਿੱਖਿਆ, ਔਰ ਮੇਰੇ ਲਈ ਬਹੁਤ ਜ਼ਿਆਦਾ ਵੱਡੇ ਸੁਭਾਗ ਦੀ ਗੱਲ ਆ ਕਿ ਮੈਂ ਇਹਨਾਂ ਦੀ ਪ੍ਰਧਾਨਗੀ ਹੇਠ ਅੱਜ ਗੱਲ ਕਰ ਰਹੀ ਹਾਂ। ਨਾਲ ਹੀ ਮੈਂ ਬਹੁਤ ਧੰਨਵਾਦੀ ਹਾਂ ਪ੍ਰੋਫੈਸਰ ਗੁਰਭਜਨ ਸਿੰਘ ਗਿੱਲ ਤੇ ਡਾਕਟਰ ਅਸ਼ਵਨੀ ਭੱਲਾ ਜੀ ਦੀ ਜਿਨ੍ਹਾਂ ਨੇ ਮੈਨੂੰ ਇਹ ਪਲੇਟਫਾਰਮ ਮੁਹੱਈਆ ਕਰਵਾਇਆ। ਮੈਨੂੰ ਲੱਗਦਾ ਹੈ ਕਿ ਸੰਤ ਰਾਮ ਉਦਾਸੀ ਜੀ ਤੇ ਗੱਲ ਕਰਨੀ ਕੋਈ ਸੌਖੀ ਗੱਲ ਨਹੀਂ, ਪਰ ਫਿਰ ਵੀ ਮੈਂ ਆਪਣੀ ਨਿਮਾਣੀ ਸਮਝ ਮੁਤਾਬਿਕ ਉਹਨਾਂ ਬਾਰੇ ਬੜੀ ਸਰਲ ਤੇ ਸਾਦੀ ਜੀ ਵਿਚਾਰ ਤੁਹਾਡੇ ਨਾਲ ਸਾਂਝੀ ਕਰਾਂਗੀ। ਉਹਨਾਂ ਦੀ ਕਲਮ ਦੇ ਹਵਾਲੇ ਨਾਲ ਇਹ ਗੱਲ ਕਰਨੀ ਮੈਨੂੰ ਲੱਗਦਾ ਹੋਰ ਵੀ ਸੋਹਣੀ ਲੱਗੇਗੀ। ਉਹ ਲਿਖਦੇ ਨੇ, ਜੰਮੀ ਰਾਣੀ ਮਾਏ ਸਾਨੂੰ ਇਹੋ ਜਿਹੇ ਪਿੰਡ ਜਿੱਥੇ ਸਦਰਾਂ ਤੇ ਸੰਗਲ ਰਵੇ, ਜਿੱਥੇ ਮੇਰੇ ਵੀਰ ਦੀਆਂ ਤੱਤੀਆਂ ਤਰੇਲੀਆਂ ਦਾ ਚੱਪਾ ਟੁੱਕ ਮੋਲਣਾ ਪਵੇ, ਲਾਲ ਫੀਤੇ ਵਾਲੀ ਕਿਸੇ ਮੋਟੀ ਸਾਰੀ ਬਹੀ ਵਿੱਚ, ਲਾਲ ਫੀਤੇ ਵਾਲੀ
ਕਿਸੇ ਮੋਟੀ ਸਹਿਰੀ ਬਹੀ ਵਿੱਚ ਕੈਦ ਸਾਡੇ ਹੱਕਾਂ ਦੀ ਇਹ ਅੱਗ ਨਹੀਂ ਰਾਠਾਂ ਦੇ ਆ ਕਿੱਲਾਂ ਵਾਲੇ ਬੂਟਾਂ ਦੇ ਨੀ ਠੁੱਡੇ ਖਾ ਕੇ ਪਾਟੀ ਮੇਰੇ ਬਾਪੂ ਦੀ ਇਹ ਪੱਗ ਨਹੀਂ ਰੋਜ਼ੀ ਤੋਂ ਨਿਰਾਸ਼ ਕਿਸੇ ਅਬਲਾ ਦਾ ਹੌਕਾ ਆਖੇ ਕੋਈ ਸਾਡੀ ਚਾਨਣੀ ਲਵੇ ਜੰਮੀ ਨਾਣੀ ਮਾਏ ਸਾਨੂੰ ਇਹੋ ਜਿਹੇ ਪਿੰਡ ਜਿੱਥੇ ਸਦਰਾਂ ਤੇ ਸੰਗਲ ਰਵੇ ਸਦਰਾਂ ਤੇ ਸੰਗਲਾਂ ਦੀ ਪੀੜ ਨੂੰ ਬਿਆਲਣ ਵਾਲੇ ਲੋਕ ਕਵੀ ਸੰਤ ਰਾਮ ਉਦਾਸ ਜੀ ਦਾ ਜਨਮ 20 ਅਪ੍ਰੈਲ 1939 ਨੂੰ ਰਾਇਸਰ ਵਿਖੇ ਮਾਤਾ ਧੰਨ ਕੌਰ ਦੀ ਕੁੱਖੋਂ ਤੇ ਪਿਤਾ ਸਰਦਾਰ ਮੇਹਰ ਸਿੰਘ ਦੇ ਵਿਹੜੇ ਹੋਇਆ ਉਹਨਾਂ ਦੇ ਦਾਦਾ ਜੀ ਦਾ ਨਾਂ ਸੁਰਮੁਖ ਸਿੰਘ ਸੀ ਬੇਜ਼ਮੀਨੇ ਖੇਤ ਮਜ਼ਦੂਰ ਦਾ ਪੁੱਤ ਹੋਣ ਕਾਰਨ ਉਹਨਾਂ ਆਪਣੇ ਬਾਪ ਦੇ ਜ਼ਿਹਨ ਤੇ ਉੱਕਰੇ ਵਿਖੜੇ ਪੈਂਡਿਆਂ ਤੇ ਜ਼ਗੀਰੂ ਸੋਚ ਦੀ ਦਬਦਬੇ ਵਾਲੀ ਭਾਵਨਾ ਨੂੰ ਨਿੱਕੇ ਹੁੰਦਿਆਂ ਆਪਣੀ ਸੋਚ ਤੇ ਹੰਡਾਇਆ ਉਦਾਸੀ ਜੀ ਨੇ ਪ੍ਰਾਇਮਰੀ ਤੱਕ ਦੀ ਪੜ੍ਹਾਈ 1948 ਤੋਂ 1952 ਤੱਕ ਪਿੰਡ ਰਾਜਸਰ ਤੋਂ ਪ੍ਰਾਪਤ ਕੀਤੀ ਉਦਾਸੀ ਤਕੱਲਸ ਦਾ ਉਹਨਾਂ ਦੇ ਨਾਲ ਨਾਲ ਜੁੜਨਾ ਅਸਲ ਵਿੱਚ ਛੋਟਿਆ ਹੁੰਦਾ ਉਹਨਾਂ ਨੂੰ ਥੋੜੇ ਅੱਖਾਂ ਦੀ ਪ੍ਰੋਬਲਮ ਆ ਗਈ ਜਿਹਦੇ ਕਰਕੇ ਉਹਨਾਂ ਦੀ ਮਾਂ ਉਹਨਾਂ ਨੂੰ ਸਾਧੂ ਈਸਰ ਦਾਸ ਉਦਾਸੀ ਜੀ ਦੇ ਡੇਰੇ ਲੈ ਕੇ ਜਾਇਆ ਕਰਦੀ ਸੀ ਉਹ ਕੁੱਕਰਿਆਂ ਦੀ ਪ੍ਰੋਬਲਮ ਤੇ ਠੀਕ ਹੋ ਗਈ ਪਰ ਲਗਾਤਾਰ ਉਹਨਾਂ ਦਾ ਉੱਥੇ ਆਉਣਾ ਜਾਣਾ ਬਣਿਆ ਰਿਹਾ ਜਿਹਦੇ ਕਰਕੇ ਉਹਨਾਂ ਦੇ ਦਾਦਾ ਜੀ ਨੇ ਉਹਨਾਂ ਦੇ ਨਾਂ ਨਾਲ ਇਹ ਤਖੱਲਸ ਲਗਾ ਦਿੱਤਾ ਉਦਾਸੀ ਜਿਹੜਾ ਅੱਜ ਤੱਕ ਉਹਨਾਂ ਦੇ ਨਾਲ ਚੱਲਦਾ ਹੈ ਉਹਨਾਂ ਨੇ ਆਪਣੀ ਮੈਟ੍ਰਿਕ ਦੀ ਪੜ੍ਹਾਈ 1957 ਵਿੱਚ ਬਖਤਗੜ੍ਹ ਤੋਂ ਕੀਤੀ ਇਸ ਤੋਂ ਬਾਅਦ ਕੁਝ ਸਮਾਂ ਆਪ ਜੀ ਨੇ ਪੌਕ ਡੈਮ ਤੇ ਮੁਨਸ਼ੀ ਦੀ ਨੌਕਰੀ ਕੀਤੀ ਇਸ ਤੋਂ ਉਪਰੰਤ ਆਪ ਜੀ ਨੇ ਬਖਤਗੜ੍ਹ ਦੇ ਹੈਡਮਾਸਟਰ ਬਲਵੰਤ ਸਿੰਘ ਰਾਹੀਂ JBT ਵਿੱਚ ਦਾਖਲਾ ਲੈ ਲਿਆ ਸਤੰਬਰ 1961 ਵਿੱਚ ਬੇਲਾ ਪਿੰਡ ਵਿਖੇ ਪੱਕੀ ਸਰਕਾਰੀ ਨੌਕਰੀ ਮਿਲ ਗਈ ਮਾਸਟਰ ਗੁਰਦਿਆਲ ਸਿੰਘ ਦੇ ਪ੍ਰਭਾਵ ਅਧੀਨ ਆਪ ਦਾ ਝੁਕਾਅ ਕਮਿਊਨਿਸਟ ਲਹਿਰ ਵੱਲ ਹੋ ਗਿਆ ਕਮਿਊਨਿਸਟ ਪਾਰਟੀ ਵਿੱਚ ਟੁੱਟ ਪੈਣ ਤੋਂ ਬਾਅਦ 1969 ਵਿੱਚ ਸੰਤ ਰਾਮ ਉਦਾਸੀ CPM ਵਿੱਚ ਚਲੇ ਗਏ 1967-68 ਵਿੱਚ ਨਕਸਲਵਾੜੀਆਂ ਦੇ ਪ੍ਰਭਾਵ ਅਧੀਨ ਪਾਰਟੀਆਂ ਬਣਨੀਆਂ ਸ਼ੁਰੂ ਹੋ ਗਈਆਂ ਜਿਨ੍ਹਾਂ ਦਾ ਮੁੱਖ ਮੰਤਵ ਸੀਗਾ ਪਹਿਲਾਂ ਤੇ ਜ਼ਮੀਨੀ ਕਬਜ਼ੇ ਤੇ ਲਤਾੜੀ ਜਾਰੀ ਧਿਰ ਦਾ ਦਾਵਾ ਸਾਬਿਤ ਕਰਵਾਉਣਾ ਦੂਸਰਾ ਵਿਦਿਆਰਥੀ ਸੰਘਰਸ਼ ਦੀ ਮਜ਼ਬੂਤੀ ਦੀ ਗੱਲ ਕਰਨੀ ਇਸ ਦੇ ਨਾਲ ਹੀ ਕਿਸਾਨੀ ਸੰਘਰਸ਼ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਦਾ ਹੱਲ ਕਰਵਾਉਣਾ ਤੇ ਬਹੁਤ ਸਾਰੇ ਅਜਿਹੇ ਪੇਚੀਦਾ ਮਸਲੇ ਜਿਹੜੇ ਉਸ ਵੇਲੇ ਸਮਾਜ ਵਿੱਚ ਵੱਡੀ ਜਿਹੜੀ ਅੜੌਣੀ ਬਣੇ ਹੋਏ ਸਨ ਉਹਨਾਂ ਦਾ ਹੱਲ ਕਰਨਾ ਇਸ ਲਹਿਰ ਦਾ ਮੁੱਖ ਮਕਸਦ ਸੀਗਾ ਇਸ ਸਮੇਂ ਉਦਾਸੀ ਜੀ ਨੇ ਕਿਲ੍ਹਾ ਹਕੀਮਾ ਸੰਗਰੂਰ ਦੇ ਜ਼ਮੀਨੀ ਕਬਜ਼ੇ ਦਾ ਸਮਰਥਨ ਕੀਤਾ ਤੇ ਪੁਲਿਸ ਦਾ ਅਕੈਦ ਅਸਹਿ ਤਸ਼ੱਦਦ ਜਿਹੜਾ ਉਹ ਸਹਾਰਿਆ 11 ਜਨਵਰੀ 1971 ਨੂੰ ਪਹਿਲੀ ਗ੍ਰਿਫਤਾਰੀ ਹੋਈ ਤੇ ਫਿਰ ਲਗਾਤਾਰ ਗ੍ਰਿਫਤਾਰੀਆਂ ਦੀ ਗ੍ਰਿਫਤ ਵਿੱਚ ਉਹ ਲਗਾਤਾਰ ਚੱਲਦੇ ਰਹੇ ਤੇ ਉਹਨਾਂ ਨੂੰ ਜੇਲ੍ਹਾਂ ਵੀ ਕੱਟਣੀਆਂ ਪਈਆਂ ਇਸ ਤੋਂ ਬਾਅਦ ਐਮਰਜੈਂਸੀ ਦੇ ਦੌਰ ਨੂੰ ਦੀ ਅਸੀਂ ਗੱਲ ਕਰ ਸਕਦੇ ਹਾਂ ਜਦੋਂ ਪੁਲਿਸ ਦਾ ਤਸ਼ੱਦਦ ਜ਼ੋਰਾਂ ਤੇ ਸੀ ਔਰ ਉਹਨਾਂ ਨੂੰ ਸਰੀਰਕ ਪੱਖੋਂ ਉਹਨਾਂ ਉੱਤੇ ਇੰਨਾ ਤਸ਼ੱਦਦ ਢਾਇਆ ਗਿਆ ਕਿ ਉਹਨਾਂ ਦੇ ਜ਼ਖਮ ਬਹੁਤ ਦੇਰ ਅੱਲੇ ਰਹੇ ਨਕਸਲਵਾੜੀ ਲਹਿਰ ਦੇ ਗਰੁੱਪਾਂ ਵਿੱਚ ਵੰਡੇ ਜਾਣ ਤੋਂ ਬਾਅਦ ਇੱਕ ਦੂਸ਼ਣਬਾਜ਼ੀ ਜਿਹੜੀ ਆ ਉਹ ਸ਼ੁਰੂ ਹੋ ਗਈ ਔਰ ਲਾਲ ਕਿਲ੍ਹੇ ਤੇ ਜਦੋਂ ਉਦਾਸੀ ਜੀ ਨੇ ਆਪਣੇ ਕਾਵਿ ਰਚਨਾਵਾਂ ਜਿਹੜੀਆਂ ਪੇਸ਼ ਕੀਤੀਆਂ ਤੇ ਉਹਨਾਂ ਕਾਵਿ ਰਚਨਾਵਾਂ ਨੂੰ ਜਿਹੜੇ ਲੋਕਾਂ ਨੇ ਸਰਕਾਰੀ ਤੰਤਰ ਨਾਲ ਜੋੜਨਾ ਸ਼ੁਰੂ ਕਰ ਦਿੱਤਾ ਹਾਲਾਂਕਿ ਸਰਕਾਰੀ ਤੰਤਰ ਨਾਲ ਜੁੜੀ ਹੋਈ ਕੋਈ ਵੀ ਭਾਵਨਾ ਉਹਨਾਂ ਦੇ ਮਨ ਵਿੱਚ ਨਹੀਂ ਸੀ ਪਰ ਤਾਂ ਵੀ ਲੋਕਾਂ ਦੇ ਜਵਾਬ ਦਿੰਦੇ ਹੋਏ ਉਹ ਆਪ ਕਹਿੰਦੇ ਨੇ ਕਹਿੰਦੇ ਸਿਧਾਂਤਕ ਤੌਰ ਤੇ ਗੱਲ ਇਹ ਹੈ ਕਿ ਜਿੱਥੇ ਲੋਕ ਹਨ ਉੱਥੇ ਸਾਡੀ ਹਾਜ਼ਰੀ ਜ਼ਰੂਰੀ ਹੈ ਮੈਂ ਸਮਝਦਾ ਹਾਂ ਜਿੱਥੇ ਕੋਈ ਬੁਲਾਵੇ ਚਲੇ ਜਾਣਾ ਚਾਹੀਦਾ ਹੈ ਆਪਣੇ ਵਿਚਾਰ ਨਹੀਂ ਛੱਡਣੇ ਚਾਹੀਦੇ ਲਾਲ ਕਿਲ੍ਹੇ ਤੇ ਜਾ ਕੇ ਮੈਂ ਕੀ ਕਿਹਾ ਉਹੀ ਇਨਕਲਾਬੀ ਗੀਤ ਮੈਂ ਤਾਂ ਇਹੀ ਸਮਝਦਾ ਹਾਂ ਕਿ ਮੈਂ ਲੋਕ ਜਿੱਤ ਦੀ ਚੇਪੀ ਲਾਲ ਕਿਲ੍ਹੇ ਦੀ ਕੰਧ ਉੱਤੇ ਛੇਪ ਆਇਆ ਹਾਂ ਇਸੇ ਤਰ੍ਹਾਂ ਜਦੋਂ ਸਰਦਾਰ ਜੱਸੋਵਾਲ ਹੋਰਾਂ ਨੇ ਆਪ ਨੂੰ ਸਿੱਕਿਆਂ ਨਾਲ ਤੋਲਿਆ ਤਾਂ ਇਹ ਗੱਲ ਵਿਰੋਧੀਆਂ ਲਈ ਇੱਕ ਮੌਕਾ ਬਣ ਗਈ ਤੇ ਨਕਸਲੀ ਗਰੁੱਪਾਂ ਦੀ ਆਪਸੀ ਸ਼ਰੀਕੇਬਾਜ਼ੀ ਵਿੱਚੋਂ ਇਹ ਸਭ ਉਗਮਿਆ ਇਸ ਤੋਂ ਬਾਅਦ ਖਾਲਿਸਤਾਨੀ ਗਰੁੱਪਾਂ ਨੇ ਨਕਸਲੀਆਂ ਤੇ ਕਿਵੇਂ ਹਮਲੇ ਸ਼ੁਰੂ ਕੀਤੇ ਬੜੀ ਲੰਬੀ ਚੌੜੀ ਇੱਕ ਗੱਲ ਆ ਔਰ ਪੰਜਾਬ ਦੇ ਵਿੱਚ 1984 ਦੇ ਕਤਲੇਆਮ ਤੋਂ ਬਾਅਦ ਪੰਜਾਬ ਤੋਂ ਬਾਹਰਲੀਆਂ ਸਟੇਟ ਵਿੱਚ ਸਿੱਖਾਂ ਦੀ ਕੀ ਹਾਲਤ ਹੋਈ ਕਿਵੇਂ ਉਹਨਾਂ ਨੂੰ ਕੱਟਿਆ ਵੱਢਿਆ ਗਿਆ ਇਹ ਵੀ ਬਹੁਤ ਜਿਹੜੀ ਆ ਤ੍ਰਾਸਦਿਕ ਜਿਹੜੀ ਆ ਸਥਿਤੀ ਆ ਇਸੇ ਤਰ੍ਹਾਂ ਫਿਰਕਾ ਪ੍ਰਸਤੀ ਦੀ ਇਸ ਅੱਗ ਨੇ ਬਹੁਤ ਕੁਝ ਤਬਾਹ ਕਰ ਦਿੱਤਾ ਤਖ਼ਤ ਸ੍ਰੀ ਹਜ਼ੂਰ ਸਾਹਿਬ ਨੰਦੇੜ ਮਹਾਰਾਸ਼ਟਰ ਵਿਖੇ ਗੁਰਗੱਦੀ ਸਮਾਗਮਾਂ ਸੰਬੰਧੀ ਧਾਰਮਿਕ ਕਵੀ ਦਰਬਾਰ ਸ਼ਾਮਿਲ ਹੋਣ ਲਈ 1 ਨਵੰਬਰ 1986 ਨੂੰ ਰਾਜਸਰ ਤੋਂ ਗਏ ਤੇ ਵਾਪਸੀ ਤੇ 6 ਨਵੰਬਰ 1986 ਨੂੰ ਨੰਦੇੜ ਰੇਲਵੇ ਸਟੇਸ਼ਨ ਤੋਂ ਮਾੜ ਆਉਂਦਿਆਂ ਰਾਹ ਵਿੱਚ ਹੀ ਆਪ ਦਾ ਮ੍ਰਿਤਕ ਸ਼ਵ ਇੱਕ ਡੱਬੇ ਵਿੱਚੋਂ ਮਿਲਿਆ ਇਸ ਭਾਵੁਕ ਪਲ ਬਾਰੇ ਉਦਾਸੀ ਜੀ ਦੀ ਬੇਟੀ ਇਕਬਾਲ ਕੌਰ ਉਦਾਸੀ ਲਿਖਦੇ ਹਨ ਕਹਿੰਦੇ ਉਹਨਾਂ ਦੇ ਜਿਉਂਦੇ ਜਿਵੇਂ ਸਾਨੂੰ ਉਹਨਾਂ ਦਾ ਕੋਈ ਭੇਤ ਨਹੀਂ ਸੀ ਆਇਆ
ਕਹਿੰਦੇ ਉਹ ਆਪਣੇ ਮਤਲਬ ਲਿਖਦੇ ਨੇ ਇੱਕ ਇੰਟਰਵਿਊ ਵਿੱਚ, ਕਹਿੰਦੇ ਕਦੇ ਉਹ ਤੋਲਾ ਹੋ ਜਾਂਦੇ ਸੀ, ਕਦੇ ਮਾਸਾ ਹੋ ਜਾਂਦੇ ਸੀ, ਅਸੀਂ ਉਹਨਾਂ ਦਾ ਭੇਦ ਨਹੀਂ ਸੀ ਪਾ ਸਕਦੇ। ਉਸੇ ਤਰ੍ਹਾਂ ਉਹਨਾਂ ਦੀ ਮੌਤ ਸਾਡੇ ਲਈ ਬੁਝਾਰਤ ਬਣ ਚੁੱਕੀ ਹੈ। ਪਤਾ ਨਹੀਂ ਉਹਨਾਂ ਦਾ ਇਸ ਤਰ੍ਹਾਂ ਚੁੱਪ ਚੁਪੀਤੇ ਤੁਰ ਜਾਣਾ ਕੁਦਰਤ ਨੂੰ ਕਿਉਂ ਚੰਗਾ ਲੱਗਾ ਸੀ। ਇੱਕ ਲਵਾਰਸ ਬਣ ਕੇ ਗੁਰਦੁਆਰੇ ਵਿੱਚ ਦਫਨਾਉਣਾ ਤੇ ਸਾਨੂੰ ਲਾਸ਼ ਦੇ ਦੀਦਾਰ ਤੱਕ ਨਾ ਹੋਣੇ, ਇਸ ਬਾਰੇ ਮੈਨੂੰ ਜ਼ਿੰਦਗੀ ਤੇ ਆਖਰੀ ਦਮ ਪਰ ਪਾਪਾ ਜੀ ਤੇ ਕੁਦਰਤ ਤੇ ਵੀ ਇਤਰਾਜ਼ ਰਹੇਗਾ। ਇਸ ਤੋਂ ਬਾਅਦ ਮੈਂ ਉਹਨਾਂ ਦੀ ਸਾਹਿਤਕ ਰਚਨਾਵਾਂ ਬਾਰੇ ਇੱਕ ਛੋਟੀ ਜਿਹੀ ਜਿਹੜੀ ਗੱਲ ਕਰਾਂਗੀ। ਭਾਵੇਂ ਕਿ ਬਹੁਤ ਛੋਟੀ ਉਮਰ ਵਿੱਚ ਉਹਨਾਂ ਨੇ ਸਟੇਜਾਂ ਦੇ ਉੱਤੇ ਜਿਹੜਾ ਉਹ ਗੀਤ ਗਾਉਣੇ ਸ਼ੁਰੂ ਕਰ ਦਿੱਤੇ ਸੀ, ਜਿਹਦੇ ਵਿੱਚ ਜ਼ਿਆਦਾ ਜਿਹੜੇ ਧਰਮ ਨਾਲ ਸੰਬੰਧਿਤ ਸੀਗੇ, ਅਧਿਆਤਮਤਾ ਜਿਹੜੀ ਉਹਦੇ ਉੱਤੇ ਜ਼ਿਆਦਾ ਭਾਰੂ ਸੀ, ਕਿਉਂਕਿ ਇਹਨਾਂ ਦਾ ਜਿਹੜਾ ਮਾਂ ਬਾਪ ਸੀਗੇ ਜਾਂ ਇਹਨਾਂ ਦਾ ਜਿਹੜਾ ਪਰਿਵਾਰਿਕ ਪਿਛੋਕੜ ਸੀ ਉਹ ਇੱਕ ਖਾਸ ਜਿਹੜੇ ਧਰਮ ਹੈ ਹਨਾ ਨਿਰੰਕਾਰੀ ਉਹਨਾਂ ਦੇ ਨਾਲ ਉਹਨਾਂ ਨੂੰ ਮੰਨਦਾ ਸੀਗਾ। ਪਰ ਉਦਾਸੀ ਜੀ ਨੇ ਬਹੁਤ ਜਿਹੜੀਆਂ ਘੱਟ ਜਿਹੜੀਆਂ ਕਾਵਿ ਰਚਨਾਵਾਂ ਉਸ ਅਧਿਆਤਮਿਕਤਾ ਨਾਲ ਸੰਬੰਧਿਤ ਲਿਖੀਆਂ। ਉਸ ਤੋਂ ਬਾਅਦ ਉਹਨਾਂ ਨੇ ਜੁਝਾਰੂ ਜਿਹੜੀ ਆ ਕਾਵਿ ਉਹਦੀ ਸਿਰਜਣਾ ਕੀਤੀ, ਔਰ ਉਹਨਾਂ ਦੇ ਜਿਹੜੇ ਚਾਰ ਕਾਵਿ ਸੰਗ੍ਰਹਿ ਛਪ ਚੁੱਕੇ ਆ ਲੋਹ, ਜਿਹਨਾਂ ਬਾਰੇ ਗਿੱਲ ਸਾਹਿਬ ਗੱਲ ਕਰ ਚੁੱਕੇ ਨੇ, ਲਹੂ ਭਿੱਜੇ ਬੋਲ 1971, ਸਿਆਨਤਾ 1977, ਚੁਨਕਰੀਆਂ ਸ਼ਾਮਾ 1978, ਤੇ ਇਹਦੇ ਵਿੱਚ ਸਾਰੀਆਂ ਵਿੱਚ ਕਮਿਊਨਿਸਟ ਜਿਹੜੀ ਪਾਰਟੀ ਆ ਉਹਦੇ ਹੱਕ ਵਿੱਚ ਜਾਂ ਕਿਰਤੀ ਮਜ਼ਦੂਰ ਜਾਂ ਜਿਹੜੀ ਕਲਾਸ ਲੁੱਟੀ ਜਾ ਰਹੀ ਆ ਉਹਨੂੰ ਕਿਵੇਂ ਜਿਹੜਾ ਲੁੱਟਿਆ ਜਾ ਰਿਹਾ ਵਰਗ ਕਿਵੇਂ ਉਹਨੂੰ ਜਿਹੜਾ ਲੁੱਟ ਸੁੱਟ ਕਰ ਰਿਹਾ, ਸਾਰੀ ਉਹਦੇ ਨਾਲ ਸੰਬੰਧਿਤ ਜਿਹੜੀ ਆ ਉਹ ਰਚਨਾ ਸ਼ਾਮਿਲ ਆ। ਔਰ ਜੇ ਅਸੀਂ ਇਹਨਾਂ ਦੀ ਸ਼ਖਸੀਅਤ ਤੇ ਪ੍ਰਭਾਵ ਦੀ ਗੱਲ ਕਰੀਏ ਤਾਂ ਇਹ ਜ਼ਿਆਦਾ ਕਰਕੇ ਵਾਦਾ, ਵਾਸਲੀਓਸਕਾ, ਗੋਰਕੀ, ਪਰਲੈਸਬੁਰਗ, ਜੂਲੀਆ ਫਿਸ਼ਕ ਨੂੰ ਬੜੀ ਗੌਰ ਨਾਲ ਪੜ੍ਹਦੇ ਸੀਗੇ। ਔਰ ਜੂਲੀਅਸ ਫਿਸ਼ਕ ਦੇ ਪ੍ਰਭਾਵ ਨੂੰ ਕਬੂਲਦਿਆਂ ਹੋਇਆਂ ਇਹਨਾਂ ਨੇ ਇੱਕ ਜਗ੍ਹਾ ਲਿਖਿਆ, ਕਹਿੰਦੇ ਜੂਲੀਅਸ ਫਿਸ਼ਕ ਨੇ ਤਸ਼ੱਦਦ ਸਹਿੰਦੇ ਹੋਏ ਫਾਂਸੀ ਦੇ ਤਖ਼ਤੇ ਤੋਂ ਨਾ, ਇਹ ਟੈਕਸਟ ਦਾ ਨਾਂ ਦੀ ਕਿਰਤ ਲੋਕਾਂ ਦੀ ਝੋਲੀ ਪਾਈ, ਤਾਂ ਇਹ ਉਸਤੇ ਹੋਏ ਤਸ਼ੱਦਦ ਦੀ ਮੂੰਹ ਬੋਲ ਦੀ ਤਸਵੀਰ ਸੀ। ਇਸ ਤੋਂ ਬਾਅਦ ਮੈਨੂੰ ਲੱਗਦਾ ਕਿ ਜਿਵੇਂ ਗਿੱਲ ਸਾਹਿਬ ਨੇ ਕਿਹਾ ਵਾ ਕਿ ਯੂਨੀਵਰਸਿਟੀਜ਼ ਵਿੱਚ ਕੰਮ ਹੋਇਆ, ਚੰਡੀਗੜ੍ਹ ਯੂਨੀਵਰਸਿਟੀ ਵਿੱਚ ਵੀ ਕੰਮ ਹੋਇਆ, ਔਰ ਪਟਿਆਲੇ ਯੂਨੀਵਰਸਿਟੀ ਵਿੱਚ ਵੀ ਇਹਨਾਂ ਤੇ ਕੰਮ ਹੋਇਆ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਅਜੇ ਤੱਕ ਇਹਨਾਂ ਤੇ ਕੋਈ ਕੰਮ ਨਹੀਂ ਹੋਇਆ। ਤੇ ਮੈਂ ਅਜੇ 10 ਕੁ ਦਿਨ ਪਹਿਲਾਂ ਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਨਾਨਕ ਆਪਣਾ ਪੰਜਾਬੀ ਅਧਿਐਨ ਸਕੂਲ ਵਿੱਚ ਬਤੌਰ ਅਸਿਸਟੈਂਟ ਪ੍ਰੋਫੈਸਰ ਜੁਆਇਨ ਕੀਤਾ, ਤੇ ਮੇਰੀ ਇਹ ਕੋਸ਼ਿਸ਼ ਰਹੇਗੀ ਕਿ ਮੈਂ ਇਹਨਾਂ ਦੇ ਲੋਕ ਤਰਾਈ ਜਿਹੜੇ ਪੱਖ ਆ ਉਹਨਾਂ ਨੂੰ ਲੈ ਕੇ ਇੱਕ ਕੰਮ ਕਰਵਾਵਾਂ, ਕਿਉਂਕਿ ਜਿੰਨੀ ਖੂਬਸੂਰਤ ਤਰੀਕੇ ਨਾਲ ਇਹ ਲੋਕ ਤਰਾਈ ਵਰਤਾਰਿਆਂ ਦੀ ਗੱਲ ਕਰਦੇ ਨੇ, ਜਿੰਨੀਆਂ ਖੂਬਸੂਰਤ ਤਰੀਕੇ ਨਾਲ ਇਹ ਔਂਸੀਆਂ ਦੀ ਗੱਲ ਕਰਦੇ ਨੇ, ਇਹ ਸਾਡੇ ਜਿਹੜਾ ਪੰਜਾਬੀ ਸੱਭਿਆਚਾਰਕ ਮਾਹੌਲ ਉਹਨੂੰ ਕਿੱਦਾਂ ਇਹ ਟੈਕਸਟ ਵਿੱਚ ਉਸਾਰਦੇ ਨੇ, ਇਹ ਬੜੀ ਸੋਹਣੀ ਗੱਲ ਆ, ਔਰ ਇੱਥੇ ਕੰਮ ਹੋਣਾ ਬਹੁਤ ਜ਼ਰੂਰੀ ਆ। ਔਰ ਭਵਿੱਖ 'ਚ ਮੇਰੀ ਕੋਸ਼ਿਸ਼ ਆ ਕਿ ਇਹ ਕੰਮ ਮੈਂ ਨੇਪਰੇ ਚਾੜਨ ਦੀ ਕੋਸ਼ਿਸ਼ ਕਰਾਂਗੀ। ਔਰ ਜੇਕਰ ਅਸੀਂ ਕਿਸੇ ਸਾਹਿਤਕ ਕਿਰਤ ਦੀ ਲੋਕਤਰਾਈ ਪ੍ਰਸੰਗਿਕਤਾ ਦੇ ਪੱਖ ਤੋਂ ਗੱਲ ਕਰੀਏ ਤਾਂ ਮੈਨੂੰ ਲੱਗਦਾ ਕਿ 2-3 ਪੁਆਇੰਟਸ ਨੇ ਜਿਹਨਾਂ ਨੂੰ ਧਿਆਨ 'ਚ ਰੱਖਣਾ ਪੈਂਦਾ। ਪਹਿਲਾ ਕੀ ਆ ਕਿ ਲੋਕਤਰਾਈ ਜਿਹੜੇ ਸੌਮੇ ਉਹਨਾਂ ਦੀ ਪਛਾਣ ਕਰਨੀ, ਦੂਸਰਾ ਕੀ ਆ ਕਿ ਉਹਨਾਂ ਦੀ ਵਰਤੋਂ ਦੀਆਂ ਵਿਧੀਆਂ ਨੂੰ ਧਿਆਨ ਵਿੱਚ ਰੱਖਣਾ ਕਿ ਜਿਹੜਾ ਰਾਈਟਰ ਜੋ ਲਿਖ ਰਿਹਾ ਉਹਦੀ ਜਿਹੜੀਆਂ ਵਰਤੋਂ ਦੀਆਂ ਵਿਧੀਆਂ ਨੇ ਉਹ ਕਿਸ ਤਰ੍ਹਾਂ ਦੀਆਂ, ਕੀ ਉਹ ਅਨੁਸਰਨ ਦੀ ਵਿਧੀ ਨੂੰ ਵਰਤ ਰਿਹਾ, ਕੀ ਉਹ ਰੂਪਾਂਤਰਨ ਦੀ ਵਿਧੀ ਨੂੰ ਵਰਤ ਰਿਹਾ। ਜਦੋਂ ਅਸੀਂ ਅਨੁਸਰਨ ਦੀ ਵਿਧੀ ਦੀ ਗੱਲ ਕਰਦੇ ਹਾਂ ਤੇ ਜਿਹੜੀ ਚੀਜ਼ ਆ, ਜਿਹੜੀ ਗੱਲ ਆ, ਜਿਹੜਾ ਆਸਪੈਕਟ ਆ, ਜਿਹੜੀ ਵਸਤੂ ਆ, ਉਹਨੂੰ ਐਜ਼ ਇਟ ਇਜ਼ ਹੀ ਜਿਹੜਾ ਅੱਗੇ ਐਕਸਪਲੇਨ ਕਰ ਦਿੱਤਾ ਜਾਂਦਾ। ਪਰ ਜਦੋਂ ਅਸੀਂ ਰੂਪਾਂਤਰਨ ਦੀ ਗੱਲ ਕਰਦੇ ਹਾਂ ਤੇ ਆਪਣੇ ਸਮੇਂ ਦੇ ਹਾਲਾਤਾਂ ਦੇ ਅਨੁਸਾਰ ਜਿਹੜਾ ਕਵੀ ਆ ਉਸ ਚੀਜ਼ ਨੂੰ ਟਰਾਂਸਫਰ ਕਰਕੇ ਆਪਣੀ ਟੈਕਸਟ ਦੇ ਅਨੁਸਾਰ ਅੱਗੇ ਰੱਖਦਾ। ਸੋ ਸੰਤ ਰਾਮ ਉਦਾਸੀ ਜੀ ਜਿਵੇਂ ਕਿ ਪੰਜਾਬੀ ਸੱਭਿਆਚਾਰ ਦੀ ਰੰਗਤ ਨਾਲ ਓਤ ਪੋਤ ਲੋਕ ਮੁਹਾਵਰੇ ਵਿੱਚ ਸਿਰਜਣਾ ਕਰਨ ਵਾਲੇ ਲੋਕ ਕਵੀ ਸਨ। ਜੇ ਅਸੀਂ ਉਹਨਾਂ ਦੀ ਟੈਕਸਟ ਵੱਲ ਝਾਤ ਮਾਰੀਏ ਤੇ ਜਦੋਂ ਉਹ ਸਾਉਣ ਦੇ ਮਹੀਨੇ ਦੀ ਗੱਲ ਕਰਦੇ ਆ ਤੇ ਸਾਉਣ ਦੇ ਮਹੀਨੇ ਦੀਆਂ ਕਣੀਆਂ ਤੇ ਅੰਬਰਾਂ ਦੀ ਹਿੱਕ ਨੂੰ ਮਾਪਦੀਆਂ ਪੀਂਘਾਂ ਇੱਕ ਵਿਚਿੱਤਰ ਸੰਸਾਰ ਸਿਰਜਦੀਆਂ, ਪੰਜਾਬੀ ਲੋਕਧਾਰਾ ਵਿੱਚ ਇਸ ਤਿਉਹਾਰ ਨਾਲ ਸੰਬੰਧਿਤ ਬਹੁਤ ਸਾਰਾ ਲੋਕ ਕੰਮ ਮਿਲਦਾ। ਇਸੇ ਤਰ੍ਹਾਂ ਜਦ ਉਦਾਸੀ ਜੀ ਤੀਆਂ ਜਾਂ ਸਾਉਣ ਦੇ ਮਹੀਨੇ ਦਾ ਜ਼ਿਕਰ ਕਰਦੇ ਹਨ ਤਾਂ ਨਾਲ ਹੀ ਸੰਸਿਆ ਭਰੀ ਦਰਦਮਈ ਹੂਕ ਦਾ ਪ੍ਰਗਟਾ ਆਪ ਮੁਹਾਰੇ ਹੋ ਜਾਂਦਾ। ਉਹ ਲਿਖਦੇ ਨੇ, ਵਰਿਆ ਇਹ ਸਾਉਣ ਉਹਨਾਂ ਬੱਚਿਆਂ ਦੇ ਨਾਂ ਤੇ ਜਿੰਨਾ ਖੀਰ ਦਾਣਾ ਚੱਖਿਆ ਸਵਾਦ, ਕਮੀਆਂ ਦੀ ਜੀਤੋ ਦੇ ਨਾਲ ਲੱਗੀਆਂ ਨੇ ਤੀਆਂ, ਜਿਹਦਾ ਰਸ ਪੀ ਕੇ ਸੰਘਣੇ ਕਮਾਦ। ਜਿਹੜਾ ਕਵੀ ਸੱਭਿਆਚਾਰਕ ਅਕੀਦਿਆਂ ਨਾਲ ਜੁੜਿਆ ਹੁੰਦਾ ਹੈ ਉਹ ਅਸਲ ਵਿੱਚ ਯੁੱਗ ਦਾ ਲਖਾਇਕ ਬਣ ਜਾਂਦਾ ਹੈ। ਸੰਤ ਰਾਮ ਉਦਾਸੀ ਦੇ ਬੋਲਾਂ ਪਿੱਛੇ ਅਜਿਹਾ ਚਿੰਤਨ ਸੀ ਜੋ ਸਮੇਂ ਦੀ ਨਬਜ਼ ਨੂੰ ਭਲੀ ਭਾਂਤ ਜਾਣਦਾ ਸੀ। ਉਹਨਾਂ ਨੂੰ ਪਤਾ ਸੀ ਕਿ ਸਾਉਣ ਦੀਆਂ ਝੜੀਆਂ ਤੇ ਸੁਹਾਵਣਾ ਮੌਸਮ ਗਰੀਬਾਂ ਲਈ ਉਹ ਅਰਥ ਨਹੀਂ ਰੱਖਦਾ। ਫਿਰ ਉਹ ਅੱਗੇ ਲਿਖਦੇ ਆ, ਤੀਆਂ ਦੇ ਬਰੋਟੇ ਮੇਰੇ ਦਾਦੇ ਦੇ ਹਾਣੀਆਂ ਵੇ, ਸੂਹੀਆਂ ਰਹਿਣ ਤੇਰੀਆਂ ਪਪੀਸੀਆਂ, ਦਾੜਾ ਤੇਰਾ ਧੋਣ ਵੇ ਪਤਾਲਾਂ ਦੀਆਂ ਝੀਲਾਂ, ਨਾਲੇ ਅੰਬਰਾਂ ਨੂੰ ਹੱਥ ਲਾਉਣ ਟੀਸੀਆਂ, ਵੱਡੇ ਦਰਵਾਜ਼ੇ ਜਾ ਕੇ ਲਈ ਹੁਣ ਬਾਬਲਾ ਤੂੰ ਗੂੜੀਆਂ ਨੀਂਦਰਾਂ ਦਾ ਲਾ।
संत राम उदास जी लोक गीतां विचों अजिहां भावनावां जां वेदनावां नूं चुंदे सन कि उन्हां विच सीरी दीआं भावनावां लुकवें रूप विच वी सामने आउंदीआं सन ते जिहड़ा समझदे पद्धर ते उन्हां नूं वेखदा सीगा उहनूं जिहड़ी उह सामने एस मतलब कि बिल्कुल एक्सप्लेन हो जांदा सीगा कि उह की गल करनी चाह रहे आ। उन्हां ने लोक गीत नूं लोक मन दी सिरजना दे नाल जोड़ के वेख्या, लोगों के मन की गल करद लोगों के हित की गल की, ता ही तो उन्होंने लोग कवि करके निवाजिया जाता जाणिया जाता। उन्होंने लोक गीत अपनी कविता के जड़े आ सजरेपन के भरन की कोशिश की, जिमें लिखते आ, वीर तो प्यार लैके इश्क की सूली चढ़न तक का राह, कुलिया तो लैके सरकड़े विच बनी इनकलाबिया की ठार तक की कला, बीज तो लैके रोटी बनन तक का भौतिक परिवर्तन, किरत की लुट तो लैके प्रोलोधारी की राजाशाही का संघर्ष, कविता नाल नको नक होए पए हन तेरी सजरी ते कुआरी छातीवान। इसे तरह एक होर लोक गीत की तर्ज जिहड़ी आ, पक्का कर ढोली बाबला कितने लिपने ना पैण बनेरे, ऊ तां वस भी नहीं वे कुछ तेरे। हुण उह लोक गीत हूक वर्गे शब्दां राहीं धी दी वेदना नूं तां व्यक्त करदे आ, पर नाल ही उह एक मजबूर बाप की जिहड़ी आ उहदी जिहड़ी त्रासदिक स्थिति आ उहनूं भी बयान करदे आ। वस भी नहीं वे कुछ तेरे, इस लुट की युगा युगी चली आउंदी स्थापति उत्ते सवालिया चिन्ह लाउंदा जिहड़े शब्द ने उह आखदे आ, कहिंदे सच्ची गल विच प्यो ते धी च काहदी चक वे, तेरी कच्ची कोठड़ी ते कोठियां दी अख वे, मतलब तेरी कच्ची कोठड़ी ते किवें कोठियां वाले अख रख रहे आ, तेरी पग वांग सुच्चा रखा सुच्चा वेड़ा, पक्का घर ढोली बाबला कितने निपने ना पैण बनेरे। सो लोकधारा अदन वेले जो असं दो विधियां दी मैं पहला भी गल कर चुकी हाँ, तो रूपांतरण की वेज में वह मिथ का इस्तेमाल बहुत खूबसूरत तरीके करते हैं। साढ़े सामने एक उन्हों की टैक्सट आ, मरदाने मरदानन का खत। हुण मैनूं लगदा मरदानन लफज पहली बार इन्होंने इस्तेमाल किया, मरदाने मरदानन का खत। उहदे विच उह रूपांतरण राही इको जिहड़ी मुहिम उहदे नाल जुड़े हुए दो व्यक्तियां दे आर्थिक पिछोकड़ नूं सामने रखते आ, और आर्थिक पिछोकड़ नूं किवें बयानदे आ। इत्थे मरदाने का संबंध नीवी जाति नाल होण करके उहदियां परिवारिक दुश्वारियां नूं मरदानन दे लफजां लई बयान करदे आ, ते उह बयान की आ, मिले आटा ना उधार बाबे कालू दे द्वार, कि मैं दसा ओह आखरां दा सूम वे, कड्डा जदों मैं पड़ास जा सुलखणी दे पास, कहिंदी किधरे नहीं जांदा तेरा डूम वे। डूम फिर एक जात आ जिहड़ी नीवी जात आ। इत्थे मरदाने दी घालना किसे आजादी घुलाटीए तों घट नहीं, पर संघर्ष दी राहे तुरदिआं कुरबानी दा अखों परोखे रह जाना मरदानन दा हीरवा बन जांदा है। उहनूं इह लगदा कि मरदाना जिहड़ा वा उह नाल ही उदासियां ते जा रिहा, मरदाना जिहड़ा उह नाल ही उहनी जिहड़ी आ मिहनत कर रिहा, पर मरदाने का ना क्यों घट आ रहा। मैनूं लगता इस चस्क नूं इस पीड़ नूं पहली बार जिहड़े बयानण वाले आ उह संत राम उदास जी ने उह लिखदी, कहिंदी वेख मेरी कुरबानी भावें किन्नी भुखी पाणी, पर वध है सुलखणी तों जेरा वे, इह वड्डिआं दा जुग तेरी सकनी ना पुग, ना उह लैणा नहीं शताब्दी च तेरा वे। इसे तरह जे मिथ्यास के पक्ष तों गल करदे आ ते संत राम उदास जी बहुत सारे मिथ्यासिक हवाले दिंदे ने और मिथ दा रूपांतरण करदे ने, और मिथ दे नाल नाल ओह पुराण कथावां जिहड़ियां साडियां उहनां विच दे प्रतीकां दी गल बड़े अनोखे ते विलखण ढंग नाल साडे सामने रखदे ने। हिंदू मिथ्यास विच 33 करोड़ देवी देवतियां दा जिक्र आउंदा, इहदे बारे असीं सारे जाणदे हां, और 33 करोड़ देवी देवत्यां दी जदों गल करदे आ उत्थे उहनां देवी देवत्यां दे सामने उह किरत नूं वड्डा देवता मन के चलदे ने। उह कहिंदे ने कि किरती जां किरत वड्डा देवता, उहदे संबंध विच गल लिखदे आ, कहिंदे फिरकियां दा माधरी मांदरी अज फिर टूने कर रहा। मांदरी ते टूने दोवें चीजां साडे लोक धर्म दे नाल जुड़ियां ने, किवें टूणिया राही जिहड़ा उह सारा एक प्रचलन चला के किवें जिहड़ा लोक माणिया उहनूं धर्म दे नाल जोड़िया जांदा सी, लोक धर्म दीआं वलगणां च उहनूं गिरफ्त कीता जांदा सी, सारा कुछ इत्थे बड़े खूबसूरत तरीके नाल बयान कर रहे ने। कहिंदा फिरकियां दा मांदरी अज फिर टूने कर रहा, अज किरत दा देवता आपो च लड़ के मर रहा। कहिंदा किरत दा देवता वा उह, पर कितना लड़ रहा वा उह किरत दी जिहड़ी आ उह जो उहदी होड़ उहदे अंदर लगी आ उस मामले विच उह जां लड़ रहा जां लड़ाया जा रहा। हुण इत्थे किरत दे देवते दा आपस विच लड़ना साम्राजी ताकतां दीआं बौणे हो गए कदां वाले इशारा करदा, और मादरियां दा टूणे करना भी साडी लोकधारा दा अहम अंग आ, और अजिहे शब्दां दा प्रतीकमई विधान सिजना शायद संत राम उदास जी दे हिस्से आया। और संत राम उदास जी अपने भावों की अभिव्यक्ति करते हैं बहुत सारिया पुराणिक कथावां विचों प्रतीक ते कथा रूढ़ियां दा इस्तेमाल करते हैं,
ਪੁਰਾਣਿਕ ਖੇਤਰ ਦੀਆਂ ਕਈ ਕਥਾਵਾਂ, ਪ੍ਰਸੰਗ, ਘਟਨਾਵਾਂ ਤੇ ਪਾਤਰ ਉਦਾਸੀ ਜੀ ਦੇ ਰਚਨਾਵਾਂ ਵਿੱਚ ਸਮੋਏ ਹੋਏ ਹਨ। ਰਮਾਇਣ ਭਾਰਤ ਦਾ ਆਦਿ ਮਹਾਂਕਾਵਿ ਹੈ, ਅਸੀਂ ਸਾਰੇ ਜਾਣਦੇ ਹਾਂ। ਉਹਦੇ ਵਿੱਚ ਰਾਮ ਨੂੰ ਇੱਕ ਸਤਵਾਦੀ ਰਾਜੇ ਦੇ ਰੂਪ ਵਿੱਚ, ਇੱਕ ਅਵਤਾਰ ਵਿੱਚ, ਇੱਕ ਪਰਮੇਸ਼ਵਰ ਦੇ ਰੂਪ ਵਿੱਚ ਸਾਡੇ ਸਾਹਮਣੇ ਲਿਆਂਦਾ ਜਾਂਦਾ ਤੇ ਰਾਮ ਦੇ ਤੇ ਲਕਸ਼ਮਣ ਦਾ ਜੋ ਆਪਸ ਵਿੱਚ ਭਰਾਤਰੀ ਭਾਵ ਵਾਲਾ ਪਿਆਰ ਸੀਗਾ, ਉਹਦੇ ਤੋਂ ਕੋਈ ਵੀ ਮੈਨੂੰ ਲੱਗਦਾ ਆਪਾਂ ਜਿਹੜੀ ਆ ਉਹ ਇਹ ਨਹੀਂ ਕਹਿ ਸਕਦੇ ਕਿ ਉਹਨਾਂ ਵਿੱਚ ਪਿਆਰ ਨਹੀਂ ਸੀ, ਕਿਉਂਕਿ ਜਦੋਂ ਰਾਵਣ ਸਰੂਪਨਖਾ ਨੂੰ ਭੇਜਦਾ ਵਾ ਇਸ ਵਾਸਤੇ ਵੀ ਤੂੰ ਜਿਹੜਾ ਲਕਸ਼ਮਣ ਆ ਉਹਨੂੰ ਆਪਣੇ ਵੱਸ ਵਿੱਚ ਕਰ ਜਾ, ਤੇ ਉਹ ਆਉਂਦਿਆਂ ਹੀ ਰਾਮ ਦੇ ਇੱਕ ਇਸ਼ਾਰੇ ਦੇ ਉੱਤੇ ਉਹਦਾ ਨੱਕ ਤੇ ਕੰਨ ਕੱਟ ਕੇ ਰੱਖ ਦਿੰਦਾ। ਤੇ ਇਹਦੇ ਵਿੱਚ ਭਰਾਤਰੀ ਭਾਵ ਇੱਥੋਂ ਵੱਡੀ ਜਿਹੜੀ ਆ ਨਾ, ਜੋ ਆਪਣੇ ਭਰਾ ਦੀ ਆਗਿਆ ਨੂੰ ਮੰਨਣਾ ਔਰ ਬਿਨਾਂ ਸੋਚੇ ਇਸ ਗੱਲ ਨੂੰ ਮੰਨਣਾ, ਇਹ ਬੜਾ ਵੱਡਾ ਭਰਾਤਰੀ ਭਾਵ ਆ। ਜਿਹਦੇ ਉੱਤੇ ਉਦਾਸੀ ਜੀ ਵੀ ਗੱਲ ਕਰਦੇ ਆ, ਉਹ ਕਹਿੰਦੇ ਆ ਅੱਜ ਫਿਰਕੇਦਾਰੀ ਮਾਨਸ ਖਾਣੀ ਪਾੜੇ ਵੀਰੋ ਵੀਰ। ਕਹਿੰਦੇ ਇੱਕ ਵੀਰ ਉਹ ਸੀਗੇ ਜਿਹਨੇ ਬਿਨਾਂ ਸੋਚੇ ਸਮਝੇ ਆਪਣੇ ਭਰਾ ਦੇ ਕਹਿਣ ਤੇ ਸਰੂਪਨਖਾ ਦਾ ਨੱਕ ਤੇ ਕੰਨ ਵੱਢ ਕੇ ਰੱਖ ਦਿੱਤੇ ਸੀ। ਪਰ ਅੱਜ ਫਿਰਕਾ ਪ੍ਰਸਤੀ ਦੇ ਦੌਰ ਵਿੱਚ ਅੱਜ ਫਿਰਕੇਦਾਰੀ ਮਾਨਸ ਖਾਣੀ ਪਾੜੇ ਵੀਰੋ ਵੀਰ, ਕਿਹੜਾ ਲਕਸ਼ਮਣ ਮਾਰੇ ਆ ਕੇ ਸਰੂਪਨਖਾ ਦੇ ਤੀਰ। ਅੱਜ ਕਿਹੜਾ ਲਕਸ਼ਮਣ ਆ ਜਿਹੜਾ ਭਰਾਤਰੀ ਭਾਵ ਵਿੱਚ ਆਪਣੇ ਭਰਾ ਦੀ ਗੱਲ ਮੰਨ ਕੇ ਸਰੂਪਨਖਾ ਦੇ ਤੀਰ ਮਾਰੂਗਾ। ਉਦਾਸੀ ਜੀ ਅਨੁਸਾਰ ਇਹ ਭਰਾਤਰੀ ਭਾਵ ਤੇ ਦੂਸਰਿਆਂ ਲਈ ਆਪਾਂ ਵਾਰ ਜਾਣ ਦੀ ਭਾਵਨਾ ਨੂੰ ਫਿਰਕਾ ਪ੍ਰਸਤੀ ਨੇ ਫੁੱਟ ਪਾ ਕੇ ਤੋੜ ਦਿੱਤਾ ਹੈ। ਅਸਲ ਵਿੱਚ ਮੈਨੂੰ ਲੱਗਦਾ ਕਿ ਜਿਹੜੀ ਰੱਬ ਦੀ ਬੰਦਗੀ ਆ ਨਾ, ਉਹ ਇਸ ਗੱਲ ਦੇ ਉੱਤੇ ਆ ਕਿ ਅਸੀਂ ਲੁੱਟੀ ਜਾ ਰਹੀ ਧਿਰ ਦੇ ਹੱਕ ਵਿੱਚ ਕਿੰਨਾ ਕੁ ਖਲੋਤੇ ਹਾਂ। ਰੱਬ ਨੂੰ ਮੰਨਣਾ ਵੀ ਮੈਨੂੰ ਲੱਗਦਾ ਜੇ ਅਸੀਂ ਲੁੱਟੀ ਜਾ ਰਹੀ ਧਿਰ ਦੇ ਹੱਕ ਵਿੱਚ ਖਲੋਤੇ ਹਾਂ, ਉਹਦੇ ਹੱਕ ਵਿੱਚ ਅਸੀਂ ਹਾ ਦਾ ਨਾਰਾ ਮਾਰਦੇ ਹਾਂ, ਤੇ ਮੈਨੂੰ ਲੱਗਦਾ ਉਹ ਰੱਬ ਦੀ ਬੰਦਗੀ ਆ। ਔਰ ਮੈਨੂੰ ਜਿਹੜਾ ਜ਼ੁਲਮ ਆ ਉਹਦੇ ਡਰ ਨੇ ਲੋਕਾਂ ਨੂੰ ਕਿਵੇਂ ਸਾਹ ਸਤਹੀਨ ਕਰ ਦਿੱਤਾ ਸੀਗਾ। ਔਰ ਜਦੋਂ ਉਦਾਸੀ ਜੀ ਆਪਣੇ ਟੈਕਸਟ ਵਿੱਚ ਰਾਵਣ ਵਰਗੇ ਤਾਕਤਵਰ ਜਿਹੜੇ ਲੋਕ ਆ ਉਹਨਾਂ ਨੂੰ ਪ੍ਰਜੈਂਟ ਕਰਦੇ ਨੇ ਔਰ ਉਹ ਇਹ ਦੱਸਦੇ ਨੇ ਕਿ ਕਿਵੇਂ ਉਹਨੇ ਸੀਤਾ ਦਾ ਅਪਹਰਨ ਕੀਤਾ, ਅੱਜ ਵੀ ਅੱਜ ਅਸੀਂ ਜੇ ਇਸ ਦੌਰ ਵਿੱਚ ਨਜ਼ਰ ਮਾਰੀਏ ਤੇ ਅੱਜ ਵੀ ਬਹੁਤ ਸਾਰੀਆਂ ਸੀਤਾ ਜਿਹੜੀਆਂ ਨੇ, ਬਹੁਤ ਸਾਰੀਆਂ ਔਰਤਾਂ ਜਿਹੜੀਆਂ ਨੇ ਉਹ ਦਰਿੰਦਗੀ ਜਿਹੜੀ ਆ ਉਹਦਾ ਸ਼ਿਕਾਰ ਹੋ ਰਹੀਆਂ ਨੇ, ਪਰ ਆਵਾਮ ਉਹਦੇ ਪ੍ਰਤੀ ਚੁੱਪ ਆ। ਕਿਉਂਕਿ ਕਿਉਂ ਖਾਮੋਸ਼ ਆ? ਕਿਉਂਕਿ ਆਵਾਮ ਡਰਦਾ ਵਾ ਬਹੁਤ ਸਾਰੀਆਂ ਇਹੋ ਜਿਹੀਆਂ ਜਿਹੜੀਆਂ ਵਾ ਉਹ ਰਾਜਨੀਤਿਕ ਝਮੇਲਿਆਂ ਤੋਂ, ਜਿਹਦੇ ਵਿੱਚ ਬੱਜਰਾਂ ਨੂੰ ਲੱਗਦਾ ਵੀ ਸਾਡੇ ਫਿਰ ਵਸੋਂ ਬਾਹਰ ਦੀ ਗੱਲ ਹੋ ਜੂਗੀ। ਸੋ ਇੱਥੇ ਉਹ ਜਦੋਂ ਗੱਲ ਕਰਦੇ ਤੇ ਦ੍ਰੋਪਦੀ ਦਾ ਜ਼ਿਕਰ ਕਰਦੇ ਆ, ਸੀਤਾ ਦਾ ਜ਼ਿਕਰ ਕਰਦੇ ਆ। ਦ੍ਰੋਪਦੀ ਦਾ ਜਦੋਂ ਜ਼ਿਕਰ ਕਰਦੇ ਆ ਤੇ ਵੇਖੋ ਜੀ ਉਹ ਲਿਖਦੇ ਆ ਕਿ ਦ੍ਰੋਪਦੀ ਰੂਪੀ ਇਸਤਰੀ ਅੱਜ ਵੀ ਸਰਮਾਏਦਾਰੀ ਦੇ ਜਿਹੜਾ ਵਾ ਉਹ ਉਹਨੂੰ ਪਰਚਾਉਣ ਦਾ ਸਾਧਨ ਬਣੀ ਹੋਈ। ਕਹਿੰਦੇ ਆ, ਕਹਿੰਦੇ ਦ੍ਰੋਪਦੀ ਦੁਰਯੋਧਨਾ ਦਾ ਚਿੱਤ ਹੈ ਪਰਚਾ ਰਹੀ, ਪਰ ਦੇਖਦੀ ਅਰਜਨ ਦੀ ਅੱਖ ਅਣਡਿੱਠ ਕਰਦੀ ਜਾ ਰਹੀ। ਕਿ ਉਦਾਸੀ ਜੀ ਨੇ ਆਪਣੀ ਜੇਲ੍ਹ ਵਿੱਚ ਜਿਹੜੇ ਬਿਤਾਏ ਉਹਨਾਂ ਦੇ ਪਲ ਸੀ ਨਾ, ਉਹਨਾਂ ਨੂੰ ਆਪਣੇ ਪਿੰਡੇ ਤੇ ਹੀ ਨਹੀਂ ਹੰਢਾਇਆ, ਉਹਨਾਂ ਦੀ ਮਾਨਸਿਕਤਾ ਉੱਤੇ ਵੀ ਉਹਨਾਂ ਨੇ ਬਹੁਤ ਵੱਡਾ ਅਸਰ ਕੀਤਾ। ਔਰ ਵੇਲੜਾ ਤੇ ਈਰਖਾ ਦੋ ਉਹਨਾਂ ਦੀਆਂ ਜਿਹੜੀਆਂ ਕਵਿਤਾਵਾਂ, ਉਹਨਾਂ ਵਿੱਚ ਰਾਮ ਦੁਆਰਾ ਜਦੋਂ ਸੀਤਾ ਨੂੰ ਰਾਵਣ ਦੇ ਚੁੰਗਲ ਵਿੱਚੋਂ ਛਡਾਉਣ ਦੀ ਘਟਨਾ ਨੂੰ ਬਿਆਨ ਕਰਦੇ ਆ ਤੇ ਉਹ ਬੜਾ ਖੂਬਸੂਰਤ ਲਿਖਦੇ ਆ, ਇੱਥੇ ਕਿੰਨੀ ਮਿਥਿਹਾਸ ਲੱਗਦੀ ਹੈ, ਕਬੂਤਰਾਂ ਦੇ ਸੁਨੇਹੇ ਪਹੁੰਚਾਉਣ ਵਾਲੀ ਕਹਾਣੀ ਤੇ ਸੀਤਾ ਨੂੰ ਆਜ਼ਾਦ ਕਰਾਉਣ ਲਈ ਜਟਾਊ ਦਾ ਰਾਵਣ ਨਾਲ ਯੁੱਧ, ਆਜ਼ਾਦ ਪੰਛੀਓ। ਇਸੇ ਤਰ੍ਹਾਂ ਬਹੁਤ ਸਾਰੇ ਸਾਡੇ ਕਿੱਸਾ ਕਾਵਧਾਰਾ ਸਾਨੂੰ ਪਤਾ ਵਾ ਕਿ ਔਰ ਉਹਦੇ ਵਿੱਚ ਲੋਕਤਰੀ ਅੰਸ਼ ਕਿਵੇਂ ਵਿਦਮਾਨ ਨੇ ਸੀ ਇਹ ਵੀ ਭਲੀ ਭਾਂਤ ਜਾਣਦੇ ਆ। ਉਹ ਕਿੱਸਾ ਕਾਵ ਦੇ ਅਲੱਗ ਅਲੱਗ ਪਾਤਰਾਂ ਦਾ ਜ਼ਿਕਰ ਕਰਦੇ ਆ, ਸੋਹਣੀ ਦੀ ਜ਼ਿਕਰ ਕਰਦੇ ਆ, ਹੀਰ ਦਾ ਜ਼ਿਕਰ ਕਰਦੇ ਆ, ਔਰ ਉਹ ਜ਼ਿਕਰ ਕਰਦਿਆਂ ਉਹ ਬੇਸਿਕਲੀ ਸਾਡੀਆਂ ਰੂੜੀਆਂ ਨੂੰ ਪਰਪੱਕ ਕਰਨ ਦੀ ਕੋਸ਼ਿਸ਼ ਕਰਦੇ ਆ, ਉਹ ਸਾਡੀਆਂ ਰੂੜੀਆਂ ਨੂੰ ਸਾਡੇ ਸਾਹਮਣੇ ਲਿਆਉਣ ਦੀ ਗੱਲ ਕਰਦੇ ਆ। ਪੂੰਜੀਪਤੀ ਦੇਸ਼ਾਂ ਵੱਲ ਲੋਕਾਂ ਦੇ ਜਾਣ ਦਾ ਆਮ ਰੁਝਾਨ ਸੀ, ਉਸ ਰੁਝਾਨ ਨੂੰ ਉਹ ਕਿਵੇਂ ਪ੍ਰਜੈਂਟ ਕਰਦੇ ਆ, ਉਹ ਕਿਵੇਂ ਲਿਖਦੇ ਆ? ਕਹਿੰਦੇ, ਹੀਰੇ ਹੀਰੇ ਪਿੱਛਿਆ ਪਿੱਛਿਆ ਪਾਏ ਜਿੱਥੋਂ ਦਾ ਹੁਸਨ ਫਕੀਰਾਂ ਤਾਈ, ਇਹੀ ਸੋਹਦਾ ਇਹਦੀ ਥਾਂ ਤੇ ਪ੍ਰਵਾਸੀ ਹਰ ਥਾਈ, ਮਲ ਲਓ ਪਿੰਡੇ ਇਹਦੀ ਮਿੱਟੀ ਪੰਜ ਪੀਰਾਂ ਦੀ ਸ਼ਕਤੀ, ਚਾਕਾਂ ਤੇ ਮੰਗੂਆਂ ਵਿੱਚ ਇਸਦੇ ਹੈ ਬੇਲੇ ਦੀ ਮਸਤੀ। ਸੋ ਹੀਰ ਨੂੰ ਉਹ ਮਾਨਵਤਾ ਤੇ ਆਜ਼ਾਦੀ ਦੇ ਪ੍ਰਤੀਕ ਵਜੋਂ ਵਰਤਦੇ ਆ। ਉਹ ਲਿਖਦੇ ਆ, ਹਾਏ ਨੀ ਹੀਰ ਆਜ਼ਾਦੀ ਬਹਿਲ ਰੰਨੇ, ਸਾਨੂੰ ਖੰਧੇ ਚਰਾਇਆਂ ਦਾ ਕੀ ਫਾਇਦਾ, ਜੇ ਤੂੰ ਖੜੇ ਖੇੜੇ ਸਰਦਾਰ ਦੀ ਸੇਜ ਸੋਣਾ, ਸਾਨੂੰ ਕੰਨ ਪੜਵਾਇਆਂ ਦਾ ਕੀ ਫਾਇਦਾ, ਸੱਚੀਆਂ ਸੁੱਚੀਆਂ ਕਦਰਾਂ ਦੀ ਹੁੰਦੀ ਬੇਹੁਰਮਤੀ, ਪ੍ਰਤੀ ਉਹ ਬੁਲੰਦ ਨਾਰਾ ਲਾਉਂਦੇ ਨੇ। ਉਹ ਲਿਖਦੇ ਆ, ਕਹਿੰਦੇ, ਅਜੇ ਇਸ਼ਕ ਦਾ ਕਾਸਾ ਖਾਲੀ ਖੈਰ ਹੁਸਨ ਨੇ ਪਾਇਆ ਨਾ, ਮਾਨਵਤਾ ਤੇ ਬੂਹੇ ਤੇ ਕੋਈ ਰਾਂਝਾ ਮੰਗਣ ਆਇਆ ਨਾ। ਇਸੇ ਤਰ੍ਹਾਂ ਸੂਰਜ ਕਦੇ ਮਰਿਆ ਨੀ ਕਵਿਤਾ ਵਿੱਚ, ਚਨਾ ਦੇ ਮੋਟਿਫ ਰਾਹੀਂ ਸੱਚਾਈ ਦੀ ਅਟਲਤਾ ਦਰਸਾਉਂਦੇ ਆ। ਇਸੇ ਤਰ੍ਹਾਂ ਚਨਾ ਵਿੱਚ ਜਿਸਮਾਨੀ ਤੌਰ ਤੇ ਤਾਂ ਸੋਹਣੀ ਖਤਮ ਹੋ ਗਈ ਆ,
ਪਰ ਚਨਾਅ ਦੇ ਨਾਲ ਅੱਜ ਵੀ ਸੋਹਣੀ ਨੂੰ ਜੋੜ ਕੇ ਵੇਖਿਆ ਜਾਂਦਾ, ਸੋਹਣੀ ਨੂੰ ਜੋੜ ਕੇ ਪ੍ਰਭਾਸ਼ਿਤ ਕੀਤਾ ਜਾਂਦਾ। ਤੇ ਇਸੇ ਤਰ੍ਹਾਂ ਉਹ ਇਸ ਚੀਜ਼ ਨੂੰ ਕ੍ਰਾਂਤੀਕਾਰੀਆਂ ਨਾਲ ਜੋੜ ਕੇ ਗੱਲ ਕਰਦੇ ਆ ਕਿ ਕ੍ਰਾਂਤੀਕਾਰੀ ਭਾਵੇਂ ਇਸ ਦੁਨੀਆਂ 'ਚ ਅੱਜ ਨਹੀਂ ਹੈਗੇ, ਪਰ ਉਹਨਾਂ ਦੀ ਗੱਲ, ਉਹਨਾਂ ਦਾ ਜ਼ਿਕਰ ਜਿਵੇਂ ਚਨਾਅ ਦਾ ਜ਼ਿਕਰ ਆਉਂਦਾ, ਇਸੇ ਤਰ੍ਹਾਂ ਦੀ ਉਹਨਾਂ ਦੀ ਗੱਲ ਜਿਹੜੀ ਆ, ਉਹਨਾਂ ਦੀ ਵਿਚਾਰਧਾਰਾ ਹਮੇਸ਼ਾ ਜਿਹੜੀ ਉਹ ਜਿਉਂਦੀ ਰਹੂਗੀ। ਉਹਦੇ ਸੰਬੰਧ 'ਚੋਂ ਗੱਲ ਕਰਦੇ ਆ, ਲਿਖਦੇ ਆ, ਕਹਿੰਦੇ, ਵਿਛੜੀਆਂ ਕੁਝ ਮਜਲਸਾਂ ਤੇ ਉੱਠ ਗਏ ਕੁਝ ਗਾਉਣ ਤੋਂ, ਪਰ ਸਮਾਂ ਹੈ ਸਮਝਦਾ ਸੱਦ ਸਮੇਂ ਦੀ ਲਾਉਣ ਤੋਂ। ਵਿੱਚ ਚਨਾਅ ਦੇ ਰੂਪ ਖਰਿਆ, ਇਸ਼ਕ ਤਾਂ ਖਰਿਆ ਨਹੀਂ, ਸੂਰਜ ਕਦੇ ਮਰਿਆ ਨਹੀਂ, ਸੂਰਜ ਕਦੇ ਮਰਿਆ ਨਹੀਂ। ਉਹ ਕ੍ਰਾਂਤੀਕਾਰੀਆਂ ਨੂੰ ਇੱਕ ਸੂਰਜ ਵਜੋਂ ਡਿਫਾਈਨ ਕਰਦੇ ਆ, ਤੇ ਹਵਾਲਾ ਕਿਹਦੇ ਸਵਾਲ ਕਰਦੇ ਆ, ਹਵਾਲਾ ਉਹ ਕਰਦੇ ਆ ਇਸ ਹਿਸਾਬ ਦੇ ਨਾਲ ਕਿ ਉਹ ਚਨਾਅ ਦੇ ਨਾਲ ਸੰਬੰਧ ਜੋੜਦੇ ਆ ਸਾਡੀਆਂ ਕਿੱਸਾ ਕਾਵਿਕ ਰੂੜੀਆਂ ਦਾ। ਇਸੇ ਤਰ੍ਹਾਂ ਜਦੋਂ ਅਸੀਂ ਵੇਖਦੇ ਹਾਂ ਤੇ ਮੈਨੂੰ ਲੱਗਦਾ ਕਿ ਲੋਕ ਵਿਸ਼ਵਾਸ ਜਿਹੜੇ ਆ ਉਹ ਪਰੰਪਰਾਗਤ ਰੂਪ ਵਿੱਚ ਪ੍ਰਵਾਨ ਕਰਨ ਲਈ ਧਾਰਨਾ ਹੁੰਦੀ ਆ, ਔਰ ਵਿਸ਼ਵਾਸ ਵਿੱਚ ਜਿਹੜੀਆਂ ਸਾਰੀਆਂ ਭਾਵਾਤਮਕ ਜਾਂ ਤਰਕ ਰਹਿਤ ਭਾਵਨਾਵਾਂ ਸ਼ਾਮਿਲ ਹੁੰਦੀਆਂ ਨੇ। ਵਿਸ਼ਵਾਸ ਦਾ ਆਧਾਰ ਹੀ ਜਿਹੜਾ ਉਹ ਮੈਨੂੰ ਲੱਗਦਾ ਸਾਡੇ ਜੀਵਨ ਦੇ ਤਜਰਬੇ ਬਣਦੇ ਨੇ। ਵਿਸ਼ਵਾਸ ਉਦੋਂ ਹੀ ਬਣਦਾ ਜਦੋਂ ਕੋਈ ਚੀਜ਼ ਵਾਰ ਵਾਰ ਦੁਹਰਾਈ ਜਾਂਦੀ ਆ ਤੇ ਉਹ ਪ੍ਰੂੜ ਹੋ ਜਾਂਦੀ ਆ, ਤੇ ਉਹ ਸਾਡੇ ਵਿਸ਼ਵਾਸ ਬਣ ਕੇ ਸਾਡੇ ਲੋਕ ਮਨ ਵਿੱਚ ਘਰ ਕਰ ਜਾਂਦੀ ਆ ਕਿ ਚੀਜ਼ ਇਸ ਤਰ੍ਹਾਂ ਵਾਪਰਨੀ ਆ। ਸੰਤ ਰਾਮਦਾਸ ਜੀ ਨੇ ਬਹੁਤ ਸਾਰੇ ਲੋਕ ਵਿਸ਼ਵਾਸਾਂ ਦੀ ਆਪਣੇ ਟੈਕਸਟ ਵਿੱਚ ਗੱਲ ਕੀਤੀ ਆ, ਜਿਵੇਂ ਕਿ ਕਾਵਾਂ ਦੇ ਕੋਠੇ ਤੇ ਬੋਲਣ ਦੀ ਗੱਲ, ਅਠਰਾਏ ਰੋਗ ਦੇ ਲੱਗਣ ਦੀ ਗੱਲ, ਹਿਚਕੀ ਦੇ ਆਉਣ ਦੀ ਗੱਲ, ਛਿੱਕ ਮਾਰਨ ਦੀ ਗੱਲ, ਅੱਖ ਦੇ ਫਰਕਣ ਦੀ ਗੱਲ। ਜਿਵੇਂ ਉਹ ਲਿਖਦੇ ਆ, ਕਾਵਾਂ ਕੋਲੋਂ ਰੋਜ਼ ਐਵੇਂ ਝੂਠ ਨਹੀਂ ਬੁਲਾਈਦਾ, ਮਿੱਤਰ ਪਿਆਰਿਆਂ ਨੂੰ ਛੱਡ ਕੇ ਨਹੀਂ ਜਾਈਦਾ। ਇਸੇ ਤਰ੍ਹਾਂ ਕਾਗ ਦੇ ਬਨੇਰੇ ਤੇ ਬੋਲਣ ਨੂੰ ਸੰਕੇਤਕ ਢੰਗ ਨਾਲ ਉਹ ਲੋਕ ਰਾਜ ਦੇ ਆਉਣ ਦਾ ਸੁਨੇਹਾ ਕਹਿੰਦੇ ਆ। ਇਸੇ ਤਰ੍ਹਾਂ ਅਠਾਰੇ ਰੋਗ ਬਾਰੇ ਗੱਲ ਕਰਦੇ ਆ, ਉਦਾਜ ਵਰਗੀ ਭਿਆੰਕਰ ਰਸਮ ਨੂੰ ਨਿੰਦਦੇ ਆ। ਕਹਿੰਦੇ, ਜੰਮਦੀਆਂ ਕੁੜੀਆਂ ਨੂੰ ਰੋਗ ਜਿੱਥੇ ਦਾਜਦਾ ਹੈ, ਜਾਂਦਾ ਅਠਰਾਹੇ ਵਾਂਗੂ ਲੱਗਣੀ, ਜਾਂ ਜਦ ਸਾਨੂੰ ਕੋਈ ਛਿੱਕ ਆਵੇਗੀ, ਖਿਚਕੀ ਡਾਢਾ ਤੜਪੜਾਏਗੀ, ਫਰਕ ਅੱਖ ਥੱਕ ਜਾਵੇਗੀ, ਕਿ ਉਹ ਸਾਨੂੰ ਯਾਦ ਰਹਿਣਗੇ। ਇਸ ਯਾਦ ਵਿੱਚ ਉਹਨਾਂ ਸ਼ਹੀਦਾਂ ਦੀ ਗੱਲ ਕਰਦੇ ਆ ਜਿਹਨਾਂ ਦੀ ਸ਼ਹਾਦਤ ਬਹੁਤ ਮਹਿੰਗੀ ਸੀ, ਕਿ ਉਹ ਸਾਡੇ ਚੇਤਿਆਂ ਵਿੱਚੋਂ ਵਿਸਰਦੇ ਨਹੀਂ ਜਾਣਗੇ, ਕਿ ਅਸੀਂ ਉਹਨਾਂ ਨੂੰ ਯਾਦ ਰੱਖਾਂਗੇ। ਇਹਨਾਂ ਸਾਰੀਆਂ ਚੀਜ਼ਾਂ ਦਾ ਸੰਬੰਧ ਉਹ ਕਿਤੇ ਨਾਲ ਛਿੱਕ ਆਉਣ ਨਾਲ, ਹਿਚਕੀ ਆਉਣ ਨਾਲ, ਅੱਖ ਦੇ ਫਰਕ ਜਾਣ ਨਾਲ ਜੋੜਦੇ ਨੇ। ਇਸੇ ਤਰ੍ਹਾਂ ਉਦਾਸੀ ਜੀ ਨੂੰ ਜਿਹੜੀ ਹੈ ਸੱਥ ਦਾ ਕਵੀ ਪ੍ਰਵਾਣਿਆ ਜਾਂਦਾ, ਤੇ ਮੈਨੂੰ ਲੱਗਦਾ ਸੱਥ ਪੇਂਡੂ ਸੱਭਿਆਚਾਰ ਦਾ ਅਜਿਹਾ ਪੈਮਾਨਾ ਜਿੱਥੇ ਸਿਆਣਪ ਤੇ ਸ਼ੁਗਲ ਮਿਲ ਕੇ ਚੱਲਦੇ ਆ, ਔਰ ਸੱਥ ਵਿੱਚ ਬਹੁਤ ਸਾਰੀਆਂ ਸਮਝਦਾਰੀਆਂ ਤੇ ਮੁਕੱਦਮਿਆਂ ਦਾ ਕੇਂਦਰ ਵੀ ਮੰਨੀ ਜਾਂਦੀ ਆ। ਉਹਦੇ ਬਾਰੇ ਲਿਖਦੇ ਆ, ਕਹਿੰਦੇ, ਸਾਡੀਆਂ ਸੱਥਾਂ ਵਿੱਚ ਬੈਠਦੀ ਹੈ ਚਾਨਣੀ ਚੋਂ, ਕਮੀਆਂ ਤੋਂ ਸੂੰਗਿਆ ਕਰੇ, ਨੀਚਾਂ ਵਿੱਚੋਂ ਨੀਚ ਅਖਵਾਉਣ ਵਾਲੇ ਨੂੰ ਭਾਵੇਂ ਮੂਹਰੇ ਉਹ ਪੂਜਿਆ ਕਰੇ। ਇਸੇ ਤਰ੍ਹਾਂ ਮੈਂ ਆਪਣੀ ਗੱਲ ਜਿਹੜੀ ਆ ਉਹਨੂੰ ਖਤਮ ਕਰਾਂਗੀ। ਉਦਾਸੀ ਜੀ ਦੇ ਕਾਵਿ ਵਿੱਚ ਚੂੜੀਆਂ, ਵੰਗਾਂ, ਕੋਕੇ, ਆਰਤੀ, ਔਂਸੀਆਂ, ਖਿੱਤੀਆਂ ਦੀ ਪਾਣੀ, ਅਸੀਸ, ਬਲੀ, ਅਗਨੀ ਪ੍ਰੀਖਿਆ ਤੇ ਕ੍ਰਿਸ਼ਨ ਦੀ ਜਲ ਕ੍ਰੀੜਾ, ਅਟਨ, ਸੇਰਾ, ਲਾਵਾਂ, ਨਾਨਕੀ ਸ਼ੱਕ ਆਦਿ ਲੋਕ ਤਰਾਈ ਵੇਰਵਿਆਂ ਦਾ ਜੀਵੰਤ ਸੰਸਾਰ ਮਿਲਦਾ। ਉਦਾਸੀ ਜੀ ਪੇਂਡੂ ਰਹਿਤਲ ਨਾਲ ਜੁੜੇ ਹੋਣ ਕਰਕੇ ਆਪਣੇ ਪ੍ਰਤੀਕ ਤੇ ਬਿੰਬ ਪੰਜਾਬੀ ਸੱਭਿਆਚਾਰ ਵਿੱਚੋਂ ਲੈਂਦੇ ਨੇ, ਔਰ ਲੋਕ ਤਰਾਈ ਸਮੱਗਰੀ ਦੀ ਅਚੇਤ ਤੇ ਸੁਚੇਤ ਪੱਧਰ ਤੇ ਕੀਤੀ ਅਜਿਹੀ ਵਰਤੋਂ ਉਦਾਸੀ ਜੀ ਨੂੰ ਲੋਕ ਕਵੀ ਹੋਣ ਦਾ ਮਾਣ ਦਿਵਾਉਂਦੀ ਹੈ। ਔਰ ਮੈਨੂੰ ਲੱਗਦਾ ਕਿ ਇਸ ਪੱਖ ਤੋਂ, ਲੋਕ ਤਰਾਈ ਵਰਤਾਰਿਆਂ ਦੇ ਪੱਖ ਤੋਂ, ਇਹ ਮੈਂ ਬਹੁਤ ਘੱਟ ਸਮੇਂ ਨੂੰ ਧਿਆਨ ਵਿੱਚ ਰੱਖਦੇ ਹੋਏ ਹਾਂ, ਬਹੁਤ ਘੱਟ ਮੈਂ ਟੂ ਦੀ ਪੁਆਇੰਟ ਉਹਨਾਂ ਵਰਤਾਰਿਆਂ ਦੀ ਗੱਲ ਕੀਤੀ ਹੈ ਜਿਹਨਾਂ ਬਾਰੇ ਉਦਾਸੀ ਜੀ ਗੱਲ ਕਰ ਰਹੇ ਆ। ਪਰ ਜੇ ਅਸੀਂ ਬਹੁਤ ਡੈਪਥ ਵਿੱਚ ਜਾਈਏ ਤੇ ਮੈਨੂੰ ਲੱਗਦਾ ਇਹਦੇ ਤੇ ਇੱਕ ਨਹੀਂ, ਇਹਦੇ ਤੇ 3-4 ਕਿਤਾਬਾਂ ਲਿਖੀਆਂ ਜਾ ਸਕਦੀਆਂ ਵਾ, ਜਿਹਦੇ ਵਿੱਚ ਉਹ ਲੋਕ ਤਰਾਈ ਵੇਰਵਿਆਂ ਨੂੰ ਕਿਵੇਂ, ਪੰਜਾਬੀ ਰੰਗਤ ਨੂੰ ਕਿਵੇਂ ਸਾਡੇ ਸਾਹਮਣੇ ਲੈ ਕੇ ਆਉਂਦੇ ਨੇ। ਸ਼ੁਕਰੀਆ ਜੀ, ਧੰਨਵਾਦ। ਬਹੁਤ ਸ਼ੁਕਰੀਆ ਡਾਕਟਰ ਹਰਿੰਦਰ ਕੌਰ ਸੋਲ ਜੀ, ਤੁਸੀਂ ਵਕਤ ਬਹੁਤ ਘੱਟ ਸੀਗਾ ਪਰ ਇਹਦੇ ਬਾਵਜੂਦ ਵੀ ਬਹੁਤ ਵਿਸਥਾਰ ਨਾਲ ਸਾਰੀ ਗੱਲ ਨੂੰ ਸਾਡੇ ਸਾਹਮਣੇ ਅਨਫੋਲਡ ਕੀਤਾ, ਦੱਸਿਆ ਸਾਨੂੰ। ਦੋ ਤਿੰਨ ਚੀਜ਼ਾਂ ਕਾਲ ਤੇ ਮੈਨੂੰ ਲੱਗਦਾ ਕਿ ਗਲਤੀ ਤਾਂ ਮੇਰੀ ਹੈ ਕਿ ਮੈਂ ਕਿਹਾ ਜਲਦੀ ਮੁਕਾਉਣਾ, ਦੋ ਤਿੰਨ ਗੱਲਾਂ ਗਲਤ ਕਹੀਆਂ ਗਈਆਂ। ਇੱਕ ਤਾਂ ਮੈਂ ਬੇਨਤੀ ਕਰਾਂਗਾ ਕਿ ਸੋਧ ਕਰ ਲਈ ਜਾਵੇ, ਉਹਨਾਂ ਦੀ ਦਫਨਾਇਆ ਨਹੀਂ ਸੀ ਗਿਆ, ਉਹਨਾਂ ਦਾ ਅੰਤਿਮ ਸੰਸਕਾਰ ਉੱਥੇ ਹਜ਼ੂਰ ਸਾਹਿਬ ਕੀਤਾ ਗਿਆ ਸੀ। ਦੂਸਰਾ ਇਹ ਆ ਕਿ ਉਹ ਨਿਰੰਕਾਰੀ ਸੈਕਟ ਨਾਲ ਸੰਬੰਧਿਤ ਨਹੀਂ ਸੀ, ਨਾਮਧਾਰੀ ਸੈਕਟ ਨਾਲ ਸੰਬੰਧਿਤ ਪਰਿਵਾਰ ਸੀ। ਤੀਸਰਾ, ਜਿਹੜੀ ਕਿਤਾਬ ਤੁਸੀਂ ਰੈਫਰੈਂਸ ਕੀਤਾ ਉਹਨਾਂ ਦੀ ਚਨੋਕਰੀ ਸ਼ਾਮ ਦਾ, ਉਹ ਜਗਤਾਰ ਹੋਰਾਂ ਦੀ ਹੈ ਔਰ ਇਹਨਾਂ ਦੀਆਂ ਚਨੋਕਰੀਆਂ ਸਿੱਖਾਂ ਨੇ, ਔਰ ਸਾਰੀਆਂ ਹੀ ਚਨੋਕਰੀਆਂ ਸਿੱਖਾਂ ਜਿਹੜੀ ਸ਼ਾਇਰੀ ਦੀ ਕਿਤਾਬ ਹੈ ਉਹਨਾਂ ਦੀ, ਉਹ ਕਿਤਾਬ ਉਹਨਾਂ ਦੀ ਜੇਲ੍ਹ ਦੇ ਵਿੱਚ ਲਿਖੀ ਹੋਈ ਸ਼ਾਇਰੀ ਦੀ ਆਜ਼ਾਦ ਨਜ਼ਮ ਦੀ ਸ਼ਾਇਰੀ ਹੈ, ਔਰ ਮੇਰੇ ਖਿਆਲ ਆਜ਼ਾਦ ਨਜ਼ਮ ਉਸ ਤੋਂ ਬਿਨਾਂ ਉਹਨਾਂ ਨੇ ਬਹੁਤ ਘੱਟ ਲਿਖੀ ਹੈ ਸਿਵਾਏ ਉਸ ਕਿਤਾਬ ਤੋਂ ਬਿਨਾਂ। ਸੋ ਮੈਨੂੰ ਸੱਚ ਜਾਣਿਓ ਚੰਗਾ ਇੰਨਾ ਕੁ ਲੱਗਿਆ ਕਿ ਸਾਡੇ ਨਵੇਂ ਵਿਦਵਾਨ ਜਦੋਂ ਉਹਨਾਂ ਟੈਕਸਟ ਵਿੱਚ ਦੀ ਲੰਘਣਗੇ ਤਾਂ ਮੈਨੂੰ ਲੱਗਦਾ ਕਿ ਸਾਡਾ ਮਕਸਦ ਹੱਲ ਹੋਵੇਗਾ
कि साडा परपस भी यही है, मकसद भी यही है कि असी सारे रल के उन्हां वड्डियां शायरां दी टैक्स्ट दे विच दी लंघाईए अपने नवें विद्वानां नूं, और बहुत नेड़ भविख दे विच असी तेरा सिंह चन्न होरां जिन्हां दी जन्म शताब्दी चल रही है उन्हां दी टैक्स्ट बारे भी गल करनी चाहांगे। और मेरा ख्याल है कि सानूं मई दिहाड़ा दा जिहड़ा पहली मई दा जिहड़ा समागम होएगा साडा, उह असी तेरा सिंह चन्न नूं समर्पित करके उन्हां दी शायरी बारे गल करांगे, क्योंकि जिन्ना इपटा लहर दे काम वास्ते उन्हां ने अपने आप को समर्पित भावना नाल तोरिया अगे, और जिन्ना उन्होंने सिख सिद्धांत और किरत के सिद्धांत सुमेल करके मार्क्सियन एंगल तो गल अगे तोरी, वह भी अपने आप के करामात तो घट नहीं, और सारी जिंदगी उन्होंने समर्पित की साहित नूं सभ्याचार नूं, और वह साडी केंद्रीय पंजाबी लेखक साहब के भी फाउंडर जनरल सैकटरी सके, उन्होंने काफिले उन्होंने वक्तों उन्होंने शाह सवार सन डॉक्टर हीरा सिंह दर्द, यानी हीरा सिंह दर्द होर की उत्थे जलंधर दे विच छाप ऐसी सी कि कोई ना नहीं सी करदा, और मैनू मेरे गुरुदेव डॉक्टर एस पी सिंह दस रहे कि पहलियां मीटिंग जिहड़ियां ने ओह सेंट्रल टाउन गुरु घर दे विच ही होया करदियां सी, और इन्हां दे सत्कारयोग पिता जी ज्ञानी रघवीर सिंह होरी उन्हां दे समर्थक हुंदे सी, और बाबा गुरबख्श सिंह बनूवाणा उन्हां वक्तां दे विच साडे संगी साथी हुंदे सी। सो अज मैनू लगदा है कि जदों असीं वख-वख डब्बियां च बंद हो गए हां तां संतनाम उदासी दा लाल किले जा के अपनी गल कहण दा, पंजाबी भवन दे विच सजगदेव सिंह जसवाल दे बुलावे दे उत्ते अपने गीत गाउण दा, या वख-वख गुरु घरां दे विच जा के, या दीवान अस्थान मंजी साहिब दे विच धर्मयुद्ध मोर्चे च जा जा के अपनी कवितावां सुनाउण दा, जे उजर किसी वीर नूं है तां उहनूं इह समझणा चाहीदा कि अज फिर सानूं उसे तरह नाल ही सिंघू ते टिकरी बॉर्डर ते उह सुमेल साफ दिस रिहा जे सुमेल दी इस धरती नूं लोड़ है, सिद्धांत दीआं लोड़ां होर ने, धरती दीआं लोड़ां होर ने। सो मैनूं लगदा है कि संतराम उदासी साडे सामणे उह इक मिश्रित इंसान है जिहड़ा साडी धरती दी मर्यादा दा इशार है, लोक पीड़ दा इशार है। मैं तो कई बार कहना हूं कि जो तुसीं कमियां दा वेहड़े दा इशार कहने हैं तो असीं उहनूं बहुत निक्का कर देने या उसनूं एक धड़े या एक निक्के जिहे सैगमेंट बंद कर देने, असल दे विच उह कामियां दा इशार है, कामियां दे वेहड़े दा इशार है, वह वेहलड़ां दे वेहड़े दा इशार नहीं है। सो मैं इस गल दा माण हासिल करदा फिर दुबारा कि जिस किताब दा रेफरेंस बीटा हरिंदर ने किया नोट्स फ्रॉम गहलोज का अपने जेल दे तख्ते फांसी दे तख्ते तो जूलियस फ्यूचर की किताब का, वह मैं माण हासिल है कि उसकी कापी मैं ही लभ के संतराम उदासी होरां नूं 1980 पहली बार दिती सी, वह दो अनुवाद होते हुण तक होए ने, एक जगजीत सिंह आनंद होरां ने किया सी और दूसरा मेरे सहपाठी और मेरे मित्र जगीर सिंह कालों ने किया सी, ते उदों सिर्फ अवेलेबल जिहड़ा सीगा वह जगीर सिंह कालों वाला सी, और संतराम उदासी ने मैनूं कहा कि सच जानी मैं अंग्रेजी च मत्था तां मारिया सी पर वह गल बनी नहीं, जिहड़ा ये पढ़ के मैनूं लग्या कि जिहड़ा जूलियस फ्यूचर की जिहड़ी सारी वह एक खास तनाव की जिहड़ी जिंदगी है, खास करके फांसी के तख्ते तो पहला जिहड़े उहदे पल ने उहनां बारे वह बंदे नूं तकड़ियां करन दे वास्ते बहुत वड्डी टैक्स्ट है। सो अपनी गल नूं समेटदा होया इत्थे मैं अपने वीर प्यारे नूं बेनती करांगा अजमेर सिद्धू नूं, जिसने सारी टैक्सट इन्हां दी संतराम उदासी होरां दी संपादित कीती है बेटी इकबाल दे नाल लग के, और उन्हां दी बारे च आलोचनात्मक पुस्तक भी एक क्रांति दा सूरज कण कण क्रांति दा सूरज वह भी उन्होंने एडिट कीती है। और मैं एक गल नाल इत्थे भी दस दिया कि पाकिस्तान दे विच राती ही मैनूं दस्या जिस दोस्त ने स्कैच बना के दिता सानूं संतराम उदासी होरां दा, राती दस्या कि उन्हां दी शायरी दी किताब भी एक असीं पबलिश कर रहे हैं 94 गीतां दी जिहदा नाल ललकार रख्या उन्हां ने, और मेरा प्यारा वीर अफजल साहिर उसदा लिप्यंतरण कर रहा, और आसिफ रजा होरी उसनों पबलिश करवा रहे हैं अपने दोस्तों मित्रों के साधना राही। सो मैं बेनती करांगा अजमेर सिंह सिद्धू होरां नूं कि वह अपने अज के इस भाषण बारे या अपने मन की जिहड़ी अवस्था हैगी है उस बारे कड़ी मुताबक 5 तो लैके 7 मिनटां दे विच गल नूं समेटण, ताकि इस तों बाद च असीं कवी दरबार शुरू कर सकीए। मैनूं जो दस्सिया गया उहदे मुताबक सुखविंदर कंबोज जॉइन नहीं कीते, जे वह बाद जॉइन कर लैणगे उहनां नाल बाद च गल करवा लांगे। हाल की कड़ी अजमेर सिंह सिद्धू अपनी गल कहणगे। प्यारे अजमेर, अज दे समागम की प्रधानगी कर रहे डॉक्टर एस पी सिंह जी, अपने जिहड़े समागम के करता धरता डॉक्टर गुरविजन सिंह गिल जी, मैं थोड़ा सारिआं दा धन्नवादी हाँ जिहड़े अज साडे लोकां दे जिहड़े महबूब शायर है संतराम उदासी, उहनां नूं तुसीं याद कर रहे हैं। ते खास तौर पर हुणे डॉक्टर हरिंदर कौर सोहल हुणां ने उहनां दे जीवन ते उहनां दी रचना दे बारे
मतलब अपने विचार जिहड़े पेश कीते आ बहुत वधिया ढंग दे नाल उन्हां दी जिहड़ी कविता आ उहदी उन्होंने चीड़ फाड़ की आ एक दो गलतियां उन्होंने जरूर कीतियां हैगियां तुसी जिहड़ी निरंकारी वाली उह दूर कर दित्ती आ एक होर रह गई आ 1962 दे विच जदों शुरू दे विच CPI दे विच सरगर्म हुंदे आ ते फिर 64 दे विच CPM दे विच हुंदे आ इन्हां कोलों 1969 कह हो गया क्योंकि 1967-68 दे विच तां नक्सलवाड़ी दी लहर उठ पैंदी आ लेकिन मैडम होना ने उन्हां दे जिथे जीवन दे वेरवे दित्ते आ उत्थे नाल नाल उन्हां दी जिहड़ी कविता आ खास तौर ते मैं ये नोट कर रहा सीगा क्योंकि मैं पहला उन्हां दी जिहड़ी समुची रचना आ ओनू जदों संपादन कीता नाल कुछ लोचना दा भी काम वख वख विद्वानां तों कराया फिर मैं उन्हां दी जिहड़ी जीवनी आ क्रांति लई बलदा कण कण संत राम दास जी उहदे विच भी बिशक जादा ने उन्हां दा जीवन है नाल थोड़ा बहुता आलोचना दा काम भी कराया ते जिहड़े डॉक्टर हरिंदर कौर सोहल है इन्हां ने खास तौर ते की कीता भी जिहड़ी लोक धारा जां बहुत सारियां नवीआं जिहड़ी कि इन्हां ने गल्लां कीतियां जिहड़ियां पहलां पंजाबी कविता दे विच उदासी होणा दे संदर्भ दे विच जिहड़ियां आ ਉਹ ਨਹੀਂ ਹੋਈਆਂ ਜਿਹੜੀ ਗੱਲ ਉਦਾਸੀ ਹੁਣਾਂ ਦੀ ਕਵਿਤਾ ਦੀ ਰਹਿ ਗਈ ਆ ਉਹ ਮੈਨੂੰ ਇਹ ਲੱਗਦਾ ਵੀ ਉਦਾਸੀ ਹੁਣਾਂ ਦੀ ਜਿਹੜੀ ਕਵਿਤਾ ਜ਼ਿਆਦਾਤਰ ਹੈ ਉਹ ਆਜ਼ਾਦੀ ਦੇ ਦੁਆਲੇ ਘੁੰਮਦੀ ਆ ਕਿਉਂਕਿ 1947 ਤੋਂ ਪਹਿਲਾਂ ਇੱਕ ਭਾਰਤ ਦੇ ਲੋਕਾਂ ਨੇ ਸੁਪਨਾ ਲਿਆ ਸੀ ਆਜ਼ਾਦੀ ਦਾ ਲੇਕਿਨ ਜਦੋਂ ਆਜ਼ਾਦੀ ਮਿਲਦੀ ਆ ਉਹ ਸੁਪਨਾ ਜਿਹੜਾ ਤਿੜਕ ਜਾਂਦਾ ਤੇ ਜ਼ਿਆਦਾਤਰ ਇਹ ਜਿਹੜੀ ਕਵਿਤਾ ਪ੍ਰਗਤੀਵਾਦੀ ਦੀ ਜਾਂ ਜੁਝਾਰਵਾਦੀ ਦੀ ਉਹ ਲਗਭਗ ਉਸ ਸੁਪਨੇ ਦੇ ਤਿੜਕਣ ਦੇ ਦੁਆਲੇ ਘੁੰਮਦੀ ਆ ਤੇ ਉਦਾਸੀ ਜੀ ਵੀ ਲਗਭਗ ਉਸੇ ਪੁਆਇੰਟ ਨੂੰ ਚੱਕ ਕੇ ਮਤਲਬ ਲੈ ਕੇ ਆਉਂਦੇ ਆ ਚਾਹੇ ਉਹ ਇਸ ਕਵਿਤਾ ਦੇ ਰਾਹੀਂ ਜਿਹੜਾ ਸਰਮਾਏਦਾਰੀ ਦਾ ਕਿਰਦਾਰ ਹੈ ਉਹ ਕੀ ਆ ਉਹਨੂੰ ਵੀ ਮਤਲਬ ਉਹਦਾ ਫਲਾਅ ਵੀ ਉਹਨਾਂ ਦੀ ਕਵਿਤਾ ਦੇ ਵਿੱਚ ਬਹੁਤ ਜ਼ਿਆਦਾ ਆ ਹੁਣ ਜਦੋਂ ਅਸੀਂ ਸਿੰਘੂ ਬਾਰਡਰ ਤੇ ਬੈਠੇ ਹਾਂ ਟਿੱਕਰੀ ਬਾਰਡਰ ਤੇ ਅਸੀਂ ਬੈਠੇ ਹੋਏ ਆ ਤਾਂ ਉਸ ਵੇਲੇ ਸਾਡੇ ਕੋਲ ਮਤਲਬ ਨਾਰਾ ਜਿਹੜਾ ਲੱਗ ਰਿਹਾ ਆ ਉਹ ਸਾਮਰਾਜ ਮੁਰਦਾਬਾਦ ਦਾ ਲੱਗ ਰਿਹਾ ਤੇ ਇਹ ਸਾਮਰਾਜ ਕੀ ਆ ਸਾਨੂੰ ਮੇਰਾ ਖਿਆਲ ਸਮਝ ਨਹੀਂ ਆਉਂਦਾ ਪਰ ਜਦੋਂ ਅਸੀਂ ਸੰਤ ਰਾਮ ਉਦਾਸ ਜੀ ਦੇ ਜਦੋਂ ਗੀਤ ਸੁਣਦੇ ਹਾਂ ਤੇ ਸਾਨੂੰ ਭਲੀ ਭਾਂਤ ਵੀ ਕਿਵੇਂ ਉਹ ਸਾਡੇ ਸਾਨੂੰ ਸਾਰਾ ਉਹਨਾਂ ਨੇ ਸਾਨੂੰ ਕਲੇਵਰ ਵਿੱਚ ਲਿਆ ਹੋਇਆ ਆ ਪੂਰੇ ਦੇਸ਼ ਨੂੰ ਤੇ ਉਹਦੀ ਉਹਨਾਂ ਦੀ ਜਿਹੜੀ ਕਵਿਤਾ ਆ ਉਹ ਲਗਭਗ ਸਾਮਰਾਜ ਦੀ ਜਿਹੜੀ ਪਰਿਭਾਸ਼ਾ ਆ ਉਹਨੂੰ ਵੀ ਕਲੀਅਰ ਕਰ ਦਿੰਦੇ ਆ ਔਰ ਇੱਕ ਜਿਹੜਾ ਮੈਨੂੰ ਲੱਗਦਾ ਮੈਡਮ ਹੁਣਾਂ ਨੇ ਉਹ ਸੀ ਵੀ ਅਮਨ ਲਹਿਰ ਬਾਰੇ ਵੀ ਉਹਨਾਂ ਨੇ ਕਾਫੀ ਕਵਿਤਾਵਾਂ ਜਿਹੜੀਆਂ ਲਿਖੀਆਂ ਆ ਤੇ ਜਦੋਂ ਮੈਂ ਮੋਟੇ ਤੌਰ ਤੇ ਉਦਾਸੀ ਉਹਨਾਂ ਨੂੰ ਵੇਖਦਾ ਉਹ ਰਾਸੀ ਚੇਤਨਾ ਦੇ ਕਵੀ ਆ ਬੇਸ਼ੱਕ ਉਹਨਾਂ ਨੇ ਸਮਾਜਿਕ ਤੇ ਸੱਭਿਆਚਾਰਕ ਸਰੋਕਾਰਾਂ ਵਾਲੇ ਵੀ ਕੁਝ ਗੀਤ ਕਵਿਤਾਵਾਂ ਲਿਖੇ ਆ ਪਰ ਜ਼ਿਆਦਾਤਰ ਜਿਹੜੀ ਉਹਨਾਂ ਦੀ ਕਵਿਤਾ ਆ ਜੇ ਅੱਜ ਵੀ ਉਹਦੀ ਡਿਮਾਂਡ ਆ ਜਿੰਨੇ ਧਰਨੇ ਵਿਚਾਰੇ ਕਿਤੇ ਵੀ ਪੰਜਾਬ ਵਿੱਚ ਹੋਣ ਪੰਜਾਬ ਤੋਂ ਬਾਹਰ ਹੋਣ ਉਹਨਾਂ ਦੀ ਡਿਮਾਂਡ ਰਹਿੰਦੀ ਆ ਉਹਦੇ ਪਿੱਛੇ ਜਿਹੜਾ ਕਾਰਨ ਬਣਦਾ ਉਹ ਇਹੀ ਬਣਦਾ ਵੀ ਉਹਨਾਂ ਨੇ ਰਾਸ ਦੀ ਜਿਹੜੀ ਚੇਤਨਾ ਆ ਉਹ ਉਹ ਉਹਦੀ ਕਵਿਤਾ ਲਿਖੀ ਖਾਸ ਤੌਰ ਤੇ ਉਹਦੇ ਵਿੱਚ ਨਾਬਰੀ ਬੜੀ ਪਈ ਆ ਉਹ ਆਪਾਂ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੂੰ ਲੈ ਲਈਏ ਸਿੱਖੀ ਦੇ ਵਿੱਚ ਲੈ ਲਈਏ ਬਾਅਦ ਦੇ ਵਿੱਚ ਲੈ ਲਈਏ ਲੇਕਿਨ ਉਹ ਮਤਲਬ ਕੀ ਹੈਗਾ ਵੀ ਸਾਡੀ ਪਰੰਪਰਾ ਦੇ ਵਿੱਚ ਨਾਬਰੀ ਪਈ ਆ ਤੇ ਉਦਾਸੀ ਹੁਣ ਜਿਹੜੀ ਕਵਿਤਾ ਆ ਉਹਦੇ ਵਿੱਚ ਵੀ ਤੁਹਾਨੂੰ ਹਰ ਥਾਂ ਜਿਹੜੀ ਨਾਬਰੀ ਆ ਉਹ ਮਿਲੂਗੀ ਜਿਹੜਾ ਇੱਕ ਪੱਖ ਮੈਡਮ ਹੁਣਾਂ ਨੇ ਛੋਇਆ ਤਾਂ ਹੈਗਾ ਪਰ ਉਹਨੂੰ ਉੱਤੇ ਵਿਸਤਾਰ ਨਾਲ ਗੱਲ ਨਹੀਂ ਕੀਤੀ ਉਹ ਸੀ ਵੀ ਉਹਨਾਂ ਨੇ ਬਹੁਤ ਸਾਰੀਆਂ ਕਵਿਤਾਵਾਂ ਔਰਤਾਂ ਨੂੰ ਕੇਂਦਰ ਵਿੱਚ ਰੱਖ ਕੇ ਲਿਖੀ ਆ ਜਿਹੜੀ ਔਰਤ ਆ ਉਹਨਾਂ ਦੀ ਵਾਰ ਵਾਰ ਕਵਿਤਾ ਦੇ ਕੇਂਦਰ ਵਿੱਚ ਆਉਂਦੀ ਆ ਤੇ ਉਹਦੇ ਵੱਖ ਵੱਖ ਰੂਪ ਹੈ ਉਹਦੇ ਬਾਰੇ ਵੀ ਜਿਹੜੀ ਮੈਨੂੰ ਲੱਗਦਾ ਸੀ ਵੀ ਡਿਟੇਲ ਵਿੱਚ ਗੱਲ ਕੀਤੀ ਜਾ ਸਕਦੀ ਸੀਗੀ ਤੇ ਉਹ ਨਹੀਂ ਹੋ ਸਕੀ ਹੈਗੀ ਇੱਕ ਉਦਾਸੀ ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਨੂੰ ਖਾਸ ਤੌਰ ਤੇ ਕਈ ਵਾਰ ਜਾਤ ਨਾਲ ਜਾਂ ਕਿਸੇ ਹੋਰ ਚੀਜ਼ਾਂ ਨਾਲ ਜੋੜਿਆ ਜਾਂਦਾ ਮੈਨੂੰ ਇਹ ਲੱਗਦਾ ਉਦਾਸੀ ਹੁਣੀ ਜਿਹੜੀ ਇਹਨਾਂ ਜਮਾਤੀ ਚੇਤਨਾ ਦੇ ਜਿਹੜੇ ਕਵੀ ਹੈਗੇ ਨੇ ਸਾਡੇ ਕੋਲ ਉਸ ਤੋਂ ਬਿਨਾਂ ਉਹਨਾਂ ਦੀਆਂ ਜਿੰਨੀਆਂ ਵੀ ਮਰਜ਼ੀ ਕਵਿਤਾਵਾਂ ਮੈਂ ਇੱਥੇ ਕੋਟ ਵੀ ਕਰ ਸਕਦਾ ਕਿਉਂਕਿ ਮੈਨੂੰ ਟਾਈਮ ਨਹੀਂ ਬਹੁਤਾ ਦਿੱਤਾ ਗਿਆ ਹੋਇਆ ਇਹ ਜ਼ਰੂਰ ਹੈਗਾ ਵੀ ਉਹਨਾਂ ਦੀ ਕਵਿਤਾ ਦੇ ਵਿੱਚ ਸਿੱਖ ਵਿਰਸਾ ਪਿਆ ਸਿੱਖ ਇਤਿਹਾਸ ਪਿਆ ਹੈਗਾ ਆ
क्योंकि साढ़े को सिख इतिहास में ही ज्यादातर नबरी पई आ, इस करके उन्होंने अपनी जी कविता गल कह ली जी साढ़े को सिख इतिहास है, सिख विरसा आ, उन्हों चक के लैके पेश किया है। अज के दौर जी साढ़े को कविता आते बड़े सवाल भी उठाए जा रहे हैं, पर जो उदासी की कविता पढ़ते हैं जी बख जे पबलिशर है उन्होंने वह किमें छाप रहे आ, और जदों भी वो बड़े धरने मुजहरे रैलियां होंगे आ उत्थे भी सानू उदासी होना दे गीत जां कवितावां याद आते क्यों आते हैं, क्योंकि उन्हां दी कविता दे विच वो सारा कुछ पिया जिहड़ा लोकां नूं लोड़ है, ते क्योंकि वो लोकां दा कवि आ, जिवें गिल साहब ने कहा भी सानू उन्हां नूं बेड़िआं दा कवि नहीं कहना चाहीदा क्योंकि वह लोकां दा शायर आ, लोकां दा कवि आ, कामियां दा शायर आ, मतलब किरतियां दी जिहड़ी बुलंद आवाज है। और अज जदों थोड़े उत्ते बार बार हमले हो रहे आ, खास तौर पर किसानी वाले मसले से वेख लीए, मजदूरां दे बिल लै लीए, तो उस वेले उन्हां दे गीत उन्हां दीआं कवितावां मतलब वह गूंज रहे आ, तो थोनू वह समझा भी रहे आ जिहड़ा लीडरां नूं संबोधन करना किन्ने साल पहला कह दिता भी गहने ना मतलब साडे देश नूं जिहड़ा रखिया जावे, जिहड़ा उन्हां दा क्लासिकल गीत आ मां धरती ए तेरी गोद नूं चन होर बथेरे तूं मगदा रही वे सूरजा कमियां दे वेड़े, मतलब वह बड़ा कमाल का गीत है। जस्सी हुणा ने उस गीत नूं गाया होया, उहदे विच जिहड़ा सूरज आ वह उहनूं जिहड़ा सिंबल है वह इनकलाब तों लिया गया हैगा आ, जिहड़े चन होर बथेरे आ जिहड़े उस वेले नैक्सली नौजवान शहीद हो रहे सीगे या सिस्टम के खिलाफ जूझ रहे थे उन्होंने चन कहा गया। तो मेरे कहने का मतलब भी अज फिर जिस तरह दीयां परिस्थितियां आ, जिस तरह के अंदोलन उठ रहे आ, वो फिर सानू मुड़ के जिहड़ा सूरज वा वो साढ़े संघर्षां दे मतलब केंद्र में आ गया, तो बहुत सारे चन जिहड़े आ वो उठो मतलब उन्हां दी लोड़ पै गई आ, जिहड़े असीं शायर हाँ असीं लेखक हाँ वो ऐ नहीं भी सानू कल्ला लिखना चाहीदा, मैनू लगदा सानू भी उन्हां घोलां दा उन्हां दा हिस्सा बनना चाहीदा आ, ते तां ही आपां संतराम उदासी दी जिहड़ी कविता आ उहदे नाल न्याय कर सकदे हैगे आ। इन्नियां गल्लां कहिंदा होया मैं तुहाडा सारिआं दा धन्नवाद करदा। थैंक यू, बहुत मेहरबानी अजमेर, बहुत खूबसूरत गल्लां कीतीआं तुसीं, सजरीआं भी सी कुछ बहुत सारीआं नवीआं भी सी, और वधिया गल इह आ कि तुसीं जिस तनदेही नाल जिस सिदक दिली नाल तुसीं उहनां दे बारे च काम कर रहे हो वह अपने आप दे विच एक हिस्टोरिकल डॉक्यूमेंट दे रूप दे विच कदे चेते कीता जाया करेगा। ये गल बिल्कुल सच है कि संत रामदासी होरां ने सानू बहुत साल पहला गल आखी सी कि लोको बाज आओ झूठे लीडरां तो इन्हां देश नूं बिले लगा छड्डना, ये कोई निक्की गल नहीं सी, बहुत वड्डी गल सी। या मैनूं याद आउंदा कि एक बार उन्होंने एक गजल लिखी, तो गजल दे शेर से जिहड़ा मैनूं लगदा कि मैं घट्टो घट्ट हजार बार तो कोट कर चुका होवांगा, वह कहिंदे ने कि हनुमान ललकारे किहड़े रावण नूं, रावण दे तां सामे राम खलोया है, जदों साडियां अपनियां धिरां जाके खलो जांदियां ने दुश्मन दे हक दे विच उहदी हिक तीर वज्जण तों मना करदियां ने, ਤਾਂ ਉਦੋਂ ਸਾਨੂੰ ਜਸਵੰਤ ਆਪਣੇ ਸੰਤ ਰਾਮਦਾਸ ਜੀ ਬਹੁਤ ਚੇਤੇ ਆਉਂਦਾ ਹੈ, ਬਾਰ ਬਾਰ ਚੇਤੇ ਆਉਂਦਾ ਹੈ, ਔਰ ਇੰਨ ਚੇਤੇ ਆਉਂਦਾ ਕਿ ਮਤਲਬ ਅਸੀਂ ਹੈਰਾਨ ਪਰੇਸ਼ਾਨ ਹੋ ਜਾਂਦੇ ਹਾਂ ਕਿ ਇਹ ਜਿਹੜੀ ਬਰੀਕ ਜਿਹੀ ਇੱਕ ਲਕੀਰ ਆ ਦੁਸ਼ਮਣ ਦੀ ਤੇ ਉਹਦੇ ਉੱਤੇ ਹਮਲਾ ਕਰਨ ਵਾਲੇ ਤੀਰ ਅੰਦਾਜ਼ ਦੀ, ਉਸ ਨੂੰ ਜਿੰਨਾ ਖੂਬਸੂਰਤ ਸੰਤ ਰਾਮਦਾਸ ਜੀ ਨੇ ਪੇਸ਼ ਕੀਤਾ ਉਹ ਬਹੁਤ ਥੋੜੇ ਲੋਕਾਂ ਦੇ ਭਾਗਾਂ 'ਚ ਆਇਆ, ਇੰਨਾ ਕਲੀਅਰ ਕੱਟ ਵਾਕਈ ਠੀਕ ਤੁਸੀਂ ਗੱਲ ਆਖੀ ਹੈ ਕਿ ਉਹ ਲੋਕ ਸੰਘਰਸ਼ਾਂ ਦਾ ਉਹ ਜਿੰਦ ਜਾਨ ਤੇ ਸੁਜਿੰਦ ਸਾਡਾ ਭਰਾ ਆ ਜਿਸ ਨੇ ਇੰਨੀ ਵਧੀਆ ਤਰ੍ਹਾਂ ਨਾਲ ਗੱਲ ਆਖੀ ਹੈ ਕਿ ਅਸੀਂ ਉਸਨੂੰ ਪੈਰ ਪੈਰ ਤੇ ਚੇਤੇ ਹੀ ਨਹੀਂ ਕਰਦੇ, ਉਸੇ ਤਰ੍ਹਾਂ ਨਾਲ ਜਿਵੇਂ ਕਿਸੇ ਵੇਲੇ ਜਰਨੈਲ ਸਿੰਘ ਰਿਸ਼ੀ ਨੂੰ ਕੋਟ ਕਰਦੇ ਸਾਂ, ਉਸੇ ਤਰ੍ਹਾਂ ਦੇ ਨਾਲ ਹੀ ਅੱਜ ਸਾਨੂੰ ਜਦੋਂ ਪੈਰ ਪੈਰ ਤੇ ਉਹ ਸਾਨੂੰ ਮਦਦ ਦਿੰਦਾ ਤੇ ਉਹ ਮਦਦ ਜਿਹੜੀ ਹੈਗੀ ਉਹੀ ਇੱਕ ਕਿਰਤ ਨਾਲ ਲੁੱਟੀ ਜਾਵੇ, ਇਸ ਧਰਤੀ ਦੀ ਹਰ ਧੀ ਭੈਣ ਹਰ ਜਿਹੜਾ ਕੰਮ ਆ ਉਸ ਦੀ ਇੱਜ਼ਤ ਅਫਜ਼ਾਈ ਹੋਵੇ। ਔਰ ਮੈਨੂੰ ਲੱਗਦਾ ਕਿ ਜਿੰਨਾ ਵਧੀਆ ਤਰ੍ਹਾਂ ਨਾਲ ਸੰਤ ਰਾਮਦਾਸੀ ਹੋਰਾਂ ਨੇ ਲੋਕਧਾਰਾ ਦੇ ਵੀ ਵੱਖ ਵੱਖ ਅੰਗ ਵਰਤੇ ਨੇ, ਭਾਵੇਂ ਉਹ ਮੈਨੂੰ ਯਾਦ ਆਉਂਦਾ ਇੱਕ ਵਾਰ ਮੈਂ ਕਿਹਾ ਸੰਤ ਰਾਮਦਾਸੀ ਜੀ ਤੁਸੀਂ ਇੱਕ ਗੀਤ ਲਿਖਿਆ ਉਹ ਤਰਜ਼ ਤਾਂ ਬਿਲਕੁਲ ਉਹੀ ਹੈ ਚਿੱਟੀਆਂ ਕਪਾਹ ਦੀਆਂ ਫੁੱਟੀਆਂ ਹਾੜਾ ਨਹੀਂ ਪੱਤ ਹਰੇ ਹਰੇ, ਇਹਦੇ ਤੋਂ ਠੀਕ ਫੜਿਆ
ਬਿਲਕੁਲ ਠੀਕ ਫੜਿਆ, ਬਿਲਕੁਲ ਇਹੀ ਗੱਲ ਸੀ। ਮੈਨੂੰ ਇੱਕ ਇਹ 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 ਜਿਹੜੀ ਧਾਰਨਾ ਸੀ ਚੰਗੀ ਲੱਗੀ। ਮੈਨੂੰ ਇਹ ਵੀ ਯਾਦ ਆਉਂਦਾ ਉਹਨਾਂ ਦਾ ਗੀਤ ਜਿਹੜਾ ਬਹੁਤ ਪਹਿਲਾਂ, ਕਿਉਂਕਿ ਸੰਤ ਰਾਮ ਉਦਾਸੀ ਦਾ ਅਸਲ 'ਚ ਕਲਾਮ ਜਿਹੜਾ ਹੈਗਾ ਉਹ ਪੇਸ਼ ਕਰਨ ਦੇ ਵਿੱਚ ਬਹੁਤ ਵੱਡਾ ਰੋਲ ਤਪਾ 'ਚ ਵਸਦੇ ਮੇਰੇ ਪਿਆਰੇ ਵੀਰ ਸੀ ਮਾਰਕੰਡਾ ਹੋਰਾਂ ਦਾ, ਜਿਹਨਾਂ ਨੇ ਕਿੰਤੂ ਮੈਗਜ਼ੀਨ ਦਾ ਵਿਸ਼ੇਸ਼ ਅੰਕ ਛਾਪਿਆ ਪਹਿਲੀ ਵਾਰ ਉਹਨਾਂ ਦੇ ਕਲਾਮ ਦਾ। ਉਹੀ ਬਾਅਦ 'ਚ ਕਿਤਾਬ ਬਣੀ ਲਹੂ ਭਿੱਜੇ ਬੋਲ ਨਾ ਥੱਲੇ, ਔਰ ਉਹਦੇ 'ਚ ਗੀਤ ਸੀਗਾ, ਮੈਨੂੰ ਯਾਦ ਆਉਂਦਾ ਗੀਤ ਹੈ ਅਜੇ ਵੀ, ਕਿਉਂਕਿ ਅਸੀਂ ਉਦੋਂ ਪੜ੍ਹਦੇ ਸੀ ਖਾਲਸਾ ਕਾਲਜ 'ਚ, ਪੜ੍ਹਦੇ ਜੀ ਚਿੰਨ ਖਾਲਸਾ ਲੁਧਿਆਣੇ 'ਚ, ਔਰ ਮੈਂ ਅਤੇ ਸ਼ਮਸ਼ੇਰ ਨੇ ਉਹਨੂੰ ਗੀਤ ਨੂੰ ਅਕਸਰ, ਭਾਵੇਂ ਮੇਰੀ ਆਵਾਜ਼ ਤਾਂ ਹੁਣ ਵੀ ਉਹੋ ਜਿਹੀ ਜਿਹੋ ਜਿਹੀ ਉਦੋਂ ਹੁੰਦੀ ਸੀ, ਉਹਦੀ ਚੰਗੀ ਨਹੀਂ ਸੀ, ਪਰ ਸ਼ਮਸ਼ੇਰ ਗੁਣਗੁਣਾ ਲੈਂਦਾ ਹੁੰਦਾ ਸੀ। ਅਤੇ ਅਸੀਂ ਨਾ ਉਹਦਾ ਗੀਤ ਚੇਤੇ ਕਰਿਆ ਕਰਨ, ਉਹ ਗੀਤ ਬਾਈ ਚਾਂਸ ਮੈਨੂੰ ਲੱਭ ਗਿਆ ਕਿਤਾਬ 'ਚੋਂ, ਉਹ ਸੀ ਕਿ ਛੇੜ ਕੇ ਭਰਿੰਡ ਰੰਗੀਆਂ ਕਿੱਥੇ ਜਾਏਗਾ ਗੋਬਨਿਆ ਸਾਧਾ, ਰਤਾ ਨਾ ਸ਼ਰਮ ਖਾਮ ਦਾ ਗੱਲਾਂ ਗੱਲਾਂ ਵਿੱਚ ਕਰੀ ਜਾਏ ਵਾਧਾ, ਤੇਰੇ ਜਿਹੇ ਸਾਧ ਬਣਦੇ ਜਦੋਂ ਮੁੱਕਦੇ ਘੜੇ 'ਚੋਂ ਦਾਣੇ, ਉੱਪਰੋਂ ਅਤੀਤ ਜਾਪਦੇ ਪਰ ਰੋਂਦੇ ਪਿੱਛੇ ਅੱਗੇ ਪਿੱਛੇ ਰੋਂਦੇ ਨੇ ਨਿਆਣੇ, ਉਹਨਾਂ ਨੇ ਇੱਕ ਜੋਗ ਪਾਵਣਾ ਜਿੰਨਾ ਮੰਗ ਕੇ ਬਗਾਨਿਆਂ ਦਾ ਖਾਧਾ, ਛੇੜ ਕੇ ਭਰਿੰਡ ਰੰਗੀਆਂ ਕਿੱਥੇ ਜਾਏਗਾ ਗੋਬਨਿਆ ਸਾਧਾ। ਸੋ ਅਜਮੇਰ ਇਹ ਜਿਹੜੀ ਇਹ ਇਸ ਕਿਸਮ ਦੀ ਲੋਕ ਧਾਰਾ ਦੀ ਉਹਨਾਂ ਨੇ ਵਰਤੋਂ ਕੀਤੀ, ਖਾਸ ਕਰਕੇ ਪ੍ਰਚਲਿਤ ਲੋਕ ਸੰਗੀਤ ਉਸ ਵਕਤ ਦੀ, ਉਹ ਆਪਣੇ ਆਪ ਦੇ ਵਿੱਚ ਹੀ ਬੜੀ ਬੁਲੰਦ ਸਾਡੇ ਵਾਸਤੇ ਇੱਕ ਸੋਚ ਧਾਰਾ ਵੀ ਹੈ ਤੇ ਨਾਲ ਦੀ ਨਾਲ ਅੰਦਾਜ਼ ਵੀ ਹੈ, ਜਿਹੜਾ ਸਾਡੇ ਬਹੁਤੇ ਸ਼ਹਿਰਾਂ ਦੇ ਭਾਗਾਂ 'ਚ ਨਹੀਂ ਆਇਆ। ਲੋਕ ਧਾਰਨਾ ਨੂੰ ਵਰਤਣਾ ਏਡਾ ਸੌਖਾ ਕੰਮ ਨਹੀਂ ਹੁੰਦਾ, ਸਿਰਫ ਸਾਡੇ ਜਿਹੜੇ ਕਵੀਸ਼ਰ ਤੇ ਢਾਡੀ ਵੀਰ ਨੇ, ਉਹਨਾਂ ਨੇ ਤਾਂ ਬਹੁਤ ਸਾਰੀਆਂ ਥਾਵਾਂ ਤੇ ਲੋਕ ਰੰਗ ਵਰਤਿਆ, ਪਰ ਸਾਡੇ ਸ਼ਾਇਰਾਂ ਵਿੱਚੋਂ ਸ਼ਾਇਦ ਪਹਿਲਾ ਤੇ ਆਖਰੀ ਹੁਣ ਤੱਕ ਦਾ ਸ਼ਾਇਰ ਸੰਤ ਰਾਮ ਉਦਾਸੀ ਹੈ, ਜਿਹਨੇ ਲੋਕ ਧਾਰਾ ਦੇ ਉਹਨਾਂ ਸਾਰੇ ਅੰਗਾਂ ਨੂੰ, ਚਾਹੇ ਰਵਾਇਤ ਦੇ ਨੇ, ਈਵਨ ਮਿਰਜ਼ੇ ਦੀ ਸਦ ਵੀ ਵਰਤੀ ਉਹਨਾਂ ਨੇ ਆਪਣੇ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਆਪਣੇ ਕਲਾਮ ਦੇ ਵਿੱਚ, ਕਈ ਥਾਵਾਂ ਦੇ ਬੈਂਤ ਬੜਾ ਅੱਛਾ ਲਿਖਿਆ ਉਹਨਾਂ ਨੇ, ਕਈ ਥਾਵਾਂ ਦੇ ਉੱਤੇ ਉਹਨਾਂ ਨੇ ਚਵਰਗਾ ਬੜਾ ਅੱਛਾ ਲਿਖਿਆ, ਗੀਤ ਤਾਂ ਲਿਖਿਆ ਹੀ ਲਿਖਿਆ ਉਹਨਾਂ ਨੇ। ਸੋ ਇਸ ਕਰਕੇ ਮੈਂ ਆਪਣੀ ਗੱਲ ਨੂੰ ਇੱਥੇ ਸਮੇਟਦਾ ਹੋਇਆ, ਮੈਨੂੰ ਲੱਗਦਾ ਸੁਖਵਿੰਦਰ ਕੰਬੋਜ ਹੋਰੀ ਜਾਇਨ ਅਜੇ ਤੱਕ ਨਹੀਂ ਕੀਤੇ, ਚਲੋ ਜੇ ਬਾਅਦ 'ਚ ਕਰ ਲੈਣਗੇ ਬਾਅਦ 'ਚ ਗੱਲ ਕਰ ਲਾਂਗੇ। ਸੋ ਮੈਂ ਕਵੀ ਦਰਬਾਰ ਦਾ ਆਰੰਭ ਕਰਨਾ ਚਾਹਾਂਗਾ ਆਪਣੇ ਪਿਆਰੇ ਵੀਰ ਨੂੰ, ਆਖਾਂਗਾ ਬੂਟਾ ਸਿੰਘ ਚੌਹਾਨ ਨੂੰ, ਜਿਹੜੇ ਆਪ ਤਪਾ ਦੇ ਵਿੱਚ ਉਹਨਾਂ ਵਕਤਾਂ 'ਚ ਸਹਿਯੋਗੀ ਹੁੰਦੇ ਸਨ ਸੀ ਮਾਰਕੰਡਾ ਜੀ ਦੇ ਨਾਲ ਨਾਲ, ਔਰ ਉਸ ਤੋਂ ਬਾਅਦ ਹੁਣ ਬਰਨਾਲਾ ਦੇ ਵਿੱਚ ਉੱਥੋਂ ਦੀ ਅਦਬੀ ਫਿਜ਼ਾ ਦੇ ਬਹੁਤ ਵੱਡੇ ਸ਼ਾਹ ਸਵਾਰ ਨੇ ਕਿ ਉਹ ਆਪਣੇ ਸੁਰੀਲੇ ਗੀਤ ਨਾਲ ਜਾਂ ਗਜ਼ਲ ਨਾਲ ਅੱਜ ਦੇ ਕਵੀ ਦਰਬਾਰ ਦਾ ਆਰੰਭ ਕਰਨ। ਬੂਟਾ ਸਿੰਘ ਚੌਹਾਨ। ਜਾਇਨ ਕੀਤੇ ਨਹੀਂ ਲੱਗਦੇ ਮੈਨੂੰ, ਲੱਗਦੀ ਗੜਬੜ ਲੱਗਦੀ, ਕਿਉਂਕਿ ਸਾਡੇ ਜਿਹੜੇ ਪੁਰਾਣੇ ਅੰਦਾਜ਼ ਦੇ ਮਿੱਤਰ ਪਿਆਰੇ ਨੇ ਉਹਨਾਂ ਦੇ ਕੰਪਿਊਟਰ ਕੇਰੀ ਵਸਤੀ ਗੱਲ ਨਹੀਂ ਹੁੰਦੀ, ਜਿਵੇਂ ਮੈਂ ਵੀ ਹੁਣੇ ਮਾੜਾ ਮੋਟਾ ਸਿੱਖਿਆ, ਉਹ ਵੀ ਡਾਕਟਰ ਸਾਹਿਬ ਨੇ ਚਾਲੂ ਕਰ ਲਿਆ, ਕਿਉਂਕਿ ਬਾਰ ਬਾਰ ਬੂਟਾ ਸਿੰਘ ਹੈ ਨਹੀਂ ਸਰ, ਬੂਟਾ ਸਿੰਘ ਹੈ ਨਹੀਂ। ਚਲੋ ਜੇ ਬੂਟਾ ਸਿੰਘ ਨਹੀਂ ਹੈਗੀ ਤੇ ਇੱਕ ਮੇਰਾ ਬਹੁਤ ਪਿਆਰਾ ਬੱਚਾ ਗੁਰਜੰਟ ਸਿੰਘ ਕਾਲਾ ਪਾਇਲ ਵਾਲਾ, ਉਹਨੇ ਬਹੁਤ ਅੱਛਾ ਗੀਤ ਸਵੇਰੇ ਅੱਜ ਮੈਨੂੰ ਭੇਜਿਆ, ਮੈਂ ਚਾਹਾਂਗਾ ਕਿ ਉਹ ਆਪਣੇ ਸੁਰੀਲੇ ਬੋਲਾਂ ਨਾਲ ਇਸ ਕਵੀ ਦਰਬਾਰ ਦਾ ਆਰੰਭ ਕਰੇ। ਗੁਰਜੰਟ ਸਿੰਘ ਕਾਲਾ ਪਾਇਲ ਵਾਲਾ। ਜੁਆਇਨ ਕੀਤੇ ਨੇ ਅਸ਼ਵਨੀ ਜੀ? ਜੀ ਸਰ, ਅਨਮਿਊਟ ਕਰ ਲਓ ਪਾਇਲ ਵਾਲਾ ਜੀ, ਅਨਮਿਊਟ ਕਰੋ ਜੀ। ਸਰ ਹੋ ਗਿਆ ਜੀ? ਹਾਂ ਹਾਂਜੀ, ਬਹੁਤ ਸ਼ੁਕਰਗੁਜ਼ਾਰ ਹਾਂ ਜੀ ਜੋ ਅੱਜ ਦੇ ਇਸ ਵੱਡੇ ਕਵੀ ਦਰਬਾਰ ਦਾ ਸ਼ੁਭ ਆਰੰਭ ਕਰਨ ਦਾ ਗਿੱਲ ਸਾਹਿਬ ਨੇ ਮੈਨੂੰ ਸੁਭਾਗਾ ਮੌਕਾ ਦਿੱਤਾ, ਤੇ ਮੈਂ ਜ਼ਿਆਦਾ ਗੱਲਾਂ ਨਾ ਕਰਦਾ ਹੋਇਆ ਜੋ ਉਦਾਸੀ ਸਾਹਿਬ ਨੇ ਇੱਕ ਸੂਰਜ ਨੂੰ ਆਵਾਜ਼ ਮਾਰੀ ਸੀ ਤੇ ਉਹ ਆਵਾਜ਼ ਮੈਨੂੰ ਪ੍ਰਵਾਨ ਨਹੀਂ ਹੋਣੀ ਨਹੀਂ ਗਈ ਤੇ ਮੈਂ ਕੀਤੀ ਹੈ ਤੇ ਬਾਕੀ ਆਪ ਸਮਝ ਹੀ ਜਾਣਾ ਕਿ ਕੀ ਹੈ। ਗੀਤ ਹੈ ਜੀ ਉਦਾਸੀ ਦੀ ਆਵਾਜ਼। ਪਰੇ ਪਰੇ ਕੱਢੇ ਗੇੜੇ ਕੌੜਦਾਨੀ ਸਾਡੇ ਵੇੜੇ, ਪਰੇ ਪਰੇ ਕੱਢੇ ਗੇੜੇ ਕੌੜਦਾਨੀ ਸਾਡੇ ਵੇੜੇ, ਦੱਸ ਕਿਹੜੀ ਗੱਲ ਸਾਡੇ ਨਾਲ ਤੂੰ ਨਾਰਾਜ, ਤੂੰ ਕਿਉਂ ਨਾ ਸੁਣੇ ਸੂਰਜ ਉਦਾਸੀ ਦੀ ਆਵਾਜ਼, ਤੂੰ ਕਿਉਂ ਨਾ ਸੁਣੇ ਸੂਰਜ ਉਦਾਸੀ ਦੀ ਆਵਾਜ਼, ਸਾਨੂੰ ਸਦਾ ਲਾਰੇ ਮਿਲੇ ਵੱਡੇ ਵੱਡੇ ਨਾਰੇ ਮਿਲੇ, ਤੰਗੀਆਂ ਚ ਪੜੇ ਅਸੀਂ ਪਰ ਉੱਥੇ ਹੀ ਖੜੇ ਅਸੀਂ, ਉਂਝ ਭਾਵੇਂ ਪੰਜੀ ਸਾਲੀ
बदल दे काज तू क्यों ना सुने सूरजा उदासी दी आवाज कबीलदारी तो दिया दा चूड़ा पिया टूटे रवाजा ते वे आजा सानू तो ही हथी लुटे चंगी ना कोई रुत लंगी हाड़ी सोनी रेंदी तंगी उत्तों साडे सिर डिगे मौसमा दी गाज तू क्यों ना सुने सूरजा उदासी दी आवाज खुली दुली जुली दे उदम करो दे आसमान साड़ी छत धरती ते सोंदे क्यों तरस दे पत रसी बने की दी खत रसी ऊच नीच वाला सानू डंग दा समाज तू क्यों ना सुने सूरजा उदासी दी आवाज लास्ट वन पिक्चर है जी हद्दां उत्ते खड़े असी किथे नहीं लड़े असी हद्दां उत्ते खड़े असी किथे नहीं लड़े असी इक ते निशान साडे यही सन्मान साडे काले पहलवाले क्यों नी खोलदा तुराज तू क्यों ना सुने सूरजा उदासी दी आवाज तू क्यों ना सुने सूरजा उदासी दी आवाज बहुत अच्छा बहुत अच्छा गुरजंट बहुत अच्छा काला जी और मेरी जबान दे बहुत मुहतबर शायरा ने डॉक्टर गुरचरण कौर कोचर जी उन्होंने मेरी गुजारिश है कि अपनी गजल नाल अपनी हाजिरी लाउन और संत रामदासी होर की याद विच कवि दरबार दे विच अगे गल नूं वधाउन डॉक्टर गुरचरण कौर कोचर जी अगला ना बोल दिया करो जी हाँ इस तो अगे डॉक्टर देवेंद्र दिलरूप नूं वक्त मिलेगा गुरचरण कौर कोचर जी तो बाद च मैडम गुरचरण ज्वाइन नहीं किया अश्विनी जी है गए ने जी हाँ करो बेनती फिर उन्होंने मैडम अनम्यूट करो जी मैडम अनम्यूट करो हो गया जी 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 हो गया अज दे प्रोग्राम दी प्रधानगी कर रहे बहुत ही सत्कारयोग डॉक्टर एस पी सिंह जी और इस प्रोग्राम दे साडे बहुत ही प्यारे प्रोफेसर साहब गुरभजन गिल जी जो कि इस प्रोग्राम दे करता तरता ने डॉक्टर अश्विनी भल्ला जी ते होर जिन्ने भी हाजरीन ने सब तो पहला तो मेरे वालों सत श्री अकाल मैं सब तो पहला लोक विरासत अकैडमी अते पंजाब जिहड़े है पंजाब कॉमर्स एंड मैनेजमेंट एसोसीएशन लुधियाना नूं बहुत बहुत मुबारकबाद दिंदी हां कि तुसी लोक कवि संत राम उदासी जी दे जन्म दिहाड़े नूं जो मनाउण दा उपराला कीता है सचमुच बहुत ही वधिया बहुत ही सार्थक अते बहुत ही शलाघाजोग उपराला है तो मैं तहे दिलों धन्नवादी हाँ गुरभजन गिल जी दी जिन्हां दी बदौलत मैं आप सारिआं दे रूबरू हो रही हाँ ते गज़ल तो पहलां दो शेर सच वेख के सच ना कहना मेरे बस गल नहीं सच वेख के सच ना कहना मेरे बस की गल नहीं झूठ की हामी भरते रहना मेरे बस की गल नहीं सच वेख के सच ना कहना मेरे बस की गल नहीं झूठ की हामी भरते रहना मेरे बस की गल नहीं रब ने मेनू जीभ है दित्ती जुलम विरुद्ध तां बोलांगी बहुत अच्छा रब ने मेनू जीभ है दित्ती जुलम विरुद्ध तां बोलांगी पत्थर वांगू चुप कर बैना मेरे बस की गल नहीं पत्थर वांगू चुप कर बैना मेरे बस की गल नहीं तो एक गजल तुहाडे नाल जिहदा मतलब है तू नहीं बनिया
ਮੁਸੀਬਤ ਵਿੱਚ ਸਹਾਰਾ ਵੇਖ ਲੈ ਤੂੰ ਤੂੰ ਨਹੀਂ ਬਣਿਆ ਮੁਸੀਬਤ ਵਿੱਚ ਸਹਾਰਾ ਵੇਖ ਲੈ ਕਰ ਲਿਆ ਏ ਫਿਰ ਵੀ ਮੈਂ ਆਪਣਾ ਗੁਜ਼ਾਰਾ ਵੇਖ ਲੈ ਵੇਖ ਲੈ ਤੂੰ ਨਹੀਂ ਬਣਿਆ ਮੁਸੀਬਤ ਵਿੱਚ ਸਹਾਰਾ ਵੇਖ ਲੈ ਕਰ ਲਿਆ ਏ ਫਿਰ ਵੀ ਮੈਂ ਆਪਣਾ ਗੁਜ਼ਾਰਾ ਵੇਖ ਲੈ ਤੂੰ ਸ਼ੇਰ ਹੈ ਇੱਕ ਸਿਤਾਰਾ ਹੋ ਗਿਆ ਓਝਲ ਤਾਂ ਕਿਉਂ ਤੂੰ ਗਮ ਕਰੇ ਇੱਕ ਸਿਤਾਰਾ ਹੋ ਗਿਆ ਓਝਲ ਤਾਂ ਕਿਉਂ ਤੂੰ ਗਮ ਕਰੇ ਚਮਕਦਾ ਹੁਣ ਵੀ ਗਗਨ ਸਾਰੇ ਦਾ ਸਾਰਾ ਵੇਖ ਲੈ ਤੂੰ ਸ਼ੇਰ ਦੇਖਣਾ ਸਹਿ ਲਿਆ ਨਾਰੀ ਨੇ ਹੁਣ ਤੱਕ ਸਹਿ ਲਿਆ ਤੇਰਾ ਸਿਤਮ ਸਹਿ ਲਿਆ ਨਾਰੀ ਨੇ ਹੁਣ ਤੱਕ ਸਹਿ ਲਿਆ ਤੇਰਾ ਸਿਤਮ ਹੁਣ ਨਹੀਂ ਉਸਨੇ ਸਿਤਮ ਕਰਨਾ ਗਵਾਰਾ ਵੇਖ ਲੈ ਸਹਿ ਲਿਆ ਨਾਰੀ ਨੇ ਹੁਣ ਤੱਕ ਸਹਿ ਲਿਆ ਤੇਰਾ ਸਿਤਮ ਹੁਣ ਨਹੀਂ ਉਸਨੇ ਸਿਤਮ ਕਰਨਾ ਗਵਾਰਾ ਵੇਖ ਲੈ ਤੂੰ ਸ਼ੇਰ ਹੈ ਲੁੱਟ ਰਿਹਾ ਕਮਜ਼ੋਰ ਨੂੰ ਬਲਵਾਨ ਹੀ ਹੁਣ ਹਰ ਜਗ੍ਹਾ ਲੁੱਟ ਰਿਹਾ ਕਮਜ਼ੋਰ ਨੂੰ ਬਲਵਾਨ ਹੀ ਹੁਣ ਹਰ ਜਗ੍ਹਾ ਤੇ ਚਲੇ ਨਾ ਨਿਰਧਨਾ ਦਾ ਕੋਈ ਚਾਰਾ ਵੇਖ ਲੈ ਲੁੱਟ ਰਿਹਾ ਕਮਜ਼ੋਰ ਨੂੰ ਬਲਵਾਨ ਹੀ ਹੁਣ ਹਰ ਜਗ੍ਹਾ ਤੇ ਚਲੇ ਨਾ ਨਿਰਧਨਾ ਦਾ ਕੋਈ ਚਾਰਾ ਵੇਖ ਲੈ ਤੂੰ ਸ਼ੇਰ ਹੈ ਜਿਸ ਨੂੰ ਸੀ ਜਨਤਾ ਨੇ ਚੁਣਿਆ ਤੇ ਬਿਠਾਇਆ ਤਖ਼ਤ ਤੇ ਜਿਸ ਨੂੰ ਸੀ ਜਨਤਾ ਨੇ ਚੁਣਿਆ ਤੇ ਬਿਠਾਇਆ ਤਖ਼ਤ ਤੇ ਉਹੀ ਹੁਣ ਲੋਕਾਂ ਤੋਂ ਕਰਦਾ ਹੈ ਕਿਨਾਰਾ ਵੇਖ ਲੈ ਜਿਸ ਨੂੰ ਸੀ ਜਨਤਾ ਨੇ ਚੁਣਿਆ ਤੇ ਬਿਠਾਇਆ ਤਖ਼ਤ ਤੇ ਉਹੀ ਹੁਣ ਲੋਕਾਂ ਤੋਂ ਕਰਦਾ ਹੈ ਕਿਨਾਰਾ ਵੇਖ ਲੈ ਤੂੰ ਸ਼ੇਰ ਹੈ ਭੱਜ ਹਰ ਗਲੀ ਹਰ ਮੋੜ ਤੇ ਹਰ ਪਿੰਡ ਤੇ ਹਰ ਸ਼ਹਿਰ ਵਿੱਚ ਹਰ ਗਲੀ ਹਰ ਮੋੜ ਤੇ ਹਰ ਪਿੰਡ ਤੇ ਹਰ ਸ਼ਹਿਰ ਵਿੱਚ ਰਿਸ਼ਵਤਾਂ ਬੇਈਮਾਨੀਆਂ ਦਾ ਹੈ ਪਸਾਰਾ ਵੇਖ ਲੈ ਹਰ ਗਲੀ ਹਰ ਮੋੜ ਤੇ ਹਰ ਪਿੰਡ ਤੇ ਹਰ ਸ਼ਹਿਰ ਵਿੱਚ ਰਿਸ਼ਵਤਾਂ ਬੇਈਮਾਨੀਆਂ ਦਾ ਹੈ ਪਸਾਰਾ ਵੇਖ ਲੈ ਤੂੰ ਸ਼ੇਰ ਹੈ ਝੂਠ ਦੀ ਗਾਥਾ ਨੂੰ ਸੁਣਦੇ ਨੇ ਮਜ਼ਾ ਲੈ ਕੇ ਸਭ ਵਾਹ ਝੂਠ ਦੀ ਗਾਥਾ ਨੂੰ ਸੁਣਦੇ ਨੇ ਮਜ਼ਾ ਲੈ ਕੇ ਸਭ ਸੱਚ ਨੂੰ ਮਿਲਦਾ ਨਾ ਕਿਧਰੋਂ ਵੀ ਹੁੰਗਾਰਾ ਵੇਖ ਲੈ ਝੂਠ ਦੀ ਗਾਥਾ ਨੂੰ ਸੁਣਦੇ ਨੇ ਮਜ਼ਾ ਲੈ ਕੇ ਸਭ ਸੱਚ ਨੂੰ ਮਿਲਦਾ ਨਾ ਕਿਧਰੋਂ ਵੀ ਹੁੰਗਾਰਾ ਵੇਖ ਲੈ ਤੂੰ ਮਕਤਾ ਪੇਸ਼ ਕਰ ਰਹੀ ਹਾਂ ਪੈ ਗਈ ਹੈ ਸਾਂਝ ਕੋਚਰ ਹਿਜਰ ਸਾਂ ਕੁਛ ਇਸ ਤਰ੍ਹਾਂ ਪੈ ਗਈ ਹੈ ਸਾਂਝ ਕੋਚਰ ਹਿਜਰ ਸਾਂ ਕੁਛ ਇਸ ਤਰ੍ਹਾਂ ਵਸਲ ਵਾਂਗੂ ਹਿਜਰ ਵੀ ਲੱਗਦਾ ਹੈ ਪਿਆਰਾ ਵੇਖ ਲੈ ਪੈ ਗਈ ਹੈ ਸਾਂਝ ਕੋਚਰ ਹਿਜਰ ਸਾਂ ਕੁਛ ਇਸ ਤਰ੍ਹਾਂ ਵਸਲ ਵਾਂਗੂ ਹਿਜਰ ਵੀ ਲੱਗਦਾ ਹੈ ਪਿਆਰਾ ਵੇਖ ਲੈ ਤੂੰ ਸਹਿ ਲਿਆ ਨਾਰੀ ਨੇ ਹੁਣ ਤੱਕ ਸਹਿ ਲਿਆ ਤੇਰਾ ਸਿਤਮ ਹੁਣ ਨਹੀਂ ਉਸਨੇ ਸਿਤਮ ਕਰਨਾ ਗਵਾਰਾ ਵੇਖ ਲੈ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਮੇਰੀ ਬਹੁਤ ਅੱਛਾ ਡਾਕਟਰ ਗੁਰਚਰਨ ਜੀ ਤੁਸੀਂ ਬਹੁਤ ਖੂਬਸੂਰਤ ਗੱਲਾਂ ਆਖੀਆਂ ਲਗਭਗ ਉਹੀ ਸਾਰੀ ਭਾਵਨਾ ਹੈ ਜਿਹੜੀ ਸੰਤਰਾ ਉਦਾਸੀ ਹੋਰਾਂ ਨੇ ਆਪਣੀ ਸ਼ਾਇਰੀ ਚ ਆਖਿਆ ਕਿ ਸਾਡੀ ਬੀਹੀ ਵਿੱਚ ਚੂੜੀਆਂ ਦਾ ਹੋਕਾ ਦੇਈ ਦਾ ਵੀਰਾ ਬਣ ਜਾ ਰਿਹਾ ਸਾਡੇ ਪਿੰਡਾਂ ਵਿੱਚ ਸੌਣ ਪਿੰਡਾਂ ਚ ਤਾਂ ਸੌਣ ਚ ਵੀ ਸੋਕਾ ਸੋਕਾ ਵੇ ਵੀਰਾ ਬਣ ਜਾ ਰਿਹਾ ਸੋ ਅਸੀਂ ਸਾਰੇ ਹੀ ਇੱਕ ਉਸ ਨਿਜ਼ਾਮ ਦੀ ਉਸਾਰੀ ਵਾਸਤੇ ਕਰਮਸ਼ੀਲ ਹੋਣਾ ਲੋਚਦੇ ਹਾਂ ਜਿਸ ਵਿੱਚ ਕਿਸੇ ਵੀ ਇਨਸਾਨ ਦੀ ਜਿਹੜੀ ਹੈ ਉਮੰਗ ਉਹ ਕੁਛ ਲਈ ਨਾ ਜਾਵੇ ਤਰੰਗ ਹਿੱਲੇ ਨਾ ਆਪਣੇ ਟਿਕਾਣੇ ਤੋਂ ਉਹ ਇੱਕ ਲਹਿਰ ਜਿਹੜੀ ਸਾਡੇ ਅੰਦਰ ਜ਼ਿੰਦਗੀ ਦੀ ਤਰਲਤਾ ਆ ਉਹ ਕਾਇਮ ਰਹੇ ਉਸੇ ਦਾ ਹੀ ਆਸ਼ਾਵਾਨ ਸਾਡਾ ਵੱਡਾ ਵੀਰ ਸੰਤ ਰਾਮ ਦਾਸ ਜੀ ਸੀ ਸੋ ਮੈਂ ਡਾਕਟਰ ਦਵਿੰਦਰ ਜ਼ਰੂਰ ਹੋਰਾਂ ਨੂੰ ਬੇਨਤੀ ਕਰਾਂਗਾ ਬੜੀ ਪਿਆਰੀ ਸ਼ਾਇਰਾ ਹੈ ਸਾਡੀ ਨਿੱਕੀ ਭੈਣ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਤਾਂ ਹੈ ਜ਼ੂਆਲੋਜੀ ਦੀ ਹੈ ਪਰ ਸ਼ਾਇਰੀ ਨੂੰ ਇਹਨੇ ਸ਼ਾਇਦ ਅੰਬਰਸਰੋਂ ਪੇਕਿਆਂ ਤੋਂ ਲੈਂਦਾ ਸੀ ਨਾਲ ਇਸ ਕਰਕੇ ਬਹੁਤ ਖੂਬਸੂਰਤ ਰੱਖੜੀ ਵਰਗੀ ਧੀ ਹੈ ਸਾਡੀ ਭੈਣ ਹੈ ਸਾਡੀ ਨਿੱਕੀ ਉਹ ਲਾਜ਼ਮੀ ਤੌਰ 'ਤੇ ਅੱਜ ਆਪਣੀ ਹਾਜ਼ਰੀ ਵੀ ਉਸੇ ਅੰਦਾਜ਼ 'ਚ ਲਵਾਵੇਗੀ ਜਿਸ ਅੰਦਾਜ਼ 'ਚ ਅਕਸਰ ਬੋਲਦੀ ਹੈ ਹੱਸਦੀ ਹੈ ਗੱਲ ਕਰਦੀ ਹੈ ਸ਼ਾਇਰੀ ਵੀ ਉਸ ਅੰਦਾਜ਼ 'ਚ ਸਹਿਜ ਸੁਭਾਅ ਕਰਦੀ ਹੈ ਸੋ ਮੈਂ ਬੇਨਤੀ ਕਰਾਂਗਾ ਡਾਕਟਰ ਦਵਿੰਦਰ ਰੂਪ ਜੀ ਨੂੰ ਕਿ ਉਹ ਆਪਣੀ ਨਜ਼ਮ ਕਹਿਣ ਗਜ਼ਲ ਕਹਿਣ ਗੀਤ ਕਹਿਣ ਜੋ ਚਾਹੁਣ ਕਹਿ ਸਕਦੇ ਡਾਕਟਰ ਦਲੂਪ ਅਨਮਿਊਟ ਨਹੀਂ ਕੀਤਾ ਲੱਗਦਾ ਉਹਨਾਂ ਨੇ ਅਸ਼ਵਨੀ ਜੀ ਹਾਜ਼ਰ ਤਾਂ ਹੈਗੇ ਨੇ ਹਾਜ਼ਰ ਨੇ ਜੀ ਇੱਕ ਮਿੰਟ
मैडम अनम्यूट करो जी। हाँ इन्हों तो बाद विच तो लोचन लोची तैयार रहे मैडम दविंदर जी। चलो फिर इन्हों तो बाद इन्हों फिर बाद बुला लांगे तो बात कर दे जी पहला लोची साहब। मैं गुजारिश करांगा तलोचन लोची नू जिसकी किताब दिल दरवाजे ने पूरे पंजाब च ही नहीं दूर दराज थावां ते भी जिथे किते भी धरती ते पंजाबी वसदा उत्थे उत्थे भी अपना असर छड्डिया मेरा प्यारा वीर शायर दोस्त तलोचन लोची उसनू गुजारिश है कि वह अपने सुरीले अंदाज दे विच अपनी गल कहे। तलोचन लोची अनम्यूट करो सर। हुण आ रही आवाज मेरी जी सर जी। बहुत शुक्रिया गुरभजन भाजी। तो अज दे बहुत ही प्यारे समागम की प्रधानगी कर रहे डॉक्टर एस पी सिंह जी ते बाकी मेरे प्यारे दोस्त शायर दोस्त। तो मैं अपनी गल एक शेर में शुरू करांगा। राम संत राम उदासी जी नूं सल्यूट करदा होया सलाम करदा होया गल जोड़ांगा किसान अंदोलन नाल। तो गल जोड़ांगा टकैत नाल। एक शेर है कि कूड़ सियासत रोड़ देंगे कूड़ सियासत रोड़ देंगे जाबर मूरे तन जावणगे कूड़ सियासत रोड़ देंगे जाबर मूरे तन जावणगे तेरे नैणा दे ए मोती तेरे नैणा दे ए मोती एक दिन झखड़ बन जावणगे तेरे नैणा दे ए मोती एक दिन झखड़ बन जावणगे। तो मैनू इस गल की खुशी है कि साढ़े नाल हुणे मैनू फोन आया जलंधर तो बलजीत भैन होरां दा पंजाबी जबान दे बहुत वड्डे शायर बहुत वड्डे कवि फतेहजीत होरी भी साढ़े नाल जुड़े हुए ने वह भी साडा प्रोग्राम इस वेले देख रहे ने। मैं सलाम करदा फतेहजीत सिंह होरां नूं बलजीत भैन होरां नूं उन्हां दे सारे परिवार नूं। तो मेरे जहन च जिस तरह मैडम सोहल ने बहुत प्यारियां गल्लां कीतियां अपने उस परचे विच संत राम उदासी जी बारे तो मैं पिछले दिनी कुछ बोलियां लिखियां। मैं सुनाउणी वैसे गजल सी पर संत राम उदासी होरां नूं याद करदा होया उन्हां नूं सल्यूट करदा होया मैनूं मेरे जहन चों बोलियां आईयां किसान अंदोलन नाल संबंधित ने और बोलियां ने कि झड़ियां 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 उत्थे किने सुखी वसना जिथे हाकम करदे अड़ियां उत्थे किने सुखी वसना जिथे हाकम करदे अड़ियां। तो मैं इन्हां नूं तरन्नम च पेश करांगा। पर जी मेरी आवाज आ रही है ठीक जी सर आ रही आ रही। छड़ियां 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 उथे किने सुखी वसना उथे किने सुखी वसना जिथे हाकम कर दे अड़ियां उथे किने सुखी वसना जिथे हाकम कर दे अड़िया। और सुभाष दुग्गल मेरा प्यारा वीर बैठा है एक बोल ना वीर डरने 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 उत्ते जे किसान दा हुंदा पुत जे किसान दा हुंदा नहीं एदां दे कानून सी तुकरने पुत जे किसान दा हुंदा नहीं एदां दे कानून सी तुकरने
और एक बोली अनिल सिद्धू भाजी, पावे 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 और रब करे टूट जाने ओए, और रब करे टूट जाने ओए, कुर्सी तेरी दे पावे रब करे टूट जाने ओए, कुर्सी तेरी दे पावे, चावे 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 धरती दे पुत्तरां दा, तू धरती दे पुत्तरां दा क्यों सबर पिया अजमावे, धरती दे पुत्तरां दा क्यों सबर पिया अजमावे। और एक बोली है, लीरा 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 कित्थों वे तू नीरो जम्मिया, कित्थों वे तू नीरो जम्मिया, किनू दसिया दिला दिया पीड़ा, कित्थों वे तू नीरो जम्मिया, किनू दसिया दिला दिया पीड़ा। और एक बोली है के लोई 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 लोई, जेड़ा इत्थे हक मंगदा, ओ जेड़ा इत्थे हक मंगदा ओई ओ देश तरोई, जेड़ा इत्थे हक मंगदा ओई ओ देश तरोई। और इसकी आखरी बोली है के गिड़दा 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 तू तो नाले चौकीदार सी, तू तो नाले चौकीदार सी, हुण सानू ही लुट्टण नू फिरदा, तू तो नाले चौकीदार सी, हुण सानू ही लुट्टण नू फिरदा, नाले चौकीदार सी, हुण सानू ही लुट्टण नू फिरदा। शुक्रिया जी, मेहरबानी। बहुत अच्छा, बहुत अच्छा त्रिलोचन लोची जी, और मैं धन्यवादी हाँ, तुसी बहुत अच्छियां नवीं बोलियां पहली बार शायद सुनाईयां ने, बहुत चंगा लग्या। जे डॉक्टर दविंदर दे रूप ज्वाइन कर गए ने तां मेरी गुजारिश फिर उन्हां नूं है कि वह अपने कलाम नाल साडे नाल सांझ पाउण। डॉक्टर दविंदर दिल रूप अश्नी जुड़े कि नहीं भला सर, उन्हां दा लिंक टुट गया जी, पहला सीगे उह। सो मैं फिर इटली तो साढ़े शार दोस्त ने दलजिंदर रहल उन्होंने गुजारिश करांगा कि दलजिंदर वीर तू अपने कलाम नाल संत रामदास जी की याद विचले कवि दरबार च अपनी शमूलियत कर। दलजिंदर रहल ये भी नहीं जुड़े लगते काफी एक ही है इस करके दलजिंदर नहीं तो मनजिंदर सही। सो ओदी सुरम सलाई किताब ने भी उसे तरह नाली जिवें कदे मैं जिक्र किया समय पहला त्रिलोचन लोची की किताब दिल दरवाजे ने अपना असर छड़िया सी। और मनजिंदर एक स्टैप होर अगे चला जाता है जदों ये पता लगता है कि उसकी किताब सुरम सलाई नूं पाकिस्तान दे विच भी शाहमुखी च भी उत्थे अमजद सलीम मिनहास होरां ने सांझ प्रकाशन नूं पब्लिश किया। और ये अपने आप दे विच साडी प्राप्ति है कि ये अच्छियां किताबां जिहड़ियां ने उह सरदों पार भी जा रहियां ने, उत्थे छप रहियां ने। सो मैं मनजिंदर तनवा नूं बेनती करांगा कि वह अपने कलाम नूं सांझ पावे। मनजिंदर शुक्रिया भाजी गुरभजन गिल जी, मेरी आवाज आ रही ठीक भाजी? हाँ जी, बिल्कुल क्लियर। तो एक गीत नाल अज मैं इस कवि दरबार च सांझ पावांगा।
ਸਤਿਕਾਰ ਯੋਗ ਪ੍ਰਧਾਨਗੀ ਮੰਡਲ ਦੀ ਇਜਾਜ਼ਤ ਨਾਲ ਗੀਤ ਨੇ ਕਿ ਰਾਤ ਹਨੇਰੀ ਕਿਉਂ ਘਬਰਾਵੇ ਜੇਕਰ ਦੂਰ ਸਵੇਰਾ। ਰਾਤ ਹਨੇਰੀ ਕਿਉਂ ਘਬਰਾਵੇ ਜੇਕਰ ਦੂਰ ਸਵੇਰਾ, ਦੀਵਾ ਬਣ ਕੇ ਹੌਲੀ ਹੌਲੀ ਚੀਰੀ ਚੱਲ ਹਨੇਰਾ। ਰਾਤ ਹਨੇਰੀ ਕਿਉਂ ਘਬਰਾਵੇ ਜੇਕਰ ਦੂਰ ਸਵੇਰਾ, ਦੀਵਾ ਬਣ ਕੇ ਹੌਲੀ ਹੌਲੀ ਚੀਰੀ ਚੱਲ ਹਨੇਰਾ। ਤੇਰੀ ਥਾਂ ਤੇ ਮਿਟੇਗਾ ਕੋਈ ਆ ਕੇ ਕਾਲੀਆਂ ਲੀਕਾਂ, ਤੇਰੀ ਥਾਂ ਤੇ ਮਿਟੇਗਾ ਕੋਈ ਆ ਕੇ ਕਾਲੀਆਂ ਲੀਕਾਂ, ਇਹ ਤੇਰੀ ਉਮਰਾਂ ਦੀ ਭਟਕਣ ਨਾ ਰੱਖ ਭਰਮ ਉਡੀਕਾਂ। ਇਹ ਤੇਰੀ ਉਮਰਾਂ ਦੀ ਭਟਕਣ ਨਾ ਰੱਖ ਭਰਮ ਉਡੀਕਾਂ, ਕਿੱਦਾਂ ਕੋਈ ਖੋ ਸਕਦਾ ਹੈ ਜਿਸ ਉੱਤੇ ਹੱਕ ਤੇਰਾ, ਦੀਵਾ ਬਣ ਕੇ ਹੌਲੀ ਹੌਲੀ ਚੀਰੀ ਚੱਲ ਹਨੇਰਾ। ਵਹਿੰਦੇ ਪਾਣੀ ਪਿੰਡੇ ਤੇ ਨਹੀਂ ਜੰਮਣ ਦਿੰਦੇ ਕਾਈ, ਵਹਿੰਦੇ ਪਾਣੀ ਪਿੰਡੇ ਤੇ ਨਹੀਂ ਜੰਮਣ ਦਿੰਦੇ ਕਾਈ, ਜੰਜੀਰਾਂ ਵਿੱਚ ਜਕੜੇ ਵੀ ਉਹ ਲੈਂਦੇ ਨੇ ਅੰਗੜਾਈ, ਜੰਜੀਰਾਂ ਵਿੱਚ ਜਕੜੇ ਵੀ ਉਹ ਲੈਂਦੇ ਨੇ ਅੰਗੜਾਈ, ਨਾ ਉਹ ਰੁਕਦੇ ਨਾ ਉਹ ਝੁਕਦੇ ਭਾਵੇਂ ਪੰਥ ਲੰਬੇਰਾ, ਦੀਵਾ ਬਣ ਕੇ ਹੌਲੀ ਹੌਲੀ ਚੀਰੀ ਚੱਲ ਚੀਰੀ ਚੱਲ ਹਨੇਰਾ। ਬਹੁਤ ਅੱਛੀ। ਇਹ ਸਮੇਂ ਨੇ ਵਾਏ ਤੱਤੀ ਪਹਿਲੀ ਵਾਰ ਨੀ ਤੱਕੀ, ਇਹ ਸਮੇਂ ਨੇ ਵਾਏ ਤੱਤੀ ਪਹਿਲੀ ਵਾਰ ਨੀ ਤੱਕੀ, ਸੱਚ ਦੀ ਖਾਤਰ ਗੁਰੂਆਂ ਸਾਡੇ ਹੱਥੀ ਪੀਸੀ ਚੱਕੀ, ਸੱਚ ਦੀ ਖਾਤਰ ਗੁਰੂਆਂ ਸਾਡੇ ਹੱਥੀ ਪੀਸੀ ਚੱਕੀ, ਕਾਲੀ ਬੋਲੀ ਰਾਤ ਤੋਂ ਤੈਨੂੰ ਖੋਣਾ ਬਹੁ ਸਵੇਰਾ, ਦੀਵਾ ਹੌਲੀ ਹੌਲੀ ਚੀਰੀ ਚੱਲ ਹਨੇਰਾ। ਮਨ ਮਸਤਕ ਦੇ ਤਾਰੇ ਐਵੇਂ ਅੰਬਰ ਨਹੀਂ ਰਚਨਾਉਂਦੇ, ਮਨ ਮਸਤਕ ਦੇ ਤਾਰੇ ਐਵੇਂ ਅੰਬਰ ਨਹੀਂ ਰਚਨਾਉਂਦੇ, ਸ਼ਬਦਾਂ ਤੋਂ ਇਹ ਰਿਸ਼ਮਾ ਲੈ ਕੇ ਚਾਨਣ ਵਿੱਚ ਨਹਾਉਂਦੇ, ਸ਼ਬਦਾਂ ਤੋਂ ਇਹ ਰਿਸ਼ਮਾ ਲੈ ਕੇ ਚਾਨਣ ਵਿੱਚ ਨਹਾਉਂਦੇ, ਪਾਂਧੀ ਨੂੰ ਤਾਂ ਰੱਖਣਾ ਪੈਂਦਾ ਸਾਗਰ ਜਿੱਡਾ ਜੇਰਾ, ਦੀਵਾ ਬਣ ਕੇ ਹੌਲੀ ਹੌਲੀ ਚੀਰੀ ਚੱਲ ਹਨੇਰਾ। ਬਹੁਤ ਅੱਛੇ ਮਨਿੰਦਰ। ਆਖਰੀ ਅੱਗੇ ਦਿਲ ਚੋਂ ਉੱਠਣ ਇੰਜ ਹੁਲਾਰੇ ਜਿਉਂ ਸਾਗਰ ਦੀਆਂ ਛੱਲਾਂ, ਦਿਲ ਚੋਂ ਉੱਠਣ ਇੰਜ ਹੁਲਾਰੇ ਜਿਉਂ ਸਾਗਰ ਦੀਆਂ ਛੱਲਾਂ, ਝੁਰਦੇ ਰਹਿਣਾ ਖੁਰਦੇ ਰਹਿਣਾ ਬੇਦਿਲਿਆਂ ਦੀਆਂ ਗੱਲਾਂ, ਦਿਲ ਚੋਂ ਉੱਠਣ ਇੰਜ ਹੁਲਾਰੇ ਜਿਉਂ ਸਾਗਰ ਦੀਆਂ ਛੱਲਾਂ, ਝੁਰਦੇ ਰਹਿਣਾ ਖੁਰਦੇ ਰਹਿਣਾ ਬੇਦਿਲਿਆਂ ਦੀਆਂ ਗੱਲਾਂ, ਯਾਰ ਧਨੋਆ ਚੁੱਪ ਨਾਲੋਂ ਤਾਂ ਮਰਨਾ ਚੰਗਾ ਤੇਰਾ, ਦੀਵਾ ਬਣ ਕੇ ਹੌਲੀ ਹੌਲੀ ਚੀਰੀ ਚੱਲ ਹਨੇਰਾ। ਰਾਤ ਹਨੇਰੀ ਕਿਉਂ ਘਬਰਾਵੇ ਜੇਕਰ ਦੂਰ ਸਵੇਰਾ, ਦੀਵਾ ਬਣ ਕੇ ਹੌਲੇ ਹੌਲੇ ਚੀਰੀ ਚੱਲ ਹਨੇਰਾ, ਚੀਰੀ ਚੱਲ ਹਨੇਰਾ। ਸ਼ੁਕਰੀਆ ਭਾਜੀ। ਬਹੁਤ ਅੱਛਾ ਮਨਜਿੰਦਰ, ਬਹੁਤ ਅੱਛਾ, ਬੜਾ ਮਿੱਠਾ ਗੀਤ ਔਰ ਅਸਰਦਾਰ ਸੋਚਧਾਰਾ ਵਾਲਾ। ਇਸ ਤੋਂ ਪਹਿਲਾਂ ਕਿ ਮੈਂ ਅਮਰਜੀਤ ਸ਼ੇਰਪੁਰੀ ਨੂੰ ਗੁਜ਼ਾਰਿਸ਼ ਕਰਾਂ ਕਿ ਉਹ ਆਪਣੇ ਗੀਤ ਨਾਲ ਸਾਡੇ ਨਾਲ ਸਾਂਝ ਪਾਵੇ, ਨਾਲ ਅਸ਼ਵਨੀ ਜੀ ਨੂੰ ਬੇਨਤੀ ਕਰਾਂਗਾ ਕਿ ਤੁਹਾਡੇ ਵੱਲੋਂ ਦਵਿੰਦਰ ਦੇ ਰੂਪ ਦਾ ਮਿਊਟ ਹੋਇਆ ਹੋਇਆ ਉਸ ਨੂੰ ਵੀ ਓਪਨ ਕਰ ਦਿਓ ਤਾਂ ਕਿ ਉਹ ਜੁੜੇ ਹੋਏ ਨੇ ਪਰ ਉਹਨਾਂ ਦੀ ਆਵਾਜ਼ ਸਾਡੇ ਤੱਕ ਨਹੀਂ ਉੱਪੜ ਰਹੀ। ਸੋ ਉਹਨਾਂ ਨੇ ਮੈਨੂੰ ਹੁਣ ਟੈਲੀਫੋਨ ਤੇ ਦੱਸਿਆ, ਸੋ ਕਿਰਪਾ ਕਰਕੇ ਉਹਨਾਂ ਨੂੰ ਅਨਮਿਊਟ ਕਰੋ ਤੇ ਉਸ ਤੋਂ ਪਹਿਲਾਂ ਅਮਰਜੀਤ ਸ਼ੇਰਪੁਰੀ ਜੀ ਨੂੰ ਗੁਜ਼ਾਰਿਸ਼ ਹੈ ਕਿ ਆਪਣੇ ਗੀਤ ਨਾਲ ਸਾਂਝ ਪਾਉਣ, ਉਸ ਤੋਂ ਬਾਅਦ ਫਿਰ ਅਸੀਂ ਜੇ ਜੁੜ ਗਏ ਡਾਕਟਰ ਦਵਿੰਦਰ ਦੇ ਰੂਪ ਨੂੰ ਬੇਨਤੀ ਕਰਾਂਗੇ। ਸ਼ੇਰਪੁਰੀ ਸਾਹਿਬ ਪਿਆਰਪੁਰੀ ਸਤਿ ਸ੍ਰੀ ਅਕਾਲ ਜੀ। ਅੱਛਾ ਦਵਿੰਦਰ ਹੀ ਆ ਗਈ ਹੈ ਜੀ ਮੇਰੀ ਆਵਾਜ਼? ਮੈਂ ਕਿਹਾ ਸ਼ੇਰਪੁਰੀ ਕਿੱਥੋਂ ਆ ਗਿਆ? ਸ਼ੇਰਪੁਰੀ ਤੋਂ ਬਾਅਦ ਚਾ ਜਾਣਗੇ ਕੋਈ ਗੱਲ ਜੀ। ਸੋ ਪਹਿਲਾਂ ਤਾਂ ਪਿਆਰ ਭਰੀ ਸਤਿ ਸ੍ਰੀ ਅਕਾਲ, ਮੈਂ ਬਹੁਤ ਧੰਨਵਾਦੀ ਹਾਂ ਪ੍ਰੋਫੈਸਰ ਗੁਰਭਜਨ ਗਿੱਲ ਜੀ ਦੀ ਜਿਹਨਾਂ ਨੇ ਮੈਨੂੰ ਅੱਜ ਦੇ ਇਸ ਕਵੀ ਦਰਬਾਰ ਦੇ ਵਿੱਚ ਆਪ ਸਭ ਦੇ ਰੂਬਰੂ ਕੀਤਾ। ਤੋ ਗਜ਼ਲ ਤੋਂ ਪਹਿਲਾਂ ਇੱਕ ਸ਼ੇਅਰ ਕਿਸਾਨ ਭਰਾਵਾਂ ਦੇ ਨਾਂ ਤੇ। ਸੱਚ ਨੂੰ ਕੀ ਲੋੜ ਭਲਾ ਝੂਠਾਂ ਦੇ ਸਾਥ,
ਸੱਚ ਨੂੰ ਕੀ ਲੋੜ ਭਲਾ ਝੂਠਾਂ ਦੇ ਸਾਥ ਦੀ, ਹੱਕ ਨੂੰ ਫਿਕਰ ਕਾਹਦੀ, ਨਿਆਂ ਇਨਸਾਫ਼ ਦੀ, ਹੱਕ ਲਈ ਸੱਚ ਲਈ ਜਦ ਖੂਨ ਡੁੱਲਦਾ ਏ, ਇਤਿਹਾਸ ਗਵਾਹ ਹੈ, ਇਤਿਹਾਸ ਬਦਲਦਾ ਹੈ, ਇਤਿਹਾਸ ਗਵਾਹ ਹੈ, ਇਤਿਹਾਸ ਬਦਲਦਾ ਹੈ। ਜੈਸੇ ਮੇਰੇ ਨਾਲ ਕੇ ਇਤਿਹਾਸ ਬਦਲੇਗਾ, ਆਪਣੀ ਗਜ਼ਲ ਤੁਹਾਡੇ ਸਾਰਿਆਂ ਸਾਹਮਣੇ ਰੱਖ ਰਹੀ ਹਾਂ। ਤੇ ਇਹ ਗਜ਼ਲ ਵੀ ਇੱਕ ਬਦਲਾਵ ਦੀ ਗੱਲ ਕਰ ਰਹੀ ਹੈ, ਔਰਤਾਂ ਦੀ ਸੋਚ 'ਚ ਆਏ ਬਦਲਾਵ ਦੀ ਗੱਲ। ਸੋ ਕੁਛ ਇਹੋ ਜਿਹੀਆਂ ਬਾਤਾਂ ਬਦਲਾਵ ਦੀਆਂ ਤੁਹਾਡੇ ਨਾਲ ਪਾਉਂਦੀਆਂ, ਔਰਤ ਦੇ ਬਦਲਾਵ ਦੀਆਂ ਬਾਤਾਂ। ਸੋ ਇਹ ਬੇਮਤਲਾ ਗਜ਼ਲ ਹੈ ਜੀ, ਪੇਸ਼ ਕਰਦੀ ਹਾਂ। ਹਰ ਵਾਰ ਉਹੀ ਬੋਲਣ, ਹਰ ਵਾਰ ਉਹੀ ਬੋਲਣ ਨਹੀਂ ਮਨਜ਼ੂਰ ਹੁਣ ਮੈਨੂੰ, ਸੁਣਦੀ ਹਾਂ ਬੇਸ਼ਕ ਪਰ ਆਪਣੀ, ਦੱਸਣਾ ਵੀ ਜਾਣ ਗਈ ਹਾਂ, ਹੁਣ ਹੋਰ ਨਹੀਂ ਹੁੰਦੀ ਮੈਥੋਂ ਹਰ ਗੱਲ ਤੇ ਵਾਹ ਵਾਹ, ਹੁਣ ਹੋਰ ਨਹੀਂ ਹੁੰਦੀ ਮੈਥੋਂ ਹਰ ਗੱਲ ਤੇ ਵਾਹ ਵਾਹ, ਹੋ ਜਾਵਨ ਸੁਰ ਜੇ ਬੇਸੁਰ ਤਾਂ ਕੱਸਣਾ ਵੀ ਜਾਣ ਗਈ ਹਾਂ, ਸਮਝੀ ਨਾ ਝਾਂਜਰ ਪਾ ਕੇ ਹੀ ਨੇ ਮੇਰੇ ਪੈਰ ਥਿਰਕ ਦੇ, ਸਮਝੀ ਨਾ ਝਾਂਜਰ ਪਾ ਕੇ ਹੀ ਨੇ ਮੇਰੇ ਪੈਰ ਥਿਰਕ ਦੇ, ਅੰਗਿਆਰਿਆਂ ਦੀ ਤਾਲ ਤੇ ਮੈਂ ਨੱਚਣਾ ਵੀ ਜਾਣ ਗਈ ਹਾਂ, ਜਾਣੀ ਨਾ ਮੈਨੂੰ ਕੋਮਲ ਰੰਗ ਬਿਰੰਗੀ ਤਿਤਲੀ, ਛੇੜੀ ਜਨਖ ਮੇਰੀ, ਛੇੜੀ ਜਨਖ ਮੇਰੀ ਤਾਂ ਦੱਸਣਾ ਵੀ ਜਾਣ ਗਈ ਹਾਂ, ਮੈਨੂੰ ਸਭ ਪਤਾ ਹੈ ਹੁਣ ਤੇਰੀ ਅੱਖ ਤੇ ਮੇਰੇ ਹੱਕ ਚ ਕੀ। ਗਿੱਲ ਸਾਹਿਬ ਧਿਆਨ ਦੇਣਾ ਕਿ ਮੈਨੂੰ ਸਭ ਪਤਾ ਹੈ ਹੁਣ ਤੇਰੀ ਅੱਖ ਚ ਤੇ ਮੇਰੇ ਹੱਕ ਚ ਕੀ, ਤੇਰੇ ਚੰਗੇ ਮਾੜੇ ਮਨਸ਼ੇ ਸਭ ਪਰਖਣਾ ਵੀ ਜਾਣ ਗਈ ਹਾਂ, ਅੰਜੂ ਹੋ ਕੇ ਹਾਵੇ ਸਭ ਕਿਉਂ ਔਰਤ ਤੇ ਪਿੱਸੇ ਆਵਣ। ਸੁਗੁਰਚਰਨ ਕੌਰ ਗੋਚਰ ਜੀ ਨੇ ਵੀ ਗੱਲ ਕੀਤੀ ਸੀ ਕਿ ਹੰਝੂ ਹੋ ਕੇ ਹਾਵੇ ਸਭ ਕਿਉਂ ਹੋਰ ਤੇ ਹਿੱਸੇ ਆਵਣ, ਮੌਜ ਮਸਤੀ ਖੇੜੇ ਮਾਨਣਾ ਤੇ ਹੱਸਣਾ ਵੀ ਜਾਣ ਗਈ ਹਾਂ, ਮੀਰਾ ਵਾਂਗਰਾ ਭਲਾ ਕਿਉਂ ਪੀਆਂ ਮੈਂ ਜ਼ਹਿਰ ਦਾ ਪਿਆਲਾ, ਮੈਂ ਬੁੱਲੇ ਵਾਂਗਰਾ ਮਸਤ ਬਲੰਗ ਹੋ ਨੱਚਣਾ ਵੀ ਜਾਣ ਗਈ ਹਾਂ, ਜੋ ਮੇਰੇ ਦਿਲ ਨੂੰ ਭਾਵੇਗਾ ਉਹੀ ਲਾਵਾਂਗੀ ਪਾਵਾਂਗੀ, ਜੋ ਮੇਰੇ ਦਿਲ ਨੂੰ ਭਾਵੇਗਾ ਉਹੀ ਲਾਵਾਂਗੀ ਪਾਵਾਂਗੀ, ਡਰਾਮੇ ਛੱਡ ਮੈਂ ਖੁਦ ਲਈ ਹੁਣ ਜਚਨਾ ਵੀ ਜਾਣ ਗਈ ਹਾਂ, ਸੀ ਲਾਡੋ ਮਾਪਿਆਂ ਦੀ ਉਹਨਾਂ ਸਾਂਭ ਸਾਂਭ ਰੱਖੀ, ਮੈਂ ਸੀ ਲਾਡੋ ਮਾਪਿਆਂ ਦੀ ਉਹਨਾਂ ਸਾਂਭ ਸਾਂਭ ਰੱਖੀ, ਹੁਣ ਆਪਣੀ ਧੀ ਲਾਡੋ ਨੂੰ ਕਿੰਜ ਰੱਖਣਾ ਵੀ ਜਾਣ ਗਈ ਹਾਂ, ਗੀਤ ਗਜ਼ਲਾਂ ਕਵਿਤਾਵਾਂ ਲਿਖੀਆਂ ਦਿਲ ਰੂਪ ਨੇ ਕਹੀ, ਗੀਤ ਗਜ਼ਲਾਂ ਕਵਿਤਾਵਾਂ ਲਿਖੀਆਂ ਦਿਲ ਰੂਪ ਨੇ ਕਹੀ, ਹੁਣ ਦਿਲ ਦੀਆਂ ਸੱਚੀਆਂ ਬਾਤਾਂ ਲਿਖਣਾ ਵੀ ਜਾਣ ਗਈ ਹਾਂ, ਹਰ ਵਾਰ ਉਹੀ ਬੋਲਣ ਨਹੀਂ ਮਨਜ਼ੂਰ ਹੁਣ ਮੈਨੂੰ, ਸੁਣਦੀ ਹਾਂ ਬੇਸ਼ਕ ਪਰ ਆਪਣੀ, ਦੱਸਣਾ ਵੀ ਜਾਣ ਗਈ ਹਾਂ, ਬੇਨਤੀ ਕਰਾਂਗਾ ਮੈਂ ਹੁਣ ਅਮਰਜੀਤ ਸ਼ੇਰਪੁਰੀ ਜੀ ਨੂੰ ਕਿ ਉਹ ਆਪਣੇ ਕਲਾਮ ਨਾਲ ਸਾਡੇ ਨਾਲ ਸਾਂਝ ਪਾਉਣ। ਅਮਰਜੀਤ ਸ਼ੇਰਪੁਰੀ ਬੜੀ ਬੁਲੰਦ ਆਵਾਜ਼ ਦਾ ਸਾਈ ਹੈ ਔਰ ਵਧੀਆ ਸ਼ਾਇਰੀ ਦੀ ਕਿਤਾਬ ਬਹੁਤ ਖੂਬਸੂਰਤ ਗੀਤਾਂ ਦੀ ਪ੍ਰਕਾਸ਼ਿਤ ਹੋ ਚੁੱਕੀ ਹੈ ਜੀ। ਆਇਆਂ ਨੂੰ ਅਮਰਜੀਤ ਸ਼ੇਰਪੁਰੀ ਜੀ। ਰਵਿੰਦਰ ਰਵੀ ਜੀ ਨੇ ਉਹ ਸੇਮ ਹੀ ਆਪਣੇ ਪੁੱਤਰ ਰਵੀਦੀਪ ਅੱਜ ਕੱਲ ਮੈਂ ਬੇਨਤੀ ਕਰਾਂਗਾ ਰਵੀਦੀਪ ਹੋਰਾਂ ਨੂੰ ਬੜੇ ਅੱਛੇ ਫੋਟੋ ਆਰਟਿਸਟ ਨੇ ਔਰ ਸ਼ਾਇਰ ਤੋਂ ਉਦੋਂ ਵਧੀਆ ਨੇ ਤੇ ਵੱਧ ਤੋਂ ਵੱਧ ਇਹ ਆ ਕਿ ਕਮਾਲ ਦੀ ਗੱਲ ਕਿ ਉਹਨਾਂ ਨੇ ਸੰਤਰਾ ਮਦਾਸੀ ਦੀ ਯਾਦ ਵਿੱਚ ਸਭ ਤੋਂ ਪਹਿਲੇ ਸਮਾਗਮ ਜਿਹੜੇ ਰਚਾਏ ਇਹ ਕਾਫਲਾ ਬੜਾ ਅੱਛਾ ਸੀ। ਅਮਰਜੀਤ ਸ਼ੇਰਪੁਰੀ ਰਵੀਦੀਪ ਰਵੀ ਤੇ ਜਗਸ਼ਰਨ ਸ਼ੀਨਾ ਇਹਨਾਂ ਨੇ ਬਹੁਤ ਸਰਗਰਮੀ ਲੰਬੇ ਸਮੇਂ ਤੋਂ ਕਰ ਰਹੇ ਲੁਧਿਆਣੇ ਦੇ ਵਿੱਚ ਸੰਤਾਂ ਮਦਾਸੀ ਸਾਹਿਤ ਸਭਾ ਬਣਾ ਕੇ ਔਰ ਮੈਂ ਉਹਨੂੰ ਬੇਨਤੀ ਕਰਾਂਗਾ ਕਿ ਉਹ ਆਪਣੀ ਨਜ਼ਮ ਨਾਲ ਸਾਡੇ ਨਾਲ ਸਾਂਝ ਪਾਵੇ। ਰਵੀਦੀਪ ਰਵੀ ਸਤਿ ਸ਼੍ਰੀ ਅਕਾਲ ਜੀ। ਹੈਲੋ ਜੀਓ ਜੀਓ ਪਿਆਰ ਸਤਿ ਸ਼੍ਰੀ ਅਕਾਲ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸੰਤ ਰਾਮ ਉਦਾਸੀ ਜੀ ਦੀ ਜਨਮ ਦਿਨ ਤੇ ਸਾਰਿਆਂ ਨੂੰ ਵਧਾਈਆਂ ਜੀ। ਮੈਂ ਉਹਨਾਂ ਦੇ ਦੋ ਇੱਕ ਗੀਤ ਦੇ ਵਿੱਚੋਂ ਬੋਲ ਲੈ ਕੇ ਫਿਰ ਮੈਂ ਆਪਣੀ ਨਜ਼ਮ ਸਾਂਝੀ ਕਰੂੰਗਾ। ਇੱਕ ਸਾਨੋ ਕਿਰਤੀਓ
ਕਿਰਤਾਂ ਲਟਾਵਣ ਵਾਲਿਓ ਦਿਸਦੇ ਡੁੱਲਦੇ ਲਹੂ ਨੂੰ ਠੱਲਾਂ ਲਗਾਵਣ ਵਾਲਿਓ ਬਹੁਤ ਅੱਛਾ ਵਤਨ ਨੂੰ ਹੁਣ ਫੇਰ ਖੂਨੀ ਰੰਗਤਾਂ ਦੀ ਲੋੜ ਹੈ ਤਲਵਾਰ ਨੂੰ ਹੁਣ ਸੰਗਤਾਂ ਦੀ ਲੋੜ ਹੈ ਬਹੁਤ ਅੱਛੀ ਮੈਂ ਆਪਣਾ ਗੀਤ ਤੁਹਾਡੇ ਨਾਲ ਸਭ ਨੂੰ ਸਾਂਝਾ ਕਰ ਰਿਹਾ ਭਾਵੇਂ ਪੈਰਾਂ ਵਿੱਚ ਪਾ ਦੇ ਤੂੰ ਜੰਜੀਰ ਜ਼ਾਲਮਾ ਅਸੀਂ ਮੁੜ ਖੜੇ ਹੋਵਾਂਗੇ ਅਖੀਰ ਜ਼ਾਲਮਾ ਪੈਰਾਂ ਵਿੱਚ ਪਾ ਦੇ ਤੂੰ ਜੰਜੀਰ ਜ਼ਾਲਮਾ ਅਸੀਂ ਮੁੜ ਖੜੇ ਹੋਵਾਂਗੇ ਅਖੀਰ ਜ਼ਾਲਮਾ ਸਾਡੇ ਰੋਮ ਰੋਮ ਵਿੱਚ ਭਰਿਆ ਤੇਰਾ ਕਹਿਰ ਸਾਥ ਤੂੰ ਜਾਣਾ ਹੁਣ ਨਹੀਂ ਉਂਝਰਿਆ ਸਾਡੇ ਰੋਮ ਰੋਮ ਵਿੱਚ ਹੈ ਬਰੂਦ ਭਰਿਆ ਤੇਰਾ ਕਹਿਰ ਸਾਥੋਂ ਜਾਣਾ ਹੁਣ ਨਹੀਂ ਉਂਝਰਿਆ ਤੈਨੂੰ ਵਹਿਮ ਹੈ ਜੇ ਖਿੱਚ ਲੈ ਲਕੀਰ ਜ਼ਾਲਮਾ ਅਸੀਂ ਮੁੜ ਖੜੇ ਹੋਵਾਂਗੇ ਅਖੀਰ ਜ਼ਾਲਮਾ ਅਸੀਂ ਮੁੜ ਖੜੇ ਹੋਵਾਂਗੇ ਅਖੀਰ ਜ਼ਾਲਮਾ ਬਹੁਤ ਅੱਛਾ ਅਸੀਂ ਹਾਰ ਭਾਵੇਂ ਜਾਈਏ ਪਰ ਖਾਣੀ ਨਹੀਂ ਮਾਤ ਹਰ ਹਾਲ ਹੈ ਮਕਾਉਣੀ ਅਸੀਂ ਕਾਲੀ ਬੋਲੀ ਰਾਤ ਅਸੀਂ ਹਾਰ ਭਾਵੇਂ ਜਾਈਏ ਪਰ ਖਾਣੀ ਨਹੀਂ ਮਾਤ ਹਰ ਹਾਲ ਹੈ ਮਕਾਉਣੀ ਅਸੀਂ ਕਾਲੀ ਬੋਲੀ ਰਾਤ ਬੜੇ ਜਿੱਦੀ ਹੁੰਦੇ ਜੰਡ ਤੇ ਕਰੀਰ ਜ਼ਾਲਮਾ ਅਸੀਂ ਮੁੜ ਖੜੇ ਹੋਵਾਂਗੇ ਅਖੀਰ ਜ਼ਾਲਮਾ ਧਨ ਦੌਲਤਾਂ ਦੇ ਨਾਲ ਕਰੇ ਭਾਈ ਭਾਈ ਵੱਖ ਜਾਲ ਦੇਣਗੇ ਜੇ ਛੂਹੇ ਕਦੇ ਝੁੱਗੀਆਂ ਦੇ ਕੱਖ ਤੇਰਾ ਕਰਾਂਗੇ ਗੁਮਾਨ ਲੀਰੋ ਲੀਰ ਜ਼ਾਲਮਾ ਅਸੀਂ ਮੁੜ ਖੜੇ ਹੋਵਾਂਗੇ ਅਖੀਰ ਜ਼ਾਲਮਾ ਭਾਵੇਂ ਕੱਟ ਪੋਰੀ ਪੋਰੀ ਸਾਨੂੰ ਦੇਗਾਂ ਚ ਉਬਾਲ ਤੇਥੋਂ ਝੱਲੀ ਨਹੀਂ ਜਾਣੀ ਭੁੱਖੇ ਨੰਗਿਆਂ ਦੀ ਚਾਲ ਭਾਵੇਂ ਕੱਟ ਪੋਰੀ ਪੋਰੀ ਸਾਨੂੰ ਦੇਗਾਂ ਚ ਉਬਾਲ ਤੇਥੋਂ ਝੱਲੀ ਨਹੀਂ ਜਾਣੀ ਭੁੱਖੇ ਨੰਗਿਆਂ ਦੀ ਚਾਲ ਅਸੀਂ ਜਾਣੇ ਆ ਪਹਾੜਾਂ ਨੂੰ ਵੀ ਚੀਰ ਜ਼ਾਲਮਾ ਅਸੀਂ ਮੁੜ ਖੜੇ ਹੋਵਾਂਗੇ ਅਖੀਰ ਜ਼ਾਲਮਾ ਭਾਵੇਂ ਪੈਰਾਂ ਵਿੱਚ ਪਾ ਦੇ ਤੂੰ ਜੰਜੀਰ ਜ਼ਾਲਮਾ ਅਸੀਂ ਮੁੜ ਖੜੇ ਹੋਵਾਂਗੇ ਅਖੀਰ ਜ਼ਾਲਮਾ ਧੰਨਵਾਦ ਜੀ ਬਹੁਤ ਚੰਗਾ ਲੱਗਿਆ ਰਵੀ ਔਰ ਉਹਨੂੰ ਸ਼ੇਰਪੁਰੀ ਨੂੰ ਫੋਨ ਕਰ ਭਾਈ ਬੱਗਿਆ ਸ਼ੇਰਾ ਇਹ ਰੋਜ਼ ਰੋਜ਼ ਵੇਲੇ ਨਹੀਂ ਆਉਂਦੇ ਹਾਜ਼ਰੀਆਂ ਭਰਨ ਦੇ ਤੇ ਮੈਂ ਹੁਣ ਬੇਨਤੀ ਕਰਾਂਗਾ ਭਾਵੇਂ ਮੈਨੂੰ ਇੱਕ ਵਿੱਚ ਸੁਨੇਹਾ ਇਹ ਵੀ ਮਿਲਿਆ ਕਿ ਜਲੰਧਰ ਦੇ ਵਿੱਚ ਪੂਰੇ 8 ਵਜੇ ਕਰਫਿਊ ਆਇਦ ਹੋ ਜਾਂਦਾ ਔਰ ਸੁਭਾਸ਼ ਦੁੱਗਲ ਦੇ ਤਬਲਾ ਵਾਦਕ ਨੇ ਜਾਣਾ ਆਪਣੇ ਘਰ ਵਿਚਾਰੇ ਨੇ ਕਿਤੇ ਹੋਰ ਨਾ ਉਹਦਾ ਚਲਾਣ ਹੀ ਹੋ ਜਾਵੇ ਸੋ ਮੈਂ ਬੇਨਤੀ ਕਰਾਂਗਾ ਹੁਣ ਕਰਮਜੀਤ ਗਰੇਵਾਲ ਨੂੰ ਕਿ ਉਹ ਆਪਣੇ ਕਲਾਮ ਨਾਲ ਸਾਡੇ ਨਾਲ ਸਾਂਝ ਪਾਉਣ ਉਸ ਤੋਂ ਬਾਅਦ ਸੁਭਾਸ਼ ਦੁੱਗਲ ਨੂੰ ਮੈਂ ਗੁਜ਼ਾਰਿਸ਼ ਕਰਾਂਗਾ ਕਿ ਅੱਜ ਦੇ ਸੰਗੀਤ ਪ੍ਰੋਗਰਾਮ ਦਾ ਆਰੰਭ ਉਹ ਕਰੇ ਉਸ ਵਿੱਚ ਜੇ ਮੈਂ ਜਿਵੇਂ ਪਿੱਛੇ ਨੋਟ ਕਰ ਰਿਹਾ ਸਾਂ ਕਿ ਗੁਰਦੇਵ ਸਿੰਘ ਕੋਇਲ ਹੋਰੀ ਜਿਹੜੇ ਸੰਤ ਰਮਦਾਸ ਦੇ ਨਿੱਕੇ ਭਰਾ ਨੇ ਉਹ ਵੀ ਸ਼ਾਮਿਲ ਹੋਏ ਨੇ ਔਰ ਬੜੇ ਸੁਰੀਲੇ ਆਪਣੇ ਵਕਤਾਂ ਦੇ ਬੜੇ ਵੱਡੇ ਗਵੱਈਏ ਹੁੰਦੇ ਸੀ ਹੁਣ ਵੀ ਉਹ ਕਸਰ ਨਹੀਂ ਛੱਡਦੇ ਹੁਣ ਵੀ ਬਹੁਤ ਅੱਛਾ ਕਲਾਮ ਕਹਿੰਦੇ ਨੇ ਜੇ ਉਹ ਚਾਹੁਣ ਤਾਂ ਅਸੀਂ ਉਹਨਾਂ ਨੂੰ ਸੰਗੀਤ ਸਭਾ ਸ਼ਾਮਿਲ ਕਰ ਸਕਦੇ ਹਾਂ ਸੋ ਅਸੀਂ ਗੁਜ਼ਾਰਿਸ਼ ਕਰਾਂਗੇ ਹੁਣ ਕਰਮਜੀਤ ਸਿੰਘ ਗਰੇਵਾਲ ਹੋਰਾਂ ਨੂੰ ਜਿਹੜੇ ਲਲਤੋ ਪਿੰਡ ਦੇ ਜੰਮੇ ਜਾਏ ਨੇ ਕੌਮੀ ਪੁਰਸਕਾਰ ਵਿਜੇਤਾ ਨੇ ਅਧਿਆਪਕ ਦੇ ਤੌਰ ਦੇ ਉੱਤੇ ਔਰ ਲਗਾਤਾਰ ਸਰਗਰਮ ਨੇ ਸਮਾਜਿਕ ਕੁਰੀਤੀਆਂ ਦੇ ਖਿਲਾਫ ਆਪਣੇ ਸ਼ਬਦ ਨੂੰ ਆਵਾਜ਼ ਨੂੰ ਸੁਰ ਨੂੰ ਵਰਤਦੇ ਨੇ ਕਰਮਜੀਤ ਗਰੇਵਾਲ
ਡਾਕਟਰ ਭੱਲਾ ਕਰਮਜੀਤ ਜੈਨ ਤਾਂ ਕੀਤੇ ਸੀ ਹੈਗੇ ਕਿ ਨਹੀਂ ਭੱਲਾ ਹੈਗੇ ਸਰ ਅਨਮਿਊਟ ਕਰੋ ਉਹਨਾਂ ਨੂੰ ਕਿਹਾ ਕਹਿਤਾ ਨਾ ਹਾਂ ਸਰ ਉਹਨਾਂ ਦਾ ਲਿੰਕ ਨਹੀਂ ਟੁੱਟ ਗਿਆ ਹੋਇਆ ਤੁਸੀਂ ਨੈਕਸਟ ਕਾਲ ਕਰ ਲਓ ਉਸ ਤਦ ਤੱਕ ਜੁੜ ਜਾਂਦੇ ਨੇ ਮੈਂ ਇਸ ਤੋਂ ਪਹਿਲਾਂ ਕਿ ਕਵੀ ਦਰਬਾਰ ਦੀ ਸਮਾਪਤੀ ਤੇ ਇੱਥੇ ਕਰਾਂਗੇ ਹੁਣ ਬਾਅਦ ਚ ਰਿਪੀਟ ਨਹੀਂ ਕਰਾਂਗੇ ਜਿਹੜੇ ਸ਼ਾਇਰ ਰਹਿ ਗਏ ਉਹਨਾਂ ਨੂੰ ਖਿਮਾ ਯਾਚਨਾ ਕਰਾਂਗੇ ਸਭ ਤੋਂ ਪਹਿਲਾਂ ਅੱਜ ਦੀ ਸੰਗੀਤ ਸਭਾ ਦੀ ਸਾਡੇ ਚ ਪ੍ਰਧਾਨਗੀ ਕਰ ਰਹੇ ਮੇਰੇ ਪਿਆਰੇ ਵੀਰ ਜਸਬੀਰ ਜੱਸੀ ਨੂੰ ਮੈਂ ਆਖਾਂਗਾ ਕਿ ਉਹ ਸਾਡੇ ਸਾਰੇ ਮੁੰਡਿਆਂ ਨੂੰ ਸੁਣੇ ਤੇ ਉਹ ਆਪਣੀ ਰਾਏ ਬਾਅਦ ਵਿੱਚ ਦੇਣ ਲੱਗਿਆਂ ਜ਼ਰੂਰ ਸੁਜੈਸਟ ਕਰੇ ਕਿ ਕਿੱਥੇ ਕਿੱਥੇ ਕਿਹੜੇ ਕਿਹੜੇ ਦੋਸਤ ਨੇ ਕਿੱਥੇ ਕਿੱਥੇ ਕੀ ਕੀ ਖੂਬਸੂਰਤ ਗੱਲਾਂ ਕੀਤੀਆਂ ਨੇ ਸਭ ਤੋਂ ਪਹਿਲਾਂ ਅਸੀਂ ਸੁਭਾਸ਼ ਦੁੱਗਲ ਹੋਰਾਂ ਨੂੰ ਬੇਨਤੀ ਕਰਾਂਗੇ ਜਿਹੜੇ ਜਲੰਧਰ ਤੋਂ ਨੇ APJ ਸਕੂਲ ਦੇ ਵਿੱਚ ਮਿਊਜ਼ਿਕ ਡਿਪਾਰਟਮੈਂਟ ਦਾ ਲੰਮਾ ਸਮਾਂ ਹੈੱਡ ਰਹੇ ਨੇ ਤੇ ਉਹਨਾਂ ਨੂੰ ਬੇਨਤੀ ਹੈ ਕਿ ਉਹ ਆਪਣੇ ਸੰਤਰਵਾਸੀ ਦੇ ਗੀਤ ਨਾਲ ਹਾਜ਼ਰੀ ਭਰਨ ਸੁਭਾਸ਼ ਦੁੱਗਲ ਜੀ ਅਨਮਿਊਟ ਕਰੋ ਸੁਭਾਸ਼ ਜੀ ਜੀ ਮੈਂ ਸਭ ਤੋਂ ਪਹਿਲਾਂ ਤੁਹਾਡਾ ਗੁਰਭਜਨ ਗਿੱਲ ਜੀ ਦਾ ਆਪਣੇ ਵੱਡੇ ਵੀਰ ਦਾ ਤੇ ਛੋਟੇ ਵੀਰ ਤਰਲੋਚਨ ਲੋਚੀ ਦਾ ਸ਼ੁਕਰ ਗੁਜ਼ਾਰ ਹਾਂ ਕਿ ਮੈਨੂੰ ਆਪ ਸਭ ਦੇ ਰੂਬਰੂ ਹੋਣ ਦਾ ਜਿਹਨਾਂ ਨੇ ਮੌਕਾ ਦਿੱਤਾ ਤੇ ਉਦਾਸੀ ਸਾਹਿਬ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਇੱਕ ਗਿੱਲ ਸਾਹਿਬ ਹੋਰਾਂ ਵੱਲੋਂ ਜੋ ਗੀਤ ਮੈਨੂੰ ਕਿਹਾ ਗਿਆ ਸੀ ਕਿ ਮੇਰੀ ਮੌਤ ਤੇ ਨਾ ਰੋਇਓ ਮੇਰੀ ਸੋਚ ਨੂੰ ਬਚਾਇਓ ਇਹ ਲੈ ਕੇ ਹਾਜ਼ਰ ਹਾਂ ਤਬਲੇ ਤੇ ਮੇਰਾ ਸਾਥ ਦੇ ਰਹੇ ਨੇ ਜਸਮੇਰ ਸਿੰਘ ਜੀ ਆਓ ਆਨੰਦ ਮਾਣੀਏ ਬਚਾਇਓ ਮੇਰੀ
ਦੀ ਸੋਚ ਨੂੰ ਬਚਾਇਓ ਵਲਗਣ ਵਿੱਚ ਕੈਦ ਹੋਣਾ ਸਾਡੇ ਨਹੀਂ ਮੁਆਫਕ ਵਲਗਣ ਵਿੱਚ ਕੈਦ ਹੋਣਾ ਸਾਡੇ ਨਹੀਂ ਮੁਆਫਕ ਵਲਗਣ ਵਿੱਚ ਕੈਦ ਹੋਣਾ ਸਾਡੇ ਨਹੀਂ ਮੁਆਫਕ ਯਾਰਾਂ ਦੇਵਾਂਗੇ ਅਰਥੀ ਦੇਵਾਂਗੇ ਅਰਥੀ ਸੜਕਾਂ ਤੇ ਹੀ ਜਲਾਇਓ ਮੇਰੀ ਮੌਤ ਤੇ ਨਾ ਰੋਇਓ ਮੇਰੀ ਸੋਚ ਨੂੰ ਬਚਾਇਓ ਮੇਰੀ ਮੌਤ ਤੇ ਨਾ ਰੋਇਓ ਮੇਰੀ ਸੋਚ ਨੂੰ ਬਚਾਇਓ ਮੇਰੀ ਸੋਚ ਨੂੰ ਬਚਾਇਓ ਮੌਤ ਤਾਈ ਪਾਉਂਦੇ ਬੜੇ ਚੁਰਾਹੇ ਜੀਵਨ ਤੋਂ ਮੌਤ ਤਾਈ ਪਾਉਂਦੇ ਬੜੇ ਚੁਰਾਹੇ ਜੀਵਨ ਤੋਂ ਮੌਤ ਤਾਈ ਪਾਉਂਦੇ ਬੜੇ ਚੁਰਾਹੇ ਜਿਸਦਾ ਪੰਧ ਹੈ ਬਿਖੜਾ ਪੰਧ ਹੈ ਬਿਖੜਾ ਉਸੇ ਹੀ ਰਾਲ ਆਇਓ ਮੇਰੀ ਮੌਤ ਤੇ ਨਾ ਰੋਇਓ ਮੇਰੀ ਸੋਚ ਨੂੰ ਬਚਾਇਓ ਮੇਰੀ ਮੌਤ ਤੇ ਨਾ ਰੋਇਓ ਮੇਰੀ ਸੋਚ ਨੂੰ ਬਚਾਇਓ ਮੇਰੇ ਲਹੂ ਦਾ ਕੇਸਰ ਰੇਤੇ ਚ ਨਾਰ ਲਾਇਓ ਮੇਰੀ ਮੌਤ ਤੇ ਨਾ ਰੋਇਓ ਮੇਰੀ ਸੋਚ ਨੂੰ ਬਚਾਇਓ ਮੇਰੀ ਸੋਚ ਨੂੰ ਬਚਾਇਓ ਮੇਰੀ ਸੋਚ ਨੂੰ ਬਚਾਇਓ ਬਹੁਤ ਅੱਛਾ ਬਹੁਤ ਅੱਛਾ ਬਹੁਤ ਅੱਛਾ ਸੁਭਾਸ਼ ਬਹੁਤ ਅੱਛਾ ਬਹੁਤ ਅੱਛਾ ਸੱਚਮੁੱਚ ਮੈਂ ਤਾਂ ਆਨੰਦਿਤ ਹੋ ਗਿਆ ਖਾਸ ਕਰਕੇ ਸੰਤਰਾਮ ਦੇ ਸ਼ਬਦਾਂ ਨਾਲ ਜਿਹੜਾ ਤੁਸੀਂ ਅੱਜ ਇਨਸਾਫ਼ ਕੀਤਾ ਉਹਦੇ ਲਈ ਮੈਂ ਬਹੁਤ ਧੰਨਵਾਦੀ ਹਾਂ ਤੁਹਾਡਾ ਔਰ ਮੈਂ ਗੁਜ਼ਾਰਿਸ਼ ਕਰਾਂਗਾ ਪਿਆਰੇ ਵੀਰ ਸੰਪੂਰਨ ਸਿੰਘ ਟੱਲੇਵਾਲੀਆ ਤੇ ਸਾਥੀਆਂ ਨੂੰ ਟੱਲੇਵਾਲੀਆ ਕਵੀਸ਼ਰੀ ਜਥਾ ਨੂੰ ਕਿ ਉਹ ਆਪਣੇ ਬੋਲਾਂ ਨਾਲ ਸਾਂਝ ਪਾਉਣ ਸਾਡੇ ਨਾਲ ਔਰ ਦੂਸਰੇ ਪਾਸੇ ਹੁਣ ਮੇਰੇ ਨਾਲ ਸੰਪਰਕ 'ਚ ਆ ਰਹੇ ਨੇ ਸੁਖਵਿੰਦਰ ਕੰਬੋਜ ਵੀ USA ਤੋਂ ਉਹਨਾਂ ਨਾਲ ਮੈਂ ਗੱਲ ਕਰਾਂ ਉਹਨਾਂ 'ਚ ਤੁਸੀਂ ਸ਼ੁਰੂ ਕਰੋ ਆਓ ਅਸ਼ਨੀ ਜੀ ਅਨਮਿਊਟ ਕਰ ਦਿਓ ਸ਼ੇਰਪੁਰੀ ਨੂੰ ਵੀ ਅਨਮਿਊਟ ਕਰ ਦਿਓ ਉਹ ਵੀ ਕਹਿੰਦਾ ਕਿ ਮੈਂ ਮਿਊਟ ਇਸ ਕਰਕੇ ਗੱਲ ਨਹੀਂ ਕਰ ਸਕਿਆ ਮਿਹਰਬਾਨੀ ਸੰਪੂਰਨ ਸਿੰਘ ਜੀ ਤੁਸੀਂ ਅਨਮਿਊਟ ਕਰੋ ਆਪਣੇ ਲੈਵਲ ਤੇ ਤੁਹਾਡੇ ਵੱਲੋਂ ਬੰਦ ਯੈਸ ਆਵਾਜ਼ ਆ ਰਹੀ ਹੈ ਜੀ ਆ ਰਹੀ ਹੈ ਜੀ ਆ ਰਹੀ ਕਵਿਸ਼ਰੀ ਦੀ ਮਰਿਆਦਾ ਨੂੰ ਮੁੱਖ ਰੱਖਦੇ ਹਾਂ ਮਲਾਉ ਗੱਜ ਵੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਰਾਮ ਉਦਾਸੀ ਜੀ ਦੇ ਜਨਮ ਦਿਨ ਤੇ ਉਹਨਾਂ ਦੀ ਹੋਈ ਲਿਖੀ ਹੋਈ ਰਚਨਾ ਨੂੰ ਗੁਰੂ ਅਮਨਦੀਪ ਸਿੰਘ ਟੱਲੇਵਾਲੀਆ ਤੇ ਸੂਰਜ ਸਿੰਘ ਟੱਲੇਵਾਲੀ ਦਾ ਕਮਿਸ਼ਨ ਜਥਾ ਦੇਸ਼ ਹੈ ਪਿਆਰਾ ਸਾਨੂੰ ਜ਼ਿੰਦਗੀ ਪਿਆਰੀ ਨਾਲ ਦੇਸ਼ ਹੈ ਪਿਆਰਾ ਸਾਨੂੰ ਜ਼ਿੰਦਗੀ ਪਿਆਰੀ ਨਾਲ ਦੇਸ਼ ਤੋਂ ਪਿਆਰੇ ਵੇ ਤੇ ਲੋਕ ਕਹਾਣੀਆਂ ਆਸਾਂ ਤੋੜ ਦੇਣੀ ਲੋਕ ਪੀੜੀ ਜੋ ਕਹਾਣੀਆਂ ਆਸਾਂ ਤੋੜ ਦੇਣੀ ਲੋਕ ਪੀੜੀ ਜੋ ਕਹਾਣੀਆਂ ਚੱਲਣਾ ਚੰਦਰਾ ਵੀ ਤੇਰਾ ਕੋਈ ਜੋਰ ਵੇਲਣਾ ਹੁਣ ਚੱਲਣਾ
ਰੁੱਸੀਆਂ ਬਹਾਰਾਂ ਅਸੀਂ ਮੋੜ ਕੇ ਲਿਆਉਣੀਆਂ ਰੁੱਸੀਆਂ ਬਹਾਰਾਂ ਅਸੀਂ ਮੋੜ ਕੇ ਲਿਆਉਣੀਆਂ ਆਖਦੇ ਨੇ ਲੋਕੀ ਇੱਕ ਠੋ ਕਹਾਣੀਆਂ ਹਾੜ ਲੋਕ ਤਾਂ ਬਣ ਕੇ ਕਟਾਵਾਂ ਅਸੀਂ ਧਰਤੀ ਤੇ ਵਸਣਾ ਬਣ ਕੇ ਕਟਾਵਾਂ ਅਸੀਂ ਧਰਤੀ ਤੇ ਵਸਣਾ ਘੁੰਮਣੇ ਕਵਾਲ ਜਿਹੜੇ ਵਿੱਚ ਪਾਉਂਦੇ ਸਿਰ ਵੱਢਣੇ ਵੱਢਣੇ ਨੇ ਵੀਸਵੀਂ ਸਦੀ ਦੇ ਰੌਣਕੇ ਸਿਰ ਵੱਢਣੇ ਬੇਲੜਾ ਨੇ ਮਾਰਿਆ ਸੁਆਦ ਹੈ ਆਜ਼ਾਦੀਆਂ ਦਾ ਬੇਲੜਾ ਨੇ ਮਾਰਿਆ ਸੁਆਦ ਹੈ ਆਜ਼ਾਦੀਆਂ ਦਾ ਕੰਬਿਆਂ ਦੀ ਜਿੰਦ ਲੀਰੋ ਲੀਰ ਹੋਈ ਆ ਤੇਰੇ ਜ਼ੁਲਮਾਂ ਦੀ ਜੜ ਮਾਇਆ ਖੀਰ ਹੋਈ ਆ ਤੇਰੇ ਜ਼ੁਲਮਾਂ ਦੀ ਜੜ ਮਾਇਆ ਖੀਰ ਹੋਈ ਆ ਸੁਣ ਲਵੋ ਕਾਗੋ ਸੋਨੂੰ ਕਾਲ ਦੇਣਾ ਅਸੀਂ ਪੁੱਠੇ ਸੁਣ ਲਵੋ ਕਾਗੋ ਅਸੀਂ ਕਾਲ ਦੇਣਾ ਕੋਨੂੰ ਪੁੱਠੇ ਕੁੱਕੀਆਂ ਦੇ ਬੱਚਿਆਂ ਨੂੰ ਕੌਣ ਵਾਲਿਓ ਰੋਟੀ ਬੱਚਿਆਂ ਦੇ ਹੱਥਾਂ ਵਿੱਚੋਂ ਖੋਲ ਵਾਲਿਓ ਰੋਟੀ ਬੱਚਿਆਂ ਦੇ ਹੱਥਾਂ ਵਿੱਚੋਂ ਖੋਲ ਵਾਲਿਓ ਕਿਰਨਾ ਦਾ ਆਲਣਾ ਤਾਂ ਬਣੇਗਾ ਆਕਾਸ਼ ਬਣੇਗਾ ਆਕਾਸ਼ ਵਿੱਚ ਹੋਰ ਵੀ ਬਸੇਗਾ ਦੇਸ਼ ਹੈ ਪਿਆਰਾ ਸਾਨੂੰ ਜ਼ਿੰਦਗੀ ਪਿਆਰੀ ਨਾਲ ਦੇਸ਼ ਹੈ ਪਿਆਰਾ ਸਾਨੂੰ ਜ਼ਿੰਦਗੀ ਪਿਆਰੀ ਨਾਲ ਦੇਸ਼ ਤੋਂ ਪਿਆਰੇ ਵੇਦੇ ਲੋਕ ਹਾਣੀਆਂ ਆਸਾ ਤੋੜ ਦੇਣੀ ਲਹੂ ਪੀਣੀ ਜੋ ਕਹਾਣੀਆਂ ਆਸਾ ਤੋੜ ਦੇਣੀ ਲਹੂ ਪੀਣੀ ਜੋ ਕਹਾਣੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹ ਬਈ ਵਾਹ ਵਾਹ ਬਈ ਵਾਹ ਕਮਾਲ ਹੈ, ਕਮਾਲ ਹੈ ਡਾਕਟਰ ਸੰਪੂਰਨ ਸਿੰਘ ਔਰ ਡਾਕਟਰ ਅਮਨਦੀਪ ਔਰ ਪਿਆਰੇ ਵੀਰ ਦਰਸ਼ਨ ਸਿੰਘ ਗੁਰੂ। ਵੇਖੋ ਕਮਾਲ ਇਹ ਆ ਕਿ ਬਹੁਤ ਅੱਛੇ ਡਾਕਟਰ ਵੀ ਔਰ ਇਹਦੀ ਦਰਸ਼ਨ ਦੀ ਤਾਂ ਇਹ ਵੀ ਮੈਂ ਸਿਫਤ ਦੱਸਾਂਗੀ, ਕਹਾਣੀਕਾਰ ਬੜਾ ਕਮਾਲ ਦਾ ਸਾਡਾ। ਔਰ ਕਹਿੰਦੇ ਨੇ ਕਿ ਜਿਹੜੇ ਇਮਾਨਦਾਰ ਕਿਸਮ ਦੇ ਪਟਵਾਰੀ ਨੇ, ਜੇ ਪੂਰੇ ਪੰਜਾਬ ਚੋਂ 5-7 ਚੁਣਨੇ ਹੋਣ ਤਾਂ ਉਹਨਾਂ ਚ ਪਟਵਾਰੀਆਂ ਚ ਵੀ ਆਉਂਦਾ, ਹੁਣ ਤੇ ਖਰੇ ਵੱਧ ਵੀ ਬਣ ਗਿਆ ਹੋਣਾ ਕੁਝ, ਪਰ ਬੜੀ ਪੁਰਾਣੀ ਗੱਲ ਹੈ ਇਹਦੇ ਬਾਰੇ, ਬੜੀ ਮਹਿਮਾ ਸੁਣੀ ਸੀ ਮੈਂ ਕਿਸੇ ਵਕਤ। ਸੋ ਇਸ ਅੰਦਾਜ਼ ਨੂੰ ਜਿਉਂਦਾ ਰੱਖਣ ਦੇ ਵਿੱਚ ਸਾਡੇ ਜਿਹੜੇ ਪੜ੍ਹੇ ਲਿਖੇ ਕਵੀਸ਼ਰ ਨੇ, ਉਹਨਾਂ ਦਾ ਬੜਾ ਵੱਡਾ ਯੋਗਦਾਨ ਆ। ਸੋ ਮੈਂ ਹੁਣ ਗੁਜ਼ਾਰਿਸ਼ ਕਰਾਂਗਾ ਪਿਆਰੇ ਵੀਰ ਅਸ਼ਵਨੀ ਭੱਲਾ ਹੋਰਾਂ ਨੂੰ ਕਿ ਜਿਵੇਂ ਕਹਿੰਦੇ ਹੁੰਦੇ ਨਾ ਵੀ ਉਹ ਮਲਾਹ ਦਾ ਹੁੱਕਾ ਸੁੱਕਾ, ਜਦੋਂ ਮਤਲਬ ਕਵੀ ਦਰਬਾਰ ਦੀ ਮੈਂ ਗੱਲ ਕਰ ਰਿਹਾ ਸੀ ਤੇ ਭਰਾਵਾ ਤੈਨੂੰ ਵੀ ਭੁੱਲ ਗਿਆ ਤੇ ਆਪਣੇ ਆਪ ਨੂੰ ਵੀ ਭੁੱਲ ਗਿਆ। ਸੋ ਆਪਾਂ ਅਖੀਰ ਚ ਪੱਤਰ ਪਾਵਾਂਗੇ ਸਭ ਤੋਂ ਅਖੀਰ ਚ। ਸੋ ਮੈਂ ਹੁਣ ਗੁਜ਼ਾਰਿਸ਼ ਕਰਾਂਗਾ ਪਿਆਰੇ ਵੀਰ ਰਾਮ ਸਿੰਘ ਅਲਬੇਲਾ ਨੂੰ ਕਿ ਉਹ ਆਪਣੇ ਬੋਲਾਂ ਨਾਲ ਸੰਤ ਰਾਮਦਾਸੀ ਦੇ ਕਲਾਮ ਨਾਲ ਸਾਡੀ ਸਾਂਝ ਪਵਾਵੇ। ਇਸ ਤੋਂ ਬਾਅਦ ਵਿੱਚ ਵਿਜੇ ਯਮਲਾ ਜੱਟ, ਸਭ ਤੋਂ ਅਖੀਰ ਦੇ ਵਿੱਚ ਸ਼ਿੰਗਾਰਾ ਸਿੰਘ ਚਾਹਲ ਸਾਹਿਬ ਸਾਨੂੰ ਘੱਟੋ ਘੱਟ 2 ਜਾਂ 3 ਗੀਤ ਸੁਣਾਉਣਗੇ, ਕਿਉਂਕਿ ਸ਼ਿੰਗਾਰਾ ਸਿੰਘ ਚਾਹਲ ਨੇ 5 ਆਡੀਓ ਕੈਸੇਟਸ ਤਿਆਰ ਕਰਕੇ ਸਾਨੂੰ ਪੰਜਾਬੀ ਸਰੋਤਿਆਂ ਨੂੰ ਸੌਂਪੀਆਂ ਹੋਈਆਂ ਨੇ, ਇਸ ਕਰਕੇ ਉਹਦਾ ਹੱਕ ਵੱਧ ਹੈ। ਨਾਲ ਹੀ ਅਮਰਜੀਤ ਸ਼ੇਰਪੁਰੀ ਔਰ ਤੁਹਾਡਾ ਪਿਆਰਾ ਵੀਰ ਕਰਮਜੀਤ ਸਿੰਘ ਗਰੇਵਾਲ, ਉਹ ਵੀ ਸਾਡੇ ਅੰਗ ਸੰਗ ਜੁੜ ਗਏ ਨੇ। ਉਹ ਕਹਿੰਦੇ ਨੇ ਕਿ ਅਸੀਂ ਆਪਣਾ ਕਲਾਮ ਅੱਜ ਸੁਣਾਉਣਾ ਨਹੀਂ ਸੀ, ਅਸੀਂ ਅੱਜ ਸੰਤ ਰਾਮਦਾਸੀ ਦਾ ਕਲਾਮ ਵੀ ਸੁਣਾਵਾਂਗੇ। ਸੋ ਉਹਨਾਂ ਕੋਲੋਂ ਵੀ ਅਖੀਰ ਦੇ ਵਿੱਚ ਆਪਾਂ ਸੁਣਾਂਗੇ। ਉਸ ਤੋਂ ਬਾਅਦ ਚ ਗੁਰੂਦੇਵ ਡਾਕਟਰ ਐਸ ਪੀ ਸਿੰਘ ਜਿਹੜੇ ਅੱਜ ਦੀ ਪ੍ਰਧਾਨਗੀ ਕਰ ਰਹੇ ਨੇ, ਉਹਨਾਂ ਦੇ ਸ਼ਬਦ ਸੁਣਾਂਗੇ, ਜਸਵੀਰ ਜੱਸੀ ਤੋਂ ਗੀਤ ਵੀ ਸੁਣਾਂਗੇ ਔਰ ਨਾਲ ਦੀ ਨਾਲ ਉਸਦੇ ਵਿਚਾਰ ਵੀ ਸੁਣਾਂਗੇ। ਜੀ ਹਾਂ, ਰਾਮ ਸਿੰਘ ਅਲਬੇਲਾ। ਆਵਾਜ਼ ਆ ਰਹੀ ਹੈ ਸਾਹਿਬ? ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ ਸਾਹਿਬ। ਗਿੱਲ ਸਾਹਿਬ ਤੁਹਾਡਾ ਮੈਂ ਬੜਾ ਧੰਨਵਾਦੀ ਆ ਕਿ ਤੁਸੀਂ ਮੈਨੂੰ ਸ਼ਾਮਿਲ ਕੀਤਾ ਇਸ ਕੰਮ ਲਈ। ਟਾਈਮ ਨਾ ਖਰਾਬ ਕਰਿਆ ਕਰੋ, ਸਿੱਧਾ ਚੱਲਿਆ ਕਰੋ, ਡੀ ਦੇ ਵਿੱਚ ਫਿੱਟ ਕਰਿਆ ਕਰੋ, ਜਾ ਕੇ ਗੋਲ ਕਰਿਆ ਕਰੋ। ਆਪਣਾ ਉਮਰ ਦਾ ਠੇਕਾ ਸਾਰਿਆਂ ਦਾ ਇੱਕ ਦੂਸਰੇ ਨਾਲ। ਅਦਾਸੀ ਸਾਹਿਬ ਦਾ ਗੀਤ ਸਾਂਝਾ ਕਰ ਰਹੇ ਹਾਂ ਜੀ। ਹਾਂਜੀ
बन के कमाऊं कर तेरे पुत बन के कमाऊं कर तेरे विच तिना डलाई बावला पुत बन के कमाऊं कर तेरे चिटना डलाई बावला मेरे बंदियां तो वद देखी जेरे चिटना डलाई बावला वार्ड लेवल ते लोकी कहंदे पुत्तां बिना जग ते मलाप नहीं मैं ता नहीं कहंदा लोकी कहंदे पुत्तां बिना जग ते मलाप नहीं मैं ता कहां जी दे तीना मैं ता कहां जी दे तीना ओ सही बाप नहीं पुत्त हुंदे कलछने बथेरे पुत हुंदे ने कलछने बथेरे विच ते ना डलाई बावला पुत बन के कमाऊं कर तेरे चिते ना डलाई बावला अगे साथ लेंदे नहीं सी जीदे कोई वीर ना अगे साथ लेंदे नहीं सी जीदे कोई वीर ना हुन साथ लेंदे ओही जीदे कोई वीर ना हुन साथ लेंदे ओही जीदे कोई वीर ना कुत्ता बालक के खांदे देखे डेरे ਉਤਾਂ ਵਾਲੇ ਤੱਕੇ ਖਾਂਦੇ ਦੇਖੇ ਡੇਰੇ ਜਿੱਤੇ ਨਾ ਡਲਾਈ ਬਾਵਲਾ ਪੁੱਤ ਬਣ ਕੇ ਕਮਾਊਂ ਕਰ ਤੇਰੇ ਜਿੱਤੇ ਨਾ ਡਲਾਈ ਬਾਵਲਾ ਇੱਥੇ ਕੋਈ ਮੋਹ ਨਹੀਂ ਹੈਗਾ ਕੁੱਤਾਂ ਜਵਾਈ ਦਾ ਇੱਥੇ ਕੋਈ ਮੋਹ ਨਹੀਂ ਹੈਗਾ ਕੁੱਤੇ ਜਾਂ ਜਵਾਈ ਦਾ ਇੱਥੇ ਸਾਰਾ ਮੋਹ ਬਸ ਖੱਟੀ ਤੇ ਕਮਾਈ ਦਾ ਇੱਥੇ ਸਾਰਾ ਮੋਹ ਤਾਂ ਬਸ ਖੱਟੀ ਤੇ ਕਮਾਈ ਦਾ ਗਾਇਓ ਮੁੰਡਿਆਂ ਦੀ ਮੜਕ ਮੇਰੇ ਉਤਾਈਓ ਮੁੰਡਿਆਂ ਦੀ ਮਰਕ ਵਧੇਰੇ ਵਿੱਚ ਨਾ ਡਲਾਈ ਬਾਵਲਾ ਪੁੱਤ ਬਣ ਕੇ ਕਮਾਊਂ ਕਰ ਤੇਰੇ ਚਿੱਤੇ ਨਾ ਡਲਾਈ ਬਾਵਲਾ ਤੇਰਾ ਰਾੜਾ ਚਿੱਟਾ ਤੇ ਬੇਦਾਗ ਰਹਿਣਾ ਚਾਹੀਦਾ ਤੇਰਾ ਦਾੜਾ ਚਿੱਟਾ ਤੇ ਬੇਦਾਗ ਰਹਿਣਾ ਚਾਹੀਦਾ ਜਾਣਦੀ ਹਾਂ ਮੈਨੂੰ ਵੀ ਬੇਦਾਗ ਰਹਿਣਾ ਚਾਹੀਦਾ ਜਾਣਦੀ ਹਾਂ ਮੈਨੂੰ ਵੀ ਬੇਦਾਗ ਰਹਿਣਾ ਚਾਹੀਦਾ ਕੋਈ ਖੰਗ ਨਾ ਲੰਘੂਗਾ ਬਾਰ ਤੇਰੇ ਕੋਈ ਖੰਗ ਨਾ ਲੰਘੂਗਾ ਵਾਰ ਤੇਰੇ ਵਿੱਚ ਤੇ ਨਾ ਡਲਾਈ ਬਾਵਲਾ ਪੁੱਤ ਬਣ ਕੇ ਕਮਾਊਂ ਕਰ ਤੇਰੇ ਵਿੱਚ ਤੇ ਨਾ ਡਲਾਈ ਬਾਵਲਾ ਬਹੁਤ ਅੱਛਾ ਰਾਮ ਸਿੰਘ ਜੀ ਸਵਾਦ ਆ ਗਿਆ ਔਰ ਉਹ ਪੀੜ ਜਿਹੜੀ ਇੱਕ ਧੀ ਆਪਣੇ ਬਾਬਲ ਨੂੰ ਮਨੋਚਿੱਤੋਂ ਫੀਲ ਕਰਕੇ ਮਹਿਸੂਸ ਕਰਕੇ ਕਰਦੀ ਹੈ ਉਹ
ਸਾਡੇ ਸਾਹਮਣੇ ਪੇਸ਼ ਕੀਤੀ ਤੁਸੀਂ ਪੀੜ ਔਰ ਮੈਨੂੰ ਮਾਣ ਹੈ ਇਸ ਗੱਲ ਦਾ ਕਿ ਸੰਤ ਰਾਮ ਉਦਾਸੀ ਦੀਆਂ ਤਿੰਨਾਂ ਧੀਆਂ ਨੇ ਭਾਵੇਂ ਉਹ ਪ੍ਰਿੰਸੀਪਲ ਇਕਬਾਲ ਕੌਰ ਉਦਾਸੀ ਹੈ ਜਾਂ ਪ੍ਰਦੇਸ਼ ਵਾਸਤੀ ਭੈਣ ਸਾਡੀ ਨਿੱਕੀ ਪ੍ਰਿਤਪਾਲ ਕੌਰ ਉਦਾਸੀ ਹੈ ਜਾਂ ਕੀਰਤਨ ਉਦਾਸੀ ਹੈ ਉਹ ਵੀ ਉਸੇ ਤਰ੍ਹਾਂ ਨਾਲ ਹੀ ਆਪਣੇ ਬਾਬਲ ਦੀ ਵਿਰਾਸਤ ਨੂੰ ਅੱਗੇ ਲੈ ਕੇ ਤੁਰ ਰਹੀਆਂ ਨੇ ਜਿਵੇਂ ਉਹਨਾਂ ਦਾ ਪੁੱਤਰ ਮੁਕਮ ਉਦਾਸੀ ਤੁਰ ਰਿਹਾ ਜਾਂ ਉਹਨਾਂ ਦੇ ਪਰਿਵਾਰ ਦੇ ਬਾਕੀ ਜੀ ਉਹਨਾਂ ਦੇ ਅੰਦਾਜ਼ ਦੇ ਵਿੱਚ ਸਤਿਕਾਰਯੋਗ ਮਾਤਾ ਜੀ ਦੀ ਆਸ਼ੀਰਵਾਦ ਸਦਕਾ ਚੱਲ ਰਹੇ ਨੇ ਸੋ ਮੈਂ ਬਹੁਤ ਮਾਣ ਮਹਿਸੂਸ ਕਰਦਾ ਹੁਣੇ ਮੈਨੂੰ ਤਰਲੋਚਨ ਲੋਚੀ ਜੀ ਨੇ ਦੱਸਿਆ ਕਿਉਂਕਿ ਮੇਰੀ ਸਕਰੀਨ ਤੇ ਸੱਚੀ ਗੱਲ ਹੈ ਮੇਰੇ ਬਿਨਾਂ ਜਾਂ ਜਿਹੜਾ ਪਾਰਟੀਸਪੇਟ ਕਰ ਰਿਹਾ ਹੁੰਦਾ ਦੋਸਤ ਉਹਦੇ ਬਿਨਾਂ ਹੋਰ ਕਿਸੇ ਚਿਹਰਾ ਨਹੀਂ ਆਉਂਦਾ ਇਹ ਅਗਿਆਨ ਤਾਂ ਮੇਰੀ ਹੈ ਕਿ ਮੈਨੂੰ ਬਾਕੀ ਟੈਕਨੋਲੋਜੀ ਦਾ ਪਤਾ ਨਹੀਂ ਹੈਗਾ ਬਹੁਤ ਇਸ ਕਰਕੇ ਮੈਂ ਉਹਨੂੰ ਸਵਾਗਤ ਕਰਦਾ ਨਿੱਕੀ ਭੈਣ ਇਕਬਾਲ ਕੌਰ ਦਾ ਸੋ ਮੈਂ ਗੁਜ਼ਾਰਿਸ਼ ਕਰਾਂਗਾ ਆਪਣੇ ਪਿਆਰੇ ਵੀਰ ਵਿਜੇ ਯਮਲਾ ਜੱਟ ਨੂੰ ਜਿਹੜਾ ਉਸਤਾਦ ਲਾਲ ਚੰਦ ਯਮਲਾ ਜੱਟ ਜੀ ਦਾ ਪੁੱਤਰ ਹੈ ਔਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਲੋਕ ਸੰਗੀਤ ਦੀ ਇੰਨੀ ਵੱਡੀ ਵਿਰਾਸਤ ਨੂੰ ਲੈ ਕੇ ਅੱਗੇ ਤੁਰ ਰਿਹਾ ਕਿ ਉਸ ਦੇ ਅੰਗ ਸੰਗ ਜਿੰਨੇ ਵੀ ਵਿਦਿਆਰਥੀ ਆਉਂਦੇ ਨੇ ਉਹ ਕਿਉਂਕਿ ਯੂਥ ਵੈਲਫੇਅਰ ਦੇ ਵਿੱਚ ਸਾਜ਼ ਵਜਾਉਣ ਦੀ ਕਲਾ ਆਵਾਜ਼ ਪ੍ਰਗਟਾਉਣ ਦੀ ਕਲਾ ਉਹ ਸਿਖਾਉਣ ਦੇ ਵਿੱਚ ਬਹੁਤ ਵੱਡੀ ਮੁਹਾਰਤ ਹਾਸਿਲ ਖੁਦ ਤਾਂ ਹੈ ਹੀ ਹੈ ਉਹਨੂੰ ਉਹ ਬੱਚਿਆਂ ਨੂੰ ਵੀ ਬੜੀ ਪ੍ਰੇਰਣਾ ਦੇ ਰਿਹਾ ਸੋ ਵਿਜੇ ਯਮਲਾ ਜੱਟ ਨੂੰ ਗੁਜ਼ਾਰਿਸ਼ ਆ ਕਿ ਉਦਾਸੀ ਜੀ ਦਾ ਕੋਈ ਗੀਤ ਸਾਨੂੰ ਸੁਣਾ ਕੇ ਆਪਣੀ ਸਾਂਝ ਪਾਵੇ ਸਾਡੇ ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੇਰੀ ਆਵਾਜ਼ ਆ ਰਹੀ ਹੈ ਜੀ ਹਾਂ ਬਿਲਕੁਲ ਠੀਕ ਆ ਰਹੀ ਹੈ ਤੇ ਸਭ ਤੋਂ ਪਹਿਲਾਂ ਪ੍ਰੋਫੈਸਰ ਭਜਨ ਗਿੱਲ ਜੀ ਤੁਹਾਡਾ ਬਹੁਤ ਹੀ ਆਸ਼ੀਰਵਾਦ ਹੈ ਮੇਰੇ ਤੇ ਡਾਕਟਰ ਅਸ਼ਵਨੀ ਭੱਲਾ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਉਦਾਸੀ ਪਰਿਵਾਰ ਨੂੰ ਅੱਜ ਬਹੁਤ ਬਹੁਤ ਮੁਬਾਰਕਾਂ ਸਾਡੇ ਵੱਡੇ ਭੈਣ ਜੀ ਇਕਬਾਲ ਉਦਾਸੀ ਜੀ ਨੇ ਉਹਨਾਂ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਉਦਾਸੀ ਜੀ ਦੀ ਇੱਕ ਰਚਨਾ ਜਿਹੜੀ ਕਿ ਬਹੁਤ ਹੀ ਖੂਬਸੂਰਤ ਰਚਨਾ ਹੈ ਉਹਦੇ ਬੋਲ ਸਾਂਝੇ ਕਰਨ ਜਾ ਰਿਹਾ ਸੋਹਣੀ ਸੋਹਣੀ ਫੁੱਲਾਂ ਤੇ ਬਹਾਰ ਹਾਂ ਸੋਹਣੀ ਸੋਹਣੀ ਫੁੱਲਾਂ ਤੇ ਬਹਾਰ ਕਈ ਵੇਰ ਮੁੜ ਗਈ ਏ ਆਣ ਕੇ ਬਸੰਤ ਤੇਰੀ ਕਈ ਵੇਰ ਮੁੜ ਗਈ ਏ ਆਣ ਕੇ ਬਸੰਤ ਤੇਰੀ ਪਰ ਤੂੰ ਨਾ ਆਇਓ ਇੱਕ ਵਾਰ ਹਾਂ ਪਰ ਤੂੰ ਨਾ ਆਇਓ ਇੱਕ ਵਾਰ ਸੋਹਣੀ ਸੋਹਣੀ ਫੁੱਲਾਂ ਤੇ ਬਹਾਰ ਤੇਰੀਆਂ ਕਹਾਣੀਆਂ ਮੈਂ ਕਲੀਆਂ ਨੂੰ ਦੱਸੀਆਂ ਮੇਰੇ ਹਾਲ ਉੱਤੇ ਉਹ ਵੀ ਖਿੜ ਖਿੜ ਹੱਸੀਆਂ ਉਹ ਮੇਰੇ ਹਾਲ ਉੱਤੇ ਉਹ ਵੀ ਖਿੜ ਖਿੜ ਹੱਸੀਆਂ ਰੋ ਰੋ ਕੇ ਅੱਖਾਂ ਵਿੱਚੋਂ ਹੰਝੂ ਵੀ ਨੇ ਮੁੱਕੇ ਪਰ ਸਾਡਾ ਮੁੱਕਿਆ ਨਾ ਇਕਰਾਰ ਹਾਂ ਪਰ ਮੁੱਕਿਆ ਨਾ ਤੇਰਾ ਇਕਰਾਰ ਸੋਹਣੀ ਸੋਹਣੀ ਫੁੱਲਾਂ ਤੇ ਬਹਾਰ ਗੱਲਾਂ ਗੱਲਾਂ ਵਿੱਚ ਰੁੱਸ ਤੁਰ ਨਹੀਂ ਓ ਜਾਈਦਾ ਗੱਲਾਂ ਗੱਲਾਂ ਵਿੱਚ ਨਹੀਂ ਓ ਤੁਰ ਨਹੀਂ ਓ ਜਾਈਦਾ ਨਿੱਕੀ ਜਿਹੀ ਗੱਲ ਪਿੱਛੇ ਹਾੜਾ ਨਹੀਂ ਪੁਆਈਦਾ ਓਏ ਨਿੱਕੀ ਜਿਹੀ ਗੱਲ ਪਿੱਛੇ ਹਾੜਾ ਨਹੀਂ ਪੁਆਈਦਾ ਵਤਨਾ ਤੋਂ ਦੂਰ ਜਾ ਕੇ ਸਾਨੂੰ ਪੀਆ ਭੁੱਲ ਬੈਠੋ ਏਦਾਂ ਨਹੀਂ ਓ ਨਿਭਦੇ ਪਿਆਰ ਹਾਂ ਸੋਹਣੀ ਸੋਹਣੀ ਫੁੱਲਾਂ ਤੇ ਬਹਾਰ ਕਈ ਵੇਰ ਮੁੜ ਗਈ ਆਣ ਕੇ ਬਸੰਤ ਤੇਰੀ ਤੂੰ ਨਾ ਪਰ ਆਇਓ ਇੱਕ ਵਾਰ ਹਾਂ ਤੂੰ ਨਾ ਪਰ ਆਇਓ ਇੱਕ ਵਾਰ ਕਾਵਾਂ ਕੋਲੋਂ ਰੋਜ਼ ਐਵੇਂ ਝੂਠ ਨਹੀਂ ਬੁਲਾਈਦਾ ਕਾਵਾਂ ਕੋਲੋਂ ਐਵੇਂ ਰੋਜ਼ ਝੂਠ ਨਹੀਂ ਬੁਲਾਈਦਾ ਮਿੱਤਰਾਂ ਪਿਆਰਿਆਂ ਨੂੰ ਛੱਡ ਕੇ ਨਹੀਂ ਜਾਈਦਾ ਓਏ ਮਿੱਤਰਾਂ ਪਿਆਰਿਆਂ ਨੂੰ ਛੱਡ ਕੇ ਨਹੀਂ ਜਾਈਦਾ ਤੇਰੀ ਜੇ ਉਦਾਸੀ ਵਿੱਚ ਓ ਤੇਰੀ ਜੇ ਉਦਾਸੀ ਵਿੱਚ ਮਰ ਗਏ ਪ੍ਰੀਤ ਮਾਵੇ ਆ ਕੇ ਸਾਡੇ ਚੁੰਮੀ ਨਾ ਮਜ਼ਾਰ ਹਾਂ
आके फिर चुमी ना मजार कई वेर मुड़ गई है आन के बसंत तेरी कई वेर मुड़ गई है आन के बसंत तेरी पर तू ना आयो एक बार हाँ सोनी सोनी फुला ते बहार सोनी सोनी फुला ते बहार स्वाद आ गया तो किवें ही लै गया और करमजीत दी तस्वीर दिस रही है दस्तार भी बड़ी सोहनी अजता भी उतरा केसरी दस्तार सो मैं चाहांगा कि हुण तू अपना कलाम सुनाउण दी वारी ते पंजाब बैठा है ते संत रविदास दे किसे गीत नाल साडे सांझ पा जिवें तू इच्छा प्रगटाई है मेरा प्यार वीर करमजीत कौमी पुरस्कार विजेता अध्यापन दे विच और बहुत हीरा पुत्र साडा जी अंकल जी सत श्री अकाल गाल लग के सिहरी दे जट रोवे बोला विचों नीर वगया गाल लग के लिया तंगली नसीबा नू फरोलिए तूड़ी विचों पुत जगया लिया तंगली साडे पेड़ विच तेरे गल ची थड़े मेरी है जवान कणके साडे पेड़ विच कल शाह दे गुदामा विचों निकली तू सोने दा पटोला बन के कल शाह दे तीए केड़े नी पड़ोले विच डकला मैं तेरिया जवान सदरा तीए केड़े नी वड़ खानिया ससा दा रूप तारिया वड खानिया ससा दा रूप तारिया साडिया समाजी सदरा वड खानिया तीए केड़े मैं नजूमिया नू पुछला क्यों चन नू सराप लगया तीए केड़े मैं गाल लग के सीरी दे जट रोवे बोला विचों नीर वगया गाल लग के बहुत बहुत धन्यवाद जी मेहरबानी जी बहुत अच्छा ते हुण मैं जे जुड़ गया अपना जी शेरपुरी उसनूं बेनती करांगा इस तों बाद विच असीं शिंगारा सिंह चाहल होरां नूं सुणांगे फिर इकबाल नूं गुजारिश करांगा भैण निक्की नूं कि ओह अपने बाबल दी याद विच समागम बारे कुछ शब्द वी आखे ते नाल दी नाल एक गीत वी सानूं जरूर सुणावे उस अंदाज जिस अंदाज नाल साडा बेटा फिर गाउंदा हुंदा सी शेरपुरी जी नहीं जुड़े हाले चलो फिर तुसीं उहनां नूं इंज करो उहनां नूं कट दिओ ते मैं बेनती करांगा प्यारे वीर शिंगारा सिंह चाहल होरां नूं कि ओह अपने दो गीतां नाल साडे नाल सांझ पाउण शिंगारा सिंह चाहल सर अनम्यूट कर लो शिंगारा जी वड्डे साहित्यक अदारियां वल्लों साडे वड्डे साहित्यकार गुरभजन गिल जी दी रहनमाई हेठ इस सदी दे सब तो वड्डे इनकलाबी शायर संत प्रमोद उदासी जी दी याद दे विच ਕੀਤਾ ਗਿਆ ਇਹ ਸੱਭਿਆਚਾਰ ਪ੍ਰੋਗਰਾਮ ਮੈਨੂੰ ਸ਼ਾਮਿਲ ਕੀਤਾ ਗਿਆ ਬਹੁਤ ਬਹੁਤ ਧੰਨਵਾਦ ਟਾਈਮ ਦੀ ਨਜ਼ਾਕਤ ਦੇਖਦੇ ਹੋਏ ਮੈਂ ਤੁਹਾਡੀ ਨਜ਼ਰ ਸੰਤ ਰਾਮ ਉਦਾਸੀ ਦੀ ਰਚਨਾ ਤੁਹਾਡੇ ਪੇਸ਼ ਕਰਦਾ ਉਮੀਦ ਕਰਦਾ ਤੁਹਾਨੂੰ ਠੀਕ ਮੈਨੂੰ ਦੋ ਗੀਤਾਂ ਦੀ ਗੱਲ ਕੀਤੀ ਗਈ ਹੈ ਪਰ ਸ਼ਾਇਦ ਇਹ ਮੇਰਾ ਇੱਕੋ ਗੀਤ ਹੈ ਦੋ ਗੀਤਾਂ ਦੀ ਟਾਈਮ
शायद पूरी कर दूंगा। Thank you.
ਬਹੁਤ ਅੱਛਾ ਸ਼ਿੰਗਾਰਾ ਸਿੰਘ, ਬਹੁਤ ਅੱਛਾ ਵਾਕਈ। ਉਹ ਗੀਤ ਜਿਹੜਾ ਬਹੁਤ ਘੱਟ ਗਾਇਆ ਗਿਆ, ਉਹਨੂੰ ਤੁਸੀਂ ਬੜੇ ਖੂਬਸੂਰਤ ਅੰਦਾਜ਼ ਪੇਸ਼ ਕੀਤਾ। ਮੈਨੂੰ ਯਾਦ ਆ ਰਿਹਾ ਸੀ ਜਦੋਂ 1975 ਦੇ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਤਾਬਦੀ ਸੀ, ਸ਼ਹਾਦਤ ਦੀ, ਤਾਂ ਬਹੁਤ ਵਧੀਆ ਇੱਕ ਗੀਤ ਸੰਤ ਰਾਮਦਾਸੀ ਹੋਰਾਂ ਲਿਖਿਆ ਸੀ, ਤੇਗ ਬਹਾਦਰ ਕੇ ਚਲਤ, ਜਿਹੜਾ ਪ੍ਰਚਲਿਤ ਹੈ ਉਹਨਾਂ ਦੀ ਕਿਤਾਬ ਦਿੱਲੀ ਦਿਆਲਾ ਵੇਖ ਨਾਂ ਥੱਲੇ ਜਿਹੜੀ ਛਪੀ ਸੀ ਉਸ 'ਚ, ਕਿ ਦਿੱਲੀ ਦਿਆਲਾ ਵੇਖ ਦੇਖ 'ਚ ਉਬਲਦਾ ਨਹੀਂ ਅਜੇ ਤੇਰਾ ਦਿਲ ਨਾ ਠਹਿਰੇ, ਮਤੀ ਦਾਸ ਤਾਈ ਆਰੇ ਵਾਂਗ ਚੀ ਜੀਭ ਤੇਰੀ
अजे मन मतियां करे लोकां दीआं भुखां उत्ते फतेह साडी देख दी लोकां दीआं दुखां उत्ते फतेह साडी देख दी असीं तां आ मौत दे चबादरे ते आण खड़े असीं तेरे मौत दे चबादरे ते आण खड़े तेरे तां प्या दे नेरे खेतां दे प्रेत ने तिलां दी थां कोली वांगू झाड़लीं दे खेत ने वेख किवें नरमे दे ढेरां दे विचाले लोकी सौंदे ने करोड़े ते रड़े लाल किले विच लहू लोकां दा जो कैद है बड़ी छेती इहदे बरी होण दी उम्मीद है पिंडां विचों तुरे होए पुतनी बहादुरां दे तेरे मेरी बड़े के बड़े सिरां वाले लोकी बीच चलिया ब्योड़नी एक दा तू मुल पावें लक रखनी करोड़नी लोक इन्ने संघने ने लखी दे जंगल वांगू सिंह तो इतो जाने ना फड़े दिलिया दयाला वेख देख जो बलदानी अजे तेरा दिल ना ठहरे सच मूरे साह तेरे जाणगे उताहां नूं गल नहीं आउणी तेरे झूठियां गवाहां नूं संगतां दी साथ विच जदों तेनूं खूनणे नी लैके फौजी खालसे खड़े दिलिया दयाला वेख के देख जो बलदानी अजे तेरा दिल ना ठहरे मती दास्ताई चीर आरे वांगू जीव तेरी अजे मन मतियां करे और साल बीत गए समझ लो 25 साल पिछली सदी दे और 20 साल इस सदी दे अजे भी उसे तरह ही आरे वांग जीव चलदी है उवें ही दिल्ली दयाले नूं देख जो वालदी है भावें उन्हें अंदाज बदल लिया पर इहदे बावजूद टकराओ दी स्थिति उस तरह बनी हुई है सो संतरां वास्ते गीत हर धरती ते हर संघर्षशील बंदे वास्ते उन्ने ही रेलीवेंट ने उन्ने ही अर्थ है मैं बेनती करांगा अश्विनी भल्ला होरां नूं कि जेकर जसवीर जस्सी जुड़ चुके ने तां मैनूं सूचित कर दिता जावे इन द मीन टाइम मैं बेनती करांगा निक्की भैण प्रिंसीपल इकबाल कौर उदासी जिहड़ी धी है उदासी होरां दी कि ओह कुछ शब्द अपने आखे ते नाल दी नाल सानूं इक गीत नाल सरशार करे उदासी जी दे बोलां नाल सांझ पावे निक्की भैण प्रिंसीपल इकबाल कौर उदासी अनम्यूट कर लो मैडम मैडम इकबाल जी अनम्यूट करो अपने एंड तो जी समागम विच जुड़े हुए सारे ही साथियों नूं सलाम पेश करदी हां सारे हाउस नूं सत श्री अकाल सब तो पहला तो मैं जिन्हां ने पूरा अपना कीमती समा कढ़ के इस समागम दे विच कवि दरबार दे विच हाजरी भरी है मैं उन्हां नूं सारयां नूं वेलकम कहांगी ते नाल दी नाल साडे प्रोफेसर साहब गुरभजन गिल जी जिन्हां दी सरप्रस्ती हेठ ये सारा प्रोग्राम हो रहा है जिन्हां दी तरादर नाल ये सारा प्रोग्राम हो रहा है उन्हां नूं मैं इस गल लई बहुत उन्हां दी धन्नवादी हाँ ते जिहड़े होर भी डॉक्टर एस पी सिंह डॉक्टर तरलोची ते नाल वीर शिंगारा होरी ते संपूर अंटले वाली अंकल ते नाल मैडम सोहल मैडम दविंदर दिल रूप सारे नूं मैं अज दे इस प्रोग्राम विच शामिल होण ते इस गल दे वेलकम कहिंदी हां क्योंकि उन्होंने अपने महबूब कवि नूं उन्हां दे जन्मदिन ते याद कीता है थोड़ा चलो कोविड करके प्रॉब्लम है कोशिश सी भी ऑफलाइन प्रोग्राम हो जाता फिर भी समस्या है एक अपने सारे लिए इस करके जो ऑनलाइन प्रोग्राम है इसलिए आप जुड़े हैं सारे जिथे अज वख वख इलाकों के ही नहीं वख वख स्टेटा के नहीं पूरे इंटरनेशनल लैवल से भी दिल्ली के सिंघू बॉर्डर से टिकरी बॉर्डर से गाजीपुर बॉर्डर से जिथे उदासी समर्पित प्रोग्राम हो रहे हैं बरनला के भी अज संयुक्त किसान मोर्चे वालों किया है इस तरह ही 17 तरीक का एक प्रोग्राम रखा से इस तरह 18 तरीक का चौंकी मान जिहड़ा टोल प्लाजा है उत्थे सी 18 तरीक का पूरा यह प्रोग्राम तो लगातार प्रोग्राम की लड़ी चल रही है तो मैं इस गल तुहानू सारयां नूं जिहड़े प्रोग्राम के प्रबंधक ने अश्विनी जी ने भल्ला साहब इस गल ते इन्हां नूं सारयां नूं इस गल दे वधाई देनी चाहांगी कि इन्ने जरूरी कीमती समय दे विच इन्ने माड़ियां साडियां जिहड़ियां परिस्थितियां ने साडियां जिहड़ियां COVID-19 लैके चल रहे हालात उन्हां नूं लेकिन समा कढ़िया है सो मैं सारयां दा धन्नवाद करना चाहांगी सारे हाउस नाल जुड़े हुए साथियों का गीत दी मैनूं लगदा सी वी गीत दी लोड़ नहीं रहेगी सर मैनूं लगदा खासा टाइम ज्यादा हो गया बाकी नहीं इकबाल सानूं रंग चाहिदा ना मैं इक पैरा ही तुहानूं सुनावांगी हां सानूं रंग चाहिदा साडे वड्डे वीर वाला ठीक है जी ठीक है
ਸੋ ਗੀਤ ਇੱਕ ਪੇਸ਼ ਕਰ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਉਹਨਾਂ ਦੀ ਇੱਕ ਕਵਿਤਾ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਉਹਨਾਂ ਨੇ ਕਵਿਤਾ ਲਿਖੀ ਸੀ ਤਾਂ ਉਹਨਾਂ ਦਾ ਉਸ ਸਮੇਂ ਵੀ ਲਿਖਣ ਦਾ ਇੱਕੋ ਮਕਸਦ ਸੀ ਕਿ ਸਾਨੂੰ ਅੱਜ ਵੀ ਉਹਨੇ ਸਿਰਾਂ ਦੀ ਲੋੜ ਹੈ ਸਾਡੀ ਇਸ ਪੂਰੀ ਵਿਵਸਥਾ ਨੂੰ ਬਦਲਣ ਲਈ ਪੂਰਾ ਇਸ ਲੁਟੇਰੇ ਪ੍ਰਬੰਧ ਨੂੰ ਬਦਲਣ ਲਈ ਤਾਂ ਉਹਨਾਂ ਨੇ ਇੱਕ ਕਵਿਤਾ ਲਿਖੀ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਸੋ ਮੈਂ ਉਹਦਾ ਇੱਕ ਦੋ ਪੈਰੇ ਹੀ ਤੁਹਾਨੂੰ ਸੁਣਾਵਾਂਗੀ ਜ਼ਿੰਦਗੀ ਦੇ ਰਾਹਾਂ ਵਿੱਚ ਹੱਕਾਂ ਦੀਆਂ ਮੰਜ਼ਲਾਂ ਨੂੰ ਤੇਰਾ ਸਿੰਘ ਹੱਸ ਕੇ ਵਰੇ ਤੇਰਾ ਸਿੰਘ ਹੱਸ ਕੇ ਵਰੇ ਉਹਨਿਆਂ ਸਿਰਾਂ ਦੀ ਅੱਜ ਮੁੜ ਕੇ ਹੈ ਲੋੜ ਸਾਨੂੰ ਪਹਿਲਾਂ ਜਿੰਨੇ ਪੁੰਨ ਤੂੰ ਕਰੇ ਪਹਿਲਾਂ ਜਿੰਨੇ ਪੁੰਨ ਤੂੰ ਕਰੇ ਸੱਚੇ ਸੁੱਚੇ ਸਿੰਘ ਦਾ ਤਾਂ ਇਹੋ ਹੀ ਕਮਾਲੇ ਜ਼ਾਲਮਾਂ ਦੀ ਮੌਤ ਤੇ ਗਰੀਬਾਂ ਦੀ ਉਹ ਟਾਲੇ ਤੇਰਾ ਸਿੰਘ ਸਦਾ ਹੱਕ ਸੱਚ ਲਈ ਲੜਦਾ ਏ ਭਾਵੇਂ ਵੀਤਨਾਮ ਚ ਲੜੇ ਭਾਵੇਂ ਵੀਤਨਾਮ ਚ ਲੜੇ ਉਹਨਿਆਂ ਸਿਰਾਂ ਦੀ ਅੱਜ ਮੁੜ ਕੇ ਹੈ ਲੋੜ ਸਾਨੂੰ ਪਹਿਲਾਂ ਜਿੰਨੇ ਪੁੰਨ ਤੂੰ ਕਰੇ ਪਹਿਲਾਂ ਜਿੰਨੇ ਪੁੰਨ ਤੂੰ ਕਰੇ ਬਹੁਤ ਅੱਛਾ ਬਹੁਤ ਅੱਛਾ ਇੱਕ ਆਖਰੀ ਪੈਰਾ ਬੋਲਣ ਲੱਗੀ ਹਾਂ ਅੱਜ ਫੇਰ ਸਾਂਭਿਆ ਔਰੰਗੇ ਨੇ ਹੀ ਰਾਜ ਹੈ ਵਾਹ ਅੱਜ ਫੇਰ ਸਾਂਭਿਆ ਔਰੰਗੇ ਨੇ ਹੀ ਰਾਜ ਹੈ ਪਿੰਡ ਪਿੰਡ ਪਹੁੰਚੀ ਚੁੰਮ ਕੌਰ ਦੀ ਆਵਾਜ਼ ਹੈ ਵੇਲਾ ਜੇ ਗੋਬਿੰਦ ਗੀਤ ਨਾਮ ਤੇ ਕੰਬੋਡੀਆ ਚੋਂ ਆ ਕੇ ਹਿੰਦ ਵਿੱਚ ਵੀ ਲੜੇ ਆ ਕੇ ਹਿੰਦ ਵਿੱਚ ਵੀ ਲੜੇ ਉਹਨਿਆਂ ਸਿਰਾਂ ਦੀ ਇਹ ਲੋੜ ਸਾਨੂੰ ਪਹਿਲਾਂ ਜਿੰਨੇ ਪੁੰਨ ਤੂੰ ਕਰੇ ਪਹਿਲਾਂ ਜਿੰਨੇ ਪੁੰਨ ਤੂੰ ਕਰੇ ਸੰਸਾਰ ਦੇ ਰੋੜ ਵਾਂਗੂ ਪੁੱਤਰੀ ਮਹਿੰਗਾਈ ਏ ਸਰਸਾਰ ਦੇ ਰੋੜ ਵਾਂਗੂ ਪੁੱਤਰੀ ਮਹਿੰਗਾਈ ਏ ਜ਼ੁਲਮਾਂ ਦੀ ਕੰਧ ਸਾਡੇ ਗਲਾਂ ਤੀ ਕੀ ਆਈ ਏ ਵੇਲੜਾਂ ਦੇ ਮੂੰਹਾਂ ਉੱਤੇ ਲਾਲੀ ਰੋਜ ਚੜੀ ਵੇਲੜਾਂ ਦੇ ਮੂੰਹਾਂ ਉੱਤੇ ਲਾਲੀ ਰੋਜ ਚੜੀ ਦੀਏ ਲਹੂ ਜਦੋਂ ਕਾਮੇ ਦਾ ਸੜੇ ਲਹੂ ਜਦੋਂ ਕਾਮੇ ਦਾ ਸੜੇ ਉਹਨਿਆਂ ਸਿਰਾਂ ਦੀ ਅੱਜ ਮੁੜ ਕੇ ਹੈ ਲੋੜ ਸਾਨੂੰ ਪਹਿਲਾਂ ਜਿੰਨੇ ਪੁੰਨ ਤੂੰ ਕਰੇ ਪਹਿਲਾਂ ਜਿੰਨੇ ਪੁੰਨ ਤੂੰ ਕਰੇ ਜ਼ਿੰਦਗੀ ਦੇ ਰਾਹਾਂ ਵਿੱਚ ਹੱਕਾਂ ਦੀਆਂ ਮੰਜ਼ਿਲਾਂ ਨੂੰ ਤੇਰਾ ਸਿੰਘ ਹੱਸ ਕੇ ਵਰੇ ਤੇਰਾ ਸਿੰਘ ਹੱਸ ਕੇ ਵਰੇ ਤੇਰਾ ਸਿੰਘ ਹੱਸ ਕੇ ਵਰੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਾ ਬਹੁਤ ਅੱਛਾ ਬਹੁਤ ਅੱਛਾ ਇਕਬਾਲ ਭੈਣੇ ਬਹੁਤ ਅੱਛਾ ਬਹੁਤ ਚੰਗਾ ਲੱਗਿਆ ਤੇ ਹੁਣ ਤੱਤੇ ਕਾਮੇ ਵੀ ਪਤਾ ਕਰ ਲਵਾਂ ਕਿਉਂਕਿ ਮੈਨੂੰ ਦਿਸ ਕੁਛ ਨਹੀਂ ਰਿਹਾ ਮੇਰੀ ਹਾਲਤ ਤਾਂ ਮਾਂ ਇੱਛਰਾਂ ਵਰਗੀ ਹੈ ਜਿਹਨੇ ਕਿਹਾ ਸੀ ਨਾ ਪੂਰਨ ਭਗਤ ਜਦੋਂ ਬਾਗ ਚ ਆਇਆ ਤੇ ਆਖਿਆ ਕਿ ਅੱਖੇ ਦਿਸੇ ਤਾਂ ਸੁਰ ਤੋਂ ਲੱਭ ਲਵਾਂ ਬੋਲੀ ਵੱਲੋਂ ਤਾਂ ਪੁੱਤਰ ਜਮਾਇਆ ਹੈ ਹੁਣ ਮੇਰੀ ਸਮੱਸਿਆ ਹੈ ਵੀ ਨਾ ਮੈਨੂੰ ਬੋਲੀ ਸੁਣ ਰਹੀ ਹੈ ਅਤੇ ਨਾ ਮੈਨੂੰ ਸ਼ਕਲ ਦਿਸ ਰਹੀ ਹੈ ਸੋ ਜੇ ਉਦਾਸੀ ਪਰਿਵਾਰ ਦੇ ਵਿੱਚੋਂ ਮੁਹਕਮ ਜਾਂ ਕੀਰਤਨ ਜਾਂ
ਨਿੱਕੀ ਭੈਣ ਪ੍ਰਿਤਪਾਲ ਇਸ ਪ੍ਰੋਗਰਾਮ 'ਚ ਹਾਜ਼ਰ ਆ ਜਾਂ ਮੇਰਾ ਵੀਰ ਸਰਦਾਰ ਗੁਰਦੇਵ ਸਿੰਘ ਕੋਇਲ ਹਾਜ਼ਰ ਆ ਤਾਂ ਉਹ ਵੀ ਸਾਨੂੰ ਕਮਿਊਨੀਕੇਟ ਕਰ ਦਿਓ ਤਾਂ ਕਿ ਅਸੀਂ ਉਹਨਾਂ ਨੂੰ ਵੀ ਸੁਣ ਸਕੀਏ ਚੰਗਾ ਲੱਗੇ। ਹਾਂਜੀ ਕੋਇਲ ਸਾਹਿਬ ਹੈਗੇ ਨੇ, ਕੋਇਲ ਸਾਹਿਬ ਜੇ ਹੈਗੇ ਨੇ ਤਾਂ ਕੋਇਲ ਸਾਹਿਬ ਦੀ ਗੁਜ਼ਾਰਿਸ਼ ਮੈਂ ਕਰਾਂਗਾ ਪਹਿਲਾਂ, ਇਸ ਤੋਂ ਪਹਿਲਾਂ ਕਿ ਦੱਸੀ ਬੋਲੇ ਔਰ ਅਖੀਰ 'ਚ ਪ੍ਰਧਾਨਗੀ ਭਾਸ਼ਣ ਡਾਕਟਰ ਸਾਹਿਬ ਦੇਣ, ਮੈਂ ਗੁਰਦੇਵ ਸਿੰਘ ਕੋਇਲ ਵੀਰ ਨੂੰ ਬੇਨਤੀ ਕਰਾਂਗਾ ਕਿ ਉਹ ਕੁਛ ਸ਼ਬਦ ਗਾਇਨ ਦੇ ਰੂਪ ਦੇ ਵਿੱਚ ਉਦਾਸੀ ਜੀ ਦੇ ਗੀਤਾਂ 'ਚੋਂ ਪੇਸ਼ ਕਰਨ। ਸਰ ਗੁਰਦੇਵ ਸਿੰਘ ਕੋਇਲ ਲੋਚੀ ਮੈਨੂੰ ਲੱਗਦਾ ਹੈ ਨੀ, ਅਨਮਿਊਟ ਕਰੋ, ਹੈਗੇ ਆ ਸਰ, ਇਹ ਮੇਰਾ ਬਹੁਤ ਸੁਰੀਲਾ ਯਾਰ ਆ ਇਸ ਕਰਕੇ ਹੈਗੇ ਨੀ, ਹੈਗੇ ਨੀ ਸਰ ਲੋਚੀ ਨੀ, ਅਨਮਿਊਟ ਕਰੋ ਸਰ ਆਪਣੇ ਲੈਪਟਾਪ ਤੋਂ ਜਾਂ ਮੋਬਾਈਲ ਤੋਂ ਜਿੱਥੋਂ ਵੀ ਤੁਸੀਂ ਕਰ ਰਹੇ ਹੋ, ਕੋਇਲ ਸਾਹਿਬ ਤੁਸੀਂ ਅਨਮਿਊਟ ਕਰੋ ਪਲੀਜ਼, ਉਹਨਾਂ ਨੇ ਆਪਣੇ ਆਪ ਨੂੰ ਮਿਊਟ ਕੀਤਾ ਹੋਇਆ। ਓਕੇ 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 ਪਾਲ ਭੈਣ ਜੀ ਬੜਾ ਦੱਸਿਓ ਭਾਜੀ ਹੋਰਾਂ ਨੂੰ, ਕੋਇਲ ਸਾਹਿਬ ਦਿਸ ਰਹੇ ਨੇ ਸਾਹਮਣੇ ਬੈਠੇ ਨੇ ਬਟ ਪਤਾ ਨੀ ਕੀ ਹੋਇਆ, ਮੈਂ ਉਹਨਾਂ ਨੂੰ ਮੇਰਾ ਖਿਆਲ ਚਲੋ ਅਮਰਜੀ ਸ਼ੇਰਪੁਰੀ ਹੈਗਾ ਕਿ ਭਲਾ ਨਹੀਂ ਲੋਚੀ ਵੇਖ ਕੇ ਦੱਸੀ ਜਰਾ, ਨਹੀਂ ਦਿਸ ਰਹੇ ਭਾਜੀ ਨਹੀਂ ਦਿਸ ਰਹੇ, ਚਲੋ ਬੂਟਾ ਸਿੰਘ ਚੌਹਾਨ ਵੀ ਪੱਗ ਬੰਨ ਰਿਹਾ ਕਹਿੰਦਾ ਮੈਂ ਇੱਕ ਦੋ ਗੱਲਾਂ ਮੈਂ ਵੀ ਕਰਨੀਆਂ ਨੇ, ਉਹ ਚਲੋ ਕੀਰਤ ਕਰ ਲੇਗਾ ਕੋਈ ਗੱਲ, ਸਿੰਘ ਚੌਹਾਨ ਵੀ ਹੈ ਨਹੀਂ ਗੇ, ਨਹੀਂ ਹੈਗਾ ਉਹ ਪੱਗ ਬੰਨਦਾ ਇਸ ਵੇਲੇ, ਇੱਕ ਵਾਰੀ ਉਹ ਸਾਰਿਆਂ ਨੇ ਸੁਣ ਗਿਆ ਉਹ ਅਨਮਿਊਟ ਹੀ ਚੱਲਦਾ ਰਿਹਾ, ਉਹ ਮਿਊਟ ਹੀ ਚੱਲਦਾ ਰਿਹਾ ਇਸ ਕਰਕੇ ਪਤਾ ਲੱਗੂ ਨੂੰ ਵੀ ਲੱਗਿਆ ਸਾਨੂੰ ਵੀ ਨੀ ਪਤਾ ਲੱਗਿਆ। ਬੂਟਾ ਸਿੰਘ ਚੌਹਾਨ ਬਰਨਾਲੇ ਤੋਂ ਨੇ ਜੀ, ਦੋਸਤ ਨੇ ਉਦਾਸੀ ਦੇ ਛੋਟਿਆਂ ਭਰਾਵਾਂ ਚੋਂ ਰਹੇ ਨੇ ਉੱਥੇ, ਉਹ ਜੁੜੇ ਨਹੀਂ ਹੋਏ ਸਰ, ਸੋ ਜਸਵੀਰ ਜੱਸੀ ਜੁੜੇ ਹੋਏ ਨੇ, ਨਹੀਂ ਸਰ ਨਹੀਂ ਜੁੜੇ ਜੀ, ਚਲੋ ਫੇਰ ਆਪਾਂ ਇੰਜ ਕਰਦੇ ਹਾਂ ਕਿ ਅਸ਼ਵਨੀ ਜੀ ਇਸ ਤੋਂ ਪਹਿਲਾਂ ਕਿ ਤੁਸੀਂ ਧੰਨਵਾਦ ਦੇ ਸ਼ਬਦ ਕਹੋ, ਮੈਂ ਗੁਜ਼ਾਰਿਸ਼ ਕਰਾਂਗਾ ਗੁਰਦੇਵ ਡਾਕਟਰ ਐਸ ਪੀ ਸਿੰਘ ਜੀ ਨੂੰ ਕਿ ਉਹ ਸਾਨੂੰ ਆਪਣੇ ਸ਼ਬਦਾਂ ਨਾਲ ਨਿਵਾਜਣ, ਪ੍ਰਧਾਨਗੀ ਭਾਸ਼ਣ ਦੇਣ, ਆਪਣਾ ਜੋ ਉਹਨਾਂ ਦਾ ਓਵਰਆਲ ਵਿਊ ਬਣਦਾ ਉਹਦੇ ਬਾਰੇ ਗੱਲ ਕਰਨ। ਡਾਕਟਰ ਐਸ ਪੀ ਸਿੰਘ ਜੀ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਯੂਨੀਵਰਸਿਟੀ ਔਰ ਪ੍ਰਧਾਨ, ਦੋ ਮਿੰਟ ਸੁਣ ਲਓ, ਗੁਰਦੇਵ ਆ ਗਿਆ, ਡਾਕਟਰ ਸਾਹਿਬ ਗੁਸਤਾਖੀ ਮਾਫ, ਗੁਰਦੇਵ ਨੂੰ ਸੁਣ ਲਈਏ ਜੀ, ਬੜਾ ਪੁਰਾਣਾ ਸਾਡਾ ਗਵਾਈਆ ਤਾਂ ਹੈ ਹੀ ਹੈ, ਸੰਤਰਾ ਵਾਸੀ ਦਾ ਨਿੱਕਾ ਵੀਰ ਹੈ ਔਰ ਰੱਜ ਕੇ ਸੁਰੀਲਾ, ਪੁੱਜ ਕੇ ਸੁਰੀਲਾ ਇਨਸਾਨ ਜਲੰਧਰੋਂ ਸਾਡੇ ਨਾਲ ਜੁੜ ਰਿਹਾ, ਗੁਰਦੇਵ ਸਿੰਘ ਕੋਇਲ ਕੋਇਲ ਸਾਹਿਬ ਆਓ, ਹੁਣ ਤਾਂ ਕੋਇਲ ਸਾਹਿਬ ਆ ਜਾਓ, ਹੁਣ ਤਾਂ ਅੰਬਾ ਦੀ ਰੁੱਤ ਹੈ, ਕੋਇਲ ਸਾਹਿਬ ਕੁਛ ਬੋਲੋ, ਤੁਹਾਡੀ ਆਵਾਜ਼ ਮੈਂ ਉਦਾਸੀ ਜੀ ਦਾ ਬੜਾ ਪਿਆਰਾ ਬਹੁਤ ਪੁਰਾਣਾ ਗੀਤ ਤੁਹਾਡੀ ਸੇਵਾ ਚਾਰ ਕਰ ਰਹੇ ਹਾਂ, ਅਜੇ ਨਾ ਆਈ ਮੰਜ਼ਿਲ ਤੇਰੀ ਅਜੇ ਵਧੇਰਾ ਪਾੜਾ ਏ ਕਰ ਅਲਬੇਰਾਈ ਅਜੇ ਹਨੇਰਾ ਗਾੜਾ ਏ ਹਨੇਰਾ ਗਾੜਾ ਅਜੇ ਨਾ ਆਈ ਮੰਜ਼ਿਲ ਤੇਰੀ ਸੋਬਰ ਸ਼ਾਪ ਨਾ ਸਕਿਆ ਦਰਦ ਦੀਆਂ ਤਸਵੀਰਾਂ ਨੂੰ ਅਜੇ ਮਸੋਬਰ ਛਾਪ ਨਾ ਸਕਿਆ ਦਰਦ ਦੀਆਂ ਤਸਵੀਰਾਂ ਨੂੰ ਅਜੇ ਮਿਸਤਰੀ ਤੋੜ ਨਾ ਸਕਿਆ ਅਜੇ ਮਿਸਤਰੀ ਤੋੜ ਨਾ ਸਕਿਆ ਏ ਮਜ਼ਬੀ ਜੰਜੀਰਾਂ ਨੂੰ ਏ ਮਜ਼ਬੀ ਜੰਜੀਰਾਂ ਨੂੰ ਅਜੇ ਇਸ਼ਕ ਦਾ ਕਾਸਾ ਖਾਲੀ ਵਾਹ ਅਜੇ ਇਸ਼ਕ ਦਾ ਕਾਸਾ ਖਾਲੀ ਖੈਰ ਹੁਸਨ ਨੇ ਪਾਇਆ ਨਾ ਮਾਨਵਤਾ ਦੇ ਬੂਹੇ ਤੇ ਕੋਈ
ਰਾਂਝਾ ਮੰਗਣ ਕੀ ਬਾਤ ਹੈ ਕੀ ਬਾਤ ਮਾਨਵਤਾ ਦੇ ਬੂਹੇ ਤੇ ਕੋਈ ਰਾਂਝਾ ਮੰਗਣ ਆਇਆ ਨਾ ਅਜੇ ਕਿਰਤ ਦੀ ਚੁੰਝ ਹੈ ਖਾਲੀ ਅਜੇ ਕਿਰਤ ਦੀ ਚੁੰਝ ਹੈ ਖਾਲੀ ਅਜੇ ਬਦੇਰਾ ਸਾੜਾ ਏ ਹਿੰਮਤ ਕਰ ਅਲਬੇਲੇ ਰਾਈ ਅਜੇ ਹਨੇਰਾ ਗਾੜਾ ਏ ਅਜੇ ਨ ਆਈ ਮੰਜ਼ਿਲ ਤੇਰੀ ਬਹੁਤ ਅੱਛਾ ਬਹੁਤ ਅੱਛਾ ਬਹੁਤ ਅੱਛਾ ਬਹੁਤ ਅੱਛਾ ਬਹੁਤ ਅੱਛਾ ਔਰ ਮੈਂ ਸ਼ੁਕਰਾਨਾ ਕਰਦਾ ਡਾਕਟਰ ਐਸਪੀ ਸਿੰਘ ਹੋਰਾਂ ਦਾ ਜਿਹੜੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਸਾਡੇ ਸਰਪ੍ਰਸਤੀ ਦੇ ਰਹੇ ਨੇ ਸਾਰੇ ਸਮਾਗਮ ਨੂੰ ਔਰ ਮੈਂ ਗੁਜ਼ਾਰਿਸ਼ ਕਰਾਂਗਾ ਡਾਕਟਰ ਸਾਹਿਬ ਨੂੰ ਕਿ ਉਹ ਕੁਛ ਸ਼ਬਦ ਕਹਿਣ ਸਾਰੇ ਸਮਾਗਮ ਬਾਰੇ ਹੈਲੋ ਹਾਂਜੀ ਅਰਦਾਸੀ ਦਾ ਇੱਕ ਰੰਗ ਹੋਰ ਪੇਸ਼ ਕਰਨਾ ਚਾਹੁੰਦਾ ਉਹ ਬਾਅਦ ਵਿੱਚ ਆਪਾਂ ਜਿਵੇਂ ਤੁਰਨ ਲੱਗਿਆ ਨੂੰ ਦੇਈਦੀ ਹੈ ਨਾ ਉਹ ਪਿੱਠੀ ਰਿਓੜੀ ਉਹ ਸਭ ਤੋਂ ਅਖੀਰ ਤੁਹਾਡਾ ਸੁਣ ਲਾਂਗੇ ਠੀਕ ਹੈ ਤੁਸੀਂ ਤਿਆਰੀ ਰੱਖੋ ਥੈਂਕ ਯੂ ਡਾਕਟਰ ਸਾਹਿਬ ਅੱਜ ਦੇ ਇਹ ਸਮਾਗਮ ਜਿਹੜਾ ਸੰਤ ਰਾਮ ਉਦਾਸੀ ਦੇ ਜਨਮ ਦਿਨ ਨੂੰ ਸਮਰਪਿਤ ਹੈ ਤੇ ਸੰਤ ਰਾਮ ਉਦਾਸੀ ਨੂੰ ਇਸ ਮੌਕੇ ਦੇ ਉੱਤੇ ਉਸਦੇ ਜਨਮ ਦਿਨ ਤੇ ਇਸ ਤਰ੍ਹਾਂ ਯਾਦ ਕਰਨਾ ਇਹਦੇ ਲਈ ਡਾਕਟਰ ਭੱਲਾ ਔਰ ਡਾਕਟਰ ਗੁਰਭਜਨ ਸਿੰਘ ਵਧਾਈ ਦੇ ਪਾਤਰ ਹੀ ਨਹੀਂ ਨਾਲ ਸਾਡੇ ਲਈ ਵੀ ਇਹ ਜਿਹੜੀ ਹੈ ਇੱਕ ਸ਼ੁਭ ਮੌਕਾ ਸੀ ਜਦੋਂ ਸੰਤ ਰਾਮ ਉਦਾਸੀ ਨੂੰ ਪੂਰੀ ਤਰ੍ਹਾਂ ਸਮਝਣ ਦਾ ਜਿਹੜਾ ਇੱਕ ਵਾਰੀ ਫਿਰ ਮੌਕਾ ਜਿਹੜਾ ਮਿਲਿਆ ਬੇਸ਼ੱਕ ਇਸ ਆਰੰਭ ਦੇ ਵਿੱਚ ਡਾਕਟਰ ਸੋਹਲ ਨੇ ਜਿਸ ਤਰ੍ਹਾਂ ਦੀ ਵਿਸਤ੍ਰਿਤ ਜਾਣਕਾਰੀ ਦਿੱਤੀ ਔਰ ਜਿੰਨਾ ਵੀ ਉਸ ਦੇ ਕਲਾਮ ਬਾਰੇ ਜਿਹੜੇ ਆ ਵੱਖ ਵੱਖ ਪੱਖਾਂ ਨੂੰ ਜਿਹੜਾ ਪੇਸ਼ ਕੀਤਾ ਔਰ ਵਿਸ਼ੇਸ਼ ਤੌਰ ਦੇ ਉੱਤੇ ਲੋਕ ਤਰਾਈ ਪੱਖ ਉਹਦੇ ਉਜਾਗਰ ਕੀਤੇ ਉਹ ਸੰਤ ਰਾਮ ਉਦਾਸੀ ਦੇ ਖੋਜ ਕਾਰਜ ਦੇ ਲਈ ਇੱਕ ਆਧਾਰ ਭੂਮੀ ਬਣਨ ਦੇ ਜਿਹੜੇ ਨੇ ਉਹ ਸਮਰੱਥ ਨੇ ਔਰ ਉਸ ਦਾ ਇਹ ਜਿਹੜੀ ਪੇਸ਼ਕਾਰੀ ਜਿਹੜੀ ਸੀ ਹਰਿੰਦਰ ਸੋਹਲ ਦੀ ਉਹ ਆਪਣੇ ਆਪ ਵਿੱਚ ਇੱਕ ਬਲਵਾਨ ਜਿਹੜੀ ਆ ਉਹ ਹੈ ਗੁਰਭਜਨ ਗਿੱਲ ਦਾ ਲਗਾਤਾਰ ਨਾਲ ਨਾਲ ਜੁੜਨਾ ਔਰ ਲਗਾਤਾਰ ਉਹਦੀ ਟਿੱਪਣੀਆਂ ਔਰ ਸੰਤ ਰਾਮ ਉਦਾਸੀ ਦੀਆਂ ਯਾਦਾਂ ਨੂੰ ਨਾਲ ਨਾਲ ਜੋੜਨਾ ਜਿਹੜਾ ਹੈ ਉਹਦੇ ਨਾਲ ਜਿਹੜਾ ਇਸ ਪ੍ਰੋਗਰਾਮ 'ਚ ਹੋਰ ਵਾਧਾ ਹੋਇਆ ਜਿੱਥੋਂ ਤੱਕ ਸੰਤ ਰਾਮ ਉਦਾਸੀ ਉਹਨਾਂ ਦੀ ਗੱਲ ਹੈ ਮੈਂ ਲਗਾਤਾਰ ਇਹ ਗੱਲ ਸੋਚ ਰਿਹਾ ਸੀ ਕਿ ਸੰਤ ਰਾਮ ਉਦਾਸੀ ਜਿਸ ਪਰੰਪਰਾ ਦੇ ਵਿੱਚੋਂ ਆਏ ਨੇ ਉਸ ਪਰੰਪਰਾ ਦੇ ਵਿੱਚ ਉਸ ਦੇ ਵਿੱਚ ਜਿਹੜਾ ਧਰਾਤਲ ਦੇ ਵਿੱਚ ਜਿਹੜਾ ਉਹ ਧਰਮ ਜਿਹੜਾ ਉਹ ਮਨਫੀ ਨਹੀਂ ਹੋ ਸਕਦਾ ਕਿਉਂਕਿ ਜਿੰਨਾ ਵੀ ਸੰਤ ਰਾਮ ਉਦਾਸੀ ਦੀ ਗੱਲਾਂ ਹੁੰਦੀਆਂ ਨੇ ਉਹਦੇ ਵਿੱਚ ਉਸ ਦੀ ਧਾਰਮਿਕ ਜਿਹੜੀ ਹੈ ਤ੍ਰਾਤਰ ਜਿਹੜੀ ਹੈ ਉਹਨੂੰ ਬਿਲਕੁਲ ਹੀ ਮਨਫੀ ਕਰਕੇ ਦੇਖਿਆ ਜਾਂਦਾ ਸੀ ਪਰ ਅੱਜ ਦੇ ਇਹ ਸਮਾਗਮ ਦੇ ਵਿੱਚ ਸੰਤ ਰਾਮ ਉਦਾਸੀ ਦੀ ਉਸ ਤ੍ਰਾਤਰ ਦੀ ਵੀ ਤਲਾਸ਼ ਕੀਤੀ ਹੈ ਕਿਉਂਕਿ ਮੈਂ ਬਹੁਤ ਪੁਰਾਣਾ ਜਦੋਂ ਗੁਰਦੇਵ ਕੋਇਲ ਹੋਰੀ ਜਲੰਧਰ ਆਏ ਸਨ ਤੇ ਉਸ ਵਿੱਚ ਮੇਰੇ ਪਿਤਾ ਜੀ ਦੀ ਸਰਪ੍ਰਸਤੀ ਵੀ ਉਹਨਾਂ ਨੂੰ ਹਾਸਲ ਸੀ ਜਿਸ ਵੇਲੇ ਉਹ ਆਪਣੇ ਕਵੀ ਦਰਬਾਰਾਂ ਵਿੱਚ ਦੂਜੇ ਜਿਹੜੇ ਸਨ ਉਹ ਪ੍ਰੋਗਰਾਮ ਕਰਦੇ ਸਨ ਤੇ ਉਸ ਵੇਲੇ ਉਹ ਇੱਕ ਰੰਗਤ 'ਚ ਰੰਗੇ ਸਨ ਤੇ ਜਦੋਂ ਇਸ ਗੱਲ ਦਾ ਅਹਿਸਾਸ ਹੋਇਆ ਕਿ ਗੁਰਦੇਵ ਗੋਇਲ ਦੇ ਵੱਡੇ ਭਰਾ ਜਿਹੜੇ ਸੰਤ ਰਾਮ ਉਦਾਸੀ ਜੀ ਨੇ ਔਰ ਉਹਨਾਂ ਦਾ ਉਹ ਪ੍ਰਭਾਵ ਜਿਹੜਾ ਧਾਰਮਿਕ ਉਹ ਕਿਸੇ ਤਰ੍ਹਾਂ ਵੀ ਪਰਿਵਾਰ ਵਿੱਚ ਮਨਫੀ ਨਹੀਂ ਹੋ ਸਕਦਾ ਉਹ ਮੈਨੂੰ ਅੱਜ ਜਿਹੜਾ ਉਸ ਬਾਰੇ ਜਿਹੜੀ ਹੈ ਬਹੁਤ ਹੀ ਸਪਸ਼ਟਤਾ ਜਿਹੜੀ ਹੈ ਪ੍ਰਦਾਨ ਕੀਤੀ ਗਈ ਹੈ ਔਰ ਇਸ ਗੱਲ ਲਈ ਮੈਂ ਗੁਰਭਜਨ ਗਿੱਲ ਉਹਨਾਂ ਦਾ ਧੰਨਵਾਦੀ ਵੀ ਹਾਂ ਕਿ ਜਿਸ ਵੇਲੇ ਸੰਤ ਰਾਮ ਉਦਾਸੀ ਨੂੰ ਸਮੁੱਚੇ ਪਰਿਪੇਖ ਵਿੱਚ ਸਮਝਿਆ ਜਾਏਗਾ ਤੇ ਉਸ ਪਰਿਪੇਖ ਦੇ ਵਿੱਚ ਉਹ ਧਰਤੀ ਦੇ ਪੁੱਤਰ ਨੂੰ ਉਸ ਧਰਤੀ ਦੀਆਂ ਪਰੰਪਰਾਵਾਂ ਜਿਹੜੀਆਂ ਨੇ ਜਿਹੜੀਆਂ ਗੁਰੂ ਤੇਗ ਬਹਾਦਰ ਔਰ ਗੁਰੂ ਗੋਬਿੰਦ ਸਿੰਘ ਨਾਲ ਜੁੜੀਆਂ ਹੋਈਆਂ ਨੇ ਉਹ ਵੀ ਕਿਸੇ ਨਾ ਕਿਸੇ ਜਿਹੜਾ ਉਹ ਆਪ ਪ੍ਰਤੱਖ ਰੂਪ ਦੇ ਵਿੱਚ ਜਿਹੜੀਆਂ ਨੇ ਉਹ ਵਿੱਚ ਆਉਣਗੀਆਂ ਆਉਣਗੀਆਂ ਉਹਨੂੰ ਮਨਫੀ ਨਹੀਂ ਕੀਤਾ ਜਾ ਸਕਦਾ ਪਰ ਜਦੋਂ ਵੀ ਅਸੀਂ ਸੰਤ ਰਾਮ ਉਦਾਸੀ ਨੂੰ ਯਾਦ ਕਰਦੇ ਸੀ ਉਸ ਦੇ ਵਿੱਚ ਉਹਦੀ ਧਾਰਮਿਕ ਤ੍ਰਾਤਰ ਜਿਹੜੀ ਆ ਉਹ ਕਾਫੀ ਹੱਦ ਤੱਕ ਜਿਹੜੀ ਸੀ ਉਹ ਮਨਫੀ ਹੁੰਦੀ ਸੀ ਸੰਤ ਰਾਮ ਉਦਾਸੀ ਨੂੰ ਜੇ ਅਸੀਂ ਉਵੇਂ ਕਹੀਏ ਤੇ ਉਹ ਧਰਤੀ ਦਾ ਪੁੱਤਰ ਹੀ ਨਹੀਂ ਬਲਕਿ ਮਿੱਟੀ ਦਾ ਮੋਹ ਜਿਹੜਾ ਉਸ ਦੇ ਵਿੱਚ ਜਿਹੜਾ ਉਹ ਪੂਰਨ ਤੌਰ ਤੇ ਵਿਦਮਾਨ ਹੈ ਔਰ ਉਹ ਧਰਤੀ ਦਾ ਮੋਹ ਜਿਹੜਾ ਉਸ ਦੀ ਇੱਕ ਵੇਦਨਾ ਜਿਹੜੀ ਆ ਲੈ ਕੇ ਉਹ ਚੱਲਦਾ ਜਿਹੜੇ ਕਿ ਸਹੀ ਅਰਥਾਂ ਵਿੱਚ ਜਿਹੜੇ ਧਰਤੀ ਦੇ ਪੁੱਤਰ ਨੇ ਜਿਹੜੇ ਮਿੱਟੀ ਦੇ ਨਾਲ ਜਿਹੜੇ ਜੁੜੇ ਹੋਏ ਨੇ ਉਹ ਮਿੱਟੀ ਦੀ ਜਿਹੜੀ ਖੁਸ਼ਬੋ ਜਿਹੜੀ ਹੈ ਦਰਅਸਲ ਉਹਨਾਂ ਕੋਲ ਹੈ ਜਿਹੜੇ ਮਿੱਟੀ ਨਾਲ ਨਹੀਂ ਜੁੜੇ ਉਹਨਾਂ ਕੋਲ ਉਹ ਖੁਸ਼ਬੋ ਨਹੀਂ ਮਿਲ ਸਕਦੀ ਔਰ ਇਸੇ ਕਰਕੇ ਜਿਹੜੀ ਉਦਾਸੀ ਉਹਨਾਂ ਦੀ ਜਿਹੜੀ ਸ਼ਾਇਰੀ ਹੈ ਉਹ ਸਮਰੱਥ ਸ਼ਾਇਰੀ ਹੈ
ਉਹ ਕਿਸੇ ਸੁਣੀ ਸੁਣਾਈ ਜਾਂ ਉਧਾਰੀ ਲਈ ਜਿਹੜੀ ਹੈ ਅਹਿਸਾਸਾਂ ਦੀ ਸ਼ਾਇਰੀ ਨਹੀਂ ਬਲਕਿ ਹੰਡਾਏ ਹੋਏ ਸੱਚ ਦੀ ਸ਼ਾਇਰੀ ਹੈ ਔਰ ਹੰਡਾਏ ਹੋਇਆ ਸੱਚ ਜਿਹੜਾ ਹੈ ਹਮੇਸ਼ਾ ਹੀ ਜਿਹੜਾ ਉਸ ਦੇ ਵਿੱਚ ਇੱਕ ਸਮਰੱਥਾ ਇੱਕ ਸ਼ਕਤੀ ਔਰ ਇੱਕ ਜਿਹੜਾ ਉਸ ਦੇ ਵਿੱਚ ਜਿਹੜਾ ਆਪਣੇ ਆਪ ਹੀ ਸੁਤੇ ਸਿੱਧ ਜਿਹੜੀ ਹੈ ਉਹ ਪ੍ਰੇਰਨਾ ਜਿਹੜੀ ਹੈ ਉਹਦੇ ਵਿੱਚ ਹੁੰਦੀ ਹੈ ਔਰ ਸਾਡੇ ਸਮਿਆਂ ਦੇ ਵਿੱਚ ਜਦੋਂ ਅਸੀਂ ਇਸ ਸਾਹਿਤ ਨੂੰ ਪੜ੍ਹਨਾ ਲਿਖਣਾ ਸ਼ੁਰੂ ਕੀਤਾ ਉਸ ਵਿੱਚ ਸੰਤ ਮਦਾਸੀ ਲਗਾਤਾਰ ਸਾਡੇ ਨਾਲ ਜੁੜਿਆ ਰਿਹਾ ਔਰ ਮੈਨੂੰ ਇਸ ਗੱਲ ਦਾ ਮੌਕਾ ਵੀ ਮਿਲਿਆ ਉਹਨਾਂ ਨੂੰ ਮਿਲਣ ਦਾ ਵੀ ਪਹਿਲਾਂ ਮੌਕਾ ਮਿਲਿਆ ਸੀ ਜਦੋਂ ਸੁਰਿੰਦਰ ਗਿੱਲ ਉਹਨਾਂ ਨਾਲ ਅਸੀਂ ਉਹ CPM ਦੇ ਪਾਰਟੀ ਦੇ ਵਿੱਚ ਜਿਹੜੇ ਅਸੀਂ ਕੰਮ ਕਰਨ 'ਚ ਐਜ਼ ਅ ਵਿਦਿਆਰਥੀ ਵਿੱਚ ਕੰਮ ਕਰਦੇ ਸਨ ਉਸ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਦੇ ਕਿਉਂਕਿ ਮੈਂ ਪਟਿਆਲੇ ਜਦੋਂ ਰਿਹਾ ਅਤੇ ਮਾਲਵੇ ਦੇ ਇਹਨਾਂ ਸਾਰੇ ਕਾਲਜਾਂ ਦੇ ਯੂਥ ਫੈਸਟੀ ਉਹਨਾਂ ਜਦੋਂ ਜਾਂਦੇ ਹੁੰਦੇ ਸੀ ਕਿਸੇ ਨਾ ਕਿਸੇ ਹਸੀਅਤ ਵਿੱਚ ਅਤੇ ਉਸ ਵੇਲੇ ਸੰਤ ਰਾਮ ਉਦਾਸੀ ਨੂੰ ਵਿਦਿਆਰਥੀਆਂ ਰਾਹੀਂ ਜਿੱਥੇ ਕਵਿਤਾਵਾਂ ਦਾ ਵੀ ਉੱਥੇ ਸੰਤ ਰਾਮ ਉਦਾਸੀ ਨੂੰ ਨਿੱਜੀ ਤੌਰ ਦੇ ਉੱਤੇ ਮਿਲਣ ਦਾ ਔਰ ਸੁਣਨ ਦਾ ਮੌਕਾ ਮਿਲਿਆ ਔਰ ਅੱਜ ਜਿਹੜਾ ਇਹ ਮੌਕਾ ਜਿਹੜਾ ਹੈ ਇੱਕ ਵਾਰੀ ਫਿਰ ਉਹ ਪੁਰਾਣੀਆਂ ਯਾਦਾਂ ਨੂੰ ਜਿਹੜਾ ਇਕੱਠਾ ਕਰਦਾ ਹੈ ਔਰ ਇਸ ਗੱਲ ਲਈ ਕਿ ਸੰਤ ਰਾਮ ਉਦਾਸੀ ਨੂੰ ਕਿਸੇ ਅਹੁਦੇ 'ਤੇ ਕਿਸੇ ਪ੍ਰਭਾਵ ਦੇ ਕਿਸੇ ਸ਼ਕਤੀ ਤੋਂ ਬਗੈਰ ਗੁਰਭਜਨ ਗਿੱਲ ਉਹਨਾਂ ਦਾ ਇਸ ਪੱਧਰ ਦੇ ਉੱਤੇ ਯਾਦ ਕਰਨਾ ਔਰ ਉਹਦੇ ਨਾਲ ਭਾਵਨਾ ਪ੍ਰਗਟਾਉਣ ਵਾਲੇ ਜਿਹੜੇ ਨੇ ਉਹ ਸ਼ਾਇਰਾਂ ਨੂੰ ਔਰ ਗਾਇਕਾਂ ਨੂੰ ਜੋੜਨਾ ਜਿਹੜਾ ਹੈ ਉਹ ਆਪਣੇ ਆਪ ਵਿੱਚ ਬੜੀ ਵੱਡੀ ਪ੍ਰਾਪਤੀ ਹੈ ਔਰ ਮੈਨੂੰ ਇਸ ਗੱਲ ਦਾ ਮਾਣ ਮਹਿਸੂਸ ਹੁੰਦਾ ਹੈ ਕਿ ਇਸ ਸਮਾਗਮ ਜਿਹੜਾ 3 ਘੰਟੇ ਤੱਕ ਜਿਹੜਾ ਉਹ ਚੱਲਿਆ ਹੈ ਉਸ ਦੇ ਵਿੱਚ ਮੈਂ ਲਗਾਤਾਰ ਜੁੜਿਆ ਇਸ ਕਰਕੇ ਰਿਹਾ ਕਿ ਇਹ ਕਿਸੇ ਮਜਬੂਰੀ 'ਚ ਨਹੀਂ ਬਲਕਿ ਸਮਾਗਮ ਦੀ ਪ੍ਰਭਾਵਸ਼ਾਲੀ ਜਿਹੜਾ ਸੀ ਆਧਾਰ ਜਿਹੜਾ ਸੀ ਔਰ ਸੰਤ ਰਾਮ ਉਦਾਸੀ ਬਾਰੇ ਗੱਲਾਂ ਸੁਣਨੀਆਂ ਅਤੇ ਕਰਨੀਆਂ ਅਤੇ ਉਹਦੇ ਜਿਹੜੀ ਹੈ ਕਵਿਤਾ ਬਾਰੇ ਉਹਦੇ ਗੀਤਾਂ ਬਾਰੇ ਜਾਣਨਾ ਜਿਹੜਾ ਸੀ ਉਹ ਆਪਣੇ ਆਪ ਵਿੱਚ ਜਿਹੜੀ ਸੀ ਬਹੁਤ ਵੱਡੀ ਪ੍ਰਾਪਤੀ ਸੀ ਸੋ ਇਸ ਮੌਕੇ 'ਤੇ ਜਿੱਥੇ ਮੈਂ ਉਸ ਪਰਿਵਾਰ ਨੂੰ ਵਿਸ਼ੇਸ਼ ਤੌਰ 'ਤੇ ਗੁਰਦੇਵ ਕੋਇਲ ਨੂੰ ਉਹਦੇ ਜਨਮ ਦਿਨ ਦੀ ਵਧਾਈ ਵੀ ਪੇਸ਼ ਕਰਨਾ ਨਾਲ ਹੀ ਇਹ ਆਸ ਕਰਦਾ ਕਿ ਸੰਤ ਰਾਮ ਉਦਾਸੀ ਬਾਰੇ ਇਹ ਜਿਹੜੀ ਚਰਚਾ ਔਰ ਇਹ ਜਿਹੜਾ ਆਧਾਰ ਹੈ ਇਹ ਚੱਲਦਾ ਰਹੇਗਾ ਜਿਵੇਂ ਗੁਰਭਜਨ ਗਿੱਲ ਔਰ ਡਾਕਟਰ ਸੋਲ ਉਹਨਾਂ ਨੇ ਕਿਹਾ ਕਿ ਉਹਦੇ ਉੱਤੇ ਜਿਹੜੀ ਆ ਉਹ ਖੋਜ ਜਿਹੜੀ ਆ ਉਹ ਕਰਵਾਉਣ ਦੇ ਯਤਨ ਕਰਨਗੇ ਮੇਰੇ ਖਿਆਲ 'ਚ ਜੇਕਰ ਉਸ ਉੱਤੇ ਇਹੋ ਜਿਹੇ ਖੋਜ ਕਾਰਜ ਆਰੰਭੇ ਜਾਣਗੇ ਤਾਂ ਉਹ ਇੱਕ ਸਥਾਈ ਤੌਰ ਦੇ ਉੱਤੇ ਪ੍ਰਾਪਤੀ ਹੋਏਗੀ ਸਿਰਫ ਉਹ ਪ੍ਰਾਪਤੀ ਨੂੰ ਸਮਝਣ ਵਾਸਤੇ ਚੰਗੇ ਵਿਦਿਆਰਥੀ ਦਾ ਹੋਣਾ ਵੀ ਜਿਹੜਾ ਜ਼ਰੂਰੀ ਹੈ ਔਰ ਉਹ ਚੰਗੇ ਵਿਦਿਆਰਥੀ ਦੀ ਡਾਕਟਰ ਸੋਲ ਪਹਿਚਾਣ ਕਰਕੇ ਉਸ ਨੂੰ ਜੇਕਰ ਇਹ ਅਸਾਈਨਮੈਂਟ ਦੇਣਗੇ ਤੇ ਇਹ ਇੱਕ ਸਥਾਈ ਜਿਹੜੀ ਪ੍ਰਾਪਤੀ ਜਿਹੜੀ ਹੈ ਮੰਨੀ ਜਾਏਗੀ ਔਰ ਮੈਂ ਇਹਨਾਂ ਸ਼ਬਦਾਂ ਨਾਲ ਇੱਕ ਵਾਰੀ ਫਿਰ ਸਾਰਿਆਂ ਨੂੰ ਮੁਬਾਰਕ ਵੀ ਦਿੰਦਾ ਔਰ ਆਸ ਕਰਦਾ ਕਿ ਇਹ ਹਰ ਸਾਲ ਹੀ ਗੁਰਭਜਨ ਹੋਰੀ ਅਜਿਹਾ ਜਿਹੜਾ ਯਤਨ ਜਿਹੜੇ ਨੇ ਕਰਦੇ ਰਹਿਣਗੇ ਤਾਂ ਕਿ ਵਿਛੜਿਆ ਗੀਤਕਾਰ ਕਵੀ ਜਿਹੜਾ ਹੈ ਉਸ ਦੀ ਯਾਦ ਜਿਹੜੀ ਹੈ ਮੇਰੀ ਯਾਦ ਉਸਦੀ ਭਾਵੁਕਤਾ 'ਚ ਨਹੀਂ ਬਲਕਿ ਉਹ ਪ੍ਰੇਰਨਾ ਦਾ ਸਰੋਤ ਬਣ ਕੇ ਸਾਡੇ ਸਾਰਿਆਂ ਲਈ ਪਥ ਪ੍ਰਦਰਸ਼ਨ ਦਾ ਕੰਮ ਕਰੇ ਇਹਨਾਂ ਸ਼ਬਦਾਂ ਨਾਲ ਇੱਕ ਵਾਰੀ ਫਿਰ ਸਭ ਦਾ ਧੰਨਵਾਦ ਸ਼ੁਕਰੀਆ ਹਾਂ ਬਹੁਤ ਧੰਨਵਾਦ ਡਾਕਟਰ ਐਸ ਪੀ ਸਿੰਘ ਜੀ ਔਰ ਮੈਂ ਸੱਚ ਜਾਣਿਓ ਇੰਨਾ ਸ਼ੁਕਰਾਨਾ ਕਰਨਾ ਚਾਹੁੰਦਾ ਤੁਹਾਡਾ ਕਿ ਤੁਸੀਂ ਸਾਨੂੰ ਪ੍ਰੇਰਣਾ ਦਿੱਤੀ ਔਰ ਪ੍ਰੇਰਣਾ ਦੇ ਵਿੱਚੋਂ ਹੀ ਅੱਜ ਦਾ ਆਨਲਾਈਨ ਸੈਮੀਨਾਰ ਨਿਕਲਿਆ ਕਵੀ ਦਰਬਾਰ ਨਿਕਲਿਆ ਸੰਗੀਤ ਦਰਬਾਰ ਨਿਕਲਿਆ ਔਰ ਇਸ ਕਿਸਮ ਦੀ ਪ੍ਰੇਰਣਾ ਦਿੰਦਿਆਂ ਦਿੰਦਿਆਂ ਹੀ ਤੁਸੀਂ ਸਾਨੂੰ ਜਵਾਨ ਕੀਤਾ ਜਵਾਨ ਤੋਂ ਰਿਟਾਇਰ ਕੀਤਾ ਰਿਟਾਇਰ ਤੋਂ ਬਾਅਦ 'ਚ ਹੁਣ ਵੀ ਸਾਡੇ ਸਿਰ 'ਤੇ ਸਰਪ੍ਰਸਤੀ ਰੱਖ ਰਹੇ ਹੋ ਮੈਂ ਲਗਾਤਾਰ ਉਸ ਦਾ ਸ਼ੁਕਰਾਨਾ ਜਿੰਨਾ ਕਰਾਂ ਥੋੜ੍ਹਾ ਔਰ ਜੇ ਬੂਟਾ ਸਿੰਘ ਨੇ ਪੱਗ ਬੰਨ ਲਈ ਹੈ ਤਾਂ ਉਹ ਬਰਨਾਲੇ ਵੱਲੋਂ ਧੰਨਵਾਦ ਕਰੇਗਾ ਔਰ ਜੇ ਨਹੀਂ ਬੰਨੀ ਤਾਂ ਮੇਰਾ ਪਿਆਰਾ ਵੀਰ ਡਾਕਟਰ ਅਸ਼ਵਨੀ ਭੱਲਾ ਉਹ ਪੰਜਾਬ ਕਾਮਰਸ ਐਂਡ ਬਿਜ਼ਨਸ ਮੈਨੇਜਮੈਂਟ ਐਸੋਸੀਏਸ਼ਨ ਵੱਲੋਂ ਔਰ ਲੋਕ ਵਿਰਾਸਤ ਅਕਾਡਮੀ ਵੱਲੋਂ ਸਾਂਝੇ ਤੌਰ 'ਤੇ ਧੰਨਵਾਦ ਵੀ ਕਰੇਗਾ ਔਰ ਅਖੀਰ 'ਚ ਜੇ ਚਾਹੇ ਤਾਂ ਆਪਣੀ ਨਜ਼ਮ ਵੀ ਸੁਣਾ ਸਕਦਾ ਡਾਕਟਰ ਅਸ਼ਵਨੀ ਭੱਲਾ ਪਰ ਚੈੱਕ ਕਰ ਲਓ ਕਿ ਹੈਗਾ ਬੂਟਾ ਸਿੰਘ ਕਿ ਇੱਥੇ ਲੋਚੀ ਦਾ ਉਹ ਲਾ ਦੇ ਬੜਾ ਭੱਲਾ ਜੀ ਇੱਕ ਸ਼ਾਇਰੀ ਦੀ ਬਹੁਤ ਅੱਛੀ ਕਿਤਾਬ ਹੈ ਜਿਹੜੀ ਛਪੀ ਜੀ ਇੱਕ ਵਾਰਤਕ ਦੀ ਕਿਤਾਬ ਬਹੁਤ ਅੱਛੀ ਛਪੀ ਹੈ ਔਰ ਹੁਣੇ ਹੀ ਸਮਾਗਮ ਚੱਲਦੇ ਚੱਲਦੇ ਪਤਾ ਲੱਗਿਆ ਕਿ ਬਹੁਤ ਅੱਛੇ ਸ਼ਾਇਰ ਦੀਵਾਨ ਸਿੰਘ ਕਾਲੇ ਪਾਣੀ ਦੇ ਸ਼ਾਇਦ ਪੋਤਰੇ ਲੱਗਦੇ ਨੇ ਡਾਕਟਰ ਅਰਵਿੰਦ ਜਿਹੜੇ ਕੁਆਂਟਮ ਫਿਜ਼ਿਕਸ ਫਿਜ਼ਿਸਟ ਬਹੁਤ ਵੱਡੇ ਇੰਟਰਨੈਸ਼ਨਲ ਲੈਵਲ ਦੇ ਉਹਨਾਂ ਨੂੰ ਪੰਜਾਬੀ ਯੂਨੀਵਰਸਿਟੀ ਦਾ ਨਵਾਂ ਵਾਈਸ ਚਾਂਸਲਰ ਲਾਤਾ ਗਿਆ ਸੋ ਉਹ ਵਧਾਈ ਵੀ ਦੇਣੀ ਬਣਦੀ ਕਿ ਉਹ ਸ਼ਾਇਰ ਦਾ ਪੁੱਤਰ ਹੋਵੇ ਪੋਤਰਾ ਹੋਵੇ ਕੁਛ ਲੱਗਦਾ ਹੋਵੇ
ਤੇ ਉਹ ਏਡੀ ਵੱਡੀ ਕੁਰਸੀ ਤੇ ਬਿਰਾਜਮਾਨ ਹੋਵੇ। ਵੈਸੇ ਇਹਦੇ ਚ ਐਡ ਵੀ ਕਰ ਦਿੰਦੇ ਆ ਕਿ ਉਹ ਸਿਧਾਂਤਕ ਤੌਰ ਦੇ ਉੱਤੇ ਸੰਤ ਰਾਮ ਉਦਾਸੀ ਦੀ ਸੋਚ ਦਾ ਇੱਕ ਪ੍ਰਤੀਬਲ ਜਿਹੜਾ ਵਿਅਕਤੀ ਹੈ, ਨਿਰਾ ਉਹ ਸਾਇੰਟਿਸਟ ਨਹੀਂ, ਨਿਰਾ ਉਹ ਰਿਸਰਚਰ ਨਹੀਂ, ਬਹੁਤ ਅੱਛਾ ਸਾਇੰਟਿਸਟ ਔਰ ਰਿਸਰਚਰ ਹੈ, ਪਰ ਉਹ ਸੱਚ ਔਰ ਹੱਕ ਤੇ ਪਹਿਰਾ ਦੇਣ ਵਾਲਾ ਹੈ। ਕਿਉਂਕਿ ਮੈਂ ਇੱਕ ਗੱਲ ਜੇ ਯਾਦ ਤੌਰ ਤੇ ਤੁਹਾਨੂੰ ਦੱਸ ਦਿਆਂ ਕਿ ਇੱਕ ਵਾਰੀ ਅਸੀਂ ਇੱਕ ਸਮਾਗਮ ਤੇ, ਜਦੋਂ ਮੈਂ ਵਾਈਸ ਚਾਂਸਲਰ ਸੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਫਾਊਂਡੇਸ਼ਨ ਡੇ ਦੇ ਉੱਤੇ, ਉੱਥੇ ਪ੍ਰੇਮ ਕੁਮਾਰ ਧੂਮਲ ਨੂੰ ਜਿਹੜਾ ਸੀ ਐਜ਼ ਏ ਮੁੱਖ ਮੰਤਰੀ ਜਿਹੜਾ ਸੀ ਉਹਨੂੰ ਵਿਸ਼ੇਸ਼ ਮਹਿਮਾਨ ਬੁਲਾਇਆ ਸੀ। ਉਹਨੇ ਆਪਣੇ ਭਾਸ਼ਣ ਦੇ ਵਿੱਚ ਕੁਝ ਉਹ ਗੱਲ ਕਰ ਦਿੱਤੀ ਜਿਹੜੀ ਸਿਧਾਂਤਕ ਤੌਰ ਦੇ ਉੱਤੇ ਜਿਹੜੀ ਸੀ ਉਹ ਅਰਵਿੰਦ ਪਾਲ ਨੂੰ ਪਸੰਦ ਨਹੀਂ ਸੀ ਔਰ ਸਿਧਾਂਤਕ ਤੌਰ ਤੇ ਗਲਤ ਸੀ, ਔਰ ਉਹ ਸਾਰੇ ਆਡੀਅੰਸ ਦੇ ਵਿੱਚ ਇਕੱਲਾ ਇੱਕੋ ਬੰਦੇ ਨੇ ਹੌਸਲਾ ਕਰਕੇ ਉੱਤੇ ਨੁਕਤ ਕੀਤੀ ਕਿ ਇਹ ਜਿਹੜੀ ਹੈ ਇਹ ਗਲਤ ਗੱਲ ਤੁਸੀਂ ਕਰ ਰਹੇ ਹੋ। ਅਜੇ ਹੌਸਲੇ ਵਾਲਾ ਬੁਲੰਦ ਆਵਾਜ਼ ਵਾਲਾ ਜੇਕਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਚ ਵਾਈਸ ਚਾਂਸਲਰ ਬਣਿਆ ਤੇ ਮੈਨੂੰ ਲੱਗਦਾ ਹੈ ਕਿ ਉਹ ਹੱਕ ਔਰ ਸੱਚ ਦੀ ਲੜਾਈ ਕਰਕੇ ਯੂਨੀਵਰਸਿਟੀ ਨੂੰ ਠੀਕ ਲੀਆਂ ਤੇ ਚਲਾਉਣ ਦੇ ਸਮਰੱਥ ਹੋਏਗਾ, ਕਿਉਂਕਿ ਉਸ ਦੇ ਵਿੱਚ ਜਜ਼ਬਾ ਵੀ ਹੈ, ਸ਼ਕਤੀ ਵੀ ਹੈ ਔਰ ਸੋਚ ਵੀ ਹੈ, ਤੇ ਇਹੀ ਜਿਹੜੀ ਹੈ ਕਿਸੇ ਵੀ ਯੂਨੀਵਰਸਿਟੀ ਚਲਾਉਣ ਲਈ ਪ੍ਰਤੀਬੱਧਤਾ। ਠੀਕ ਹੈ ਪੰਜਾਬੀ ਯੂਨੀਵਰਸਿਟੀ ਵਿੱਚ ਚੈਲੇਂਜਸ, ਚੁਣੌਤੀਆਂ ਬਹੁਤ ਜ਼ਿਆਦਾ ਨੇ, ਪਰ ਚੁਣੌਤੀਆਂ ਦੇ ਵਿੱਚ ਉਹ ਅਪਰਚੁਨਿਟੀ ਪੈਦਾ ਕਰਨਾ ਜਿਹੜਾ ਉਹ ਅਰਵਿੰਦ ਜਾਣਦਾ ਹੈ, ਔਰ ਇਹ ਸ਼ੁਭ ਇੱਛਾਵਾਂ ਜਿਹੜੀਆਂ ਨੇ ਦੇਣੀਆਂ ਚਾਹੀਦੀਆਂ ਨੇ ਕਿ ਫਿਰ ਇਹ ਜਿਹੜਾ ਹੈ ਉਸੇ ਹੀ ਮਾਝੇ ਦੀ ਧਰਤੀ ਦਾ ਜਿਹੜਾ ਹੈ ਢਿੱਲੋਂ ਪਰਿਵਾਰ ਨਾਲ ਸੰਬੰਧਿਤ ਜਿਹੜਾ ਉਹ ਇੱਕ ਸ਼ਹਿਰ ਦਾ ਪੁੱਤਰ ਔਰ ਸਾਹਿਤਕ ਪ੍ਰੇਮੀ ਵੀ ਹੈ ਔਰ ਆਪਣੇ ਸੱਚ ਦੇ ਨਾਲ ਲੜਨ ਦੀ ਸਮਰੱਥਾ ਰੱਖਦਾ ਹੈ। ਇਸ ਕਰਕੇ ਉਹਨਾਂ ਨੂੰ ਸ਼ੁਭ ਕਾਮਨਾਵਾਂ। ਬਹੁਤ ਚੰਗਾ ਕੀਤਾ ਡਾਕਟਰ ਸਾਹਿਬ ਜਾਣਕਾਰੀ ਦਿੱਤੀ। ਫਿਰ ਇਹਦੇ ਨਾਲ ਮੈਂ ਗੱਲ ਥੋੜ੍ਹੀ ਜਿਹੀ ਹੋਰ ਜੋੜਦੇ ਹਾਂ ਕਿ ਸਿਆਲਕੋਟ ਦਾ ਇੱਕ ਪਿੰਡ, ਬੜਾ ਪਿੰਡ ਗਲੋਟੀਆਂ, ਜਿੱਥੋਂ ਦੇ ਬਹੁਤ ਵੱਡੇ ਨਾਮਵਰ ਸ਼ਾਇਰ ਸਾਡੇ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਹੋਏ ਨੇ, ਜਿਹੜੇ ਪਰਿਵਾਰ ਚੋਂ ਨੇ, ਔਰ ਡਾਕਟਰ ਮਹਿੰਦਰ ਸਿੰਘ ਢਿੱਲੋਂ, ਸਾਡੀ ਭੈਣ ਵੱਡੀ ਡਾਕਟਰ ਗੁਰਦਰਸ਼ਨ ਕੌਰ, ਜਿਹੜੇ ਮੇਰੇ ਬਿਲਕੁਲ ਸਮਝ ਲਓ ਕਿ ਪਿੰਡ ਦੇ ਨਾਲ ਦਾ ਪਿੰਡ ਕਾਲਾ ਅਫਗਾਨਾ, ਜਿੱਥੋਂ ਦੇ ਨਾਨਕੇ ਵੀ ਉੱਥੇ ਹੀ ਹੋ ਗਏ ਦਾ ਮਤਲਬ, ਤੇ ਸੰਤਰਾ ਵਾਸੀ ਵਾਲੀ ਸਾਂਝ ਵੀ ਦੱਸਤੀ ਤੁਸੀਂ। ਦੂਸਰੇ ਪਾਸੇ ਮੈਂ ਜਿਹੜੀ ਸਭ ਤੋਂ ਵੱਧ ਇੰਪੋਰਟੈਂਟ ਚੀਜ਼ ਸਮਝਦਾ, ਉਹ ਇਹ ਸਮਝਦਾ ਕਿ ਇਹਨਾਂ ਦੀ ਕਈ ਵਾਰ ਡਿਸਕਸ਼ਨ ਦੇ ਵਿੱਚ ਮੈਂ ਸੋਚਿਆ ਤੇ ਸੁਣਿਆ ਕਿ ਬਹੁਤ ਹੀ ਖੂਬਸੂਰਤ ਅੰਦਾਜ਼ ਨਾਲ ਆਪਣੇ ਨੁਕਤੇ ਨੂੰ, ਵਿਗਿਆਨਕ ਨੁਕਤਿਆਂ ਨੂੰ ਜਿਵੇਂ ਪੰਜਾਬੀ ਚ ਪੇਸ਼ ਕਰਦੇ ਨੇ, ਉਦੋਂ ਨਵੀਆਂ ਉਮੀਦਾਂ ਨੇ। ਪਰ ਦੂਸਰੇ ਪਾਸੇ ਇੱਕ ਸ਼ੱਕ ਜਿਹਾ ਇਹ ਪੈ ਗਿਆ ਵੀ ਇਹ ਜੇ ਕਿਤੇ ਆਰਥਿਕ ਪਿਛਲੇ ਪਾਸਿਓਂ ਨਾ ਠੁੰਮਣਾ ਮਿਲਿਆ ਤਾਂ ਸਾਡਾ ਵੀਰ ਉਦਾਸ ਨਾ ਹੋ ਜਾਵੇ ਕਿਤੇ। ਸੋ ਉਸ ਦਿਨ ਵੀ ਉਡੀਕ ਕਰਦੇ ਆ, ਉਦਾਸ ਨਹੀਂ ਲੜਨ ਦੀ ਸਮਰੱਥਾ ਰੱਖਦਾ ਔਰ ਸਮਰੱਥਾ ਰੱਖ ਕੇ ਤਿਆਗ ਦੀ ਭਾਵਨਾ ਵੀ ਉਹਦੇ ਚ ਹੈ। ਜੇ ਉਹਨੂੰ ਲੱਗੇਗਾ ਕਿ ਮੈਂ ਨਹੀਂ ਕਰ ਸਕਦਾ ਤਾਂ ਛੱਡ ਵੀ ਦੇ। ਚਲੋ ਗੁਰੂ ਮਹਾਰਾਜ ਕਿਰਪਾ ਕਰਨ ਔਰ ਭਾਈਚਾਰਾ ਸਾਰਾ ਸ਼ਕਤੀ ਦੇਵੇ ਕਿ ਸਾਡਾ ਵੀਰ ਡਾਕਟਰ ਅਰਵਿੰਦ ਨੂੰ ਇੱਕ ਕਾਮਯਾਬੀ ਨਸੀਬ ਹੋਵੇ, ਹਰ ਸਫਲਤਾ ਪੈਰ ਚੁੰਮੇ, ਔਰ ਸਾਡੇ ਸਾਰੇ ਦੋਸਤਾਂ ਵੱਲੋਂ, ਖਾਸ ਕਰਕੇ ਲੋਕ ਵਿਰਾਸਤ ਅਕੈਡਮੀ ਵੱਲੋਂ ਔਰ ਸਾਡੀ ਬਿਜ਼ਨਸ ਮੈਨੇਜਮੈਂਟ ਐਸੋਸੀਏਸ਼ਨ ਵੱਲੋਂ, ਪਲੱਸ ਜਿੰਨੇ ਵੀ ਪੋਇਟਸ ਨੇ ਪਾਰਟੀਸਪੇਟ ਕਰ ਰਹੇ, ਸਿੰਗਰਸ ਨੇ, ਵਿਦਵਾਨ ਨੇ, ਉਹਨਾਂ ਸਾਰਿਆਂ ਵੱਲੋਂ ਬਹੁਤ ਬਹੁਤ ਮੁਬਾਰਕ ਪਿਆਰੇ ਵੀਰ ਡਾਕਟਰ ਅਰਵਿੰਦ ਨੂੰ। ਤੇ ਹੁਣ ਮੈਂ ਬੇਨਤੀ ਕਰਾਂਗਾ ਡਾਕਟਰ ਸ਼ਿਨ ਭੱਲਾ ਹੋਰਾਂ ਨੂੰ ਕਿ ਉਹ ਧੰਨਵਾਦ ਦੇ ਸ਼ਬਦ ਵੀ ਕਹਿਣ ਔਰ ਆਪਣੀ ਨਜ਼ਮ ਨਾਲ ਵੀ ਸਾਂਝ ਪਾਉਣ। ਡਾਕਟਰ ਅਸ਼ਵਨੀ ਭੱਲਾ, ਸਭ ਤੋਂ ਪਹਿਲਾਂ ਤੇ ਅਸੀਂ ਪੰਜਾਬ ਕਾਮਰਸ ਤੇ ਮੈਨੇਜਮੈਂਟ ਐਸੋਸੀਏਸ਼ਨ ਵੱਲੋਂ ਡਾਕਟਰ ਅਰਵਿੰਦ ਨੂੰ ਵਧਾਈ ਦਿੰਦੇ ਹਾਂ। ਉਹਨਾਂ ਨੇ ਉਹਨਾਂ ਨੂੰ ਪੰਜਾਬ ਸਰਕਾਰ ਨੇ ਪੰਜਾਬੀ ਯੂਨੀਵਰਸਿਟੀ, ਪੰਜਾਬੀ ਜ਼ੁਬਾਨ ਨੂੰ ਪ੍ਰਫੁੱਲਿਤ ਕਰਨ ਲਈ ਜੋ ਯੂਨੀਵਰਸਿਟੀ ਸਥਾਪਿਤ ਕੀਤੀ ਗਈ ਲੀਡਰਸ਼ਿਪ ਵਾਸਤੇ ਸਾਡੇ ਵੱਲੋਂ ਬਹੁਤ ਬਹੁਤ ਮੁਬਾਰਕਬਾਦ। ਔਰ ਜਿਵੇਂ ਡਾਕਟਰ ਐਸ ਪੀ ਸਿੰਘ ਜੀ ਨੇ ਕਿਹਾ, ਮੈਂ ਪੰਜਾਬੀ ਯੂਨੀਵਰਸਿਟੀ ਦੇ ਹਾਲਾਤ ਨੂੰ ਪਿੱਛੇ ਜਦੋਂ ਸੰਕਟ ਵਿੱਚ ਸੀ, ਸਰਕਾਰ ਦੇ ਤਰਫੋਂ ਅਸੀਂ ਵਿਚਰਦੇ ਸੀ ਤਾਂ ਦੇਖਿਆ ਹਾਲਾਤ ਕੋਈ ਇੰਨੇ ਮਾੜੇ ਨਹੀਂ, ਉੱਥੇ ਲੀਡਰਸ਼ਿਪ ਦੀ ਲੋੜ ਸੀ ਤੇ ਮੈਨੂੰ ਆਸ ਹੈ ਕਿ ਉਹ ਲੀਡਰਸ਼ਿਪ ਹੋਏਗੀ ਔਰ ਹਾਲਾਤ ਸੁਖਾਵੇ ਹੋ ਜਾਣਗੇ। ਸੋ ਅੱਜ ਦੇ ਸਾਰੇ ਇਸ ਪ੍ਰੋਗਰਾਮ ਨੂੰ ਦੇਖਣ ਤੋਂ ਬਾਅਦ, ਅੱਜ ਮੇਰਾ ਖਿਆਲ ਅਸੀਂ ਤੀਸਰਾ ਚੌਥਾ ਪ੍ਰੋਗਰਾਮ ਗਿੱਲ ਸਾਹਿਬ ਦੇ ਨਾਲ ਕੀਤਾ, ਅੱਜ ਮੈਨੂੰ ਇੱਕ ਅਹਿਸਾਸ ਜ਼ਰੂਰ ਹੋਇਆ ਸਾਡੇ ਸਾਰੇ ਲੋਕਾਂ ਦੇ ਵਿੱਚ ਸਾਡੇ ਵਿਰਸੇ ਦਾ ਸੱਚ ਜਿਹੜਾ ਉਹ ਹਾਲੇ ਜਿਉਂਦਾ, ਔਰ ਇਹ ਅਹਿਸਾਸ ਉਦੋਂ ਤੱਕ ਜਿਉਂਦਾ ਰਹੇਗਾ ਜਦੋਂ ਤੱਕ ਤੁਸੀਂ ਸਾਰੇ ਲੋਕ ਇਹਨਾਂ ਮਹਾਨ ਸ਼ਾਇਰਾਂ ਨੂੰ, ਜਿਹਨਾਂ ਨੇ ਸਮਾਜ ਨੂੰ ਇੱਕ ਸੇਧ ਦਿੱਤੀ ਔਰ ਉਹਨਾਂ ਦਾ ਜਿਹੜਾ ਕਲਾਮ ਸਾਡੇ ਵਾਸਤੇ ਸਾਰਥਕ ਹੈ, ਤੇ ਮੈਨੂੰ ਆਸ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡਾ ਸਾਥ ਮਿਲਦਾ ਰਹੇਗਾ। ਔਰ ਸੰਤ ਰਾਮ ਉਦਾਸੀ ਜੀ ਔਰ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਸਾਡੇ ਮਹਾਨ ਸ਼ਾਇਰ ਹੋਏ ਨੇ, ਜਿਹਨਾਂ ਨੇ ਪੰਜਾਬੀ ਜ਼ੁਬਾਨ ਨੂੰ ਨਾ ਸਿਰਫ ਪ੍ਰਫੁੱਲਿਤ ਕੀਤਾ ਬਲਕਿ ਆਪਣੇ ਕਲਾਮ ਦੇ ਨਾਲ ਸਮਾਜ ਦੇ ਵਿੱਚ ਇੱਕ ਜਾਗਰਤੀ ਦਿਖਾਈ। ਔਰ ਜਿਸ ਤਰ੍ਹਾਂ ਕਿ ਬਹੁਤ ਸਾਰੇ ਲੋਕਾਂ ਨੇ ਅੱਜ ਵੀ ਕਿਹਾ
ਕਿ ਕਿਸਾਨ ਅੰਦੋਲਨ ਦੇ ਵਿੱਚ ਵੀ ਅੱਜ ਵੀ ਜੋ ਸੰਤ ਰਾਮ ਉਦਾਸੀ ਦੀਆਂ ਕਹੀਆਂ ਹੋਈਆਂ ਗੱਲਾਂ ਨੇ ਉਹਨਾਂ ਨੂੰ ਸਿੱਖੀ ਬਾਰਡਰ ਤੇ ਜਾਂ ਸਿੰਘੂ ਬਾਰਡਰ ਤੇ ਦੁਬਾਰਾ ਆਇਆ ਜਾਂਦਾ ਹੈ, ਰਿਪੀਟ ਕੀਤਾ ਜਾਂਦਾ ਔਰ ਲੋਕਾਂ ਦੇ ਵਿੱਚ ਜੋਸ਼ ਵੀ ਉਹਦੇ ਨਾਲ ਭਰਿਆ ਜਾਂਦਾ। ਸੋ ਇਟ ਮੀਨ ਸਾਡੇ ਅਹਿਸਾਸ ਹਾਲੇ ਜਿਉਂਦੇ। ਇੱਕ ਛੋਟੀ ਜਿਹੀ ਕਵਿਤਾ ਤੋਂ ਬਾਅਦ ਮੈਂ ਤੁਹਾਡਾ ਸਾਰਿਆਂ ਦਾ ਸ਼ੁਕਰਾਨਾ ਕਰੂੰਗਾ ਆਪਣੀ ਹਾਜ਼ਰੀ ਲਵਾ ਕੇ। ਅਹਿਸਾਸ ਤਾਂ ਹਾਲੇ ਜਿਉਂਦੇ ਹਨ, ਜ਼ਖਮ ਵੀ ਬੜੇ ਨਰੋਏ ਹਨ, ਦਰਦ ਵੀ ਹਾਲੇ ਹੁੰਦਾ ਹੈ, ਤਿਰੰਗਾ ਦੇ ਇਸ ਯੁੱਗ ਅੰਦਰ ਕੁਛ ਰਹਿਣ ਲਈ। ਅਹਿਸਾਸ ਤਾਂ ਹਾਲੇ ਜਿਉਂਦੇ ਹਨ, ਜ਼ਖਮ ਵੀ ਬੜੇ ਨਰੋਏ ਹਨ, ਦਰਦ ਵੀ ਹਾਲੇ ਹੁੰਦਾ ਹੈ, ਤਿਰੰਗਾ ਦੇ ਇਸ ਯੁੱਗ ਅੰਦਰ ਖੁਸ਼ ਰਹਿਣ ਇੰਨਾ ਕਾਫੀ ਹੈ। ਨੈਣਾਂ ਵਿੱਚ ਹੰਝੂ ਵਗਦੇ ਹਨ, ਚਿਹਰੇ ਦੇ ਭਾਵ ਬਦਲਦੇ ਹਨ, ਦਿਲ ਵਿੱਚ ਤੀਸ ਵੀ ਉੱਠਦੀ ਹੈ, ਗੈਰਾਂ ਦੇ ਦੁੱਖ ਨੂੰ ਸਮਝਣ ਲਈ ਇੰਨਾ ਕੁ ਪੈਮਾਨਾ ਕਾਫੀ ਹੈ। ਨੈਣਾਂ ਵਿੱਚ ਹੰਝੂ ਵਗਦੇ ਹਨ, ਚਿਹਰੇ ਦੇ ਭਾਵ ਬਦਲਦੇ ਹਨ, ਦਿਲ ਵਿੱਚ ਤੀਸ ਵੀ ਉੱਠਦੀ ਹੈ, ਗੈਰਾਂ ਦੇ ਦੁੱਖ ਨੂੰ ਸਮਝਣ ਲਈ ਇੰਨਾ ਕੁ ਪੈਮਾਨਾ ਕਾਫੀ ਹੈ। ਹਨੇਰੇ ਵਿੱਚ ਪੈੜਾਂ ਵਿਖਦੀਆਂ ਹਨ, ਨੀਂਦਰ ਵਿੱਚ ਸੁਪਨੇ ਆਉਂਦੇ ਹਨ, ਸੋਚ ਵੀ ਹਾਲੇ ਜਿਉਂਦੀ ਹੈ, ਜ਼ਿੰਦਗੀ ਦੇ ਸੱਚ ਨੂੰ ਪਰਖਣ ਲਈ ਇੰਨਾ ਕੁਝ ਹੋਣਾ ਕਾਫੀ ਹੈ। ਹਨੇਰੇ ਵਿੱਚ ਪੈੜਾਂ ਵਿਖਦੀਆਂ ਹਨ, ਨੀਂਦਰ ਵਿੱਚ ਸੁਪਨੇ ਆਉਂਦੇ ਹਨ, ਸੋਚ ਵੀ ਹਾਲੇ ਜਿਉਂਦੀ ਹੈ, ਜ਼ਿੰਦਗੀ ਦੇ ਸੱਚ ਨੂੰ ਪਰਖਣ ਲਈ ਇੰਨਾ ਕੁਝ ਹੋਣਾ ਕਾਫੀ ਹੈ। ਕੰਨਾਂ ਵਿੱਚ ਘੁੰਗਰੂ ਵੱਜਦੇ ਹਨ, ਨਜ਼ਰ ਵੀ ਦੂਰ ਤੱਕ ਤੱਕਦੀਆਂ ਹਨ, ਮਨ ਦੇ ਨੇਤਰ ਖੁੱਲੇ ਹਨ, ਸਮੇਂ ਦੀਆਂ ਤੰਦਾਂ ਤੋੜਨ ਜੋੜਨ ਲਈ ਇੰਨਾ ਕੁ ਵਰਤਾਰਾ ਕਾਫੀ ਹੈ। ਕੰਨਾਂ ਵਿੱਚ ਘੁੰਗਰੂ ਵੱਜਦੇ ਹਨ, ਨਜ਼ਰ ਵੀ ਦੂਰ ਤੱਕ ਤੱਕਦੀਆਂ ਹਨ, ਮਨ ਦੇ ਨੇਤਰ ਖੁੱਲੇ ਹਨ, ਸਮੇਂ ਦੀਆਂ ਤੰਦਾਂ ਜੋੜਨ ਲਈ ਇੰਨਾ ਕੁ ਵਰਤਾਰਾ ਕਾਫੀ ਹੈ। ਹੱਥਾਂ ਵਿੱਚ ਹੁਨਰ ਦੀ ਤਾਕਤ ਹੈ, ਮਸਤਕ ਵਿੱਚ ਇਲਮ ਦਾ ਚਾਨਣ ਹੈ, ਹੱਡਾਂ ਵਿੱਚ ਜਨੂੰਨ ਤੇ ਸ਼ਕਤੀ ਹੈ, ਅਹਿਸਾਸ ਦਾ ਸੱਚ ਪਛਾਣਨ ਲਈ ਇੰਨਾ ਕੁ ਸਹਾਰਾ ਕਾਫੀ ਹੈ। ਅੱਜ ਵੀ ਅਹਿਸਾਸ ਜਿਉਂਦੇ ਹਨ, ਜ਼ਿੰਦਗੀ ਦਾ ਸੱਚ ਪਹਿਚਾਨਣ ਲਈ ਸਾਹਿਤਕਾਰਾਂ ਨੇ ਜੋ ਕੁਝ ਲਿਖਿਆ ਉਸਨੂੰ ਪੜ੍ਹਨਾ ਤੇ ਉਸ ਤੇ ਅਮਲ ਕਰਨਾ ਬਹੁਤ ਜ਼ਰੂਰੀ ਹੈ। ਅਸੀਂ ਅੱਜ ਸਲਾਮ ਕਰਦੇ ਹਾਂ ਸੰਤ ਰਾਮ ਉਦਾਸੀ ਜੀ ਨੂੰ, ਜਿਨ੍ਹਾਂ ਨੇ ਆਪਣੇ ਕਲਾਮ ਦੇ ਨਾਲ ਇਸ ਮੁਲਕ ਦੇ ਵਿੱਚ, ਇਸ ਪੰਜਾਬ ਦੇ ਵਿੱਚ, ਇਸ ਪੰਜਾਬ ਦੀ ਧਰਤੀ ਦੇ ਉੱਤੇ ਇਨਕਲਾਬ ਪੈਦਾ ਕੀਤਾ। ਔਰ ਅੱਜ ਵੀ ਜੇ ਤੁਸੀਂ ਉਹਨਾਂ ਦੀਆਂ ਕਲਾਮ ਪੜ੍ਹਦੇ, ਉਹਨਾਂ ਦੇ ਗੀਤ ਸੁਣਦੇ ਹੋ, ਤੇ ਤੁਹਾਡੇ ਅੰਦਰ ਤੁਹਾਡੇ ਲੂੰ ਗੰਢੇ ਜਿਹੜੇ ਉਹ ਖੜੇ ਹੋ ਜਾਂਦੇ ਆ ਕਿ ਅੱਜ ਵੀ ਅਸੀਂ ਦੇਖਦੇ ਹਾਂ ਕਿ ਉਹੋ ਹੀ ਵਰਤਾਰਾ ਸਾਡੇ ਵੀ ਬਾਕੀ ਹੈ, ਜਿਸ ਨੂੰ ਸ਼ਾਇਦ ਉਹਨਾਂ ਦੇ ਮੁਤਾਬਕ ਬਦਲਣ ਦੀ ਲੋੜ ਹੈ। ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ, ਖਾਸ ਕਰਕੇ ਸਾਡੇ ਅੱਜ ਦੇ ਮੁੱਖ ਮਹਿਮਾਨ ਤੇ ਪ੍ਰਧਾਨਗੀ ਕਰ ਰਹੇ ਡਾਕਟਰ ਐਸ ਪੀ ਸਿੰਘ ਜੀ ਦਾ, ਅਜਮੇਰ ਸਿੱਧੂ ਜੀ ਦਾ, ਮੈਡਮ ਸੋਹਲ ਜੀ, ਜਿਨ੍ਹਾਂ ਨੇ ਬਹੁਤ ਵਧੀਆ ਵਿਸਤਾਰ ਪੂਰਵਕ ਉਹਨਾਂ ਦੇ ਉੱਤੇ ਖੋਜ ਪੱਤਰ ਸਾਡੇ ਸਾਹਮਣੇ ਪੇਸ਼ ਕੀਤਾ, ਔਰ ਇਹਦੇ ਨਾਲ ਦੀ ਨਾਲ ਬਾਕੀ ਸਾਰੇ ਲੋਕ ਜਿਨ੍ਹਾਂ ਨੇ ਕਵਿਤਾਵਾਂ ਪੇਸ਼ ਕੀਤੀਆਂ, ਮੈਡਮ ਗੁਰਚਰਨ ਕੋਚੜ ਜੀ, ਤ੍ਰਿਲੋਚਨ ਲੋਚੀ ਜੀ, ਔਰ ਮੈਂ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਖਾਸ ਕਰਕੇ ਉਹਨਾਂ ਦਾ ਧੰਨਵਾਦ ਕਰਦਾ ਕਿ ਅੱਜ ਉਹ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ। ਮੈਡਮ ਇਕਬਾਲ ਉਦਾਸੀ ਜੀ, ਸਰਦਾਰ ਗੁਰਦੇਵ ਸਿੰਘ ਕੋਇਲ ਜੀ, ਦਲਜਿੰਦਰ ਰਹਿਲ ਜੀ, ਜਿਨ੍ਹਾਂ ਨੂੰ ਪਹਿਲਾਂ ਨਹੀਂ ਜੁੜ ਸਕੇ, ਸ਼ਾਇਦ ਉਹਨਾਂ ਦਾ ਅੱਜ ਕਲਾਮ ਨਹੀਂ ਅਸੀਂ ਸੁਣ ਪਾਏ, ਜਸਮੀਨ ਸਿੱਧੂ ਜੀ, ਇਸ ਤੋਂ ਇਲਾਵਾ ਸਾਡੇ ਨਾਲ ਕਰਨੈਲ ਸਿੰਘ ਜੀ ਜੁੜੇ ਹੋਏ ਨੇ। ਹਾਂਜੀ, ਇੱਕ ਸਤਿ ਸ੍ਰੀ ਅਕਾਲ ਹੀ ਬੁਲਾਣੀ ਹੈ ਸਾਰਾ। ਇਸ ਤੋਂ ਇਲਾਵਾ ਬਲਜੀਤ ਸਾਡੇ ਸਰੋਤੇ ਜੀ, ਅਲਬੇਲਾ ਜੀ, ਜਿਨ੍ਹਾਂ ਨੇ ਬਹੁਤ ਵਧੀਆ ਗੁਰਦੇਵ ਸਿੰਘ ਗੀਤ ਸਾਨੂੰ ਸਾਡੇ ਸਾਹਮਣੇ ਸੁਣਾਇਆ, ਗੁਰਦੇਵ ਜੀ, ਸੰਪੂਰਨ ਸਿੰਘ ਜੀ, ਅਜਮੇਰ ਸਿੱਧੂ ਜੀ, ਔਰ ਸਾਰਾ ਹੀ ਪ੍ਰੋਗਰਾਮ, ਮੈਡਮ ਦਵਿੰਦਰ ਦਿਲਰੂਪ ਜੀ, ਜਿਨ੍ਹਾਂ ਨੇ ਬਹੁਤ ਖੂਬਸੂਰਤ ਨਜ਼ਮ ਸਾਡੇ ਸਾਹਮਣੇ, ਇੱਕ ਸ਼ੇਰ ਵੀ ਸਾਡੇ ਸਾਹਮਣੇ ਸਾਡੇ ਨਾਲ ਸ਼ੇਅਰ ਕੀਤਾ। ਸੋ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਕਿ ਬਹੁਤ ਵਧੀਆ ਅੱਜ ਪ੍ਰੋਗਰਾਮ ਸੀ, ਔਰ ਜਿਵੇਂ ਐਸ ਪੀ ਸਿੰਘ ਜੀ ਨੇ ਕਿਹਾ ਕਿ 3 ਘੰਟੇ ਕਿਵੇਂ ਬੀਤ ਗਏ ਸਾਨੂੰ ਪਤਾ ਹੀ ਨਹੀਂ ਲੱਗਿਆ। ਸੋ ਵਾਕਈ ਅਹਿਸਾਸ ਹਾਲੇ ਜਿਉਂਦੇ ਹਨ, ਤੇ ਜਦ ਤੱਕ ਅਹਿਸਾਸ ਜਿਉਂਦੇ ਹਨ ਸਾਨੂੰ ਘਬਰਾਉਣ ਦੀ ਲੋੜ ਨਹੀਂ। ਸਿਰਫ ਮੈਂ ਇਹ ਦੇਖ ਰਿਹਾ ਕਿ ਜੋ ਅੱਜ ਕੱਲ੍ਹ ਅੰਦੋਲਨ ਵੀ ਚੱਲ ਰਿਹਾ ਉਹਦੇ ਵਿੱਚ ਸਾਹਿਤਕਾਰਾਂ ਦੀ ਇੱਕ ਖਾਸ ਭੂਮਿਕਾ ਜਿਹੜੀ ਆ ਉਹ ਰਹੀ ਹੈ, ਜੋਸ਼ ਭਰਨ ਦਾ ਕੰਮ ਜਿਹੜਾ ਉਹ ਸਾਹਿਤਕਾਰ ਕਰਦੇ ਨੇ, ਔਰ ਸਮੇਂ ਦੀ ਨੁਹਾਰ ਨੂੰ ਬਦਲਣ ਵਾਸਤੇ ਕੇਵਲ ਤੇ ਕੇਵਲ ਰਾਜਨੀਤਿਕ ਵਿਅਕਤੀਆਂ ਦੀ ਲੋੜ ਨਹੀਂ, ਉਹਦੇ ਨਾਲ ਸਾਹਿਤਕਾਰਾਂ ਦੀ ਵੀ ਲੋੜ ਹੈ। ਸੋ ਮੈਂ ਤੁਹਾਡਾ ਸਾਰਿਆਂ ਦਾ ਲੋਕ ਵਿਰਾਸਤ ਅਕੈਡਮੀ ਵੱਲੋਂ ਤੇ ਪੰਜਾਬ ਕਾਮਰਸ ਅਤੇ ਮੈਨੇਜਮੈਂਟ ਐਸੋਸੀਏਸ਼ਨ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ। ਸਾਡੇ ਨਾਲ ਸਾਡੇ ਜਨਰਲ ਸਕੱਤਰ ਪੰਜਾਬ ਕਾਮਰਸ ਐਂਡ ਮੈਨੇਜਮੈਂਟ ਐਸੋਸੀਏਸ਼ਨ ਦੇ, ਜਿਹੜੇ ਕਿ ਪੰਜਾਬੀ ਨਾਟਕ ਨਾਲ ਵੀ ਹਾਜ਼ਰ ਨੇ, ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਪੂਰਾ ਪ੍ਰੋਗਰਾਮ ਜਿਹੜਾ ਉਹ ਅੱਜ ਅਟੈਂਡ ਕੀਤਾ।
और खास करके धन्यवाद जिहड़ा उह करना बणदा जिन्हां दी अज असीं कविता नहीं सुन पाए। जे हो सकदा ते सर दो मिनट होर ला दिओ ते उह कविता वी अपनी अज सुना दिओ गुरभजन गिल जी, क्योंकि असीं जिहड़ा समापन है उह तुहाडी कविता दे नाल ही करना है। सो मैं तुहाडा सारिआं दा धन्यवाद करदे होए गुरभजन गिल जी नूं बेनती करदा कि 5-7 मिनट दे विच अपनी कलाम जरूर साडे नाल सांझा करो, नहीं ते हाजरी लगनी नहीं सर। मैं कविता पूरी नहीं सुना सकांगा, ना नज़्म पूरी सुना, गज़ल पूरी सुनावांगा। मैं सिर्फ दो शेर सुना के तुहाडी गल नूं मंनदा होया, पर गुरदेव सिंह कोयल नूं बेनती करांगा खीर दे विच जिहड़ियां मूंह मिठा कराउंदे हुंदे ने, जिवें मैनूं आदत है रोटी खाण तों बाद गुड़ थोड़ा जिहा लैंदा। सो भाई गुरदेव सिंह तूं तैयारी कर लै, मैं सिर्फ दो ही शेर सुनाउणे ने। ਉਹ ਉਦਾਸੀ ਹੋਰਾਂ ਦੀ ਪ੍ਰੇਰਣਾ ਹੀ ਸਮਝ ਲਓ ਸਾਡੇ ਸਾਹਾਂ ਸਵਾਸਾਂ ਚ ਆ ਕੇ ਅਸੀਂ ਉਹਨਾਂ ਸ਼ਬਦਾਂ ਨੂੰ ਵਾਰ ਵਾਰ ਚੇਤੇ ਕਰਦੇ ਹਾਂ। ਮੇਰੀ ਇਹ ਗਜ਼ਲ ਦੇ ਕੁਛ ਸ਼ੇਰ ਹੈ ਆਪਣੇ ਅਸ਼ਨੀ ਵੀਰ ਕੇ, ਕੱਚੇ ਵਿਹੜਿਆਂ ਨੇ ਜਿਹੜਾ ਸਾਨੂੰ ਸਬਕ ਪੜਾਇਆ, ਕੱਚੇ ਵਿਹੜਿਆਂ ਨੇ ਜਿਹੜਾ ਸਾਨੂੰ ਸਬਕ ਪੜਾਇਆ, ਸੱਚੀ ਅੜੇ ਥੋੜੇ ਵੇਲੇ ਸਾਨੂੰ ਬੜਾ ਕੰਮ ਆਇਆ। ਕੱਚੇ ਵਿਹੜਿਆਂ ਨੇ ਜਿਹੜਾ ਸਾਨੂੰ ਸਬਕ ਪੜਾਇਆ, ਸੱਚੀ ਅੜੇ ਥੋੜੇ ਵੇਲੇ ਸਾਨੂੰ ਬੜਾ ਕੰਮ ਆਇਆ। ਆਡਾ ਬੰਨਿਆ ਤੇ ਦੌੜਦੇ ਨਾ ਅਸੀਂ ਕਦੇ ਡਿੱਗੇ, ਆਡਾ ਬੰਨਿਆ ਤੇ ਦੌੜਦੇ ਨਾ ਅਸੀਂ ਕਦੇ ਡਿੱਗੇ, ਸੰਗ ਮਰ ਮਰ ਉੱਤੇ ਸਾਨੂੰ ਤੁਰਨਾ ਨਾ ਆਇਆ। ਸੋ ਸਾਡੇ ਅੱਜ ਕਈ ਸ਼ਾਇਰ ਸਾਡੇ ਤਾਂ ਸੰਗ ਮਰਮਰ ਤੋਂ ਤਿਲਕ ਗਏ, ਕਿਉਂਕਿ ਕੰਪਿਊਟਰ ਦੀ ਨਵੀਂ ਭਾਸ਼ਾ ਜਾਣਦੇ ਨੀ ਵਿਚਾਰੇ, ਤੇ ਨਾ ਉਹਨਾਂ ਨੂੰ ਮਿਊਟ ਕਰਨਾ ਆਉਂਦਾ, ਨਾ ਅਨਮਿਊਟ ਕਰਨਾ ਆਉਂਦਾ, ਉਹਨਾਂ ਨੂੰ ਚੁੱਪ ਕਰਾਉਣਾ ਆਉਂਦਾ ਸਾਹਮਣੇ ਬੈਠੇ ਬੰਦੇ ਨੂੰ। ਇਸ ਕਰਕੇ ਉਹ ਜਿਹੜੇ ਨਹੀਂ ਸੁਣਾ ਸਕੇ ਉਹਨਾਂ ਦੇ ਨਾਲ ਮੈਂ ਹਮਦਰਦੀ ਪ੍ਰਗਟ ਕਰਦਾ। ਘਾਟਾ ਸਾਡਾ ਹੈ, ਉਹਨਾਂ ਦਾ ਨਹੀਂ ਹੈ, ਪਰ ਅਖੀਰ ਦੇ ਵਿੱਚ ਮੂੰਹ ਮਿੱਠਾ ਕਰਨ ਵਾਸਤੇ ਬੇਨਤੀ ਕਰਾਂ ਗੁਰਦੇਵ ਸਿੰਘ ਕੋਇਲ ਨੂੰ, ਜਿਵੇਂ ਇੱਛਾ ਪ੍ਰਗਟਾਈ ਸੀ ਉਹਨਾਂ ਨੂੰ, ਜੇ ਉਹ ਚਾਹੁਣ ਤਾਂ ਉਹ ਸੁਣਾ ਸਕਦੇ ਨੇ। ਜੇ ਹਾਂ ਗੁਰਦੇਵ ਆ ਗਏ, ਕੋਇਲ ਸਾਹਿਬ ਆ ਗਏ। ਹਾਂਜੀ ਸਾਡਾ ਕਰਨੈਲ ਸਿੰਘ ਵੱਲੋਂ ਗੁਰਦੇਵ ਨੂੰ ਸਤਿ ਸ੍ਰੀ ਅਕਾਲ, ਗੁਰਦੇਵ ਸਿੰਘ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਕਰਨੈਲ ਦੀ ਤੇ ਇੱਥੋਂ ਸਰਸੇ ਤੋਂ ਕਰੀ ਵਾਲੇ ਤੋਂ। ਕਰਨੈਲ ਸਿੰਘ ਜੀ ਬਾਅਦ ਚ ਕਰਿਓ ਗੱਲ, ਉਹਨਾਂ ਨੂੰ ਕਰ ਲੈਣ ਦੇ ਦਿਓ, ਵੇਟ ਲੈਣ ਦਿਓ ਕੰਮ ਪਹਿਲਾਂ, ਵਿੱਚ ਦਖਲ ਨਾ ਦਿਓ ਪਲੀਜ਼। ਬੇਨਤੀ ਕੀਤੀ ਸੀ ਕਿ ਵਿੱਚ ਨਾ ਦਖਲ ਦਿਓ, ਸਾਨੂੰ ਕੰਮ ਕਰ ਲੈਣ ਦਿਓ। ਗੁਰਦੇਵ ਸਿੰਘ ਨੂੰ ਅਖੀਰ ਦੇ ਵਿੱਚ ਸੁਣਨਾ ਸੀ, ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ। ਤੁਹਾਨੂੰ ਅਸੀਂ ਫਿਰ ਕਿਸੇ ਦਿਨ ਚੇਤੇ ਕਰਾਂਗੇ, ਤੁਸੀਂ ਬਚਪਨ ਦੇ ਸਾਥੀ ਹੋ, ਸਾਨੂੰ ਪਤਾ ਹੈ ਸੰਤਰਾ ਮਦਾਸੀ ਜੀ ਦੇ, ਤੁਹਾਡੇ ਨਾਲ ਬਾਅਦ ਚ ਗੱਲ ਕਰਾਂਗੇ। ਮੇਰਾ ਖਿਆਲ ਸਰ ਗੁਰਦੇਵ ਜੀ ਸ਼ਾਇਦ ਉਹਨਾਂ ਦਾ ਲਿੰਕ ਟੁੱਟ ਗਿਆ। ਜੇ ਗੁਰਦੇਵ ਜੀ ਦਾ ਲਿੰਕ ਟੁੱਟ ਗਿਆ ਤਾਂ ਭਾਈ ਕਰਨੈਲ ਸਿੰਘ ਨੇ ਪਹਿਲਾਂ ਵੀ ਬੇਨਤੀ ਕੀਤੀ ਸੀ, ਆਦੇਸ਼ ਵੀ ਕੀਤਾ ਸੀ ਤੇ ਜੁੜ ਵੀ ਚੁੱਕੇ ਨੇ, ਸੋ ਇਹ ਉਸ ਕਰਨੈਲ ਜੀ। ਹਾਂਜੀ ਸਾਡੇ ਅਸੀਂ ਬਚਪਨ ਦੇ, ਅਸੀਂ ਇਹਨੂੰ ਚਾਚਾ ਕਹਿੰਦੇ ਹਾਂ ਜੀ, ਸਾਡੇ ਪਿਤਾ ਜੀ ਦੇ ਭਾਈ ਸਨ ਇਹ, ਆਪਣੇ ਸੰਤ ਰਾਮ ਉਦਾਸੀ ਜੀ ਤੇ ਗੁਰਦਾਸ ਕਾਲੂ ਜੀ, ਸਾਡੇ ਬਹੁਤ ਹੀ ਪਰਿਵਾਰਕ ਲਿੰਕ ਸੰਬੰਧ। ਮੈਂ ਉਹਨਾਂ ਨੂੰ ਸਤਿ ਸ੍ਰੀ ਅਕਾਲ ਬੁਲਾਉਣ ਦਾ ਅੰਦਰ ਇਸ਼ਕ ਸੀ ਵੀ ਉਹਨਾਂ ਨੂੰ ਬੁਲਾ ਲਵਾਂ, ਸਾਡੇ ਕੋਲੇ ਬਹੁਤ ਆਉਂਦੇ ਰਹੇ ਤੇ ਉਹ ਹੁਣ ਮੈਂ ਸਾਨੂੰ ਦਿਸਣੋਂ ਹਟ ਕੇ, ਤੇ ਹੁਣ ਜੇ ਕਹੋਂਦੇ ਇੱਕ ਮਿਸਰਾ ਹੈ ਕਿ ਸਿਰਫ ਮੈਂ ਲਿਖਿਆ ਸੀ ਬੈਠੇ ਬੈਠੇ, ਕਹਿ ਦੇਵਾਂ ਤਾਂ ਸਿਰਫ ਇੱਕ ਮਿੰਟ ਦਾ ਸੁਣਾਓ ਜੀ। ਤੁਸੀਂ ਹੁਣ ਤੁਸੀਂ ਕਵਿਤਾ ਦਾ ਲਾਲਚ ਨਾ ਕਰੋ, ਤੁਸੀਂ ਜੇ ਯਾਦ ਹੈਗੀ ਮਾਤਾ ਧੰਨ ਕੌਰ ਦੀ ਉਹ ਸੁਣਾਓ ਸਾਨੂੰ, ਸਾਨੂੰ ਉਹ ਚਾਹੀਦਾ ਕਵਿਤਾ ਮੈਂ ਵੀ ਲਿਖ ਲੈਂਦਾ। ਜਦੋਂ ਸਾਨੂੰ ਕਿਸੇ ਸਰੀਕੇ ਚ ਵਿਆਹ ਹੁੰਦਾ ਸੀ ਨਾ ਜੀ, ਤੇ ਸਾਡੇ ਘਰ ਦੀ ਸਾਰੀ ਰਾਖੀ ਉਹੀ ਕਰਦੀ ਸੀ, ਉਸੇ ਨੂੰ ਸਾਡੇ ਘਰ ਦੇ ਵਿੱਚ ਮਤਲਬ ਰੱਖਿਆ ਜਾਂਦਾ ਸੀ, ਤੇ ਉਹਨੂੰ ਮੈਂ ਆਪਣੀ ਸਕੀ ਦਾਦੀ ਦਾ ਦੇਖੀ ਨੀ, ਮੈਂ ਸਕੀ ਦਾਦੀ ਦੇ ਬਰਾਬਰ ਸਮਝਦਾ ਸੀ, ਬਿਲਕੁਲ ਬਰਾਬਰ। ਤੇ ਸਾਡੇ ਉਹ ਮਾਤਾ ਕਹਿੰਦੀ ਸੀ ਇਹ ਸਾਡਾ 6ਵਾਂ ਪੁੱਤ ਹੈ ਆਤਮਾ ਸਿੰਘ ਗਿਆਨੀ। ਮੇਰਾ ਪਿਤਾ ਜੀ ਗਿਆਨੀ ਸੀ, ਬਹੁਤ ਅੱਛੇ ਪਾਠੀ ਸਨ, ਖੰਡ ਪਾਠੀ ਤੇ ਨਾਮਧਾਰੀ ਹੈ, ਤੇ ਇਹ ਕਰਕੇ ਮਾਤਾ ਨੇ ਰਾਧਾ ਸਵਾਮੀ ਤੋਂ ਵੀ ਨਾਮ ਲਿਆ ਸੀ, ਤੇ ਬਹੁਤ ਇਹਨਾਂ ਦਾ ਆਪਸ ਵਿੱਚ ਪਿਆਰ ਸੀ, ਪੂਰਾ ਮਾਂ ਵਰਗਾ ਰੋਲ ਵੱਧ ਕੇ ਕੀਤਾ ਸੀ ਮਾਤਾ ਧੰਨ ਕੌਰ ਨੇ। ਤੇ ਅਸੀਂ ਕਈ ਕਈ ਰਾਤਾਂ ਸਾਡੇ ਕੋਲੇ ਰਹਿ ਕੇ ਸਾਨੂੰ ਆਸ਼ੀਰਵਾਦਾਂ ਦਿੱਤੀਆਂ, ਅਸੀਂ ਥੋੜਾ ਬਹੁਤ ਹਾਰਮੋਨੀਅਮ ਜਾਣਦੇ ਸੀ ਬਾਪੂ ਤੋਂ, ਕੁਛ ਥੋੜੇ ਬਹੁਤ ਸਿੱਖਿਆ, ਪਰ ਉਹਨਾਂ ਦੀ ਅਸੀਸਾਂ ਨਾਲ ਥੋੜਾ ਬਹੁਤਾ ਚਲੋ ਅਸੀਂ ਵੀ ਲੋਕ ਦੇ ਵਿੱਚ ਕੋਈ 5-7 ਦੇਸ਼ਾਂ ਦੇ ਵਿੱਚ ਜਾ ਕੇ ਥੋੜਾ ਬਹੁਤਾ ਨਾਮ ਹੋ ਗਿਆ, ਤੇ 7-8 ਕਿਤਾਬਾਂ ਉਹਨਾਂ ਦੀ ਆਸ਼ੀਰਵਾਦ ਰਾਹੀਂ ਲਿਖੀਆਂ, ਤੇ ਮੈਨੂੰ ਤੇ ਉਹ ਉਹਨਾਂ ਦਾ ਉਸ ਤਰ੍ਹਾਂ ਹੀ ਰੂਹ ਜਿਹੜਾ ਉਹਨਾਂ ਦਾ ਉਹ ਸਾਰਾ ਮੈਨੂੰ ਸਾਫ਼ ਦਿਸਦਾ ਕਿ ਸਾਡੀ ਮਾਤਾ ਸਾਡੇ ਕੋਲ ਬੈਠੇ ਹਦਾਇਤਾਂ ਦਿੰਦੀ ਹੈ। ਉਦਾਸੀ ਜੀ ਦੇ ਬਚਪਨ ਬਾਰੇ ਕੋਈ ਯਾਦ ਚੇਤੇ ਹੋਵੇ ਤਾਂ? ਹਾਂਜੀ ਉਦਾਸੀ ਜੀ ਦਾ ਜੀ ਸਾਨੂੰ ਇੰਨਾ ਕਿ ਉਹ ਹੈਡਮਾਸਟਰ ਦੂਰ ਸੀ, ਅਸੀਂ ਤਾਂ ਉਹਨਾਂ ਨੂੰ ਹੋਲੇ ਵਿੱਚ ਮਹੱਲੇ ਚ ਕਰੀ ਵਾਲੇ ਸੁਣਿਆ ਬਈ ਆਓ ਨੀ ਹਨੇਰੀਓ, ਜਾਓ ਨੀ ਹਨੇਰੀਓ, ਲੈ ਜਾਓ ਨੀ ਉਡਾ ਕੇ ਮੇਰਾ ਪਿਆਰ, ਇਸ ਨੂੰ ਉਡਾ ਕੇ ਤੁਸੀਂ ਉਸ ਥਾਂ ਤੇ ਕੇਰ ਦੇਣਾ ਜਿੱਥੇ ਮੇਰਾ ਚੀਨੀ ਅਸਵਾਰ।
ਇਹ ਉਹਨਾਂ ਨੇ ਚੀਨੀ ਅਸਵਾਰ ਦਾ ਜਿੱਥੇ ਮੈਂ ਗੀਤ ਪੜਿਆ ਤੇ ਵੈਸੇ ਚੀਨੀ ਅਸਵਾਰ ਨਹੀਂ ਤੇ ਉਹਨਾਂ ਨੇ ਉਹਨਾਂ ਦੇ ਮੁਖਾਤਬ ਆਪਣੇ ਈਸ਼ਵਰ ਦੇ ਇਸ਼ਟ ਦੇ ਮੁਤਾਬਕ ਗੀਤ ਪੜਿਆ ਉਹ ਮੈਂ ਬਹੁਤ ਆਪ ਸੁਣਦਾ ਹੁੰਦਾ ਸੀ ਤੇ ਕੋਇਲ ਜੀ ਨੇ ਮੈਨੂੰ ਜਦੋਂ ਇਹ ਡੀ ਡੀ ਵਨ ਤੋਂ ਮੈਂ ਬੋਲਣ ਲਾਇਆ ਤੇ ਇਹਨਾਂ ਨੇ ਮੈਨੂੰ ਬੜੀ ਆਸ਼ੀਰਵਾਦ ਦਿੱਤੀ ਵੀ ਮੈਂ ਆਊਂਗਾ ਪਰ ਆ ਨਹੀਂ ਸਕੇ ਇਹ ਵਿਸ਼ੇਸ਼ ਰਾਬਤਾ ਚ ਜਲੰਧਰ ਤੋਂ ਬੋਲਿਆ ਮੈਂ ਮੈਨੂੰ ਬੜੀ ਖੁਸ਼ੀ ਹੋਈ ਮੈਂ ਡੀ ਡੀ ਵਨ ਤੇ ਜਲੰਧਰ ਬੋਲਿਆ ਤੇ ਇਹਨਾਂ ਨੇ ਸਾਨੂੰ ਸਾਡੇ ਘਰ ਦੇ ਵਿੱਚ ਬਹੁਤ ਹੀ ਜ਼ਿਆਦਾ ਜਿਹੜੇ ਹੈ ਅਸੀਂ ਆਟਾ ਚੱਕੀ ਲਾਏ ਤੇ ਸਾਡੇ ਬਹੁਤ ਕੰਮ ਬਾਪੂ ਦੇ ਨਾਲ ਮਦਦ ਕਰਦੇ ਸੀ ਪ੍ਰਕਾਸ਼ ਰਾਇਸਰੀ ਬਹੁਤ ਹੀ ਵਧੀਆ ਨਾਮਧਾਰੀ ਨਾਮੀ ਕਵੀ ਕਵੀ ਹਨ ਉਹ ਬਿਮਾਰ ਚੱਲਦੇ ਨੇ ਕੁਛ ਚਿਰਾਂ ਤੋਂ ਕਾਫੀ ਅਸੀਂ ਦੋ ਤਿੰਨ ਵਾਰੀ ਪਤਾ ਲੈ ਕੇ ਆਏ ਹੈ ਜਿਹੜੇ ਗੁਰਦਾਸ ਘਰ ਤੋਂ ਛੋਟੇ ਨੇ ਤੇ ਇਹਨਾਂ ਦਾ ਲੜਕਾ ਜਿਹੜਾ ਦਿਲਬਾਗ ਸਿੰਘ ਜਿਹੜਾ ਬਾਹਰ ਅਮਰੀਕਾ ਚ ਗਿਆ ਰਹਿੰਦਾ ਹੈ ਬਹੁਤ ਉਹਨਾਂ ਦੀ ਮਦਦ ਕਰਦੇ ਨੇ ਤੇ ਇਹ ਜਿਹੜਾ ਗੁਰਦਾਸ ਘਰ ਦੇ ਨਾਲ ਨਾਵਲਾਂ ਦੇ ਬਾਰੇ ਮੈਨੂੰ ਜਦੋਂ ਮੈਂ ਕਈ ਪੜ੍ਹੇ ਤੇ ਜਦੋਂ ਅਸੀਂ ਗੁਰਦਾਸ ਘਰ ਉਹਦੇ ਨਾਲ ਮੈਂ ਤੇ ਸਵਰਨ ਵਿਰਕ ਗਏ 1998 ਦੇ ਵਿੱਚ ਪਾਕਿਸਤਾਨ ਗਏ ਜਦੋਂ ਤੇ ਉਦੋਂ ਇਹਨਾਂ ਕੋਲੇ 5-7 ਕਿਤਾਬਾਂ ਲਿਖੀਆਂ ਸੀ ਜਿਹੜੇ ਨਾਵਲ ਲਿਖੇ ਸੀ ਮੈਂ ਸਾਡੇ ਨਾਂ ਦੱਸਾਂ ਤੇ ਚਰਨ ਲੱਗੇਗਾ ਤੇ ਸਾਡੇ ਕੋਲੇ ਕੁਛ ਵੀ ਨਹੀਂ ਸੀ ਕਿਤਾਬ ਵਿਰਕ ਸਾਹਿਬ ਵੀ ਇੰਨੇ ਵੱਡੇ ਬੁਲਾਰੇ ਸੀ ਪਰ ਬੁਲਾਰੇ ਕਾਮਰੇਡ ਸੀ ਬਹੁਤ ਤਕੜੇ ਤੇ ਕਾਮਰੇਡ ਨੇ ਤੇ ਇਹ ਇਹਨਾਂ ਨੂੰ ਜ਼ਿਆਦਾ ਇਹਨਾਂ ਦਾ ਮਾਣ ਮਿਲਿਆ ਉੱਥੇ ਇਲਿਆਸ ਘੁੰਮਣ ਇਹਨਾਂ ਨੂੰ ਜੱਫੀਆਂ ਪਾਈਆਂ ਵੀ ਆਓ ਵੀ ਲੇਖਕ ਤੇ ਮੈਨੂੰ ਕਹਿੰਦੇ ਵਿਰਕ ਸਾਹਿਬ ਵੇਖੋ ਸੁਪਾਲ ਆਖ ਕਿਤਾਬਾਂ ਦਾ ਮੁੱਲ ਤੇ ਕਿਤਾਬਾਂ ਦਾ ਮੁੱਲ ਏ ਅਸੀਂ ਲਿਖੀਆਂ ਨੀ ਤੇ ਇਹ ਲਿਖੀਆਂ ਨੇ ਵੇਖੋ ਕਿੰਨਾ ਇਹਨਾਂ ਦਾ ਕਦਰ ਉਹ ਇਹਨਾਂ ਨੂੰ ਹੱਥਾਂ ਤੇ ਚੁੱਕਣ ਗੁਰਦਾਸ ਘਰ ਨੂੰ ਵੀ ਇਹਨਾਂ ਦਾ ਲਿਖਿਆ ਹੈ ਇਲਿਆਸ ਘੁੰਮਣ ਵੀ ਹੋਰ ਵੀ ਸਾਨੂੰ ਮੈਨੂੰ ਨਾਂ ਭੁੱਲ ਗਏ ਸਮਾਂ ਬੜਾ ਹੋ ਗਿਆ ਆਪਣੇ ਸੰਤਰਾ ਮਦਾਸੀ ਹੋਰਾਂ ਸਭ ਤੋਂ ਵੱਡੇ ਵੀਰ ਗੁਰਦਾਸ ਸਿੰਘ ਘਾਰੂ ਹੋਰਾਂ ਦਾ ਔਰ ਪ੍ਰਕਾਸ਼ ਰਾਇਸਰੀ ਵੀ ਉਹਨਾਂ ਦੇ ਵੀਰ ਨੇ ਜਿਵੇਂ ਗੁਰਦੇਵ ਸਿੰਘ ਕੋਇਲ ਨਿੱਕੇ ਵੀਰ ਨੇ ਸੋ ਅਸੀਂ ਇਸ ਪਰਿਵਾਰਕ ਸਾਂਝ ਦੀ ਕਦਰ ਕਰਦੇ ਹੋਏ ਉਹਨਾਂ ਨੂੰ ਇੰਨਾ ਵਕਤ ਦੇ ਸਕੇ ਹਾਂ ਇਸ ਤੋਂ ਵੱਧ ਵਕਤ ਫਿਰ ਕਦੇ ਕਿਸੇ ਵੇਲੇ ਲਵਾਂਗੇ ਔਰ ਆਖਾਂਗੇ ਕਿ ਸਾਰੀ ਗੱਲ ਲਿਖ ਕੇ ਸਾਡਾ ਸਾਂਝੀ ਕਰਨ ਸੋ ਜਿੰਨੇ ਭੈਣਾਂ ਨੇ ਭਰਾਵਾਂ ਨੇ ਸਪੈਸ਼ਲੀ ਡਾਕਟਰ ਐਸ ਪੀ ਸਿੰਘ ਡਾਕਟਰ ਹਰਿੰਦਰ ਸੋਹਲ ਪਿਆਰਾ ਵੀਰ ਅਜਮੇਰ ਸਿੰਘ ਸਿੱਧੂ ਸ਼ਾਇਰ ਦੋਸਤ ਗਾਇਕ ਵੀਰਾਂ ਚੋਂ ਸਪੈਸ਼ਲੀ ਸ਼ਿੰਗਾਰਾ ਸਿੰਘ ਚਾਹਲ ਰਾਮ ਸਿੰਘ ਅਲਵੇਲਾ ਤੇ ਬਾਕੀ ਜਿਹੜੇ ਸਾਡੇ ਸੁਭਾਸ਼ ਦੁੱਗਲ ਜੀ ਔਰ ਜਿਹੜੇ ਟੱਲੇ ਵਾਲੀ ਆ ਕਮਿਸ਼ਨਰੀ ਜਥਾ ਡਾਕਟਰ ਸੰਪੂਰਨ ਸਿੰਘ ਔਰ ਤੁਹਾਡਾ ਰੱਬ ਭਲਾ ਕਰੇ ਸਾਡਾ ਸਤਿਕਾਰਯੋਗ ਪੁੱਤਰ ਅਮਨਦੀਪ ਸਿੰਘ ਟੱਲੇਵਾਲੀ ਆ ਔਰ ਦਰਸ਼ਨ ਸਿੰਘ ਗੁਰੂ ਉਹਨਾਂ ਦਾ ਮੈਂ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਵਕਤ ਕੱਢਿਆ ਔਰ ਸਾਡੇ ਵਾਸਤੇ ਸੁਰੰਦਾਜ਼ ਪੇਸ਼ ਕੀਤਾ ਅਸ਼ਵਨੀ ਜੀ ਤੇਰਾ ਮੈਂ ਤੈਨੂੰ ਆਦਿ ਬਿਲਕੁਲ ਨਹੀਂ ਕਰਨਾ ਕਿਉਂਕਿ ਤੇਰੇ ਕਰਕੇ ਮਿੱਤਰਾ ਮੈਂ ਹਰ ਵਾਰੀ ਕੋਈ ਨਾ ਕੋਈ ਪੰਗਾ ਲੈ ਲੈਂਦਾ ਤੂੰ ਸਿਰੇ ਚਾੜ ਜਾਣਾ ਹੁਣ ਮੁੱਕ ਜਾਣਾ ਘੜੀ ਨੂੰ ਫਿਕਰ ਪੈ ਜਾਣਾ ਹੁਣ ਅਗਲਾ ਕੰਮ ਕਿਹੜਾ ਕਰਨਾ ਸੋ ਇਸ ਕਰਕੇ ਸ਼ੁਕਰੀਆ ਸਾਹ ਦੇ ਉੱਤੇ ਮੈਂ ਇਹੀ ਆਖਾਂਗਾ ਕਿ ਅਕਾਲ ਪੁਰਖ ਇਸ ਕਿਸਮ ਦੇ ਮਿੱਤਰ ਪਿਆਰਿਆਂ ਨੂੰ ਇਸ ਤਰ੍ਹਾਂ ਤੋਫੀਕ ਦੇਈ ਜਾ ਤਾਂ ਕਿ ਅਸੀਂ ਕੋਈ ਕੰਮ ਦੀਆਂ ਸਾਰਥਕ ਗੱਲਾਂ ਕਰ ਸਕੀਏ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਧੰਨਵਾਦ